ਦੇ ਵਿੱਚ ਇੱਕ ਡਾਲ ਸੀ ਜਿਹੜੀ ਕਿ ਭੂਤਿਆ ਸੀਗੀ ਹਨਾ ਉਹ ਕਿਉਂਕਿ ਕਲੀਨਰਸ ਮਨਾ ਕਰ ਰਹੇ ਸੀ ਕਿ ਵੀ ਅਸੀਂ ਸਫਾਈ ਨਹੀਂ ਕਰਨਾ ਹੋਣਾ ਬਿਕੋਜ਼ ਡਾਲ ਸਾਹਮਣੇ ਪਈ ਹੈ ਤਾਂ ਮੈਨੂੰ ਇਦਾਂ ਕਿੱਥੇ ਡਾਲ ਕਿੱਥੇ ਸਿਸਟਮ ਅ ਬਟ ਹਿੰਦੇ ਪਈ ਮੇਰੇ ਘਰੇ ਉਹ ਲੌਕ ਕੀਤੀ ਹੋਈ ਕਿ ਬੇਟੇ ਲੌਕ ਕੀਤੀ ਵੀ ਬੱਤੇ ਉਹ ਅਸੀਂ ਡਾਲ ਖਰੀਦੀ 2500 ਡਾਲਰ ਦੀ ਕੈਨੇਡੀਅਨ ਦੀ ਮੈਂ ਜਿਵੇਂ ਉਹ ਡਾਲਰ ਨੂੰ ਲੈ ਕੇ ਗਿਆ ਕਿਸੇ ਇੱਕ ਸਿੰਗਰ ਦੇ ਕਰੇ ਤੇ ਭਾਜੀ ਮੈਂ ਡਾਲ ਲੈ ਕੇ ਐਂਟਰ ਕੀਤਾ ਤੇ ਨਾਲ ਦੀ ਨਾਲ ਉਹਦੇ ਬਲਕਨੀ ਦੇ ਵਿੱਚ ਅੱਗ ਲੱਗੇ ਪਈ ਤੇ ਕਿਹਾ ਮੈਨੂੰ ਲੋਕ ਬਹੁਤ ਕਹਿੰਦੇ ਸੀ ਵੀ ਅਨਮੋਲ ਤੁਸੀਂ ਵੇਗਸ ਸ਼ਿਫਟ ਹੋਣਾ ਮੈਂ ਕਿਉਂਕਿ ਵੇਗਸ ਐਂਡ ਆਫ ਦਿ ਡੇ ਇਹਦਾ ਬਹੁਤ ਵੱਡੀ ਮਾਰਕੀਟ ਹੈ ਮੈਜਿਕ ਦੀ ਮੈਂ ਕਿਹਾ ਨਹੀਂ ਆਪਾਂ ਇੰਡੀਅਨ ਵੇਗਸ ਬਣਾਉਣਾ ਇੱਕ ਬੰਦੇ ਨੇ ਮੈਨੂੰ ਜੈਨੂਇਨਲੀ ਕਿਹਾ ਮੈਂ ਤੁਹਾਨੂੰ 50 ਲੱਖ ਰੁਪਏ ਦੇਣਾ ਮੇਰਾ ਮੁੰਡਾ ਪਿਛਲੇ 5 ਸਾਲਾਂ ਤੋਂ ਇੰਡੀਆ ਨਹੀਂ ਆਇਆ ਸਮ ਹਾਉ ਉਹਨੂੰ ਅਪਨਰਟਾਈਜ਼ ਵਗੈਰਾ ਕਰਕੇ ਮੇਰੇ ਕੋ ਇੰਡੀਆ ਭੇ ਮੈਂ ਤੁਹਾਡਾ ਆਪਣਾ ਅਨਮੋਲ ਕੁਆਤਰਾ ਇੱਕ ਵਾਰੀ ਫੇਰ ਹਾਜ਼ਰ ਹੈ ਇੱਕ ਟਾਕ ਸ਼ੋਅ ਤੇ ਨਵੇਂ ਗੈਸਟ ਦੇ ਨਾਲ ਇੰਟਰੋਡਕਸ਼ਨ ਮੈਨੂੰ ਲੱਗਦਾ ਨਹੀਂ ਕਿ ਦੇਣ ਦੀ ਲੋੜ ਪੈਣੀ ਆ ਸਿਰਫ ਇੱਕ ਨਾਮ ਅਨਮੋਲ ਇਹ ਆਪਣੇ ਆਪ ਚ ਇੰਟਰੋਡਕਸ਼ਨ ਹੈ ਨਹੀਂ ਪੋਡਕਾਸਟ ਅੱਜ ਮੇਰੇ ਨਾਲ ਨਹੀਂ ਅੱਜ ਸਾਡੇ ਭਰਾ ਅਨਮੋਲ ਡਾਟ ਮੈਜਿਕ ਬਈ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਇਟਸ ਅ ਡ੍ਰੀਮ ਟੂ ਬੀ ਹੇਅਰ ਉਹ ਵੀ ਤਾਂ ਬਿਕਾਜ਼ ਤੁਹਾਡੇ ਨਾਲ ਮਿਲਣਾ ਬਿਗਨਿੰਗ ਤੋਂ ਇੱਕ ਪਾਜੀ ਡ੍ਰੀਮ ਸੀਗਾ ਅਬਿਤ ਸੇ ਮੈਂ ਪਿਛਲੇ ਇੰਨੇ ਸਾਲਾਂ ਤੋਂ ਦੇਖ ਰਿਹਾ ਤੇ ਮੈਂ ਨਾ ਹਰ ਇੱਕ ਸਾਲ ਨਾਲ ਥੋੜਾ ਬੈਟਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹਾਂ ਐਂਡ ਮੈਥੰਦਸੇ ਸਿਕਾ ਹੁਣੀ થોੜੇ ਟਾਈਮ ਪਹਿਲਾਂ ਵੀ ਮੇਰੇ ਮਦਰ ਵਾਸਤੇ ਕੋਈ ਸੇਲੇਬ੍ਰਿਟੀ ਉਹਨਾਂ ਨੂੰ ਕਿਸੇ ਦਾ ਨਹੀਂ ਪਤਾ ਭਾਜੀ ਮੈਂ ਉਹਨਾਂ ਨੂੰ ਆ ਕੇ ਕਹਿਣਾ ਵੀ ਹਾਂ ਵੀ ਮੈਂ ਇਹਨਾਂ ਕੋਲ ਜਾ ਰਿਹਾ ਇਹਨਾਂ ਕੋਲ ਜਾ ਰਿਹਾ ਅੱਜ ਜਦੋਂ ਮੈਂ ਆਉਣ ਲੱਗਿਆ ਮੇਰੇ ਮਦਰ ਕਹਿੰਦੇ ਅੱਛਾ ਅਨਮੂਲ ਖਾਤਰਾ ਮੈਂ ਤਾਂ ਜਾਣਦੀ ਹਾਂ ਉਹਨੂੰ ਆ ਪੁੱਤ ਨੂੰ ਕਹਿ ਕੇ ਅਭੀ ਭਾਈ ਬਹੁਤ ਸੋਹਣਾ ਕੰਮ ਕਰ ਰਿਹਾ ਤੇ ਸਾਰਾ ਕੁਝ ਅਗਲੀ ਵਾਰ ਮੈਂ ਮੰਮੀ ਨੂੰ ਵੀ ਲੈ ਕੇ ਆਉਂਗਾ ਭਾਜੀ ਸੇਵਾ ਕਰਨ ਵਾਸਤੇ ਫੋਰਟ ਭਾਈ ਮੈਂ ਕਿਉਂ ਐਨ ਐਕਸਾਈਟਿਡ ਸੀ ਤੁਹਾਨੂੰ ਮਿਲਣ ਨੂੰ ਇਹ ਦੱਸੋ ਪਹਿਲਾਂ ਭਾਜੀ ਮੈਨੂੰ ਇਦਾਂ ਲੱਗਦਾ ਹਰ ਸਿਰ ਕਨੈਕਟ ਕਰੋ ਭਾਈ ਮੈਜੀਸ਼ੀਅਨ ਨੇ ਭਾਈ ਜਾਦੂਗਰ ਵੀ ਕਹਿ ਸਕਦੇ ਮੇ ਆਪਾਂ ਭਾਜੀ ਹਾਂ ਜਾਦੂਗਰ ਪੰਜਾਬੀ ਦੇ ਵਿੱਚ ਭਾਜੀ ਜਾਦੂਗਰ ਜਾਦੂਗਰ ਮੈਜੀਸ਼ੀਅਨ ਮਾਈਂਡ ਰੀਡਰ ਹਾਂਜੀ ਭਾਜੀ ਤੇ ਬੜਾ ਕੁਝ ਨਹੀਂ ਭਾਈ ਮੈਂ ਕਿਉਂ ਐਕਸਾਈਟਿਡ ਸੀ ਨਾ ਤੁਹਾਨੂੰ ਮਿਲਣ ਨੂੰ ਸੱਚ ਕਾਰਨ ਦੱਸੋ ਨਹੀਂ ਭਾਜੀ ਮੈਨੂੰ ਇਦਾਂ ਲੱਗਦਾ ਵੀ ਬਹੁਤ ਸਾਰੇ ਲੋਕ ਤੋ ਇੱਥੇ ਜਦੋਂ ਆਪਾਂ ਮਿਲਾਂਗੇ ਭਾਜੀ ਉਹ ਸਾਰਾ ਕੁਝ ਜਦੋਂ ਲਾਈਵ ਹੋਊਗਾ ਤੇ ਆਡੀਅנס ਦੇ ਸਾਹਮਣੇ ਹੋਊਗਾ ਨਾ ਤਾਂ ਲੋਕਾਂ ਵਾਸਤੇ ਵੀ ਇੱਕ ਪ੍ਰੂਫ ਹੋਊਗਾ ਵੀ ਹਾਂ ਵੀ ਇਦਾਂ ਦਾ ਕੁਝ ਨਹੀਂ ਹੋ ਸਕਦਾ ਨਹੀਂ ਆਪਣੇ ਤੁਹਾਡੇ ਪ੍ਰੋਫੈਸ਼ਨ ਤੋਂ ਇਲਾਵਾ ਇਹ ਤੁਹਾਡਾ ਪ੍ਰੋਫੈਸ਼ਨ ਹੈ ਭਾਜੀ ਫੁੱਲ ਟਾਈਮ ਪ੍ਰੋਫੈਸ਼ਨ ਇਸ ਤੋਂ ਇਹਨੂੰ ਜੇ ਆਪਾਂ ਸਾਈਡ ਤੇ ਰੱਖ ਦਈਏ ਹਾਂਜੀ ਭਾਜੀ ਤੁਸੀਂ ਇਹ ਪ੍ਰੋਫੈਸ਼ਨ 'ਚ ਨਾ ਵੀ ਹੁੰਦੇ ਮੈਂ ਫਿਰ ਵੀ ਤੁਹਾਨੂੰ ਮਿਲਣਾ ਚਾਹੁੰਦਾ ਸੀ ਇਹਦਾ ਕਾਰਨ ਕੀ ਹੈ ਪਾਜੀ ਮੈਨੂੰ ਇਦਾਂ ਲੱਗਦਾ ਨਾ ਕਿ ਕਿਸੇ ਕਿਸੇ ਬੰਦੇ ਨਾਲ ਵਾਈਬ ਮੈਚ ਹੁੰਦੀ ਹੈ ਪਾਜੀ ਤੇ ਅ ਮੈਨੂੰ ਨਾ ਹਮੇਸ਼ਾ ਇਦਾਂ ਰਹਿੰਦਾ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਥੋੜਾ ਜਿਹਾ ਸੁਸਾਇਟੀ ਨੂੰ ਵਾਪਸ ਦੇਵਾਂ ਤੇ ਆਈ ਗੈਸ ਮੈਸੇਜ ਤੋਂ ਬਾਅਦ ਹੀ ਗੱਲ ਕਰ ਰਹੇ ਹਾਂ ਮੈਸੇਜ ਤੋਂ ਬਾਅਦ ਦੀ ਮੈਸੇਜ ਤੋਂ ਬਾਅਦ ਹੀ ਤਾਂ ਮੈਸੇਜ ਤੋਂ ਬਾਅਦ ਪਤਾ ਨਹੀਂ ਕਿਉਂ ਪਾਜੀ ਮੈਨੂੰ ਇਦਾਂ ਲੱਗਦਾ ਵੀ ਆਪਣੀ ਆਪਾਂ ਜਦੋਂ ਫੋਨ ਤੇ ਵੀ ਗੱਲ ਕੀਤੀ ਪਾਜੀ ਜੀ 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 ਤਾਂ ਫੋਨ ਤੇ ਜਦੋਂ ਗੱਲ ਹੋਈ ਆਪਣੀ ਗੱਲਾਂ ਖਤਮ ਹੀ ਨਹੀਂ ਹੋ ਰਹੀਆਂ ਸੀ ਪਾਜੀ ਤਾਂ ਮੈਨੂੰ ਇਦਾਂ ਲੱਗ ਤੁਸੀਂ ਬਹੁਤ ਗਰਾਉਂਡਡ ਹੋ ਬਾਈ ਇਹ ਮਾਰਕੀਟਿੰਗ ਦਾ ਹ ਮੇਰੀ ਮਮੀ ਨੇ ਕਿਹਾ ਸੀਗਾ ਮਮੀ ਕਹਿੰਦੀ ਮੈਂ ਆਪਣੀ ਮੰਮੀ ਨਾਲ ਜਦੋਂ ਕਰਦੇ ਕੋਈ ਵਾਰੀ ਵਿੱਚ ਕਰਦੇ ਨਾ ਬਿਕੋਜ਼ ਉਹ ਮੈਨੂੰ ਸਿਖਾਉਂਦੇ ਬਹੁਤ ਕੁਝ ਨਹੀਂ ਤੇ ਮੈਂ ਬਹੁਤ ਧਿਆਨ ਨਾਲ ਸੁਣਦਾ ਮਮੀ ਜਿਹੜੀ ਜੋ ਵੀ ਕੁਝ ਕਹਿੰਦੇ ਅ ਤੋ ਚੁਰਬਾ ਨਾਲ ਕੁਝ ਜ਼ਿਆਦਾ ਬਹੁਤ ਜ਼ਿਆਦਾ ਚੀਜ਼ਾਂ ਤਾਂ ਉਹ ਮੈਨੂੰ ਹਮੇਸ਼ਾ ਕਹਿੰਦੇ ਵੀ ਪੁੱਤ ਜਦੋਂ ਵੀ ਤੈਨੂੰ ਕਿਤੇ ਹੋਣ ਲੱਗਿਆ ਨਾ ਵੀ ਜ਼ਿਆਦਾ ਵੀ ਈਗੋ ਆ ਰਹੀ ਹੈ ਵਿੱਚ ਕੁਝ ਵੀ ਹੈਗਾ ਤੂੰ ਗੁਰਦੁਆਰਾ ਸਾਹਿਬ ਜਾ ਤੇ ਜਾ ਕੇ ਜੋੜਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦੇ ਤਾਂ ਬਠਿੰਡੇ ਤੋਂ ਹੈਗਾ ਭਾਜੀ ਮੈਂ ਤੇ ਉੱਥੇ ਨਾ ਕਿਲਾ ਮਾਰਕਸ ਸਾਹਿਬ ਹੈ ਸਾਰੇ ਬੰਦੇ ਜਦੋਂ ਉੱਥੇ ਰਾਤ ਨੂੰ ਪਾਰਟੀ ਕਰ ਰਹੇ ਹੁੰਦੇ ਸੀਗੇ ਨਵੇਂ ਸਾਲ ਤੇ ਤਾਂ ਉਹ ਕਾਊਂਟਡਾਊਨ ਕਰ ਰਹੇ ਹੁੰਦੇ ਸੀ 10 9 8 7 ਤਾਂ ਸਾਡਾ ਮੇਰਾ ਤੇ ਮੇਰਾ ਇੱਕ ਫਰੈਂਡ ਹੈਗਾ 에ਰਿਕ ਠੀਕ ਹੈ ਉਹਦੇ ਘਰ ਦੇ ਨਾਲ ਉਹਦਾ ਨਾਮ 에ਰਿਕ ਰੱਖਣਾ ਸੀਗਾ ਪਰ ਉਹਨੂੰ ਸਪੈਲਿੰਗ ਨਹੀਂ ਆਉਂਦੀ ਸੀ ਉਹਨਾਂ ਨੇ ए आर आई के एच ਰੱਖਤਾ ਤੇ ਅਸੀਂ ਦੋਵੇਂ ਕਿਲਾ ਮਾਰਕ ਸਾਹਿਬ ਚ ਹੁੰਨੇ ਪਾਜੀ ਜੋੜਾ ਘਰ ਚ ਉੱਥੇ ਤੇ ਸਾਨੂੰ ਪਤਾ ਨਹੀਂ ਹੁੰਦਾ ਵੀ ਨਵੇਂ ਸਾਲ ਕਦੋਂ ਸਟਾਰਟ ਹੋ ਜਾਂਦੇ ਪਾਜੀ ਉਹ ਤਾਂ ਉਹ ਜਿਹੜੀ ਮੈਨੂੰ ਤਾਂ ਜੋੜਿਆਂ ਦੀ ਸੇਵਾ ਪਾਜੀ ਜਾਂ ਫਿਰ ਕੋਈ ਵੀ ਇਦਾਂ ਦੀ ਚੀਜ਼ ਹੈ ਕਿਸੇ ਦੇ ਜੋੜਿਆਂ ਨੂੰ ਆਪਦੇ ਮੱਥੇ ਨਾਲ ਲਾ ਕੇ ਫਿਰ ਅੱਗੇ ਅੱਗੇ ਇੱਕ ਰੱਖਣਾ ਹੀ ਨਹੀਂ ਮੈਨੂੰ ਵੀ ਦੱਲਾ ਦਾ ਉਹ ਹੀ ਗੋਣ ਨਿੰਦੀ ਪਾਜੀ ਕਦੀ ਆਈ ਗੋ ਜ਼ਿੰਦਗੀ ਚ ਬਈ ਤੁਹਾਡੇ ਕਦੀ ਤੁਹਾਨੂੰ ਲੱਗਿਆ ਕਿ ਇਹ ਚੀਜ਼ ਬੁਰੀ ਆ ਜਾਂ ਪੈਸੇ ਤਾਂ ਇਨਸਾਨ ਦੀ ਕਹਿੰਦੇ ਜਦੋਂ ਮਤ ਮਾਰੀ ਜਾਂਦੀ ਪਤਾ ਨਹੀਂ ਲੱਗਦਾ ਆਪਣੇ ਆਪ ਨੂੰ ਨਹੀਂ ਲੱਗਦਾ ਸਾਨੂੰ ਕਿ ਅਸੀਂ ਕਿਹੜੀ ਹਵਾ ਚ ਤੁਹਾਨੂੰ ਕਦੀ ਇਹ ਫੇਸ ਆਇਆ ਲਾਈਫ ਚ ਕਿ ਜੇ ਨਹੀਂ ਜਿਹੜੀ ਪੰਦੇ ਨੂੰ ਮੈਂ ਇਦਾਂ ਦਾ ਤਾਂ ਥੋੜਾ ਸੌਖਾ ਮਿਲ ਜਾਂਦਾ ਨਹੀਂ ਪਾਜੀ ਚੀਜ਼ ਉਹਦੇ ਵਿੱਚ ਇਗੂ ਆਉਣ ਦੇ ਚਾਂਸੇ ਜ਼ਿਆਦਾ ਹੁੰਦੇ ਮੈਨੂੰ ਕਦੇ ਵੀ ਕੋਈ ਚੀਜ਼ ਮਿਲੀ ਨਹੀਂ ਪਈ ਸੌਖੀ ਕਹਿੰਦੇ ਹੁੰਦੇ ਅਸੀਂ ਨਾ ਮੈਂ ਤੇ ਮੇਰੇ ਫਰੈਂਡਸ ਗੱਲ ਕਰਦੇ ਹੁੰਦੇ ਸੀ ਆਪਸ ਵਿੱਚ ਕਹਿੰਦੇ ਅਨਮੋਲ ਜਿਵੇਂ ਆ ਚੀਜ਼ ਸਾਨੂੰ ਕੁਝ ਮਿਲ ਗਈ ਤੂੰ ਜਦੋਂ ਕੋਈ ਵੀ ਚੀਜ਼ ਲਾਉਣਾ ਨਾ ਪਹਿਲੀ 2-3 ਵਾਰ ਜਿੱਤੇ ਤੇ ਚੀਜ਼ ਕਦੇ ਕੋਈ ਨਿਕਲ ਨਹੀਂ ਹੈਗੀ ਨਹੀਂ ਤਾਂ ਜਿਵੇਂ ਸਾਡੀ ਪਲੇਟ ਵਿੱਚ ਕੋਈ ਚੀਜ਼ ਆ ਕੇ ਰੱਖ ਜਾਂਦਾ ਤੇ ਕੋਈ ਪਲੇਟ ਹੀ ਨਹੀਂ ਹੈਗੀ ਤਾਂ ਮੈਨੂੰ ਭਾਜੀ ਕਦੇ ਕੋਈ ਚੀਜ਼ ਸੌਖੀ ਮਿਲੀ ਨਹੀਂ ਮੈਂ ਹਾਂ ਕੈਨੇਡਾ ਗਿਆ ਪਹਿਲਾਂ ਉਸ ਤੋਂ ਪਹਿਲਾਂ ਮੇਰੀ ਆਸ ਆਸਟ੍ਰੇਲੀਆ ਦੀ ਰਿਫਿਊਜ਼ਲ ਆਈ ਮੇਰੇ ਬਹੁਤ پلان ਸੀਗੇ ਭਾਜੀ ਉੱਥੋਂ ਦੇ ਪਰ ਕਈ ਲੋਕਾਂ ਦੀ ਹੋਰ ਵੀ ਜਿਹੜੇ ਪੋਡਕਾਸਟ ਸੁਣ ਰਹੇ ਕਿਤੇ ਨਾ ਕਿਤੇ ਕਈ ਲੋਕਾਂ ਦੀ ਰਿਫਿਊਜ਼ਲ ਹੁੰਦੀ ਨਾ ਮੇਰਾ ਸਮਝ ਸਕਦੇ ਭਾਜੀ ਬਹੁਤ ਸੁਪਨੇ ਹੁੰਦੇ ਆ ਬੰਦੇ ਦੇ ਵਿੱਚ ਲੋ ਉੱਥੇ ਜਾਣੇ ਆ ਆ ਚੀਜ਼ ਇੱਕ ਦੋ ਕਰਾਂਗੇ ਮੇਰਾ ਬਾਹਰ ਜਾਂਦਾ ਮੇਨ ਰੀਜ਼ਨ ਸੀਗਾ ਭਾਜੀ ਮਾਦੇ ਸਕਿੱਲ ਨੂੰ ਜ਼ਿਆਦਾ ਡਿਵੈਲਪ ਕਰਨਾ ਸਕਿੱਲ ਕੀ ਸੀ ਬਈ ਤੁਹਾਡੇ ਚ ਪਾਜੀ ਮੈਂ ਮੈਜਿਸ਼ੀਅਨ ਸੀਗਾ ਪਿਛਲੇ 13 ਸਾਲ ਤੋਂ 13 ਸਾਲ ਤੋਂ 13 ਸਾਲ ਹੁਣ ਤੁਸੀਂ 26 ਦੇ ਹੋ ਮੈਂ ਪਾਜੀ 26 ਦਾ ਮੈਂ 25 ਦਾ ਤੇ ਮੈਂ ਸਟਾਰਟ ਕੀਤਾ ਸੀ ਜਦੋਂ ਮੈਂ 12 ਸਾਲਾਂ ਦਾ ਸੀਗਾ ਤਾਂ 12 ਕਿੱਥੋਂ ਦਿਲ ਚ ਕਿੱਥੋਂ ਆਇਆ ਕਿ ਮੈਜਿਸ਼ੀਅਨ ਬਣਨਾ ਹੈ ਕਿਉਂਕਿ ਹਮੇਸ਼ਾ ਸੀ ਜਾਦੂਗਰ ਦੇਖੇ ਨੇ ਕਿ ਉਹ ਸੌਰੀ ਬਟ ਮੈਂ ਉਹ ਨਹੀਂ ਕਰ ਰਿਹਾ ਬਾਡੀ ਸ਼ੇਪਿੰਗ ਵੱਡੇ ਜੇ ਮੂੰਹ ਵਾਲੇ ਉਹ ਮੁੱਛਾਂ ਜੀਆਂ ਬਣਾਈਆਂ ਹੁੰਦੀਆਂ ਤੇ ਉਹ ਵੱਡੇ ਲੱਗਣ ਵਾਲੇ ਨਾ ਤੁਸੀਂ ਜੇ ਯੰਗਸਟਰ ਪਰ ਜੀ ਇਵਨ ਮੈਂ ਵੈਂਕੂਵਰ ਦੇ ਵਿੱਚ ਸ਼ੋਅ ਕਰ ਰਿਹਾ ਸੀਗਾ ਹੁਣ ਤੇ ਨਾ ਮੈਨੂੰ ਕਿਸੇ ਨੇ ਬੁੱਕ ਕੀਤਾ ਸੀਗਾ ਆਪਣੀ ਰਿਸੈਪਸ਼ਨ ਲਈ ਤਾਂ ਕਹਿੰਦੇ ਵੀ ਸਾਡੀ ਰਿਸੈਪਸ਼ਨ ਹੈ ਤੇ ਸਾਡੇ ਕੋਲ ਨਾ ਇੱਕ ਸਪੈਸ਼ਲ ਚੀਜ਼ ਦਾ ਵੀ ਅਸੀਂ ਲੋਕਾਂ ਦੀ ਲਾਈਫ ਨੂੰ ਸਟੱਡੀ ਕਰਕੇ ਇੱਕ ਪੂਰਾ ਦਿਨ ਤੇ ਮੈਂ ਉਹਨਾਂ ਲਈ ਉਹਨਾਂ ਦੇ ਰਿਸੈਪਸ਼ਨ ਤੇ ਟ੍ਰਿਕਸ ਬਣਾਉਣਾ ਜੇ ਇੱਕ ਘੰਟਾ ਜਿਹੜਾ ਕਿ ਪੂਰਾ ਉਹਨਾਂ ਦੀ ਲਾਈਫ ਨੂੰ ਪੋਟਰੇ ਕਰ ਰਿਹਾ ਹੁੰਦਾ ਜਦੋਂ ਮੈਂ ਐਂਟਰੀ ਕਰਨ ਲੱਗਿਆ ਭਾਜੀ ਉਹਨਾਂ ਦੇ ਸ਼ੋਅ ਦੇ ਵਿੱਚ ਉਹ ਮੈਨੂੰ ਕਹਿੰਦੇ ਵੀ ਆ ਤੁਸੀਂ ਕੀ ਕੀ ਪਾ ਕੇ ਆਏ ਹੋ ਇਹ ਕਿਉਂਕਿ ਅਸੀਂ ਤਾਂ ਐਕਸਪੈਕਟ ਕਰ ਰਹੇ ਸੀ ਵੀ ਤੁਹਾਡੇ ਕੋਲ ਟੋਪੀ ਹੋਣੀ ਹੈ ਇੱਕ ਤੇ ਉਹਦੋਂ ਫਿਰ ਆਹਾ ਤੁਹਾਡੇ ਕੋ ਪਰ ਨਹੀਂ ਭਾਜੀ ਇਟ ਵਾਸ ਟੋਟਲੀ ਡਿਫਰੈਂਟ ਸਾਡੀ ਪੋਸ਼ਾਕ ਸਾਡਾ ਸਾਰਾ ਕੁਝ ਮਾਡਰਨ ਮੈਜਿਕ ਟੋਟਲੀ ਡਿਫਰੈਂਟ ਹੋ ਚੁੱਕਿਆ ਐਤੋਂ ਤੱਕ ਕਿ ਮੈਂ ਕੁੜੀ ਵੀ ਅੱਧ ਵਿਚਾਲੋਂ ਨਹੀਂ ਕੱਢਦਾ ਮੈਂ ਕੱਟ ਦੇਣਾ ਮੈਨੂੰ ਦੁਆਰ ਤੋਂ ਜੋੜਨੀ ਨਹੀਂ ਹੁੰਦੀ ਤੇ ਹੁਣ ਨਵੀਂ ਚੀਜ਼ ਹੈ ਭਾਜੀ ਮਾਡਰਨ ਮੈਜਿਕ ਹੈ ਟੋਟਲੀ ਐਡਵਾਂਸ ਹੈ ਭਾਜੀ ਤੇ ਹਾਂ ਜ ਮੈਂ ਤੁਹਾਨੂੰ ਕਹਿ ਰਿਹਾ ਸੀ ਮੈਨੂੰ ਕੋਈ ਚੀਜ਼ ਭਾਜੀ ਸੌਖੀ ਨਹੀਂ ਮਿਲਦੀ ਈਵਨ ਹੁਣ ਵੀ ਜਦੋਂ ਕੈਨੇਡਾ ਦੇ ਵਿੱਚ ਭਾਜੀ ਚਲੋ ਵਾਇਗਰ ਦੀ ਮੇਰ ਨਾਲ ਇੱਕ ਸ਼ੋਅਸ ਅਸੀਂ ਡੀਸੈਂਟ ਕਰ ਰਹੇ ਹਾਂ ਜਦੋਂ ਕੈਨੇਡਾ ਵਿੱਚ ਭਾਜੀ ਸਟਾਰਟਿੰਗ ਹੋਈ ਮੋਂ ਉੱਥੇ ਪਹੁੰਚ ਜੌਬਸ ਨਹੀਂ ਮਿਲ ਰਹੀਆਂ ਸੀਗੀਆਂ ਮੈਂ ਜੌਬ ਲੈਣ ਵਾਸਤੇ ਪਤਾ ਨਹੀਂ ਕੀ ਕੀ ਕੋਸ਼ਿਸ਼ ਕੀਤਾ ਪਾਜੀ ਬੀਅਰਡ ਕਲੀਨ ਸ਼ੇਵ ਕੀਤੀ ਤੇ ਵੈਂਡਿਸ ਨਾਮ ਦਾ ਸਟੋਰ ਹੈ ਮੈਂ ਉੱਥੇ ਕੰਮ ਕਰਦਾ ਹੁੰਦਾ ਸੀਗਾ ਉੱਥੇ ਚਿਕਨ ਮੈਂ ਖਾਂਦਾ ਵੀ ਨਹੀਂ ਸੀ ਮੈਂ ਚਿਕਨ ਬਣਾਇਆ ਪਾਜੀ ਫਿਰ ਉਸ ਤੋਂ ਬਾਅਦ ਕਲੀਨਿੰਗ ਕਰਦੇ ਹੁੰਦੇ ਸੀਗੇ ਭਾਜੀ ਕਿੰਨੇ ਸਾਲ ਪਹਿਲਾਂ ਗਏ ਸੀ ਬਾਈ ਕੈਨੇਡਾ ਤੁਸੀਂ 4 ਸਾਲ ਪਹਿਲਾਂ ਭਾਜੀ ਓਕੇ ਸ਼ੁਰੂ ਕਿੱਥੋਂ ਹੋਇਆ ਇਹ ਸਿਲਸਿਲਾ ਬਾਹਰ ਜਾਣ ਦੀ ਦੌੜ ਜਿਵੇਂ ਅੱਜ ਵੀ ਯੂਥ ਬਹੁਤ ਜਾ ਰਹੀ ਹੈ ਮੈਂ ਤੁਹਾਡੇ ਕੋਲ ਕੈਨੇਡਾ ਦਾ ਵੀ ਵਰਜ਼ਨ ਲਾਉਂਗਾ ਕਿ ਬਹੁਤ ਲੋਕ ਇਹ ਵੀ ਕਹਿੰਦੇ ਨੇ ਕਿ ਇੱਥੇ ਪੋਡਕਾਸਟ ਤੁਸੀਂ ਬੈਠੇ ਕਹੀ ਜਾਂਦੇ ਹੋ ਕਿ ਕਿਉਂ ਜਾ ਰਹੇ ਹੋ ਕਿਉਂ ਜਾ ਰਹੇ ਹੋ ਪਰ ਇੱਥੇ ਕੀ ਹਾਲ ਹੋ ਰਿਹਾ ਹੈ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਉਹਦੇ ਬਾਰੇ ਮੈਂ ਐਜ਼ ਅ ਕੈਨੇਡਾ ਸਟੂਡੈਂਟ ਵੀ ਤੁਹਾਡੇ ਕੋਲ ਪੁੱਛੂੰਗਾ ਕਿ ਕਿਉਂ ਜ਼ਰੂਰੀ ਸੀ ਜਾਣਾ 4 ਸਾਲਾਂ ਬਾਅਦ ਕੀ ਅੱਜ ਖੁਸ਼ ਹੋ ਦਿਲ ਕਰਦਾ ਪੰਜਾਬ ਮੁੜਨ ਦਾ ਜਾਂ ਪੰਜਾਬ ਦੇ ਜੋ ਹਾਲਾ 4 ਸਾਲ ਪਹਿਲਾਂ ਭਾਜੀ ਮੇਰਾ ਕੈਨੇਡਾ ਜਾਂਦਾ 5 ਸਾਲ ਪਹਿਲਾਂ ਐਕਚੁਅਲੀ ਮੇਰਾ ਕਿਉਂ ਇਰਾਦਾ ਬਣਿਆ ਕੈਨੇਡਾ ਜਾਂਦਾ ਮੈਂ ਇੰਡੀਆ ਵਿੱਚ ਮੈਜਿਕ ਡਵੈਲਪ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਬਟ ਇੱਕ ਲਿਮਿਟ ਤੱਕ ਕਰ ਰਿਹਾ ਸੀਗਾ ਮੈਨੂੰ ਬਾਹਰ ਜਾਣਾ ਹੀ ਪੈਣਾ ਸੀ ਭਾਜੀ ਸਿੱਖਣ ਵਾਸਤੇ ਉੱਥੇ ਕੁਝ ਇਦਾਂ ਦੇ ਲੋਕ ਨੇ ਜਿਨ੍ਹਾਂ ਦੀ ਕੰਪਨੀ ਦੇ ਵਿੱਚ ਕਹਿੰਦੇ ਹੁੰਦੇ ਨੇ ਸੰਗਤ ਵਿੱਚ ਤੁਸੀਂ ਜ਼ਿਆਦਾ ਕੋਈ ਵੀ ਚੀਜ਼ ਬਣ ਸਕਦੇ ਹੋ ਉੱਥੋਂ ਦੇ ਕੁਛ ਇਦਾਂ ਦੇ ਮੈਜਿਸ਼ੀਅਨ ਸੀਗੇ ਹੁਣ ਮੈਂ ਜਿੰਨਾ ਕਈ ਲੋਕਾਂ ਨਾਲ ਪ੍ਰੈਕਟਿਸ ਕਰਦਾ ਹਾਂ ਭਾਜੀ ਉਹ ਪਹਿਲਾਂ ਵਰਲਡ ਚੈਂਪੀਅਨ ਰਹਿ ਚੁੱਕੇ ਹੈ ਮੈਜਿਕ ਮੈਜਿਕ ਦੇ ਮੈਜਿਕ ਦੀ ਦੁਨੀਆ ਕਿੱਡੀ ਵੱਡੀ ਹੈ ਬਈ ਅਸੀਂ ਤਾਂ ਸਿਰਫ ਮੇਲਿਆਂ 'ਚ ਜਾਦੂਗਰੀ ਦੇਖਿਆ ਹਾਂ ਹਾਂਜੀ ਭਾਈ ਬਹੁਤ ਵੱਟੇ ਭਾਈ ਬਹੁਤ ਵੱਟੀਆਂ ਤੁਸੀਂ ਆ ਰਾਈਟ ਨਾਉ ਇੰਡੀਆ ਦੇ ਵਿੱਚ ਚਲੋ ਜੇ ਫਿਰ ਵੀ ਠੀਕ ਹੈ ਡੀਸੈਂਟ ਮੈਜਿਸ਼ੀਅਨਸ ਨੇ ਤੁਸੀਂ ਵੈਗਸ ਚਲ ਜਾਓਗੇ ਭਾਜੀ ਇਟ ਚੱਕੋਗੇ ਭਾਜੀ ਉੱਥੇ ਮੈਜਿਸ਼ੀਅਨ ਨਿਕਲੇ ਹੋਗੇ ਬਹੁਤ ਜ਼ਿਆਦਾ ਮੈਜੇਸ਼ੀਅਨਸ ਨਹੀਂ ਪਰ ਇਦਾਂ ਹੈਗਾ ਵੀ ਮੈਜਿਕ ਦੀ ਦੁਨੀਆ ਵਿੱਚ ਅੱਜਕੱਲ ਜੇ ਤੁਸੀਂ ਆਦਾ ਰੀਅਲੀ ਨਾਮ ਬਣਾਉਣਾ ਤੁਹਾਨੂੰ ਬਹੁਤ ਡਿਫਰੈਂਟ ਹੋਣਾ ਪੈਣਾ ਉਹਦੇ ਵਾਸਤੇ ਪਹਿਲੀ ਚੀਜ਼ ਆ ਜਾਂਦੀ ਆ ਚਲੋ ਤੁਹਾਨੂੰ ਇੱਕ ਗੁੱਡ ਲੈਵਲ ਦਾ ਸਕਿੱਲ ਇਕੱਠਾ ਕਰਨਾ ਪੈਣਾ ਮੈਜਿਕ ਦੇ ਵਿੱਚ ਉਹਦੇ ਅੱਡਾ ਅੱਡ ਬ੍ਰਾਂਚੇਜ਼ ਹੁੰਦੇ ਭਾਜੀ ਮੈਜਿਕ ਦੇ ਉਹਦੇ ਵਿੱਚ ਆਦਾ ਮੈਂਟਲਿਜ਼ਮ ਜਿਹਨੂੰ ਮਾਈਂਡ ਰੀਡਿੰਗ ਕਹ ਦਿੰਦੇ ਆ ਫਿਰ ਇਨਫਲੂਐਂਸਿੰਗ ਆ ਜਾਂਦੀ ਭਾਜੀ ਆ ਫਿਰ ਆਪਣੇ ਕੋਲ ਆ ਜਾਂਦੀ ਆ ਹੱਥ ਦੀ ਸਫਾਈ ਉਹਦੇ ਵਿੱਚ ਆਪਣੇ ਕੋਲ ਇੱਕ ਰੈਗੂਲਰ ਆ ਜਾਂਦੇ ਜਿਹਦੇ ਵਿੱਚ ਮੈਂ ਆਪਦਾ ਕੋਈ ਆਬਜੈਕਟ ਲੈ ਕੇ ਆਉਂਗਾ ਆਰਗੇਨਿਕ ਆ ਜਾਂ ਫਿਰ ਬਹੁਤ ਕੁਝ ਆ ਜਾਂਦਾ ਭਾਜੀ ਮਤਲਬ ਵੀ ਉਹ ਸਾਰੀਆਂ ਬ੍ਰਾਂਚੇਸ ਦੇ ਅਡਡ ਮਾਸਟਰਸ ਨੇ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਦੇ 50 ਸਾਲ ਸਿਰਫ ਇੱਕ ਬ੍ਰਾਂਚ ਨੇ ਉੱਤੇ ਪਿਕ ਪੋਕੇਟਿੰਗ ਆ ਗਈ ਭਾਜੀ ਮੈਂ ਚੋਰੀ ਬਹੁਤ ਵਧੀਆ ਕਰ ਲੈਣਾ ਪਰ ਮੈਂ ਚੰਗਾ ਬੰਦਾ ਮੈਂ ਵਾਪਸ ਕਰ ਦੇਣਾ ਅੱਛਾ ਜੀ ਹਾਂ ਜੀ ਮੈਂ ਉੱਥੇ ਵੀ ਕਈ ਵਾਰ ਇਦਾਂ ਦਾ ਹਾਲਾਂਕਿ ਇੱਕ ਵਾਰ ਕੀ ਹੋਇਆ ਸੀ ਰੋਲੇਕਸ ਸੀਗੀ ਕਿਸੇ ਕੋਲ ਮੈਂ ਉਤਾਰਨ ਲੱਗਿਆ ਤੇ ਗਲਤੀ ਨਾਲ ਟੁੱਟ ਗਈ ਦੇ ਵੀਰ ਬੜੀਆਂ ਮਾਫੀਆਂ ਮੰਗੀਆਂ ਭਾਈ ਬਹੁਤ ਐ ਮੈਂ ਉਹਨਾਂ ਦੇ ਸ਼ੋਅ ਤੇ ਸੀਗਾ ਇੱਕ ਵਾਰੀ ਕਿ ਉਹ ਇੱਕ ਵਾਰੀ ਟ੍ਰਿਕ ਸੀਗੀ ਇੱਕ ਜਿਹਦੇ ਵਿੱਚ ਮੈਂ ਉਹਦੀ ਰਿੰਗ ਨੂੰ ਗਾਇਬ ਕਰਦਾ ਤੇ ਉਹ ਰਿੰਗ ਨਿਕਲਦੀ ਦੂਰ ਕਿਤੇ ਜਿਵੇਂ ਕਿ ਮੈਂ ਸਟੇਜ ਤੇ ਐ ਮੈਂ ਉਹਦੀ ਰਿੰਗ ਗਾਇਬ ਕਰਤੀ ਇਹ ਦੂਰ ਕਿਤੇ ਇੱਕ ਬੋਟਲ ਸੀਗੀ ਦਰੂ ਦੀ ਜਿਹੜੀ ਓਪਨਡ ਨਹੀਂ ਸੀ ਤਾਂ ਉਹਦੇ ਵਿੱਚ ਵਿਚਾਲੇ ਉਹਦੀ ਐਗਜ਼ੈਕਟੋ ਰਿੰਗ ਪਈ ਸੀ ਸੋ ਇਹ so, ट्रिक ਮੈਂ ਕੀਤੀ ਸੀਗੀ ਕੈਨੇਡਾ ਦੇ ਵਿੱਚ ट्रिक ਥੋੜੀ ਜੀ ਹੋ ਗਈ ਸੀ ਗਲਤ ਸੋ ਜਿਹਦੇ ਕਰਕੇ ਉਹ ਜਿਹੜੀ ਬੋਟਲ ਸੀਗੀ ਜਦੋਂ ਉਹਨੂੰ ਤੋੜਨ ਖੋਲਣ ਲੱਗੇ ਉਹਨਾਂ ਤੋਂ ਗਲਤੀ ਨਾਲ ਟੁੱਟ ਗਈ ਤੇ ਰੰਗ ਵਾਚ ਗਈ ਹੂੰ ਓ ਮਾਈ ਗਾਡ ਪਾਜੀ ਉਸ ਤੋਂ ਬਾਅਦ ਜਿਹੜਾ ਅਸੀਂ ਉਧਰ ਪਾਜੀਆ ਮਤਲਬ ਵੀ ਦੋ ਤਿੰਨ ਵਾਰੀ ਮੇਰੇ ਨਾਲ ਇਦਾਂ ਹੋਇਆ ਵੀ ਜਦੋਂ ਬਹੁਤ ਮਹਿੰਗੀਆਂ ਚੀਜ਼ਾਂ ਨਾਲ ਮੈਂ ਟ੍ਰਿਕ ਕਰਨ ਦੀ ਕੋਸ਼ਿਸ਼ ਕੀਤੀ ਐ ਤੇ ਉਹ ਗਲਤ ਹੋ ਗਈ ਫਿਰ ਤਾਂ ਪਾਜੀ ਪਸ ਕਰੀ ਫੇ ਕਰਦੇ ਹਾਂ ਅਜੇ ਵੀ ਕਿ ਹਜੇ ਨਹੀਂ ਪਾਜੀ ਕਰਦੇ ਮੈਂ ਤਾਂ ਲੋਕਾਂ ਦੇ ਫੋਨਸ ਵਗੈਰਾ ਬਾਰੋ ਕਰਕੇ ਬਹੁਤ ਖੁਸ਼ ਕਰਦਾ ਲੋਕਾਂ ਦੀਆਂ ਵਾਚੇਸ ਹੋ ਗਈਆਂ ਰਿੰਗਸ ਹੋ ਗਈਆਂ ਵਾਚੇਸ ਵਗੈਰਾ ਮੈਂ ਤਾਰ ਲੈਣਾ ਪਰ ਮਾ ਵਾਪਸ ਕਰ ਦੇਣਾ ਹੂੰ ਈਵਨ ਜਿੰਨਾ ਤੋਂ ਮੈਂ ਸਿੱਖੀ ਸੀਗੀ ਅਪੋਲੋ ਰੌਬਿਨਸ ਤੋਂ ਅਪੋਲੋ ਰੌਬਿਨਸ ਇੱਕ ਉਹਨਾਂ ਨੇ ਕੀ ਕੀਤਾ ਉਹ ਹੋ ਗਏ ਇੱਕ ਪਾਰਟੀ ਤੇ ਪਾਰਟੀ ਤੇ ਉਹਨ ਉਹਨਾਂ ਦੀ ਉਹਨਾਂ ਨੇ ਜਿਹੜੀ ਵਾਚ ਸੀਗੀ ਉਤਾਰਨ ਲੱਗੇ ਤੋੜ ਤੇ ਗਲਤੀ ਨਾਲ ਤੇ ਉੱਥੇ ਵੀ ਸੇਮ ਸੀਨ ਹੋਇਆ ਸੀਗਾ ਇੱਕ ਵਾਰੀ ਉਹ ਉਹ ਕਰ ਰਹੇ ਸੀ ਕਿਸੇ ਕੰਪਨੀ ਦੇ ਪ੍ਰੈਜ਼ੀਡੈਂਟ ਉਹ ਸੋਰੀ ਕਿਸੇ ਕੰਟਰੀ ਦੇ ਪ੍ਰੈਜ਼ੀਡੈਂਟ ਨਾਲ ਕਰ ਰਹੇ ਸੀਗੇ ਤੇ ਕਰਦੇ ਕਰਦੇ ਉਹਨਾਂ ਨੇ ਵਾਚ ਪਾ ਲਈ ਜੇਬ ਦੇ ਵਿੱਚ ਤੇ ਅਸੀਂ ਟਰਿਕ ਦੇ ਐਂਡ ਤੇ ਦੇਣੀ ਹੁੰਦੀ ਆ ਉਹ ਗਲਤੀ ਨਾਲ ਵਾਪਸ ਦੇਣੇ ਭੁੱਲ ਗਏ ਹੂੰ ਫਿਰ ਉਹਨਾਂ ਨੇ ਬਾਅਦ ਚ ਉਹਨਾਂ ਨੂੰ ਕਾਲਸ ਵਗੈਰਾ ਆਏ ਵੀ ਭਾਈ ਉਹ ਵਾਚ ਜਿਹੜੀ ਸੀਗੀ 1.5 ਮਿਲੀਅਨ ਦੀ ਫਿਰ ਫਿਰ ਉਹਨਾਂ ਨੇ ਮਤਲਬ ਵੀ ਵਾਪਸ ਕੀਤੇ ਪਾਰਸਲ ਵਗੈਰਾ ਉਹਨਾਂ ਨੇ ਕੀਤੀਆਂ ਫਿਰ ਪਕੜਾ ਕੇ ਆਏ ਕਿਵੇਂ ਨਾ ਕਿਵੇਂ ਇਹ ਵੀ ਕਿਸੇ ਹੁੰਦੇ ਇਹ ਲੈਕਚਰ ਲੈਕਚਰਸ ਦੇ ਵਿੱਚ ਉਹ ਸਾਰਾ ਕੁਝ ਦੱਸ ਰਹੇ ਸੀਗੇ ਪਰਫੈਕਟ ਮੈਜੀਸ਼ੀਅਨ ਕਿੰਨੇ ਸਾਲ ਤੱਕ ਬਣ ਜਾਂਦਾ ਵੀ ਬੰਦਾ ਜਦੋਂ ਕਹਿੰਦਾ ਕਿ ਹਾਂ ਵੀ ਹੁਣ ਐਂਡ ਕਰਦਾ ਇਹਨੇ ਕਹਿੰਦੇ ਹੁੰਦੇ ਨੇ ਭਾਜੀ ਵੀ ਕੋਈ ਅੰਤ ਤਾਂ ਹੈ ਨਹੀਂ ਭਾਜੀ ਸਿੱਖਣ ਦਾ ਪਰ ਇੱਕ ਇਦਾਂ ਹੁੰਦਾ ਵੀ ਮੈਜਿਕ ਦੇ ਵਿੱਚ ਨਾ ਕਿਸੇ ਨੂੰ ਇੱਕ ਤਾਂ ਹੁੰਦਾ ਇੰਪ੍ਰੈਸ ਕਰਨਾ ਇੱਕ ਹੁੰਦਾ ਵੀ ਬੰਦੇ ਨੂੰ ਨੀਂਦ ਹੀ ਉਡਾ ਦੇਣੀ ਭਾਜੀ ਮੇਰੀ 10 ਮਿੰਟ ਪਹਿਲਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਸੀਗਾ ਮੈਂ ਕਿਹਾ ਮੈਨੂੰ ਕੋਈ ਕਹਿੰਦਾ ਸੀ ਨਾ ਕਿ ਐਦਾਂ ਹੋ ਜਾਂਦਾ ਮੈਂ ਕਹਾ ਮੈਂ ਜਦੋਂ ਤੁਹਾਡੀ ਵੀਡੀਓਜ਼ ਵੀ ਦੇਖਦਾ ਸੀਗਾ ਮੈਂ ਕਹਾ ਜਿਸਨ ਭਾਈ ਆਮਣੇ ਫੇਸ ਟੂ ਫੇਸ ਹੋਏ ਨਾ ਉਦੋਂ ਮੈਂ ਫੜੂੰਗਾ ਪਰ ਮੈਨੂੰ ਤਾਂ ਸਮਝ ਨਹੀਂ ਆਇਆ ਕਿ ਮੈਂ ਰੀਐਕਸ਼ਨ ਕੀ ਦੇਣਾ ਨਹੀਂ ਭਾਜੀ ਈਵਨ ਜਦੋਂ ਮਤਲਬ ਵੀ ਮੈਂ ਪਹਿਲੇ 1 ਸਾਲ ਤੇ ਸੀਗਾ ਭਾਜੀ 1 ਸਾਲ ਦੇ ਐਂਡ ਤੇ ਉਦੋਂ ਮੈਂ ਡੀਸੈਂਟ ਕਰ ਰਿਹਾ ਸੀ ਮੈਂ ਲੋਕਾਂ ਨੂੰ ਨਾ ਇੱਕ ਇੰਪ੍ਰੈਸ ਕਰ ਦਿੰਦਾ ਸੀ ਵੀ ਹਾਂ ਯਾਰ ਮੈਨੂੰ 3 ਕਿ ਸਾਲ ਲੱਗੇ 2.5 ਕਿ ਸਾਲ ਲੱਗੇ ਇਹਨਾਂ ਸਕਿੱਲ ਇਕੱਠਾ ਕਰਨ ਦੇ ਵਿੱਚ ਵੀ ਉਸ ਤੋਂ ਬਾਅਦ ਫਿਰ ਮੈਂ ਇਵਨ ਮੈਨੂੰ 2.5-3 ਸਾਲ ਹੋ ਗਏ ਸੀਗੇ ਤੇ ਮੈਂ ਮਾਈਂਡ ਰੀਡਿੰਗ ਸਿੱਖ ਲਈ ਸੀ ਉਦੋਂ ਤੱਕ ਭਾਜੀ ਮੈਂ ਕਿਸੇ ਇੱਕ ਕੁੜੀ ਦੀ ਮਾਈਂਡ ਰੀਡਿੰਗ ਕੀਤੀ ਤੇ ਉਦੋਂ ਹੀ ਮੈਂ ਕਿਸੇ ਕ੍ਰਸ਼ ਦਾ ਨਾਮ ਕੱਢਿਆ ਉਹਦਾ ਬாய்ਫ੍ਰੈਂਡ ਰਾਈਟ ਸਾਈਡ ਤੇ ਮਤਲਬ ਉੱਥੇ ਖੜਾ ਸੀਗਾ ਉੱਥੇ ਤੇ ਕੁੜੀ ਨੇ ਮੇਰੀ ਛਾਤੀ 'ਚ ਮੁੱਕਾ ਮਾਰਿਆ ਭਾਜੀ ਮੈਨੂੰ 2 ਮਿੰਟ ਸਾਹ ਨਹੀਂ ਆਇਆ ਉੱਥੇ ਇਸ ਕਰਕੇ ਇਵਨ ਇਵਨ ਇਹ ਵੀ ਚੀਜ਼ ਮੇਰੇ ਨਾਲ ਹੋ ਚੁੱਕੀ ਹੈ ਤੇ ਭਾਈ ਇਹ ਮੈਜਿਕ ਦੀ ਸ਼ੁਰੂਆਤ ਕਿੱਥੋਂ ਹੋਈ ਦੁਨੀਆ ਦੇ ਵਿੱਚ ਕਿਹੜੀ ਕਹਿ ਸਕਦੇ ਆ ਭਾਜੀ ਕੁਝ ਇਜੀਪਟ ਵਿੱਚ ਕੁਝ ਲੋਕ ਨੇ ਪਰ ਇੰਡੀਆ ਦੇ ਵਿੱਚ ਵੀ ਬਹੁਤ ਕਿਉਂਕਿ ਪਹਿਲੀ ਟ੍ਰਿਕ ਤੱਕ ਅੱਦੇ ਆਪਾਂ ਲੱਭ ਹੀ ਨਹੀਂ ਸਕਦੇ ਭਾਜੀ ਪਰ ਇੰਡੀਆ ਦੇ ਵਿੱਚ ਕੁਝ ਇਦਾਂ ਦੀਆਂ ਟ੍ਰਿਕਸ ਨੇ ਜਿਹੜੀਆਂ ਕਿ ਅੱਜ ਤੱਕ ਗੋਰੇ ਵੀ ਉਸ ਚੀਜ਼ ਨੂੰ ਇਦਾਂ ਕਹਿੰਦੇ ਵੀ ਯਾਰ ਆਹ ਟ੍ਰਿਕਸ ਨਾ ਇੰਡੀਆ ਦੀਆਂ ਨੇ ਤੇ ਸਾਨੂੰ ਵੀ ਨਹੀਂ ਪਤਾ ਭਾਜੀ ਵੀ ਉਹ ਟ੍ਰਿਕਸ ਕਿਹੜੀਆਂ ਟ੍ਰਿਕਸ ਨੇ ਪਹਿਲੀ ਇੱਕ ਟ੍ਰਿਕ ਤਾਂ ਸਿੱਖੀ ਪਾਜੀ ਇੱਕ ਬੰਦਾ ਸੀਗਾ ਤੁਸੀਂ ਉਹ ਦੇਖਿਆ ਜਿਹੜਾ ਬੀਨ ਨਾਲ ਸੱਪ ਕੱਢਦੇ ਉਹਦੇ ਵਿੱਚੋਂ ਹਾਂਜੀ ਬਹੁਤ ਟਾਈਮ ਪਹਿਲਾਂ ਇੱਕ ਟ੍ਰਿਕ ਹੁੰਦੀ ਸੀਗੀ ਜਿਹਦੇ ਵਿੱਚ ਇੱਕ ਬੰਦਾ ਕਿਉਂਕਿ ਵੀਡੀਓ ਨਹੀਂ ਹੈਗੀ ਅੱਜ ਤੱਕ ਕਦੇ ਵੀ ਉਹ ਇੱਕ ਬੰਦਾ ਇੱਕ ਬੀਨ ਨਾਲ ਇੱਕ ਵੱਡੇ ਸਾਰੇ ਇੱਕ ਆਬਜੈਕਟ ਵਿੱਚੋਂ ਇੱਕ ਰੱਸੀ ਹੁੰਦਾ ਨਾ ਉਹਨੂੰ ਸੱਪਾਂ ਨਾਲ ਖੜਾ ਕਰਦਾ ਤਾਂ ਇੱਕ ਮੁੰਡਾ ਹੁੰਦਾ ਜਿਹੜਾ ਉਹਦੇ ਵਿੱਚ ਚੜ ਜਾਂਦਾ ਇੰਨਾ ਸਾਰਿਆਂ ਨੂੰ ਪਤਾ ਜਿਹੜਾ ਰੱਸੀ ਤੇ ਚੜ ਜਾਂਦਾ ਉਹ ਟ੍ਰਿਕ ਕੰਪਲੀਟ ਇਹ ਸੀਗੀ ਵੀ ਉਦੋਂ ਬਾਅਦ ਫਿਰ ਉਹ ਬੰਦਾ ਜਿਹੜਾ ਜਾਦੂਗਰ ਹੁੰਦਾ ਉਹ ਉੱਤੇ ਜਾਂਦਾ ਤੇ ਉਹ ਜਿਹੜਾ ਮੁੰਡਾ ਉੱਤੇ ਚੜਿਆ ਨਹੀਂ ਉਹ ਤਲਵਾਰ ਨਾਲ ਉਹਦੇ ਇੱਕ ਦਾ ਅੰਗ ਕੱਟ ਦਿੰਦਾ ਭਾਜੀ ਤੇ ਉਹ ਜਿਹੜਾ ਬੱਚਾ ਹੈਗਾ ਉਹ ਥੱਲੇ ਡਿੱਗਦਾ ਤੇ ਫਿਰ ਉਹ ਦੁਆਰ ਤੋਂ ਅੰਗ ਨੂੰ ਮਤਲਬ ਜੋੜਦੇ ਹੁੰਦੇ ਸੀਗੇ ਤੇ ਬੱਚਾ ਫਿਰ ਤੋਂ ਮਤਲਬ ਇਹ ਉਹ ਅੰਗ ਨੂੰ ਵਿੱਚ ਪਾ ਦਿੰਦੇ ਬੱਚੇ ਨੂੰ ਵੀ ਪਾ ਦਿੰਦੇ ਫਿਰ ਉਹ ਬੱਚੇ ਦੇ ਅੰਗ ਵਗੈਰਾ ਜੁੜ ਕੇ ਉਹ ਵਾਪਸ ਆ ਜਾਂਦਾ ਸੀ ਇਹ ਪੂਰੀ ਟਰਿਕ ਸੀਗੀ ਜਿਹੜੀ ਕਿ ਡੀ ਐਮ ਸੀ ਨਾਮ ਦਾ ਇੱਕ ਮਰਚਰਿਸ਼ਨ ਹੈ ਡਰਮਡ ਮਨੀ ਕੋਰਟਸ ਉਹਦੀ ਸੀਰੀਜ਼ ਹੈਗੀ ਨੈਟਫਲਿਕਸ ਤੇ ਉੱਤੇ ਉਹਦੇ ਵਿੱਚ ਉਹਨੇ ਸਾਰੀ ਐਕਸਪਲੇਨ ਕੀਤੀ ਸੀ ਤੇ ਉਹ ਸਟਿਲ ਉਹ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਚੀਜ਼ ਹੁੰਦੀ ਕਿੱਦਾਂ ਸੀਗੀ ਉਹਨਾਂ ਨੂੰ ਆਈਡੀਆ ਨਹੀਂ ਹੈਗਾ ਭਾਜੀ ਪੀਸੀ ਸਰਕਾਰ ਬਹੁਤ ਜ਼ਿਆਦਾ ਅਮੇਜ਼ਿੰਗ ਮੈਜੀਸ਼ੀਅਨ ਸੀਗੇ ਆਪਣੇ ਬਹੁਤ ਟਾਈਮ ਪਹਿਲਾਂ ਦੇ ਉਹਨਾਂ ਨੇ ਇਫ ਆਈ ਐਮ ਨਾਟ ਰੋਂਗ ਉਹਨਾਂ ਨੇ ਇੱਕ ਟ੍ਰੇਨ ਗਾਇਬ ਕੀਤੀ ਸੀ ਭਾਜੀ ਅੱਛਾ ਜੀ ਇੱਕ ਪੂਰੀ ਟ੍ਰੇਨ ਭਾਜੀ ਤਾਂ ਇਦਾਂ ਦੇ ਮੈਜੀਸ਼ੀਅਨਸ ਨੇ ਜਿਨ੍ਹਾਂ ਨੂੰ ਅੱਜ ਕੱਲ ਗੋਰੇ ਵਗੈਰਾ ਵੀ ਇਦਾਂ ਕਹਿੰਦੇ ਵੀ ਇਹ ਇਦਾਂ ਨੇ ਕਰ ਕਿਵੇਂ ਦਿੱਤਾ ਭਾਜੀ ਅੱਜ ਤੱਕ ਨਹੀਂ ਪਤਾ ਲੱਗਿਆ ਟ੍ਰੇਨ ਕਿਵੇਂ ਗਾਇਬ ਹੋਈ ਸੀ ਉਹਨਾਂ ਦੇ ਅਜੇ ਜਿਹੜੇ ਬੱਚੇ ਨੇ ਉਹ ਵੀ ਮੈਜਿਕ ਕਰ ਰਹੇ ਨੇ ਸੋ ਉਹ ਫਿਰ ਵੀ ਲੋਕਾਂ ਨੂੰ ਥੋੜਾ ਮੋਟਾ ਆਈਡੀਆ ਹੈਗਾ ਵੀ ਹਾਊ ਇਟ ਹੈਪਨਡ ਕਿਉਂਕਿ ਉਹਨਾਂ ਦੇ ਫਿਰ ਵੀ ਅਜੇ ਤੱਕ ਵੰਸ਼ ਹੈਗੇ ਨਹੀਂ ਆ ਰਵੀਲ ਹੋ ਚੁੱਕੇ ਵੈਸੇ ਭਾਈ ਟ੍ਰੇਨ ਕਿਦਾਂ ਗਿਆ ਨਹੀਂ ਭਾਜੀ ਨਹੀਂ ਭਾਜੀ ਉਹਨੂੰ ਵੀ ਨਹੀਂ ਪਤਾ ਨਹੀਂ ਮੈਂ ਤਾਂ ਭਾਜੀ ਅਸਲ ਚ ਚਲੋ ਸਟੱਡੀ ਕਰਦੇ ਪਾਜੀ ਸਸਤਾ ਸਾਰਾ ਕੁਝ ਸਾਡੇ ਕੰਮ ਹੀ ਹੈ ਸੁਣੋ ਮੈਂ ਤੁਹਾਨੂੰ ਇੰਟਰਸਟਿੰਗ ਟਰਿਕਸ ਦੱਸਦਾ ਰਹੂੰਗਾ ਤੇ ਕਈ ਟਰਿਕਸ ਇਦਾਂ ਦੀਆਂ ਨੇ ਜਿਹਦੇ ਵਿੱਚ ਫਾਰ ਐਗਜ਼ਾਮਪਲ ਆਪਾਂ ਟਰਿਕਸ ਦੇ ਉੱਤੇ ਜਾਂਦੇ ਪਾਜੀ ਮੈਨੂੰ ਲੱਗਦਾ ਨਾ ਮੈਂ ਜਿਹੜੇ ਵੀ ਲੋਕ ਘਰੇ ਬੈਠੇ ਆ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਡਿਫਰੈਂਟ ਟਾਈਪ ਦੇ ਟਰਿਕਸ ਭਾਜੀ ਹਿਊਮਨ ਐਕੁਅਰੀਅਮ ਕਹਿੰਦੇ ਓਨ ਉਹਨਾਂ ਨੇ 4 ਲੀਟਰ ਪਾਣੀ ਪੀਤਾ ਉਹਨਾਂ ਨੇ ਪਿਛਲੇ 36 ਘੰਟੇ ਕੁਝ ਨਹੀਂ ਖਾਦਾ 4 ਲੀਟਰ ਪਾਣੀ ਪੀਣ ਤੋਂ ਬਾਅਦ ਉਹਨਾਂ ਨੇ ਇੱਕ ਫਰੌਗ ਲੈਤਾ ਫਰੌਗ ਨੂੰ ਮੂੰਹ ਦੇ ਵਿੱਚ ਪਾਇਆ ਤੇ ਉਹ ਨਿਗਲ ਗਏ ਤੇ ਫਰੌਗ ਜਾ ਰਿਹਾ ਉਹਨਾਂ ਦੇ ਢਿੱਡ ਦੇ ਵਿੱਚ ਭਾਜੀ ਉਹ 4 ਲੀਟਰ ਪਾਣੀ ਵਿੱਚ ਹਿਊਮਨ ਐਕੁਅਰੀਮ ਵਾਂਗੂ ਤੈਰ ਰਿਹਾ ਇੱਕ ਬੰਦੇ 100 ਸਾਲ ਪਹਿਲਾਂ ਇੱਕ ਬੰਦੇ ਨੇ ਟ੍ਰਿਕ ਕ੍ਰੀਏਟ ਕੀਤੀ ਸੀਗੀ ਉਹ ਬੰਦੇ ਨੇ ਕਿਸੇ ਨੂੰ ਦੱਸਿਆ ਨਹੀਂ ਤੇ ਉਹ ਬੰਦੇ ਡੈਥ ਹੋ ਗਈ ਹੂੰ ਫਿਰ ਡਿਵਿਟ ਬਲੇ ਨੇ ਖੁਦ ਉਹ ਚੀਜ਼ ਸਾਰੀ ਲੰਬੀ ਵੀ ਕਿੱਦਾਂ ਕਿੱਦਾਂ ਕਰ ਸਕਦੇ ਹੁਣ ਉਹਨਾਂ ਨੇ ਡ੍ਰੇਕ ਵਗੈਰਾ ਕਾਫੀ ਲੋਕਾਂ ਦੇ ਸਾਹਮਣੇ ਇਹ ਚੀਜ਼ ਪਰਫਾਰਮ ਕੀਤੀ ਸੀਗੀ ਵੀ ਕੁਝ ਫਰੌਗਸ ਨੋਟਿਡ ਵਿੱਚ ਲੈ ਕੇ ਤੇ ਉਹ ਚੀਜ਼ ਕਰ ਰਹੇ ਆ ਮੈਂ ਕੀਤੀ ਪਾਜੀ ਇਹ ਚੀਜ਼ ਦੀ ਪ੍ਰੈਕਟਿਸ ਸੋ ਹਾਂ ਬਿਕੋਜ਼ ਉਹਨੇ ਮੈਂਸ਼ਨ ਕੀਤਾ ਸੀ ਵੀ ਇਹਨੂੰ ਆਪਾਂ ਕਿੱਦਾਂ ਕਰ ਸਕਦੇ ਆ ਮੈਂ ਕਿ ਚਲੋ ਕਰਕੇ ਦੇਖਦੇ ਆ ਨਹੀਂ ਉਹ ਟ੍ਰਿਕ ਹੀ ਸੀ ਮਤਲਬ ਪਾਣੀ ਪੀ ਲਿਆ ਅੰਦਰ ਫਰੌਗ ਚਲਾ ਗਿਆ ਰਿਗਰਗੇਟੇਸ਼ਨ ਕਹਿੰਦੇ ਭਾਜੀ ਇਹਨੂੰ ਰਿਗਰਗੇਟੇਸ਼ਨ ਦੂਜੀ ਸੈਂਸ ਤੇ ਆਪਾਂ ਇਹਨੂੰ ਵੋਮਿਟਿੰਗ ਵੀ ਕਹਿ ਸਕਦੇ ਆ ਟ੍ਰਿੱਕੀ ਹੋਈ ਇਹਦੇ ਇਹਦੇ ਟ੍ਰਿੱਕੀ ਹੋਈ ਇੱਕ ਤੁਸੀਂ ਕਦੇ ਉਹ ਦੇਖਿਆ ਕਈ ਵਾਰੀ ਤੁਸੀਂ ਮੇਲੇ ਚ ਗਏ ਹੋਵੋਗੇ ਤੇ ਇੱਕ ਬੰਦਾ ਹੋਊਗਾ ਜਿਹੜਾ ਬਹੁਤ ਸਾਰਾ ਪਾਣੀ ਪੀਂਦਾ ਤੇ ਫਿਰ ਬਹੁਤ ਸਾਰਾ ਕੋਈ ਕੈਰੋਸਿਨ ਪੀ ਲੈਂਦਾ ਫਿਰ ਉਹ ਬਹੁਤ ਸਾਰਾ ਵੀ ਅੱਗ ਦੇ ਨਾਲ ਦਾ ਕੈਰੋਸਿਨ ਇੱਕਦਮ ਸਾਰਾ ਕੈਰੋਸਿਨ ਬਾਹਰ ਕਰ ਦਿੰਦਾ ਹ ਅਗ ਲੱਗੀ ਹੁੰਦੇ ਉਹਨੂੰ ਬੁਝਾ ਦਿੰਦਾ ਜਾਂ ਫਿਰ ਦੋ ਰੰਗ ਦੇ ਪਾਣੀ ਪੀ ਲੈਂਦੇ ਆ ਆ ਡਾਡੋ ਨੂੰ ਕੱਢਦੇ ਭਾਜੀ ਉਹ ਸਾਰਾ ਕੁਝ ਸਟਮਕ ਦਾ ਇੱਕ ਕੰਟਰੋਲ ਹੀ ਹੈ ਹੂੰ ਸੋ ਇਦਾਂ ਦੇ ਕੁਝ ਫਰੌਗਸ ਹੁੰਦੇ ਆ ਜਿਹੜੇ ਕਿ ਵੈਨਮਸ ਨਹੀਂ ਹੁੰਦੇ ਜਿਨ੍ਹਾਂ ਦੇ ਵਿੱਚ ਜਿਹੜੇ ਤੁਹਾਡੀ ਬਾਡੀ ਦੇ ਅੰਦਰ ਚੱਲ ਵੀ ਜਾਣਗੇ ਤਾਂ ਉਹ ਤੁਹਾਡਾ ਕੁਝ ਇਫੈਕਟ ਨਹੀਂ ਕਰ ਸਕਦੇ ਉਹ ਜਿਹੜੇ ਕੁਝ ਫਰੌਗ ਸੀਗੇ ਉਹਨਾਂ ਨੇ ਕੁਝ ਉਹਦੇ ਤੇ ਰਿਸਰਚ ਕੀਤੀ ਆਪਦੀ ਬਾਡੀ ਨੂੰ ਉਸ ਯੋਗ ਬਣਾਇਆ ਵੀ ਉਹ 4 ਲੀਟਰ ਪਾਣੀ ਇਕੱਠੇ ਪੀ ਸਕਦੇ ਉਹਨੂੰ ਸਟੋਰ ਕਰ ਸਕਦੇ ਤੇ ਫਿਰ ਉਹਨੂੰ ਭਾਜੀ ਉਹ ਕੱਢਦੇ ਤੇ ਮੈਂ ਕਿਹਾ ਚਲੋ ਪੰਗਾ ਲੈ ਕੇ ਦੇਖਦੇ ਹਾਂ ਮੈਂ ਹੋਰ ਬਹੁਤ ਚੀਜ਼ਾਂ ਕਰ ਰਿਹਾ ਸੀਗਾ ਪਰ ਇਹ ਚੀਜ਼ਾਂ ਮੈਂ ਨਾਲੇ ਮੈਂ ਘਰੇ ਨਹੀਂ ਦੱਸਿਆ ਮੈਂ ਮੰਮੀ ਨੂੰ ਦੱਸ ਦਿੰਦਾ ਭਾਜੀ ਮੇਰੀ ਮੰਮੀ ਨੇ ਮਾਰ ਦੇਣੀ ਸੀ ਮੈਨੂੰ ਤੇ ਅ ਅਸੀਂ ਆਲੂ ਨੂੰ ਪਹਿਲਾਂ ਛਿਲਿਆ ਤੇ ਆਲੂ ਨੂੰ ਛੱਲਣ ਤੋਂ ਬਾਅਦ ਅਸੀਂ ਉਹਨੂੰ ਇੰਜੈਸਟ ਕੀਤਾ ਤੇ ਮੈਂ ਕਾਫੀ ਅੰਦਰ ਲੈ ਕੇ ਗਿਆ ਤੇ ਫਿਰ ਉਦੋਂ ਫਿਰ ਮੈਂ ਉਹਨੂੰ ਅ ਮੈਂ ਚੋਕ ਕਰ ਗਿਆ ਮਤਲਬ ਵੀ ਫਿਰ ਨਾਲ ਦੇ ਮੁੰਡੇ ਮੈਨੂੰ ਹੈਲਪ ਕਰ ਰਹੇ ਵੱਲੋਂ ਕਿਸੇ ਸਾਹਮਣੇ ਕੱਢਣ ਵਾਸਤੇ ਕਾਫੀ ਟਾਈਮ ਪ੍ਰੈਕਟਿਸ ਕੀਤੀ ਚਲੋ ਮੈਂ ਥੋੜਾ ਮੋਟਾ ਉਹ ਚੀਜ਼ ਨੂੰ ਸਹੀ ਕੀਤਾ ਵੀ ਹੁਣ ਠੀਕ ਹੈ ਮੈਂ ਕਿੱਦਾਂ ਕਰਨਾ ਤੇ ਫਿਰ ਆਇਆ ਫਰੌਗ ਦੀ ਅਸੀਂ ਉਦੋਂ ਮੀਂਹ ਪਈ ਜਾਂਦਾ ਸੀ ਭਾਜੀ ਆਸੇ-ਪਾਸੇ ਅਸੀਂ ਛੱਪੜ ਦੇ ਵਿੱਚੋਂ ਕੋਈ ਤਾਂ ਡੱਡੂ ਲੱਭ ਕੇ ਲਿਆ ਪੈਂਦੇ ਏਡਾ ਕ ਅੱਛਾ ਜੀ ਇਹ ਪੰਜਾਬ ਦੀ ਨਹੀਂ ਗੱਲ ਇਹ ਪੰਜਾਬ ਦੀ ਗੱਲ ਹੈ ਭਾਜੀ ਤੇ ਇਹ ਗੱਲ ਹੈਗੀ ਬਹੁਤ ਪਾਪੜ ਵੇਲੇ ਨੇ ਯਾਰ ਛੋਟੀ ਉਮਰ ਚ ਅੱਜ ਪੌਡਕਾਸਟ ਹੋ ਰਿਹਾ ਹੈ ਤੇ ਲੋਕਾਂ ਨੂੰ ਲੱਗਣਾ ਕਿ ਲੈ ਵੀ ਪਲੇਟ 'ਚ ਪੱਕੀ ਪਕਾਈ ਮਿਲ ਗਈ ਪਰ ਨਹੀਂ ਭਾਜੀ ਪਲੇਟ ਤਾਂ ਸਾਡੇ ਕੋਲ ਸੀ ਵੀ ਨਹੀਂ ਪਈ 13 ਸਾਲ ਦਾ ਸੀਗਾ 14 ਸਾਲ ਦਾ ਸੀ ਭਾਜੀ ਜਦੋਂ ਮੈਂ ਆ ਚੀਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਹਿਲੀ ਗੱਲ ਤਾਂ ਮੇਰਾ ਬਾਡੀ ਉਸ ਟਾਈਮ ਤੇ ਏਡੀ ਜ਼ਿਆਦਾ ਗਰੋ ਨਹੀਂ ਹੋਈ ਸੀ ਕਿ ਮੈਂ ਚੀਜ਼ ਨੂੰ ਕਰ ਪਾਉਂਦਾ ਪਰ ਚਲੋ ਆ ਸਾਰਾ ਪਹਿਲੀ ਗੱਲ ਤਾਂ ਜਦੋਂ ਮੈਂ ਪਹਿਲੀ ਵਾਰ ਡੱਡੂ ਨੂੰ ਐ ਕਰ ਰਿਹਾ ਉਹ ਮੈਂ ਆਪਦੇ ਅੱਖਾਂ ਦੇ ਸਾਹਮਣੇ ਰੱਖਿਆ ਉਹ ਡੱਡੂ ਐਦਾਂ ਮੇਰੇ ਵੱਲ ਦੇਖਿਆ ਵੀ ਨੋ ਹੀ bro ਨਹੀਂ 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 ਐਦਾਂ ਨਹੀਂ ਤੂੰ ਕਰ ਸਕਦਾ ਪਰ ਮੈਂ ਆਲਮੋਸਟ 2-3 ਵਾਰੀ ਉਹਨੂੰ ਟਰਾਈ ਕੀਤਾ ਮੂਝ ਪਾਉਣ ਵਾਸਤੇ ਮੈਂ ਨਹੀਂ ਪਾ ਪਾਇਆ ਅਰਕਤੋਂ ਦੇ ਭਜੀ ਬੰਦੇ ਨੂੰ ਐਂਡ ਆਫ ਦਿ ਡੇ ਮੈਂ ਇੱਕ ਵਾਰੀ ਟਰਾਈ ਕੀਤਾ ਬਟ ਡਡੂ ਨੂੰ ਮੂੰਹ ਦੇ ਵਿੱਚ ਰੱਖਿਆ ਫਿਰ ਕੀ ਸੀਗਾ ਡਡੂ ਦਾ ਤੁਸੀਂ ਮੂੰਹ ਥੱਲੇ ਨੂੰ ਰੱਖਦੇ ਹੋ ਨਾ ਉਹਦੀ ਬਾਹਾਂ ਐਦਾਂ ਹੁੰਦੀਆਂ ਤਾਂ ਉਹ ਸਿਰਫ ਫਰੰਟ ਨੂੰ ਐਦਾਂ ਛਾਲ ਮਾਰ ਸਕਦਾ ਬੈਕ ਨੂੰ ਨਹੀਂ ਮਾਰ ਸਕਦਾ ਕਿਉਂ ਐ ਮਨ ਨੂੰ ਮੂੰਹ ਦੇ ਵਿੱਚ ਰੱਖਿਆ ਤੇ ਉਹ ਥੱਲੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਡਰਿਆ ਮੈਂ ਇੱਕਦਮ ਚੋਕ ਕੀਤਾ ਤੇ ਮੈਂ ਉਹਨੂੰ ਬਾਹਰ ਕੱਢਤਾ ਹੌਲੀ ਹੌਲੀ ਪ੍ਰੈਕਟਿਸ ਕਰਕੇ ਮੈਂ ਉਹਨੂੰ ਇੱਕ ਦਿਵਾਰੀ ਸਹੀ ਵੀ ਕਰ ਲਿਆ ਫਿਰ ਨਾ ਆਪਣੇ ਕੁਝ ਸਿੰਗਰ ਨੇ ਮੇਰੇ ਕੁਝ ਫਰੈਂਡਸ ਸੀਗੇ ਮਨ ਨੂੰ ਕਿਹਾ ਮੈਂ ਕੋਈ ਨਵੀਂ ਚੀਜ਼ ਸਿੱਖਿਆ ਤਾਂ ਮੈਂ ਦਿਖਾਵਾਂ ਮੈਂ ਉਹਨੂੰ ਸਹੀ ਇੱਕ ਵਾਰੀ ਥੋੜਾ ਜਿਹਾ ਟਾਈਮ ਆਪਣੇ ਕੋਲ ਰੱਖਿਆ ਬਹੁਤ ਡਿਫਿਕਲਟ ਸੀਗਾ ਉਸ ਟਾਈਮ ਤੇ ਹੌਲੀ ਹੌਲੀ ਕਰਕੇ ਮੈਂ ਗੱਲ ਕਰ ਰਿਹਾ ਸੀ ਤੇ ਮੈਂ ਇੱਧਰ ਇੱਧਰ ਜਾ ਰਿਹਾ ਸੀਗਾ ਨਾ ਪੂਰਾ ਸਟੈਫ ਹੋ ਕੇ ਅਸੀਂ ਬੈਠੇ ਸੀ ਸਟਾਰਬਕਸ ਮਹਾਲੀ ਤੇ ਸਟਾਰਬਕਸ ਦੇ ਵਿੱਚ ਪਰ ਇਹ ਮੇਰੀ ਗੱਲ ਹੈ ਕਿ ਜਦੋਂ ਮੈਂ 17 18 ਸਾਲ 18 ਸਾਲਾਂ ਦਾ ਸੀਗਾ ਸ਼ਾਇਦ ਉਸ ਟਾਈਮ ਤੇ ਕਈ ਸਾਲ ਲੱਗੇ ਸੀ ਮੈਨੂੰ ਇਹਨੂੰ ਸਹੀ ਥੋੜਾ ਜਿਹਾ ਸਹੀ ਕਰਨ ਦੇ ਵਿੱਚ ਤੇ ਮੈਂ ਜਦੋਂ ਉਹਨਾਂ ਨੇ ਕਾਫੀ ਪੀ ਲਈ ਤੁਸੀਂ ਅੱਜ ਤਾਂ ਨਹੀਂ ਡੱਡੂ ਪੁੱਛੋ ਗੱਡੂ ਨਹੀਂ ਨਹੀਂ ਪਤੀ ਅੱਜ ਨਹੀਂ ਅੱਜ ਨਹੀਂ ਮੈਂ ਘਟਣ ਲੱਗਾ ਅੱਜ ਨਹੀਂ ਮੈਂ ਘਟਣ ਲੱਗਾ ਪਰ ਹਾਂ ਸੱਤੀ ਢਿੱਲੋਂ ਭਾਜੀ ਉਹ ਵੀਡੀਓਜ਼ ਵਗੈਰਾ ਬਣਾਉਂਦੇ ਤਾਂ ਉਹਨਾਂ ਨਾਲ ਮੈਂ ਉੱਥੇ ਬੈਠਾ ਸੀਗਾ ਉਹਨਾਂ ਨੇ ਆਪਦੀ ਕਾਫੀ ਖਤਮ ਕਰ ਲਈ ਉਹਨਾਂ ਨੂੰ ਕਿਹਾ ਮੈਂ ਖਾਸ ਤਰ੍ਹਾਂ ਕੀ ਦਿਖਾਉਣਾ ਚਾਹੁੰਦਾ ਸੀ ਮਤਨ ਦਿਖਾਉਣਾ ਤੇ ਮੈਂ ਬੋਲ ਵੀ ਰਿਹਾ ਮੈਂ ਕਾਫੀ ਉਹਨਾਂ ਦੀ ਜਿਹੜੀ ਖਤਮ ਸੀਗੀ ਮੈਂ ਇਦਾਂ ਆਪਦਾ ਗਲਾ ਥੋੜਾ ਐਡਜਸਟ ਕੀਤਾ ਤੇ ਮੈਂ ਫਰੌਗ ਉਹਦੇ ਵਿੱਚ ਕੱਢਤਾ ਭਾਜੀ ਉਹ ਵੀ ਆਸੇ ਪਾਸੇ ਉੱਠ ਕੇ ਜਿੰਨੇ ਵੀ ਸਾਡੇ ਕੋਲ ਸਾਰੇ ਸੀਗੇ ਭੱਜਣ ਲੱਗੇ ਇੱਧਰ ਉੱਧਰ ਸਟਾਰਬਕਸ ਦੇ ਜਿਹੜੇ EMPLOYEES ਸੀਗੇ ਉਹ ਇੱਧਰ ਆ ਕੇ ਕਹਿੰਦੇ ਹੋ ਕੀ ਰਿਹਾ ਡੱਡੂ ਕਿੱਥੋਂ ਆਇਆ ਕੀ ਹੋ ਰਿਹਾ ਸਾਰਾ ਫਿਰ ਉਹਨਾਂ ਨੇ ਮੈਨੂੰ ਉੱਥੇ ਫ੍ਰੀ ਕਾਫੀ ਦਿੱਤੀ ਪਰ ਜਦ ਮੈਂ ਸੈਕਿੰਡ ਟਾਈਮ ਇਹ ਟ੍ਰਿਕ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਵੀ ਮੇਰੇ ਕੋਲ ਕੁਝ ਫਰੈਂਡਸ ਸੀਗੇ ਜਿਹੜੀ ਗੀਟ MP3 ਦੀ ਸਾਰੀ ਟੀਮ ਭਾਜੀ ਇਸ ਤੋਂ ਨਾਲ ਕੁਲ ਗਏ ਤੇ ਅਸੀਂ ਉਹਨਾਂ ਨਾਲ ਇਹ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਕੀ ਹੋਇਆ ਉਹ ਫਰੌਗ ਜਿਹੜਾ ਸੀਗਾ ਉਹਨੇ ਮੇਰੇ ਅੰਦਰ ਜਦੋਂ ਮਨ ਨੂੰ ਮੂੰਹ ਦੇ ਵਿੱਚ ਰੱਖਣ ਦੀ ਕੋ ਕਾਈਂਡ ਆਫ ਫੋੜੇ ਬਣਨੇ ਸਟਾਰਟ ਹੋ ਗਏ ਤੇ ਫਿਰ ਮੈਂ ਹਸਪੀਟਲਾਈਜ਼ ਸੀਗਾ ਕੁਝ ਟਾਈਮ ਵਾਸਤੇ ਸੋ ਉਸ ਤੋਂ ਬਾਅਦ ਮੈਂ ਉਹ ਟ੍ਰਿਕ ਇੱਕ ਵਾਰੀ ਨਹੀਂ ਕੀਤੀ ਬਿਕਾਜ਼ ਮੈਨੂੰ ਇਦਾਂ ਸੀਗਾ ਵੀ ਜਦੋਂ ਵੈਗਰੂ ਮੇਰ ਰੱਖਿਆ ਮੈਂ ਸੀਰੀਜ਼ ਬਣਾਉਣੀ ਪਈ ਇੱਕ ਪ੍ਰੋਪਰ ਜੋ ਸੀਰੀਜ਼ ਦੇ ਵਿੱਚ ਮੈਂ ਪ੍ਰੋਪਰ ਟੀਮ ਦੇ ਨਾਲ ਇਦਾਂ ਦੀ ਚੀਜ਼ਾਂ ਕਰੂੰਗਾ ਜਾਨੀ ਕਿ ਲਾਈਫ ਥ्रेटनिंग ਨਹੀਂ ਕੱਲੇ ਨਹੀਂ ਕਰੂੰਗਾ ਕਿ ਦੁਆਰਾ ਮਤਲਬ ਲੈਣਾ ਫਰੌਗ ਮੂੰਹ ਚ ਦੁਆਰਾ ਫੌਰ ਸ਼ਰਪਾ ਜੀ ਨਾ ਕੁਝ ਹੋਰ ਕਰਾਂਗੇ ਭਾਜੀ ਫਰੌਗ ਨੂੰ ਛੱਡੋ ਜਿਵੇਂ ਹਾਥੀ ਤਾਂ ਨਹੀਂ ਮੂੰਹ ਚ ਪਾ ਲੂੰਗਾ ਨਹੀਂ ਭਾਜੀ ਮੈਂ ਕਿ ਜਿਵੇਂ ਟ੍ਰੇਨ ਕੀਤੀ ਸੀ ਗੈਪ ਉਹਨਾਂ ਨੇ ਉਵੇਂ ਤੁਸੀਂ ਵੀ ਕੋਈ ਇਤਿਹਾਸ ਬਣਾਉਂਗੇ ਅਨਮੋਲ ਨਾਮ ਦੇ ਕਰਦੇ ਨੇ ਕੁਝ ਨਾ ਕੁਝ ਪਜੀ ਡਿਫਰੈਂਟ ਕਰਾਂਗੇ ਮਤਲਬ ਜਿਵੇਂ ਇਹ ਤਾਂ ਉਹਨਾਂ ਨੇ ਕਰਤੀ ਉਸ ਟਾਈਮ ਤੇ ਕੀ ਸੀ ਕਿ ਇੱਕ ਨਵੇਂ ਨਵੇਂ ਸਿੱਖੇ ਸੀ ਮੇਰੇ ਆਈਡਲ ਸੀ ਕਿ ਜਿਹੜੋ ਕੁਛ ਉਹਨਾਂ ਨੇ ਕੀਤਾ ਮੈਂ ਉਹ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਹੁਣ ਭਾਜੀ ਕੁਝ ਡਿਫਰੈਂਟ ਕਰਾਂਗੇ ਇਹ ਜਿਹਾ ਜਿਹਾ ਆਈਡੀਆਜ਼ ਨੇ ਨਾ ਭਾਜੀ ਇੱਕ ਚਲੋ ਮੈਂ ਸਾਰੀ ਟ੍ਰਿਕ ਨਹੀਂ ਦੱਸੂਗਾ ਪਰ ਇੱਕ ਨੈਟਫਲ ਮੈਂ ਇਹ ਟ੍ਰਿਕ ਕਿਉਂ ਦੱਸ ਰਿਹਾ ਬਿਕੋਜ਼ ਮੈਂ ਸਿੱਧੂ ਵੀਰੇ ਨਾਲ ਸੋਚੀ ਸੀ ਸਿੱਧੂ ਮੂਸੇਵਾਲੇ ਨਾਲ ਸਿੱਧੂ ਹਾਂਜੀ ਸਿੱਧੂ ਭਾਜ ਨੇ ਲੋਕ ਨਕਸਰ ਕਹਿੰਦੇ ਨੇ ਕਿ ਤੁਸੀਂ ਹਰ ਪੋਡਕਾਸਟ ਉਦਾ ਜ਼ਿਕਰ ਕਿਉਂ ਕਰਦੇ ਹੋ ਪਰ ਮੈਨੂੰ ਲੱਗਦਾ ਕਿ ਜ਼ਿਕਰ ਹੋ ਜਾਂਦਾ ਬਾਈ ਕੋ ਕਰਦਾ ਕੋਈ ਵੀ ਨਹੀਂ ਇੱਕ ਪਾਸੋਂ ਯੂਥ ਕਹਿੰਦੀ ਆ ਤੁਸੀਂ ਇਨਸਾਫ ਨਹੀਂ ਮੰਗਦੇ ਤੇ ਜਦੋਂ ਮੇਰੇ ਵਰਗਾ ਹਰ ਵੀਡੀਓ ਚ ਇਨਸਾਫ ਮੰਗਦਾ ਫਿਰ ਕਹਿੰਦੇ ਨੇ ਨਾਮ ਲੈ ਕੇ ਮਸ਼ਹੂਰ ਹੁੰਦੀ ਕੋਸ਼ਿਸ਼ ਕਰ ਰਹੇ ਬੰਦਾ ਮਤਲਬ ਇਹਨਾਂ ਦੇ ਨਾਲ ਚੱਲੇ ਕਿਵੇਂ ਹਾਂਜੀ ਭਾਜੀ ਹੁਣ ਕੀ ਹੋਇਆ ਮੈਂ ਨਾ ਇੰਗਲਿਸ਼ ਚ ਗੱਲ ਕਰ ਰਿਹਾ ਸੀਗਾ ਆਪਣੀ ਇੱਕ ਵੀਡੀਓ ਦੇ ਵਿੱਚ ਤਾਂ ਮੁੰਡੇ ਮੈਨੂੰ ਕਹਿ ਰਹ ਉਸ ਤੋਂ ਬਾਅਦ ਜਦੋਂ ਮੈਂ ਪੰਜਾਬੀ ਚ ਗੱਲ ਕਰ ਰਿਹਾ ਸੀਗਾ ਫਿਰ ਮੈਨੂੰ ਉਥੋਂ ਦੇ ਲੋਕ ਕਹਿ ਰਹੇ ਵੀ ਇਹਨੂੰ ਇੰਗਲਿਸ਼ ਨਹੀਂ ਬੋਲੀ ਆਉਂਦੀ ਬਿਲਕੁਲ ਸਹੀ ਗੱਲ ਕੁਝ ਨਾ ਕੁਝ ਤਾਂ ਲੋਕ ਕਰਦੇ ਹੀ ਰਹਿੰਗੇ ਬਹੁਤ ਬਹੁਤ ਸੋ ਆਪਾਂ ਧਿਆਨ ਨਹੀਂ ਦੇਣਾ ਉਹਨਾਂ ਉੱਤੇ ਬਟ ਹਾਂ ਐਂਡ ਆਫ ਦਿ ਡੇ ਮੇਰਾ ਪਹਿਲਾ ਐਪੀਸੋਡ ਸੀਗਾ ਭਾਜੀ ਮੈਂ ਸਿੱਧੂ ਵੀਰ ਨਾਲ ਮੇਰੀ ਕਦੇ ਗੱਲ ਨਹੀਂ ਹੋਈ ਮੈਂ ਉਹਨਾਂ ਨੂੰ ਕਦੇ ਮਿਲਿਆ ਨਹੀਂ ਸੀਗਾ ਪਰ ਮੈਨੂੰ ਨਾ ਪਤਾ ਨਹੀਂ ਕਿਉਂ ਮੇਰੇ ਕੁਝ ਕਾਮਨ ਫਰੈਂਡਸ ਨੇ ਜਿਵੇਂ ਕਿ ਗਿੱਲਰੋਂਤਾ ਵੀਰਾ ਹੋ ਗਏ ਫਿਰ ਹੋਰ ਕੁਝ ਤਾਂ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ ਸੀ ਕਹਿੰਦੇ ਮੂਲ ਤੂੰ ਐਦਾਂ ਦਾ ਆਈਡੀਆ ਦੇ ਸਿੱ ਜਿਹੜੀ ਕੋਈ ਖੁਦ ਵੀ ਲੈ ਕੇ ਆ ਸਕਦੇ ਆ ਰਿਵੋਲਵਰ ਦੇ ਵਿੱਚ ਆਪਾਂ ਇੱਕ ਬੁਲੇਟ ਪਾਵਾਂਗੇ ਉਹਨੂੰ ਬੰਦ ਕਰਾਂਗੇ ਉਹਨੂੰ ਰੋਟੇਟ ਕਰਾਂਗੇ ਫਿਰ ਮੈਂ ਉਹਨਾਂ ਨੂੰ ਕਹੂੰਗਾ ਮੈਂ ਆਲਰੇਡੀ ਇੱਕ ਪਹਿਲਾਂ ਤੋਂ ਪ੍ਰੈਡਿਕਸ਼ਨ ਲੈ ਕੇ ਰੱਖ ਰਹੇ ਹੁਣ ਮੈਂ ਇਹ ਟ੍ਰਿਕ ਦੱਸ ਰਿਹਾ ਬਿਕੋਜ਼ ਮੈਨੂੰ ਨਹੀਂ ਪਤਾ ਮੈਂ ਸ਼ਾਇਦ ਕਿਸੇ ਹੋਰ ਨਾਲ ਕਰ ਵੀ ਪਾਉਂਗਾ ਕਿ ਨਹੀਂ ਅ ਜਿਹੜੀ ਟ੍ਰਿਕ ਉਹਨਾਂ ਵਾਸਤੇ ਬਣੀ ਹੈ ਭਾਜੀ ਮੈਂ ਕਿਸੇ ਹੋਰ ਨਾਲ ਕਿੱਦਾਂ ਕਰ ਸਕਦਾ ਹਾਂ ਜਸਟ ਲਾਈਕ ਦੈਟ ਹੈਨਾ ਉਹ ਮੈਨੂੰ ਸ਼ੂਟ ਕਰਨਗੇ ਵਾਰੀ ਵਾਰੀ ਡਿਫਰੈਂਟ ਡਿਫਰੈਂਟ ਅੰਗ ਦੇ ਉੱਤੇ ਰਿਵੋਲਵਰ ਦੇ ਵਿੱਚ ਇੱਕ ਬੁਲੇਟ ਆ ਉਹਨਾਂ ਨੇ ਰੋਟੇਟ ਕੀਤੀ ਆਪਾਂ ਨੂੰ ਨਹੀਂ ਪਤਾ ਬੰਦੂਕ ਦੀ ਗ ਉਹ ਮੇਰੀ ਵਜ ਦੀ ਫਾਰ ਐਗਜ਼ਾਮਪਲ ਮੰਨ ਕੇ ਚੱਲੋ ਵੀ ਇੱਥੇ ਛਾਤੀ ਦੇ ਉੱਤੇ ਇੱਥੇ ਮੈਂ ਕਿਦਾਂ ਥੱਲੇ ਜਦੋਂ ਗੋਲੀ ਵਾਜ ਜਾਂਦੀ ਆ ਉਸ ਤੋਂ ਬਾਅਦ ਫਿਰ ਮੈਂ ਪ੍ਰੇਡਿਕਸ਼ਨ ਨੂੰ ਖੋਲਦਾ ਜਦੋਂ ਪ੍ਰੇਡਿਕਸ਼ਨ ਨੂੰ ਖੋਲਦਿਆਂ ਨਾ ਭਾਜੀ ਉਹਦੇ ਵਿੱਚ ਆਲਰੇਡੀ ਇੱਕ ਪ੍ਰੇਡਿਕਸ਼ਨ ਲਿਖੀ ਹੁੰਦੀ ਹੈ ਜਿਹਦੇ ਵਿੱਚ ਮੇਰੀ ਫੋਟੋ ਬਣੀ ਹੁੰਦੀ ਹੈ ਤੇ ਇੱਕ ਛੋਟਾ ਜਿਹਾ ਕ੍ਰੋਸ ਹੁੰਦਾ ਵੀ ਇਹਦੇ ਉੱਤੇ ਵੀ ਮੈਨੂੰ ਪਤਾ ਸੀ ਐਗਜ਼ੈਕਟਲੀ ਇੱਥੇ ਹੋਊਗਾ ਮੇਰੇ ਕੋਈ ਬੁਲੇਟ ਪ੍ਰੂਫ ਵੈਸਟ ਨਹੀਂ ਪਾਇਆ ਭਾਜੀ ਕੁਝ ਨਹੀਂ ਪਾਇਆ ਜਸਟ ਇੱਥੇ ਇੱਕ ਛੋਟਾ ਜਿਹਾ ਮੈਟਲ ਦਾ ਪੀਸ ਪਿਆ ਜਿਹੜਾ ਕਿ ਉਹ ਗੋਲੀ ਨੂੰ ਰੋਕ ਲੈਂਦਾ ਸੋ ਇੱਕ ਪ੍ਰੈਡਿਕਸ਼ਨ ਸੀ ਕਿ ਮੈਨੂੰ ਪਤਾ ਸੀ ਵੀ ਗੋਲੀ ਇੱਥੇ ਚੱਲੂਗੀ ਤੇ ਹਰ ਵਾਰ ਉਹ ਅੰਗ ਡਿਫਰੈਂਟ ਆਪ ਚੂਜ਼ ਕਰ ਰਹੇ ਸੀ ਭਾਈ ਇਦਾਂ ਦੀਆਂ ਟ੍ਰਿਕਸ ਨੇ ਸਾਰੀ ਸੀਰੀਜ਼ ਦੇ ਵਿੱਚ ਇਹ ਪ੍ਰੈਡਿਕਸ਼ਨ ਸੱਚੀ ਕਿੱਦਾਂ ਹੁੰਦੀ ਹੈ ਬਾਈ ਆਪਣੇ ਕੋਲੇ ਖੋਣੀ ਇੱਥੇ ਪਈ ਹੈ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਪੱਸੀ ਮੇਰਾ ਮੈਨੂੰ ਵੈਸੇ ਥੋੜਾ ਜਿਆਦਾ ਤੁਹਾਡੇ ਨਾਲ ਨਾ ਪੋਡਕਾਸਟ ਤੋਂ ਪਹਿਲਾਂ ਥੋੜਾ ਜਿਆਦਾ ਮੈਂ ਨਰਵਸ ਵੀ ਸੀਗਾ ਹਾਂਜੀ ਭਾਜੀ ਕਿ ਤੁਸੀਂ ਸਾਰੇ ਪੇਤ ਖੋਲ ਦਿੰਨੇ ਹੋ ਨਹੀਂ ਨਹੀਂ ਭਾਜੀ ਐਦਾਂ ਐਦਾਂ ਨਹੀਂ ਮੇਰੀ ਕੀ ਹੈ ਮੈਂ ਨਾਰਮਲੀ ਹਮੇਸ਼ਾ ਲੋਕਾਂ ਨੂੰ ਕਹਿੰਦਾ ਹਾਂ ਨਾ ਵੀ ਠੀਕ ਹੈ ਤੁਸੀਂ ਨਾ ਕਿਤੇ ਨਾ ਕਿਤੇ ਕੁਝ ਵੀ ਲੈ ਕੇ ਰੱਖ ਦੋ ਜਿਵੇਂ ਫਾਰ ਐਗਜ਼ਾਮਪਲ ਜੇ ਕੋਈ ਮੇਰੇ ਤੋਂ ਕੁਝ ਪ੍ਰੈਡਿਕਟ ਕਰਵਾਉਣਾ ਚਾਹੁੰਦਾ ਹੈ ਸਮਥਿੰਗ ਲਾਈਕ ਦੈਟ ਕਿਉਂਕਿ ਮੈਂ ਤਾਂ ਕਿ ਪ੍ਰਾਈਵੇਸੀ ਨੂੰ ਇਨਵੇਡ ਨਾ ਕਰਾਂ ਕੀ ਹੁੰਦਾ ਮੈਨੂੰ ਤੁਸੀਂ ਸੱਚੀ ਪੜ ਲੰਨੇ ਹੋ ਬਾਈ ਆਪ ਮਾਈਂਡ ਰੀਡਿੰਗ ਕੀ ਹੈ ਉਹ ਇਦਾਂ ਇੱਕ ਕਮਰਸ਼ੀਅਲ ਨਾਮ ਆ ਵੀ ਮੈਂ ਲੋਕਾਂ ਨੂੰ ਕਹਿੰਦਾ ਵੀ ਠੀਕ ਆ ਮੈਂ ਤੁਹਾਡੇ ਮਾਈਂਡ ਨੂੰ ਰੀਡ ਕਰ ਰਿਹਾ ਪਰ ਮਾਈਂਡ ਅਸਲ ਵਿੱਚ ਕੋਈ ਚੀਜ਼ ਨਹੀਂ ਹੁੰਦੀ ਜਿਵੇਂ ਕਿ ਇੱਕ ਜੇ ਮੈਂ ਤੁਹਾਨੂੰ ਕਹਾਂ ਐਕਸਪ੍ਰੈਸ਼ਨਸ ਐਕਸਪ੍ਰੈਸ਼ਨਸ ਰਾਈਟ ਨੋ ਹਰ ਪਰਸਨ ਦੇ ਮੂੰਹ ਤੇ ਆ ਰਹੀ ਹੈ ਮਾਈਂਡ ਅਸਲ ਵਿੱਚ ਕੋਈ ਚੀਜ਼ ਹੀ ਨਹੀਂ ਹੁੰਦੀ ਇੱਕ ਇਦਾਂ ਦੀ ਲੋਕੇਸ਼ਨ ਆ ਜਿਹੜੇ ਕਿ ਆਪਣਾ ਮਾਈਂਡ ਖੁਦ ਆਪਣਾ ਦਿਮਾਗ ਖੁਦ ਕ੍ਰੀਏਟ ਕਰਦਾ ਹੈ ਉਸ ਐਕਸਪ੍ਰੈਸ਼ਨਸ ਪੜਦੇ ਆਪਾਂ ਐਕਸਪ੍ਰੈਸ਼ਨਸ ਪੜਦੇ ਆਂ ਭਾਜੀ ਮੈਂ ਉਹਨਾਂ ਦੀ ਬੋਡੀ ਲੈਂਗੁਏਜ ਪੜਦਾ ਕਿ ਵੀ ਸਹੀ ਵੀ ਹੋ ਜਾਂਦੀ ਹੈ ਕਦੇ-ਕਦੇ ਬਹੁਤ ਇੱਕ ਅੱਧੀ ਵ ਜਿਹੜੇ ਲੋਕ ਹਾਂ ਬਿਲਕੁਲ ਜੋ ਮਰਜ਼ੀ ਕਰੋ ਬਾਈ ਬਸ ਐਦਾਂ ਦਾ ਅਸੀਂ ਨਾਮ ਨਹੀਂ ਲਵਾਵਾਂਗੇ ਕਿਸੇ ਨਾਮ ਨਹੀਂ 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 ਕਿਉਂਕਿ ਮੈਂ ਤਾਂ ਬਾਈ ਕਿਸੇ ਦੀ ਫੀਲਿੰਗਸ ਹਰਟ ਕਰਕੇ ਰਾਜੀ ਨਹੀਂ ਬਿਲਕੁਲ ਕਿਉਂਕਿ ਜਿਹੜਾ ਦੇਖੋ ਬਦਲਿਆ ਉਹ ਜਾਂਦਾ ਜਿਹੜਾ ਬਦਲਣਾ ਚਾਵੇ ਹਾਂਜੀ ਜਿਹਨੇ ਨਹੀਂ ਬਦਲਣਾ ਹਾਂ ਜਿੱਦਾਂ ਮੇਰੀ ਵਾਹਿਗੁਰੂ 'ਚ ਆਸਥਾ ਹੈ ਨਾ ਪ੍ਰਭੂ ਰਾਮ 'ਚ ਆਸਥਾ ਹੈ ਤਾਂ ਮੇਰੇ ਲਈ ਰੱਬ ਦੀ ਪਰਿਭਾਸ਼ਾ ਹੋਰ ਹੈ ਬਿਲਕੁਲ ਬਿਲਕੁਲ ਮੇਰੇ ਲਈ ਰੱਬ ਉਹ ਹੈ ਕਿ ਅ ਰੱਬ ਦੀ ਡੈਫੀਨੇਸ਼ਨ ਮੇਰੇ ਲਈ ਉਹ ਹੈ ਕਿ ਦੁਨੀਆ ਦੇ ਵਿੱਚ ਇਹ ਸਾਰੀ ਦੁਨੀਆ ਨੂੰ ਰੱਬ ਚਲਾ ਰਿਹਾ ਹਾਂਜੀ ਕਈ ਵਾਰ ਲੋਕ ਉਹਨੂੰ ਵੀ ਗਲਤ ਕਹਿੰਦੇ ਨੇ ਸਾਡੀ ਤੌਕਾਤੀ ਕੀ ਹੈ ਤਾਂ ਉਹਦਾ ਇੱਕ ਨਾਮ ਹੈ ਉਹ ਫੀਲ ਹੁੰਦਾ ਵਾ ਜਦੋਂ ਤੁਹਾਨੂੰ ਤੁੱਖਾ ਹੁੰਦਾ ਹੈ ਤੁਹਾਡੇ ਨਾਲ ਬੁਰਾ ਹੁੰਦਾ ਤਾਂ ਤੁਹਾਨੂੰ ਫੀਲਿੰਗ ਨਹੀਂ ਆਂਦੀ ਅੰਦਰੋਂ ਕਿ ਮੇਰੇ ਨਾਲ ਕਿਉਂ ਹੋ ਰਿਹਾ ਉਹ ਆਪਾਂ ਕਿੰਨੂੰ ਪੁੱਛਦੇ ਆ ਕਿ ਮੇਰੇ ਨਾਲ ਕਿਉਂ ਹੋ ਰਿਹਾ ਰੱਬ ਨੂੰ ਰੱਬ ਨੂੰ ਉਹ ਭਾਵੇਂ ਕਹਿ ਲੋ ਅੰਦਰ ਹੈ ਤੇ ਭਾਵੇਂ ਕਹਿ ਲੋ ਕਿ ਉਹ ਨੇਚਰ ਚ ਇਕਮੰਗਰ ਪਾਜੀ ਰੱਬ ਤਾਂ ਇੱਕੋ ਹੀ ਹੈ ਪਾਜੀ ਮਤਲਬ ਇਹ ਨਾਂਸਰ ਰੈਟਡ ਮੈਂ ਸਵੇਰੇ ਉੱਠ ਕੇ ਪਾਜੀ ਪਾਠ ਕਰਦਾ ਮੈਂ ਹਰਿਮਾਨ ਚਲੀਸਾ ਕਰਦਾ ਪਹਿਲਾਂ ਤੇ ਫਿਰ ਪਾਜੀ ਮਨਜਪੀ ਸਾਬ ਕਰਦਾ ਦੋਵੇਂ ਕਰਦਾ ਪਾਜੀ ਵੀ ਇਦਾਂ ਕੋਈ ਆਰਡਰ ਦਾ ਅੱਗੇ ਪਿੱਛੇ ਨਹੀਂ ਪਰ ਮੈਂ ਦੋਵੇਂ ਚੀਜ਼ਾਂ ਕਰਦਾ ਪਾਜੀ ਮੇਰਾ ਵਿਸ਼ਵਾਸ ਪਾਜੀ ਕੋਈ ਜਦੋਂ ਉਹਨਾਂ ਨੇ ਖੁਦ ਹੀ ਕਿਹਾ ਤਾਂ ਵੀ ਇੱਕਮੰਗਰ ਪਾਜੀ ਆਪਾਂ ਕੌਣ ਹੋਣੇ ਐਡਡ ਕਰਨ ਵਾਲੇ ਹਨ ਪਾਜੀ ਪਹਿਲਾਂ ਮੈਂ ਮੈਂ ਸੋਚਦਾ ਹੁੰਦਾ ਕਿ ਜਿਹੜੇ ਮਾਈਂਡ ਰੀਡ ਕਰਦੇ ਨੇ ਨਾ ਇਹ ਪਹਿਲਾਂ ਹਿਸਟਰੀ ਜਾਣ ਲੈਂਦੇ ਨੇ ਤੁਹਾਡੀ ਚੰਗੀ ਤਰ੍ਹਾਂ ਜਦੋਂ ਮਾਈਂਡ ਰੀਡ ਕਰਦੇ ਨੇ ਇਦਾਂ ਦਾ ਕੁਝ ਹੁੰਦਾ ਨਹੀਂ ਪਾਜੀ ਨਹੀਂ ਮੈਂ ਇਹ ਪਹਿਲਾਂ ਦੱਸਦਾ ਕਿ ਮੈਂ ਇਹਦੇ ਵਿੱਚ ਕੋਈ ਬਾਇਸ ਨਹੀਂ ਹੋਊਂਗਾ ਔਰ ਮੈਂ ਮਤਲਬ ਦਿਨੋਂ ਸਭ ਨੂੰ ਪਤਾ ਮੇਰੀ ਨੇਚਰ ਦਾ ਮੈਂ ਮੈਂ ਤਾਂ ਗਲਤ ਹੋਣ ਤੇ ਆਪਣੇ ਘਰਦਿਆਂ ਦੇ ਵੀ ਖਿਲਾਫ ਖੜ੍ਹਦ ਜਾਊਂਗਾ ਕਿ ਤੁਸੀਂ ਗਲਤ ਕੀਤਾ ਹੈ ਭਾਵੇਂ ਮੈਂ ਉਹਨਾਂ ਨੂੰ ਇਕੱਲੇ ਚ ਸਮਝਾ ਦਊਂਗਾ ਸਾਰੇ ਮੋਹਰੇ ਨਹੀਂ ਕਹੂੰਗਾ ਹਾਂਜੀ ਹਾਂਜੀ ਪਾਜੀ ਤਾਂ ਜੋ ਵੀ ਮੈਂ ਮਹਿਸੂਸ ਕਰੂੰਗਾ ਸਾਹਟ ਦੱਸੂੰਗਾ ਔਰ ਮੈਨੂੰ ਸਭ ਤੋਂ ਵੱਧਿਆ ਗਲ ਪਤਾ ਕੀ ਲੱਗਦੀ ਬਾਈ ਮੈਨੂੰ ਤੁਹਾਡੀ ਤੁਹਾਨੂੰ ਮਿਲਣਾ ਮੈਂ ਕਿਉਂ ਚਾਹੁੰਦਾ ਸੀਗਾ ਤੁਸੀਂ ਨਾ ਇਸ ਕੱਲਾ ਨੂੰ ਇਸ ਸਕਿੱਲ ਨੂੰ ਕਿਸੇ ਨੂੰ ਮੂਰਖ ਬਣਾਉਣ ਚ ਨਹੀਂ ਵੇਚ ਨਹੀਂ ਵਰਤਦੇ ਪਾਜੀ ਮੈਨੂੰ ਜੇ ਤੁਹਾਡੀ ਜਗ੍ਹਾ ਸ਼ਾਇਦ ਕੋਈ ਹੋਰ ਹੁੰਦਾ ਹਾਂਜੀ ਪਾ ਤਾਂ ਤੁਸੀਂ ਜਿਵੇਂ ਸਟਰਗਲ ਕੀਤਾ ਨਾ ਤੁਸੀਂ ਦੱਸਿਆ ਕਿ ਘਰ ਦਾ ਕਰਜ਼ਾ ਵੀ ਲਾਇਆ ਕਿਵੇਂ ਮਿਹਨਤਾਂ ਕੀਤੀਆਂ ਹਾਂ ਪਰ ਜੇ ਇਹ ਸਟਰਗਲ ਕਿਸੇ ਹੋਰ ਕੋਲ ਹੁੰਦੀ ਆ ਸਕਿੱਲ ਕਿਸੇ ਹੋਰ ਕੋਲ ਹੁੰਦੀ ਉਹਨਾਂ ਕੋਲ ਤਾਂ ਕੋ ਬਾਦਸ਼ਾਹ ਹੁੰਦਾ ਬਿਲਕੁਲ ਬਿਲਕੁਲ ਥੋੜਾ ਰਬਰ ਰਬਾ ਹੁੰਦਾ ਉਹਦੇ ਕੋਲ ਮੈਨੂੰ ਹੁਣੀ ਹੁਣੀ ਕਿਸੇ ਦਾ ਇੱਕ ਆਇਆ ਸੀਗਾ ਕਹਿੰਦੇ ਵੀ ਉਹ ਬਿਲੀਨੀਅਰ ਬੰਦੇ ਸੀ ਭਾਜੀ ਹਨਾ ਯੂਐਸ ਦੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਸਾਡੇ ਬੱਚੇ ਦਾ ਉਹ ਪ੍ਰੈਡਿਕਟ ਕਰ ਦੇ ਵੀ ਇਜ਼ ਇਟ ਅ ਮੇਲ ਆਫ ਫੀਮੇਲ ਤੇ ਅਸੀਂ ਤੁਹਾਨੂੰ ਇੰਨੇ ਪੈਸੇ ਦੇਣੇ ਤਿਆਰ ਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਸਮਝ ਨਹੀਂ ਰਹੇ ਤੁਸੀਂ ਮੈਨੂੰ ਬਾਬਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਮੈਂ ਤਾਂ ਹੀ ਲੋਕਾਂ ਨੂੰ ਸਮਝਾਉਣਾ ਵੀ ਪਲੀਜ਼ ਇੱਕ ਐਂਟਰਟੇਨਰ ਤੇ ਇੱਕ ਬਾਬੇ 'ਚ ਫਰਕ ਸਮਝੋ ਹੁਣ ਦੇਖੋ ਭਾਜੀ ਪਹਿਲਾਂ ਤੁਸੀਂ ਗੱਲ ਕਰ ਰਹੇ ਸੀਗਾ ਨਾ ਵੀ ਕੋਈ ਬਾਬੇ ਨੇ ਉਹਨਾਂ ਤੇ ਮੇਰੇ 'ਚ ਹੀ ਫਰਕ ਆ ਉਹ ਕੀ ਆ ਵੀ ਇੱਕ ਟ੍ਰਿਕਸ ਨੂੰ ਮੇਰੇ ਵਾਲੀ ਯੂਜ਼ ਕਰ ਰਹੇ ਆ ਅਜੇ ਮੈਂ ਜਿਹੜੀਆਂ ਟ੍ਰਿਕਸ ਭਾਜੀ ਯੂਜ਼ ਕਰ ਰਹੇ ਆ ਇਹ ਬਹੁਤ ਹੀ ਜ਼ਿਆਦਾ ਗੁੱਡ ਲੈਵਲ ਦੀ ਐ ਇੱਕ ਸਾਡੀ ਤੁਸੀਂ ਜਿਵੇਂ ਇੱਕ ਐਲਕੇਜੀ ਦੀ ਟ੍ਰਿਕ ਯੂਜ਼ ਕਰ ਰਹੇ ਹੋ ਇੱਕ ਬੰਦਾ ਪ੍ਰੋਪਰ ਮਾਸਟਰਸ ਕਰ ਚੁੱਕਿਆ ਕਿਸੇ ਚੀਜ਼ ਦੀ ਮੈਂ ਮਾਸਟਰਸ ਵਾਲੀਆਂ ਸਕਿੱਲ ਯੂਜ਼ ਕਰ ਰਹੇ ਆ ਤੇ ਉਹ ਬੰਦੇ ਭਾਜੀ ਐਲ ਇਹਦੇ ਬੇਕਾਰ ਚੀਜ਼ਾਂ ਯੂਜ਼ ਕਰ ਰਹੇ ਲੋਕ ਬਈ ਪਾਗਲ ਨੇ ਉਹਨਾਂ ਲਈ ਭਾਜੀ ਲੋਕਾਂ ਨੂੰ ਡਰ ਵੇਚ ਰਹੇ ਆ ਸਾਡੇ ਕੋਲ ਇੰਨੇ ਕੁ ਪੇਸ਼ੈਂਟਸ ਆਉਂਦੇ ਨੇ ਬਾਈ ਮਤਲਬ ਛੋਟੀ ਜੀ ਫਿੰਸੀ ਹੁੰਦੀ ਆ ਹਾਂਜੀ ਭਾਜੀ ਉਦੋਂ ਚੱਲ ਜਾਂਦੇ ਨੇ ਮੱਥਾ ਟਿਕਾਣੀਆਂ ਕਿਤੇ ਕੋਸ਼ ਉਦੋਂ ਜਦੋਂ ਵੱਜ ਜਾਂਦੀ ਏ ਲੱਤ ਅੱਡੀ ਹੋ ਜਾਂਦੀ ਫੇਰ ਇਹਨਾਂ ਨੂੰ ਬਚਾ ਲੋ ਅੱਪਾ ਕਰਾਂਗੇ ਇਸ ਟੌਪਿਕ ਤੇ ਬਿਲਕੁਲ ਟ੍ਰਿਪਸ ਦਿਖਾਵਾਂਗੇ ਚਲੋ ਭਾਜੀ ਆਪਾਂ ਸਭ ਤੋਂ ਪਹਿਲਾਂ ਇੱਕ ਬੇਸਿਕ ਚੀਜ਼ ਕਰਦੇ ਆਂ ਭਾਜੀ ਮੇਰੇ ਨਾਲ ਹੀ ਕਰੂਗਾ ਹਾਂਜੀ ਭਾਜੀ ਓਕੇ ਇੱਕ ਚੀਜ਼ ਆਪਾਂ ਕਰਦੇ ਆਂ ਇੱਕ ਆਪਾਂ ਤੁਹਾਡੇ ਨਾਲ ਕਰਾਂਗੇ ਇੱਕ ਆਪਾਂ ਇੱਥੇ ਬੈਠੇ ਬੈਠੇ ਤੁਹਾਡੇ ਕਿਸੇ ਫੈਮਿਲੀ ਮੈਂਬਰ ਦਾ ਠੀਕ ਹੈ ਠੀਕ ਹੈ ਭਾਜੀ ਮੈਂ ਕੀ ਕਰਦਾ ਮੈਂ ਇੱਥੇ ਨੇਮ ਬਿਨਾ ਜਾਣੇ ਤਕਰੀਬ ਉਸ ਵਿੱਚ ਨਾ ਕਰੂ ਉਸ ਤੋਂ ਬਾਅਦ ਇੱਕ ਵਾਰੀ ਕੈਮਰਾ ਨੂੰ ਦਿਖਾ ਦੋ ਭਾਜੀ ਮੈਂ ਅੱਖਾਂ ਮਤ ਰੱਖਦਾ ਮੇਰੇ ਦੇ ਕੋ ਦਿਮਾਗ ਚ ਨਾਮ ਆ ਰਿਹਾ ਇਸ ਟਾਈਮ ਲਿਖਤਾ ਮੈਂ ਕੈਮਰੇ ਨੂੰ ਦਿਖਾ ਦਾਂ ਹਾਂ ਉਤਲੇ 2-3 ਪੇਜ ਪਾਜੀ ਪੜ ਲਓ ਉਹਦੇ 2-3 ਜ਼ਿਆਦਾ ਹੀ ਪੜ ਲਓ ਭਾਜੀ ਅੱਛਾ ਇੰਨਾ ਤਾਂ ਮੇਰੇ ਦਿਮਾਗ ਵੀ ਨਹੀਂ ਸੀਗਾ ਕਿ ਪੈਨ ਨਾਲ ਥੱਲੇ ਉਹ ਨਾ ਹੋ ਜਾਵੇ ਹਾਂਜੀ ਹਾਂਜੀ ਭਾਜੀ ਕਿਆ ਬਾਤ ਹੈ ਯਾਰ ਦੇਖ ਲਊਗਾ ਦੋ ਉਂਗਲ ਦੀ ਲਾ ਨਹੀਂ ਠੀਕ ਭਾਜੀ 2-3 ਪੇਜ ਭਾਜੀ ਉਹਦੇ ਪੜ ਲਓ ਪੜਨ ਤੋਂ ਬਾਅਦ ਉਹਨੂੰ ਪੈਡ ਨੂੰ ਵੀ ਬੰਦ ਕਰ ਦਿਓ ਤਾਂ ਕਿ ਕੋਈ ਇਮਪ੍ਰਿੰਟ ਵਗੈਰਾ ਕੁਝ ਵੀ ਨਾ ਰਵੇ ਭਾਜੀ ਕੁਝ ਵੀ ਨਹੀਂ ਰਹੇਗਾ ਮੈਂ ਕੈਮਰੇ 'ਚ ਦਿਖਾਵਾਇਂ ਕੈਮਰੇ ਨੂੰ ਭਾਜੀ ਇੱਕ ਵਾਰੀ ਦਿਖਾ ਦਿਓ ਇੱਕ ਵਾਰੀ ਦਿਖਾ ਦਿਓ ਕੈਮਰੇ ਨੂੰ ਦਿਖਾਤਾ ਮੈਂ ਚਲੋ ਡਨ ਭਾਜੀ ਹੁਣ ਉਹਨੂੰ ਕ੍ਰਸ਼ ਕਰਕੇ ਉਹਦੀ ਜੇਲ੍ਹ ਦੇ ਵਿੱਚ ਸਤਾ ਦਿਓ ਭਾਜੀ ਆਪਾਂ ਇਹਨੂੰ ਰੋਕ ਕਰਕੇ ਇੱਥੇ ਰੱਖ ਦਿੰਨੇ ਆ ਕ੍ਰਸ਼ ਕਰਕੇ ਸੈਕਿੰਡ ਭਾਜੀ ਇਹਨੂੰ ਆਪਾਂ ਆਪਦੇ ਕੋਲ ਹੀ ਰੱਖਾਂਗੇ ਸੈਕਿੰਡ ਚੀਜ਼ ਭਾਜੀ ਇਦਾਂ ਤੁਹਾਡੇ ਕੋਲ ਫੋਨ ਹੋਊਗਾ ਤੁਹਾਡੀ ਜੇਬ ਚ ਰਾਈਟ ਨਾ ਨਹੀਂ ਵਾ ਲੈ ਲਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਮੇਰਾ ਆਪਾਂ ਮੇਰਾ ਫੋਨ ਯੂਜ਼ ਕਰ ਲੈਣੇ ਭਾਜੀ ਇਟਸ ਵੈਰੀ ਸਿੰਪਲ ਮੇਰੇ ਕੋਲ ਕੀ ਹੈ ਭਾਜੀ ਇੱਥੇ ਇੱਕ ਕੈਲਕੂਲੇਟਰ ਹੈ ਠੀਕ ਹੈ ਤੇ ਘਰੇ ਬੈਠੇ ਕੋਈ ਵੀ ਲੋਕ ਮੇਰੇ ਨਾਲ ਖੁੱਦ ਦਾ ਵੀ ਕੈਲਕਕੂਲੇਟਰ ਤੁਸੀਂ ਵੀ ਓਪਨ ਕਰ ਸਕਦੇ ਹੋ ਠੀਕ ਹੈ ਸੋ ਕੀ ਹੋਊਗਾ ਭਾਜੀ ਮੈਂ ਆਪਦੇ ਕੈਲਕੂਲੇਟਰ ਦੇ ਵਿੱਚ ਨਾਰਮਲ ਇੱਕ ਆਪਾਂ ਮਲਟੀਪਲੀਕੇਸ਼ਨ ਕਰਾਂਗੇ ਜੀ ਕੋਈ 33 33 ਮੈਂ ਕੀ ਕਰਦਾ ਮੈਂ ਇੱਥੇ ਓਪਨ ਕਰਦਾ ਮੈਂ 33 ਕਰ ਦੇਣਾ ਤੇ ਮਲਟੀਪਲਾਈ ਤੇ ਕਲਿੱਕ ਕਰ ਦੇਣਾ ਠੀਕ ਹੈ ਉਸ ਤੋਂ ਬਾਅਦ ਕੋਈ ਮਰਜ਼ੀ ਇੱਕ ਤਿੰਨ ਡਿਜੀਟ ਦਾ ਨੰਬਰ ਭਾਜੀ 555 555 ਮਲਟੀਪਲਾਈ ਕੋਈ ਵੀ ਦੋ ਡਿਜੀਟ ਦਾ ਨੰਬਰ ਹੋਰ ਭਾਜੀ 55 55 ਤੇ ਤੁਸੀਂ ਘਰੇ ਬੈਠੇ ਇਹ ਸਾਰਾ ਕੁਝ ਕਰਕੇ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗੂਗਾ ਵੀ ਇਹ ਸਾਰੇ ਨੰਬਰ ਕਿੱਦਾਂ ਕਿੱਦਾਂ ਹੋ ਰਹੇ ਆ ਤੇ ਇਹ ਵੀ ਕੈਲਕੂਲੇਸ਼ਨ ਰਾਈਟ ਨਾਲ ਸਹੀ ਹੈ ਭਾਜੀ ਮੈਂ ਪਲੱਸ ਉੱਤੇ ਕਲਿੱਕ ਕਰਦਾ ਪਲੀਜ਼ ਫਿੰਗਰ ਨੂੰ ਇਦਾਂ ਸਿੱਧਾ ਕਰੋ ਤੇ ਕੋਈ ਮਰਜ਼ੀ ਅੱਠ ਡਿਜੀਟ ਭਾਜੀ ਇਹਦੇ ਵਿੱਚ ਐਂਟਰ ਕਰ ਦਿਓ ਬਿਨਾਂ ਦੇਖੇ ਬਿਨਾਂ ਦੇਖੇ ਥੋੜਾ-ਮੋਟਾ ਹੋ ਤੂ ਕਿਤੋਂ ਓਕੇ ਕਿੰਨੇ ਹੋ ਗਏ 1 2 3 4 5 6 7 8 8 ਨੰਬਰ ਪਰ ਕੀ ਬਾਤ ਹੈ ਭਾਜੀ ਮੈਂ ਵੀ ਜਾਦੂ ਕਰੀਆ ਕੀ ਬਾਤ ਹੈ ਭਾਜੀ ਓਕੇ ਆਹੀ 8 ਨੰਬਰ ਜੇ ਤੁਸੀਂ ਵੀ ਆਪ ਦੇ ਘਰੇ ਮਲਟੀਪਲਾਈ ਕਰ ਰਹੇ ਹੋ ਇਹ ਐਡ ਕਰ ਦਿਓ ਤੁਸੀਂ ਜਿਹੜਾ ਫਾਈਨਲ ਲਾਸਟ ਨੰਬਰ ਆਇਆ ਸੀ ਨਾ ਤੇ ਆਪਾਂ ਇਕਵਲਸ ਤੇ ਕਲਿੱਕ ਕਰਦੇ ਭਾਜੀ ਭਾਜੀ ਜਿਹੜਾ ਨੰਬਰ ਮੇਰੇ ਕੋਲ ਆਇਆ ਤੁਸੀਂ ਘਰੇ ਵੀ ਕਨਫਰਮ ਕਰ ਸਕਦੇ ਹੋ ਹੈਗਾ 1 2 1 0 2 7 1 3 ਜੀ ਠੀਕ ਹੈ ਭਾਜੀ ਸੋ ਆਪਣੇ ਕੋ ਆ ਗਿਆ 12 ਮਿਲੀਅਨ 102 ਆ 102713 ਠੀਕ ਹੈ ਭਾਜੀ ਸੋ ਆਪਣੇ ਕੋਲ 12102 713 ਭਾਜੀ ਮੈਂ ਕਿਸੇ ਹਿਸਾਬ ਨਾਲ ਪ੍ਰੈਡਿਕਟ ਨਹੀਂ ਕਰ ਰਿਹਾ ਸੀ ਮੈਂ ਤੁਹਾਡੇ ਕੋਲ ਪੈਨ ਪੇਪਰ ਮੰਗਿਆ ਤੇ ਮੈਂ ਤੁਹਾਨੂੰ ਕਿਹਾ ਵੀ ਆਪਾਂ ਭਾਜੀ ਇਹ ਤੇ ਕੁਝ ਨਾ ਕੁਝ ਲਿਖਦੇ ਹਾਂ ਜੀ ਮੈਂ ਖੋਲਦਾ ਇਹਦੇ ਉੱਤੇ ਭਾਜੀ ਜਿਹੜਾ ਬਿਗਨਿੰਗ ਤੋਂ ਆਪਾਂ ਜੇ ਇੱਕ ਨੰਬਰ ਆਪਣੇ ਕੋਲ ਲਿਖਿਆ ਹੋਇਆ ਥੋੜਾ ਜਿਹਾ ਉਹ ਕੀਤਾ ਹੋਇਆ ਪਰ ਦੈਟ ਵਾਸ 12102713 ਭਾਜੀ ਉਹ ਤੁਹਾਡਾ ਫਲੋਪ ਦੇ ਐਗਜੈਕਟਲੀ ਭਾਜੀ ਉਹ ਨੰਬਰ ਬੜੀ عجیب ਗੱਲ ਹੈ ਭਾਜੀ ਅ ਇੱਕ ਹੋਰ ਚੀਜ਼ ਸੀਗੀ ਤੁਹਾਨੂੰ ਲੱਗਿਆ ਵੀ ਮੈਂ ਤੁਹਾਡੇ ਨਾਲ ਕੋਈ ਧੱਕਾ ਕੀਤਾ ਜਾਂ ਇਨਫਲੂਐਂਸ ਕੀਤਾ ਇਦਾਂ ਦਾ ਕੁਝ ਨਹੀਂ ਇਹ ਰੈਂਡਮ ਸੀਗਾ ਕਿ ਆਪਾਂ ਪਹਿਲਾਂ ਵੀ ਕੋਈ ਗੱਲ ਨਹੀਂ ਕੀਤੀ ਬਿਲਕੁਲ ਪਰ ਭਾਜੀ ਇਹ ਨੰਬਰ ਤੁਹਾਨੂੰ ਇਹ ਮਤਲਬ ਰੱਖਦਾ ਵੀ ਇਹ ਜਿਹੜਾ ਨੰਬਰ ਹੈਗਾ ਜੇ ਤੁਸੀਂ ਇਹਨੂੰ ਅਪਸਾਈਡ ਡਾਊਨ ਪੜਦੇ ਹੋ ਨਾ ਭਾਜੀ ਇਹ ਐਕਚੁਅਲੀ ਕਹਿੰਦਾ ਇੱਕ ਜ਼ਰੀਆ ਭਾਜੀ ਜਿਹੜਾ ਕਿ ਤੁਹਾਡੇ ਆਰਗੇਨਾਈਜੇਸ਼ਨ ਦਾ ਨਾਮ ਹੈ ਭਾਜੀ ਕੀ ਹੋ ਰਿਹਾ ਹੈ ਵਾਹ ਜੀ ਵਾਹ ਇਨਫਲੂਐਂਸ ਕਰਨਾ ਭਾਜੀ ਲੋਕਾਂ ਨੂੰ ਇੰਨਾ ਆਖਰ ਨਹੀਂ ਹੈਗਾ ਕਿਥਾਂ ਤੁਸੀਂ ਪ੍ਰੈਡਿਕਸ਼ਨ ਦਤਾ ਇੰਡੀ ਕੜਤਾ ਬਿਲਕੁਲ ਭਾਜੀ ਬਿਲਕੁਲ ਅੱਛਾ ਆਪਾਂ ਪ੍ਰੈਡਿਕ ਕਿਸੇ ਨੂੰ ਵੀ ਨਾ ਇਨਫਲੂਐਂਸ ਕਰਨਾ ਇੰਨਾ ਆਖਾ ਨਹੀਂ ਹੈਗਾ ਮੇਰੇ ਕੋਲ ਇੱਥੇ ਇੱਕ ਡਾਈਸ ਹੈ ਭਾਜੀ ਡਾਈਸ ਦੇ ਵਿੱਚ ਆਬਵੀਅਸਲੀ ਆਪਣੇ ਕੋਲ 6 ਨੰਬਰ ਹੁੰਦੇ ਆ ਮੈਂ ਚਾਹਣਾ ਵੀ ਤੁਸੀਂ ਇੱਕ ਕੋਈ ਵੀ ਨੰਬਰ ਨੂੰ ਫੜੋ ਮੈਂ ਤੁਹਾਨੂੰ ਦੱਸਦਾ ਕਿ ਐਕਚੁਅਲੀ ਕਿਸੇ ਨੂੰ ਵੀ ਇਨਫਲੂਐਂਸ ਆਪਾਂ ਕਿੱਦਾਂ ਕਰ ਸਕਦੇ ਹਾਂ ਮੇਰੇ ਵੱਲ ਦੇਖੋ ਮੈਂ 6 ਤੱਕ ਗਿਣੂੰਗਾ ਕੋਈ ਵੀ ਇੱਕ ਨੰਬਰ ਨੂੰ ਸਿਲੈਕਟ ਕਰ ਰਹੇ ਹੋ ਤੁਸੀਂ ਰੋਲ ਨਹੀਂ ਕਰਨਾ ਕੋਈ ਵੀ ਇੱਕ ਨੰਬਰ ਨੂੰ ਸਿਲੈਕਟ ਕਰਕੇ ਨਾ ਉੱਤੇ ਰੱਖ ਦਿ ਤੇ ਉਹਨੂੰ ਐਦਰ ਟੇਬਲ ਦੇ ਉੱਤੇ ਰੱਖ ਦਿਓ ਭਾਜੀ ਤੇ ਰੱਖਣ ਤੋਂ ਬਾਅਦ ਉਹਦੇ ਹੱਥ ਉਹਦੇ ਉੱਤੇ ਆਪਦਾ ਹੱਥ ਰੱਖ ਲਿਓ ਕਰਤਾ ਡਨ ਡਨ ਭਾਜੀ ਡਨ ਹੁਣ ਦੇਖੋ ਆ ਆਪਾਂ ਕਿਸੇ ਸਾਹਮਣੇ ਕੋਈ ਧੱਕਾ ਨਹੀਂ ਕੀਤਾ ਨਾਥਿੰਗ ਲਾਈਕ ਥੈਟ ਨਹੀਂ ਤੁਸੀਂ ਪਹਿਲਾਂ ਚੂਜ਼ ਕੀਤਾ ਭਾਜੀ ਰ ਵੀਡੀਓ ਨੂੰ ਰਿਪੀਟ ਕਰਕੇ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਕੀਤੀ ਵਾਰੀ ਵਾਰੀ ਕੋਈ ਮਰਜ਼ੀ ਇੱਕ ਨੰਬਰ ਨੂੰ ਚੂਜ਼ ਕਰ ਲਿਓ ਕੋਈ ਮਰਜ਼ੀ ਇੱਕ ਨੰਬਰ ਨੂੰ ਚੂਜ਼ ਕਰ ਲਿਓ ਦੇਖਿਓ ਮੇਰੇ ਹੱਥ ਫਿਰ ਦੇਖੋ ਹਮ ਨੰਬਰ 5 ਪਰ ਇਹ ਹੱਥ ਛਕੋ ਬੜੀ ਅਜੀਬ ਗੱਲ ਹੈ ਭਾਈ ਲੈਟਸ ਟ੍ਰਾਈ ਦਿਸ ਵਨ ਮੋਰ ਟਾਈਮ ਲੈਟਸ ਟ੍ਰਾਈ ਦਿਸ ਵਨ ਮੋਰ ਟਾਈਮ ਮੇਬੀ ਪਹਿਲੀ ਵਾਰੀ ਮੇਰਾ ਤੱਕਾ ਲੱਗ ਗਿਆ ਭਾਈ ਕੋਈ ਮਰਜ਼ੀ ਇੱਕ ਨੰਬਰ ਨੂੰ ਚੂਜ਼ ਕਰੋ ਭਾਜੀ ਮੈਂ ਤੁਹਾਡੇ ਵੱਲ ਦੇਖ ਨਹੀਂ ਰਿਹਾ ਐਥੇ ਕਿ ਮੈਂ ਆਪਦੇ ਹੱਥ ਨਾਲ ਵੀ ਕੁਝ ਨਹੀਂ ਕਰੂੰਗਾ ਬਿਕਾਜ਼ ਆਲਰੇਡੀ ਮੈਂ ਤੁਹਾਨੂੰ ਇੱਕ ਟੈਕਨੀਕ ਦੱਸ ਚੁੱਕਿਆ ਭਾਜੀ ਕੋਈ ਮਰਜ਼ੀ ਇੱਕ ਨੰਬਰ ਨੂੰ ਚੂਜ਼ ਕਰੋ ਨੰਬਰ ਨੂੰ ਚੂਜ਼ ਕਰਨ ਤੋਂ ਬਾਅਦ ਹੁਣ ਹਮੇਸ਼ਾ ਭਾਜੀ ਇੱਕ ਚੀਜ਼ ਹੁੰਦੀ ਹੈ ਜਦੋਂ ਮੈਂ ਕਿਸੇ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦਾ ਨਾ ਪਹਿਲੀ ਵਾਰੀ ਜਦੋਂ ਮੈਂ ਉਹਨਾਂ ਦਾ ਨੰਬਰ ਸਹੀ ਗੈਸ ਕਰ ਲਿਆ ਨਾ ਉਹ ਐਦਾਂ ਸੋਚਦੇ ਵੀ ਮੈਂ ਇਨਫ ਉਹ ਦੂਜੀ ਵਾਰੀ ਐਕਸਟ੍ਰੀਮਸ ਤੇ ਜਾਣ ਦੀ ਕੋਸ਼ਿਸ਼ ਕਰਦੇ ਸਭ ਤੋਂ ਈਜ਼ੀਐਸਟ ਨੰਬਰ ਜਿਹੜੇ ਕਿ ਹੁੰਦੇ ਆ 6 ਆ 1 ਤੇ ਜਦੋਂ ਮੈਂ ਇੱਕ ਇੱਕ ਬੋਲਿਆ ਤੁਸੀਂ ਨਾਲ ਦੇ ਨਾਲ ਸਿਰ ਹਿਲਾਇਆ ਤੁਸੀਂ ਵੀਡੀਓ ਚ ਫਿਰ ਤੋਂ ਵਾਰੀ ਰਿਪੀਟ ਕਰਕੇ ਦੇਖ ਸਕਦੇ ਹੋ ਨੰਬਰ 1 ਪਾਜੀ ਅੱਛਾ ਉਹ ਇਹ ਮੈਂ ਦੱਸ ਦਵਾਂ ਇਹ ਚ ਕੁਝ ਨਹੀਂ ਪਲਾਨਡ ਹੋ ਰਿਹਾ ਬਿਲਕੁਲ ਅਨਫਿਲਟਰਡ ਵੀਡੀਓ ਹੈ ਅਨਫਿਲਟਰਡ ਭਾਜੀ ਲਾਸਟ ਟਾਈਮ ਕਰਦੇ ਆ ਲਾਸਟ ਟਾਈਮ ਮੈਂ ਤੁਹਾਨੂੰ ਬੜੀ ਡਿਫਰੈਂਟ ਚੀਜ਼ ਦਿਖਾਉਂਗਾ ਕੋਈ ਮਰਜ਼ੀ ਇੱਕ ਨੰਬਰ ਨੂੰ ਚੂਜ਼ ਕਰੋ ਭਾਜੀ ਜਦੋਂ ਤੁਸੀਂ ਚੂਜ਼ ਕਰ ਲੈਣ ਲੈਂ ਲੇ ਭਾਜੀ ਨੰਬਰ ਨੂੰ ਉਹਦੇ ਉੱਤੇ ਰੱਖੋ ਤੁਸੀਂ ਇੱਥੇ ਰੋਲ ਵੀ ਕਰ ਸਕਦੇ ਹੋ ਇਫ ਹੁਣ ਇੱਕ ਚੀਜ਼ ਹੈਗੀ ਆ ਤੁਹਾਡੇ ਕੋਲ ਤੁਹਾਨੂੰ ਨੰਬਰ ਪਤਾ ਹੈ ਉਹ ਹਾਂਜੀ ਹਾਂਜੀ ਤਿੰਨ ਟਾਈਪ ਦੇ ਬੰਦੇ ਹੁੰਦੇ ਭਾਜੀ ਦੁਨੀਆ ਵਿੱਚ ਪਹਿਲੇ ਟਾਈਪ ਦੇ ਬੰਦੇ ਪਤਾ ਕਿਹੜੇ ਹੁੰਦੇ ਆ ਜਿਹੜੇ ਕੀ ਕਹਿੰਦੇ ਆ ਵੀ ਭਾਈ ਮੈਂ ਮੈਂ ਇੱਥੇ ਕਿਤੇ ਲਿਖ ਕੇ ਰੱਖਾਂ ਨਹੀਂ ਰਹਿ ਗਿਆ ਸੈਟਿੰਗ ਕੋਲੋਂ ਪਹਿਲੇ ਟਾਈਪ ਦੇ ਬੰਦੇ ਹੁੰਦੇ ਜਿਹੜੇ ਹਮੇਸ਼ਾ ਇੱਕ ਵੱਡਾ ਨੰਬਰ ਚੂਸ ਕਰਦੇ ਆ ਠੀਕ ਹੈ ਉਹ ਬਹੁਤ ਹੀ ਕਾਮਨ ਲੋਕ ਨੇ 75% ਪੀਪਲ ਭਾਜੀ ਵੱਡਾ ਨੰਬਰ ਯੂਜ਼ ਕਰਦੇ ਬਹੁਤ ਖਾਸ ਹੁੰਦੇ ਸੀ ਦੂਜੀ ਟਾਈਪ ਦੇ ਬੰਦੇ ਭਾਜੀ 20% ਜਿਹੜੇ ਕਿ ਨਾਰਮਲੀ ਛੋਟਾ ਨੰਬਰ ਚੂਸ ਕਰਦੇ ਆ ਲਾਸਟ ਵਾਲੇ 5% ਬੰਦੇ ਭਾਜੀ ਸੇਮ ਨੰਬਰ ਚੂਜ਼ ਕਰਕੇ ਬਿਨਾ ਖidmat ਕੀਤੇ ਉਹ ਮੈਨੂੰ ਕਹਿੰਦੇ ਵੀ ਚਲ ਠੀਕ ਹੈ ਦੇਖਦੇ ਹਾਂ ਮੋਹਲੇ ਗੈਸ ਪਰ ਆਪਾਂ ਕਿੰਨੀ ਜੇ ਆਪਾਂ ਨੂੰ ਟ੍ਰਿਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਕਿ ਉਹਨਾਂ ਨੇ ਪਹਿਲੇ ਨੰਬਰ ਤੇ ਚੂਜ਼ ਕੀਤਾ ਨੰਬਰ 5 ਭਾਜੀ ਹੱਥ ਚੱਕੋ ਯਾਰ ਭਾਈ ਤੁਸੀਂ ਕਿਹੜੇ ਕੰਮਾਂ 'ਚ ਪਏ ਹੋ ਬਾਬਾ ਬਣੀ ਤੁਸੀਂ ਇਸੇ ਕ੍ਰੀਏਟ ਕਰੋ ਤੁਸੀਂ ਹਿਸਟਰੀ ਕ੍ਰੀਏਟ ਕਰ ਸਕਦੇ ਹੋ ਪਰ ਇੱਕ ਬਹੁਤ ਵੱਡੀ ਇਹ ਸੇਵਾ ਹੈ ਜਦੋਂ ਕਿਸੇ ਬੰਦੇ ਦੀ ਸ਼ਮਤਾ ਹੋਵੇ ਨਾ ਕੁਝ ਕਰਨ ਦੀ ਦੇਖੇ ਕਹਿੰਦਾ ਕਿ ਮੈਂ ਚਾਹਾਂ ਤਾਂ ਮੈਂ ਬਹੁਤ ਕੁਝ ਕਰ ਸਕਦਾ ਬਿਲਕੁਲ ਭਾਜੀ ਇੱਕ ਪਰਮਾਤਮਾ ਦੀ ਕਿਰਪਾ ਹੈ ਮਿਰਤੇ ਕਹ ਲੋ ਜਾਂ ਮੇਰਾ ਬੜਪਾ ਹੈ ਕਿ ਜਿਹੜਾ ਮੈਂ ਸਭ ਕੁਝ ਸੱਚ ਦੱਸ ਰਿਹਾ ਤੁਸੀਂ ਇੰਨਾ ਕੁਝ ਦੱਸਣ ਤੋਂ ਬਾਅਦ ਵੀ ਆਪਣੇ ਆਪ ਨੂੰ ਸਿਰਫ ਇੱਕ ਮੈਜੀਸ਼ੀਅਨ ਕਹਿ ਰਹੇ ਹਾਂ ਬਿਲਕੁਲ ਸਲਾਮ ਐਸ ਚੀਜ਼ ਲਈ ਹੁਣ ਤੁਸੀਂ ਖੁਦ ਦੇਖੋ ਪਾਜੀ ਜੀ 8 ਇੰਨੀ ਗੁੱਡ ਟ੍ਰਿਕਸ ਤਾਂ ਜਿਹੜੇ ਅੱਜ ਕੱਲ੍ਹ ਦੇ ਬਾਬੇ ਨੇ ਉਹ ਕਰ ਵੀ ਨਹੀਂ ਰਹੇ ਤੇ ਫਿਰ ਵੀ ਨਹੀਂ ਵੀ ਕਰ ਰਹੇ ਉਹ ਫਿਰ ਵੀ ਆਪਦੇ ਆਪ ਨੂੰ ਏਦਾਂ ਦਾ ਪਾਜੀ ਤੁਹਾਡੇ ਦਿਮਾਗ 'ਚ ਜਿਹੜੀ ਕੁੜੀ ਸੀਗੀ ਜਸਟ ਇੱਕ ਰੈਂਡਮ ਥਾਟ ਆਇਆ ਹੂੰ ਤਾਂ ਦੇਖੋ ਸਿੰਪਲ ਜੀ ਗੱਲ ਹੈ ਹੁਣ ਕੀ ਹੋਇਆ ਜਦੋਂ ਮੈਂ ਗੱਲ ਵਿੱਚ ਚਲਦੇ ਚਲਦੇ ਮੈਂ ਤੁਹਾਨੂੰ ਕੋਈ ਵੀ ਕੁਐਸਚਨ ਪੁੱਛੂੰਗਾ ਤਾਂ ਤੁਸੀਂ ਹੈਜ਼ਿਟੇਟ ਨਹੀਂ ਕੀਤਾ दैट मींस ਨਾਲ ਦੀ ਨਾਲ ਮੈਨੂੰ ਪਤਾ ਲੱਗ ਗਿਆ ਵੀ ਉਹ ਕੁੜੀ ਹੈ ਪਾਜੀ ਮੁੰਡਾ ਨਹੀਂ ਹੈਗਾ ਮੈਂ ਤੁਹਾਨੂੰ ਜੇ ਕਹਿੰਦਾ ਇੱਕ ਇੱਕਦਮ ਚਲਦੇ ਚਲਦੇ ਪਾਜੀ ਉਹ ਮੁੰਡਾ ਤੁਹਾਨੂੰ ਸਮਝ ਨਹੀਂ ਆਉਣਾ ਸੀ ਜਦੋਂ ਮੈਂ ਕੁੜੀ ਕੇ ਨਾਲ ਦੀ ਨਾਲ ਹੁਣ ਜਿਹੜੀ ਕੁੜੀ ਹੈਗੀ ਪਾਜੀ ਜਦੋਂ ਮੈਂ ਚੁਟਕੀ ਮਾਰੂੰਗਾ ਮੈਂ ਚਾਹਣਾ ਤੁਸੀਂ ਲਿਪਸᱤ ਮੂਵਮੈਂਟ ਨਾ ਕਰਿਓ ਸਿਰਫ ਉਹਦੇ ਦਿਮਾਗ 'ਚ ਰੱਖਿਓ ਉਹਦਾ ਨਾਮ ਪਾਜੀ ਜੋ ਵੀ ਹੈਗਾ ਤੇ ਹੁਣ ਤੁਸੀਂ ਚੇਂਜ ਨਹੀਂ ਕਰ ਸਕਦੇ ਬਿਕੋਜ਼ ਤੁਸੀਂ ਆਲਰੇਡੀ ਲਿਖ ਚੁੱਕੇ ਹੋ ਨਹੀਂ ਤਾਂ ਨਾਰਮਲੀ ਕੀ ਹੋਇਆ ਵੀ ਲੋਕ ਜਿਹੜਾ ਲਿਖਿਆ ਉਹੀ ਸੋਚਣਾ ਹਾਂਜੀ ਮੈਂ ਕੋਈ ਹੋਰ ਸੋਚਣ ਲੱਗ ਗਏ ਨਹੀਂ ਨਹੀਂ ਦੈਟਸ ਫਾਈਨ ਦੈਟਸ ਫਾਈਨ ਐਕਚੁਅਲੀ ਕੀ ਹੋਇਆ ਐਕਚੁਅਲੀ ਕੀ ਹੈ ਮੈਂ ਨਾ ਕਿਸੇ ਪਰਸਨ ਨੂੰ ਕਿਹਾ ਵੀ ਥਿੰਕ ਆਫ ਅ ਇੰਪੋਰਟੈਂਟ ਇੰਪੋਰਟੈਂਟ ਪਰਸਨ ਠੀਕ ਹੈ ਤੇ ਹੁਣ ਹੁਣ ਇੰਪੋਰਟੈਂਟ ਤੁਹਾਨੂੰ ਤੁਹਾਡੇ ਪੇਰੈਂਟਸ ਵੀ ਆ ਤੁਸੀਂ ਇੰਨੇ ਲੋਕਾਂ ਨੂੰ ਮਿਲਦੇ ਹੋ ਮੈਂ ਨਾਰਮਲੀ ਕਦੇ ਵੀ ਕਿਸੇ ਪਿਛਲੇ ਇੰਟਰਵਿਊ ਤੇ ਕਿਸੇ ਤੋਂ ਵੀ ਲਿਖਵਾ ਕੇ ਨਹੀਂ ਰੱਖਿਆ ਪਰ ਤੁਸੀਂ ਇੰਨੇ ਲੋਕਾਂ ਨਾਲ ਮਿਲਦੇ ਰਹਿੰਦੇ ਹੋ ਤੁਹਾਡੇ ਦਿਮਾਗ 'ਚ ਇੰਨੇ ਜ਼ਿਆਦਾ ਲੋ ਚਾਂਸਸ ਆਰ ਵੀ ਤੁਸੀਂ ਮਲਟੀਪਲ ਪੀਪਲ ਬਾਰੇ ਇਕਦਮ ਸੋਚੋ ਨਹੀਂ ਖਾਸ ਬਾਈ ਹਰ ਟਾਈਮ ਦਿਮਾਗ 'ਚ ਛਪੇ ਰਹਿੰਦੇ ਨੇ ਅੱਛਾ ਜੀ ਹਮ ਚਲੋ ਦੇਖੋ ਜਿੰਨਾ ਮਰਦੀ ਬੰਦੇ ਦਾ ਵੱਡਾ ਸਰਕਲ ਹੋਵੇ ਜਦੋਂ ਉਹ ਦੁਖੀ ਹੁੰਦਾ ਉਹ ਦੋ ਚਾਰਾਂ ਕੋਲੇ ਜਾਂਦਾ ਦੁਨੀਆ ਕੋਲ ਨਹੀਂ ਜਾਂਦਾ ਉਹ ਇਮੇਜਿਨ ਕਰੋ ਜੋ ਵੀ ਪਰਸਨ ਹੈਗਾ ਆ ਰਾਈਟ ਨਾਉ ਮੇਰੇ ਲੈਫਟ ਸਾਈਡ ਤੇ ਠੀਕ ਹੂੰ ਅ ਜੋ ਵੀ ਫੀਮੇਲ ਨੇ ਉਹ ਇੱਥੇ ਖੜੀ ਹੈ ਠੀਕ ਹੈ ਅਚਾ ਤੁਸੀਂ ਇਹ ਪ੍ਰੋਡੈਕਟ ਕਰ ਲਿਆ ਕਿ ਉਹ ਫੀਮੇਲ ਹੀ ਨੇ ਫੀਮੇਲ ਹੈ ਪਾਜੀ ਫੋਰ ਸ਼ੁਰ ਤੇ ਜਦੋਂ ਹੀ ਮੈਂ ਚੁਟਕੀ ਮਾਰਦਾ ਮੈਂ ਚਾਹੁੰਦਾ ਤੁਸੀਂ ਪਰਸਨ ਦਾ ਨਾਮ ਆਪਣੇ ਦਿਮਾਗ ਚ ਬੋਲਣਾ ਜੋ ਵੀ ਤੁਸੀਂ ਮੇਬੀ ਉਹਨਾਂ ਨੂੰ ਬੁਲਾਉਨੇ ਹੋਈਆਂ ਫਿਰ ਜੋ ਵੀ ਉਹਨਾਂ ਦਾ ਮੇਨ ਨਾਮ ਹੈਗਾ ਤੇ ਇਮੇਜਿਨ ਕਰੋ ਉਹ ਤੁਹਾਡੇ ਵੱਲ ਨਹੀਂ ਦੇਖ ਰਹੇ ਕਿਤੇ ਹੋਰ ਦੇਖ ਰਹੇ ਠੀਕ ਹੈ ਭਾਜੀ ਤੇ ਜਦੋਂ ਹੀ ਮੈਂ ਚੁਟਕੀ ਮਾਰੂੰਗਾ ਮੈਂ ਜਦੋਂ ਤੁਸੀਂ ਬੋਲੋਗੇ ਆਪਣੇ ਦਿਮਾਗ ਚ ਨਾਮ ਤੇ ਉਹ ਮੁੜ ਕੇ ਤੁਹਾਡੇ ਵੱਲ ਇਦਾਂ ਦੇਖ ਰਹੇ ਹੈ ਇੰਨੀ ਬੇਸਿਕ ਇਮੇਜਿਨੇਸ਼ਨ ਕਰਨੀ ਹੈ ਤੁਸੀ ਬਸ ਲਿਪਸੀ ਮੂਵਮੈਂਟ ਨਾ ਕਰਿ ਇੰਨਾ ਕwik ਪਹਿਲੀ ਗੱਲ ਤਾਂ ਪਰਸਨ ਤੁਹਾਡੇ ਬਹੁਤ ਹੀ ਜ਼ਿਆਦਾ ਕਰੀਬ ਹੈ ਕਾਫੀ ਟਾਈਮ ਤੋਂ ਤੁਸੀਂ ਪਰਸਨ ਨੂੰ ਜਾਣਦੇ ਹੋ ਫੀਮੇਲ ਪਰਸਨ ਜਿਹੜੇ ਤੁਹਾਡੇ ਤੋਂ ਐਲਡਰ ਨਹੀਂ ਭਾਜੀ ਉਮਰ ਤੁਹਾਡੇ ਨਾਲ ਹਾਂਜੀ ਹਾਂਜੀ ਹਾਂ ਤੇ ਨਾਮ ਬਹੁਤ ਛੋਟਾ ਲਾਈਕ ਚਾਰ ਲੈਟਰ ਦਾ ਨਾਮ ਹੈ ਭਾਜੀ ਮਾਈਟ ਬੀ ਮਾਈਟ ਬੀ ਬੜੀ ਅਜੀਬ ਚੀਜ਼ ਦਿਖਾਉਣਾ ਮਤਲਬ ਪਹਿਲੇ ਲੈਟਰ ਬਾਰੇ ਸੋਚੋ ਸੋਚ ਲਿਆ ਲਾਸਟ ਲੈਟਰ ਬਾਰੇ ਸੋਚੋ ਸੋਚ ਲਿਆ ਦੋਵੇਂ ਸੇਮ ਹੈ ਭਾਜੀ ਹਮ ਐ ਲਾਸਟ ਲੈਟਰ A ਚਾਰ ਲੈਟਰ ਇਸ ਫੀਮੇਲ ਬੋਟ ਲਿमिटेड ਨਾਮ ਆਉਂਦੇ ਆ ਮੈਨੂੰ ਮੇਰੇ ਦੋ ਨਾਮ ਆਏ ਸੀਗੇ ਦਿਮਾਗ ਦੇ ਵਿੱਚ ਪਹਿਲਾ ਨਾਮ ਮੈਂ ਨਾਲ ਦੀ ਨਾਲ ਮਤਲਬ ਵੀ ਪਰ ਇਹ ਕਰ ਤਾਂ ਮੈਨੂੰ ਪਤਾ ਹੀ ਨਾਮ ਨਹੀਂ ਹੈਗਾ ਪਹਿਲਾ ਨਾਮ ਮੇਰੇ ਆਏ ਸੀ ਦਿਮਾਗ ਚ ਆ ਰਹੀਆ ਨਹੀਂ ਹੈਗਾ ਨਹੀਂ ਹੈ ਮੈਨੂੰ ਪਰਸਨਲ ਲਾਈਫ ਚ ਜਿਹੜੇ ਤੁਹਾਡੇ ਪੀਪਲ ਨੇ ਉਹਨਾਂ ਬਾਰੇ ਨਹੀਂ ਪਤਾ ਪਰ ਸੰਬੜੀ ਜਿਹਦਾ ਨਾਮ ਅਲਕਾ ਪਰ ਜੀ ਓਏ ਹੋਏ ਮੈਂ ਚੱਲਣਾ ਉੱਠ ਕੇ ਤੋਂ ਓਏ ਹੋਏ ਪਾਜੀ ਸ਼ੀਜ਼ ਮਾਈ ਮਦਰ ਮਦਰ ਓਕੇ 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 ਬਹੁਤ ਬਚਤ ਰਗੀ ਪਾਜੀ 1 ਮਿੰਟ ਮੈਂ 1 ਸੈਕਿੰਡ ਪਹਿਲਾਂ ਗੈਸ ਕਰਦੇ ਮੈਂ ਆਰਿਆ ਬੋਲ ਦੇਣਾ ਸੀ ਕਿ ਬਚਤ ਰਗੀ ਪਾਜੀ 1 ਕੋਰੀ ਮੈਂ ਸਹੀ ਕਰਤਾ ਵੇ ਭਾਈ ਇਹ ਕਿਦਾਂ ਇਹ ਕਲਾ ਸਿਖਾਓ ਸਾਨੂੰ ਜਸਟ ਪ੍ਰੈਕਟਿਸ ਪਾਜੀ ਜਸਟ ਪ੍ਰੈਕਟਿਸ ਵੈਰੀ ਗੁੱਡ ਯਾਰ ਪਾਜੀ ਵੈਰੀ ਗੁੱਡ ਕਿਆ ਬਾਤ ਮੈਨੂੰ ਲੱਗਦਾ ਸੀਗਾ ਮੇਰਾ ਵਹਿਮ ਸੀ ਤੁਹਾਨੂੰ ਮਿਲਣ ਤੋਂ ਪਹਿਲਾਂ ਕੀ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਪਾਜੀ ਓਕੇ ਹੁਣ ਆਪਾਂ ਇੱਕ ਚੀਜ਼ ਕਰਾਂਗੇ ਪਾਜੀ ਪਰ ਮੈਂ ਸੱਚੀ ਹੋ ਨਹੀਂ ਮੰਨਦਾ ਸੀ ਕਿ ਜਾਂ ਹੋ ਸਕਦੀਆਂ ਨੇ ਪਾਜੀ ਸਭ ਕੁਝ ਹੋ ਸਕਦਾ ਹਾਂ ਇਟਸ ਸਾਇੰਸ ਭਾਜੀ ਕੁਝ ਨਹੀਂ ਹੈਗਾ ਬੇਸਿਕ ਸਾਇੰਸ ਹੈ ਭਾਜੀ ਕੋਈ ਸਪੈਸ਼ਲ ਕੋਈ ਪਗਤੀ ਤਾਂ ਨਹੀਂ ਕਰਨੀ ਪੈਂਦੀ ਇਹਦੇ ਲਈ ਨਾਥਿੰਗ ਭਾਜੀ ਇਟਸ ਨਾਟ ਹਾਂ ਇਦਾਂ ਹੈਗਾ ਵੀ ਜੇ ਤੁਸੀਂ ਥੋੜਾ ਮੈਡੀਟੇਟ ਕਰੋਗੇ ਥੋੜਾ ਈਜ਼ੀ ਥੋੜਾ ਹੋਊਗਾ ਜ਼ਰੂਰੀ ਹੋਊਗਾ ਇਹਦੇ ਨਾਲ ਬਟ ਇਹ ਚੀਜ਼ਾਂ ਆਪਾਂ ਨੂੰ ਮੈਡੀਟੇਸ਼ਨ ਤੋਂ ਨਹੀਂ ਮਿਲਦੀਆਂ ਜਿਵੇਂ ਆਪਾਂ ਪਹਿਲਾਂ ਜਮਾਨੇ ਚ ਗੱਲ ਕਰਦੇ ਹੁੰਦੇ ਸੀਗੇ ਨਾ ਵੀ ਲੋਕਾਂ ਕੋਲ ਜਿਹੜੇ ਬਹੁਤ ਜ਼ਿਆਦਾ ਤਪੱਸਿਆ ਕਰਦੇ ਉਹ ਸਿੱਧੀ ਹੁੰਦੀ ਸੀ ਸਿੱਧੀ ਨਹੀਂ ਹੈਗੀ ਭਾਜੀ ਇਹ ਇਟਸ ਆਰਟ ਭਾਜੀ ਅ ਬਹੁਤ ਸਾਰੇ ਪਹਿਲਾਂ ਬਹੁਤ ਜ਼ਮਾਨੇ ਪਹਿਲਾਂ ਮੈਜਿਕ ਐਕਚੁਅਲੀ ਕ੍ਰੀਏਟ ਕਿਉਂ ਹੋਇਆ ਸੀਗਾ ਏਜੀਪਟ ਵਿੱਚ ਇੰਡੀਆ ਵਿੱਚ ਤਾਂ ਕਿ ਗਰੀਬਾਂ ਦੇ ਵਿੱਚ ਲੋਕ ਵੰਡ ਸਕਣ ਅਮੀਰਾਂ ਤੋਂ ਲੈ ਕੇ ਹਾਦੀ ਸਫਾਈ ਤਾਂ ਕ੍ਰੀਏਟ ਹੋਈ ਸੀਗੀ ਜਿਵੇਂ ਕਿ ਕੋਈ ਵੀ ਚੀਜ਼ ਹਾਦੀ ਸਫਾਈ ਦੇ ਨਾਲ ਉਹ ਆਪਦੇ ਕੋਲ ਰੱਖ ਲੈਂਦੇ ਸੀ ਇੱਕ ਕਾਈਂਡ ਆਫ ਪਿਕ ਪਾਕਟਿੰਗ ਚੋਰੀ ਤੇ ਉਸ ਤੋਂ ਬਾਅਦ ਉਹ ਗਿਲੇ ਆ ਕੇ ਗਰੀਬਾਂ ਰੋਬਿਨ ਹੁਣ ਗਰੀਬਾਂ ਚ ਵੰਡਦੇ ਸੀਗੇ ਅ ਅੱਜ ਇਹਨੂੰ ਐਂਟਰਟੇਨਮੈਂਟ ਦੇ ਤਰੀਕੇ ਨਾਲ ਯੂਜ਼ ਕੀਤਾ ਜਾਂਦਾ ਭਾਜੀ ਤੁਹਾਡੇ ਮਦਰ ਨੂੰ ਤੁਸੀਂ ਕਾਲ ਕਰੋਗੇ ਉਹ ਚ ਕਾਲ ਚੱਕ ਲੈਣਗੇ ਜੇ ਹੁਣ ਉਹ ਨਾ ਚੱਕਣਗੇ ਹੋਰ ਕੌਣ ਚੱਕੇਗਾ ਭਾਜੀ ਮੈਂ ਕੀ ਕਰੂੰਗਾ ਮੈਂ ਇੱਕ ਕ ਕੱਢੂੰਗਾ ਤਾਂ ਮੈਂ ਇੱਕ ਕਾਰਡ ਨੂੰ ਕੱਢ ਕੇ ਨਾ ਭਾਜੀ ਪੁੱਠਾ ਰੱਖ ਦੂੰਗਾ ਠੀਕ ਹੈ ਜੀ ਤੇ ਮੈਂ ਤੁਹਾਨੂੰ ਦਿਖਾਉਂਗਾ ਨੇ ਵੀ ਜਿਹੜਾ ਕਾਰਡ ਮੈਂ ਪੁੱਠਾ ਰੱਖ ਰਿਹਾ ਭਾਜੀ ਹੈਗਾ ਕਿਹੜਾ ਜਸਟ ਰਾਈਟ ਦਿਲੇ ਹਾਲਾਤ ਆ ਯਾਰ ਭਾਈ ਜੀ ਤੁਸੀਂ ਤਾਂ ਮੈਨੂੰ ਠੀਕ ਹੈ ਭਾਜੀ ਮੈਨੂੰ ਦੱਸੂਗਾ ਨਹੀਂ ਭਾਜੀ ਇੱਕ ਕਾਰਡ ਜਿਹੜਾ ਕਿ ਭਾਜੀ ਮੈਂ ਪੁੱਠਾ ਰੱਖ ਰਿਹਾ ਤੇ ਮੈਂ ਉਹਨੂੰ ਤਾਸ਼ ਦੇ ਵਿੱਚ ਕਿਤੇ ਮਰਜੀ ਰੱਖ ਜਸਟ ਰਾਈਟ ਥੇਰ ਤੇ ਇਹਨੂੰ ਮੈਂ ਭਾਜੀ ਇੱਥੇ ਰੱਖ ਲਵਾਂ ਹੂੰ ਕੋਈ ਵੀ ਹੋ ਸਕਦਾ ਭਾਜੀ ਕਾਰਡ 52 ਪੱਤੇ ਵਿੱਚੋਂ ਮੈਨੂੰ ਪਤਾ ਕਾਰਡ ਕਿਹੜਾ ਮੈਂ ਇੱਥੇ ਬੈਠਾ ਬੈਠਾ ਤੁਹਾਨੂੰ ਇਨਫਲੂਐਂਸ ਕਰ ਦੇਣਾ ਤੁਸੀਂ ਆਪਦੇ ਮਦਦ ਨੂੰ ਕਾਲ ਕਰੋ ਰਾਈਟ ਨਾ ਉਹਨਾਂ ਨੂੰ ਕਹੋ ਮੈਂ ਇੱਕ ਮਾਜਿਸਟ੍ਰੇਟ ਨਾਲ ਬੈਠਾ ਮੈਂ ਚਾਹੁੰਦਾ ਵੀ ਤੁਸੀਂ ਕੋਈ ਮਰਜ਼ੀ ਇੱਕ ਪੱਤਾ ਬੋਲੋ ਮਮਾ ਨੂੰ ਮੇਰੇ ਤਾਸ਼ ਬਾਰੇ ਨਹੀਂ ਪਤਾ ਹੋਣਾ ਅੱਛਾ ਉਹਨਾਂ ਨੂੰ ਬੋਲੋ ਵੀ 1 ਤੋਂ ਲੈ ਕੇ 13 ਤੱਕ ਕੋਈ ਮਰਜ਼ੀ ਇੱਕ ਨੰਬਰ ਬੋਲੋ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪੁੱਛੋ ਰੈੱਡ ਜਾਂ ਫਿਰ ਬਲੈਕ ਤੇ ਰੈੱਡ ਜਾਂ ਬਲੈਕ ਦੇ ਵਿੱਚ ਫਿਰ ਜੇ ਮਨ ਕਰੇ ਚਲੋ ਆਪਣੇ ਕਾਹ ਜਾਂਦੇ ਹੁਕਮ ਚੜੀ 8 ਤਾਂ ਉਹ ਕੋਈ ਮਰਜ਼ੀ ਉਹਨਾਂ ਤੋਂ ਬਚ ਲੋ ਮੇਰੀ ਮਾਂ ਨੂੰ ਇਹ ਲੱਗਣ ਲੱਗਣਾ ਹੈ ਜੂਆ ਖੇਡ ਰਿਆ ਅਜ ਤੱਕ ਮੈਂ ਕਦੀ ਮਮਾ ਨੂੰ ਆਪਣੇ ਪੁੱਛਿਆ ਨਹੀਂ ਹਾਂ ਤਾਂ ਚਲ ਪੁੱਛਦਾ ਚਲ ਕੋਈ ਗੱਲ ਹੈ ਉਹ ਤਾਂ ਹੁਣੀ ਗੱਲ ਕਰ ਲੈਣੇ ਆ। ਹਲੋ। ਅ ਮम्मा ਫਰੀਓ ਦੋ ਮਿੰਟ। ਆਂ ਗਿਆ ਜੀ। ਮम्मा 1 ਤੋਂ ਲੈ ਕੇ 13 ਦੇ ਵਿੱਚ ਇੱਕ ਨੰਬਰ ਦਸੀਓ ਕੋਈ ਵੀ। 7 7 ਇੱਕ ਮਿੰਟ ਹੋਲਡ ਕਰਿਓ। ਹੋਰ ਰੈਡੀਅਰ ਬਲੈਕ। ਰੈਡੀਅਰ ਬਲੈਕ ਮम्मा ਕਲਰ। ਰੈਡ। ਰੈਡ। ਹਾਰਟਸ ਯਾ ਡਾਇਮੰਡਸ। ਅ ਦਿਲ ਕੇ ਡਾਇਮੰਡਸ। ਡਾਇਮ ਹਾਂ ਜੀ ਦਿਲ ਜਾਂ ਡਾਇਮਡ ਦਿਲ ਜਿਹੜਾ ਹਾਰਟ ਆਪਾਂ ਹਾਂ ਜੀ ਹਾਂ ਜੀ ਹਾਰਟ ਡਾਇਮੰਡ ਡਾਇਮੰਡ ਚਲੋ ਮੈਂ ਤੁਹਾਨੂੰ ਕਾਲ ਬੈਕ ਕਰਦਾ ਮੈਂ ਥੋੜੀ ਦੇਰ ਚ ਓਕੇ 7 ਆਫ ਡਾਇਮੰਡਸ ਭਾਜੀ ਹਮ ਸੱਤੀ 8 ਵੀ ਹਮ ਮੈਂ ਕੋਈ ਹੱਥ ਦੀ ਸਫਾਈ ਨਹੀਂ ਕਰ ਰਿਹਾ ਬਿਲਕੁਲ ਰੈਗੂਲਰਲੀ ਮੈਂ ਸਾਰੀ ਤਾਸ਼ ਨੂੰ ਕੱਢਦਾ ਭਾਜੀ ਤੇ ਸਾਰੀ ਤਾਸ਼ ਦੇ ਵਿੱਚ ਭਾਜੀ ਇੱਕ ਪੱਤਾ ਫਰੋਮ ਦ ਬਿਗਨਿੰਗ ਬਿਲਕੁਲ ਮੈਂ ਸਲੋਲੀ ਕਰ ਰਿਹਾ ਪਾਜੀ ਫਰੋਮ ਦ ਬਿਗਨਿੰਗ ਇੱਕ ਪੱਤਾ ਪੁੱਠਾ ਪਿਆ ਜਿਹੜਾ ਕਿ ਮੈਂ ਤੁਹਾਨੂੰ ਦਿਖਾ ਰਿਹਾ ਸੀ ਪਾਜੀ ਸਿਰਫ ਇੱਕ ਪੱਤਾ ਹੂੰ ਮੈਂ ਇਹਨੂੰ ਟਰਨਓਵਰ ਵੀ ਨਹੀਂ ਕਰੂੰਗਾ ਮੈਂ ਚਾਹਣਾ ਤੁਸੀਂ ਇਹਨੂੰ ਟਰਨਓਵਰ ਕਰੋ ਪਾਜੀ ਪਲੀਜ਼ ਦਿਖਾਓ ਮੈਂ ਇਹ ਲਈ ਦੇਖ ਸਕਦਾ ਇੱਥੇ ਬਹਿ ਕੇ ਕਰਦੇ ਵੀ ਕਿਦਾਂ ਇਫਲੂਐਂਸ ਹੋ ਗਏ ਇਹ ਤਾਂ ਬਰੂ ਚੱਕੀ ਫਿਰਦੇ ਬਾਈ ਤੁਸੀਂ ਨਰਾ ਪ੍ਰੈਕਟਿਸ ਪਾਜੀ ਨਾਥਿੰਗ ਐਲਸ ਬਾਈ ਸਿਰਫ ਪ੍ਰੈਕਟਿਸ ਫਰੀ ਤਾਂ ਕਰਕੇ ਪਾਜੀ ਮੈਨੂੰ ਰਿਕਵੈਸਟ ਬੜੀ ਅਜੀਬ ਜਿਹੀ ਵਾਰੀਆਂ ਪਾਜੀ ਆਪਣੇ ਇੰਡੀਆ ਦੇ ਵਿੱਚ ਤੁਸੀਂ ਜੇ ਬਾਬਾ ਨਹੀਂ ਬਨਣਾ ਚਾਹੁੰਦੇ ਲੋਕ ਫਿਰ ਵੀ ਤੁਹਾਨੂੰ ਸਕੇ ਨਾ ਬਾਬਾ ਬਣਾ ਦਿੰਦੇ ਹੁਣ ਮੈਂ ਇੱਕ ਮੁੰਡਾ ਮੈਨੂੰ ਕਹਿ ਰਿਹਾ ਕਿਤੇ ਨਾ ਮੇਰੀ ਇੱਕ ਇੰਟਰਵਿਊ ਹੋਈ ਸੀਗੀ ਤੇ ਉਹਦੇ ਵਿੱਚ ਉਹਨਾਂ ਨੇ ਪੰਜਾਬੀ ਚ ਉੱਤੇ ਲਿਖਤਾ ਕੀ ম্যাਜਿਕ ਨਾਲ ਉਤਰ ਸਕਦੀ ਹੈ ਸ਼ਰਾਬ ਕਿਉਂਕਿ ਅਸੀਂ ਸਟਰੀਟਸ ਤੇ ਜਾ ਕੇ ম্যাਜਿਕ ਕਰਨ ਲੱਗੇ ਇੱਕ ਮੁੰਡੇ ਨੇ ਇੱਕ ਕਿਸੇ ਗੁਰੇ ਨੇ ਕਹਿਤਾ ਵੀ ਓ ਮਾਈ ਗਾਡ ਵੀ ਤੂ ਐਡਾ ਵਧੀਆ ਮੈਜਿਕ ਦਿਖਾਇਆ ਮੇਰੇ ਤਾਂ ਦਾਰੂ ਹੀ ਉੱਤਰ ਗਈ ਜਿਹੜੀ ਮੈਂ ਪੀਤੀ ਸੀ ਤਾਂ ਉਹ ਇਹ ਸੈਂਸ ਚ ਕਹਿ ਰਹੇ ਸੀਗੇ ਭਾਜੀ ਸਾਡੀ ਟੀਮ ਨੂੰ ਇੰਨੇ ਮੈਸੇजेस ਆਏ ਸਾਡਾ ਮੁੰਡਾ ਦਾਰੂ ਬਹੁ ਪੀਂਦਾ ਸਾਡੇ ਮੁੰਡੇ ਤੇ ਦਾਰੂ ਛਡਾ ਦਿਓ ਸਾਡੇ ਮੇਰੇ ਦਾਰੂ ਛਡਾ ਦਿਓ ਉਸ ਤੋਂ ਬਾਅਦ ਇੱਕ ਦੂਜਾ ਆਇਆ ਵੀ ਅ ਵਸ਼ੀ ਕਰਨ ਵਾਸਤੇ ਇੰਨੇ ਆਉਂਦੇ ਭਾਜੀ ਵੀ ਸਾਡੇ ਮੈਨੂੰ ਇੱਕ ਕੁੜੀ ਬਹੁਤ ਜ਼ਿਆਦਾ ਪਸੰਦ ਆ ਉਹ ਚਾਹੀਦੀ ਹੈ ਹਾਂ ਉਹ ਕੁੜੀ ਮੈਨੂੰ ਚਾਹੀਦੀ ਹੈ ਕਰਾ ਦਨਗੇ ਵੈਸੇ ਤੁਸੀਂ ਭਾਜੀ ਆ ਬੰਨੇ ਹੱਥ ਮੈਂ ਹੁਣ ਇੱਕ ਵਾਰ ਮੇਰੇ ਮੂੰਹ ਚ ਗਲਤੀ ਨਾਲ ਵੀ ਹਾਂ ਨਿਕਲ ਗਿਆ ਨਾ ਫਿਰ ਵੀ ਲੋਕਾਂ ਨੇ ਉੱਥੇ ਨਾ ਨਾ ਭਾਜੀ ਨਹੀਂ ਨਹੀਂ ਭਾਜੀ ਕੀ ਕੀ ਭਾਈ ਹੋਰ ਕੀ ਕਰ ਲੈਣਾ ਜਿਵੇਂ ਇੱਕ ਕੋਰਟ ਦੇ ਵਿੱਚ ਮੁਜਰਮ ਦੀ ਸਾਬਤ ਕਰਨ ਲਈ ਕੀ ਸੱਚ ਹੈ ਕਿ ਝੂਠਾ ਸਰਕਾਰ ਇੰਨਾ ਟਾਈਮ ਲਾ ਦਿੰਦੀ ਹੈ ਤੁਸੀਂ ਦੇਖ ਕੇ ਦੱਸ ਦਿੰਦੇ ਹੋਗੇ ਭਾਜੀ ਉਹਦੇ ਵਾਸਤੇ ਸਾਈਕੋਲੋਜਿਸਟ ਹੈਗੇ ਨਹੀਂ ਸਾਈਕੋਲੋਜਿਸਟ ਦੀ ਕਈ ਏਦਾਂ ਦੇ ਗੁੱਡ ਬ੍ਰਾਂਚੇਸ ਹੈਗੇ ਜਿਹੜੇ ਕਿ ਉਸ ਦੇ ਵਿੱਚ ਹੈਲਪ ਕਰਦੀਆਂ ਨੇ ਸਭ ਤੋਂ ਉਹਦਾ ਬੈਸਟ ਤਰੀਕਾ ਹੀ ਇੱਕ ਲਾਈ ਡਿਟੈਕਟਰ ਟੈਸਟ ਜਿਹੜਾ ਹੈਗਾ ਭਾਜੀ ਉਹ ਵੀ ਬਹੁਤ ਇਹਦੇ ਵਿੱਚ ਯੂਜ਼ ਹੁੰਦਾ ਉਹ ਸਾਰੀਆਂ ਕਾਫੀ ਚੀਜ਼ਾਂ ਨੂੰ ਯੂਜ਼ ਕਰਕੇ ਹੁੰਦਾ ਤੁਹਾਡਾ ਦਿਲ ਤਾਂ ਟੁੱਟਿਆ ਹੋਣਾ ਭਾਜੀ ਸਭ ਨਾਲ ਕਦੀ ਭਾਜੀ ਕੀਦਨ ਟੁੱਟੇ ਭਜੀ ਨਹੀਂ ਮਰਦਾ ਹੈਗਾ ਪਰ ਉਹਦੇ ਵਿੱਚ ਡਿਟੇਲ ਵਿੱਚ ਭਜੀ ਉਹਨੇ ਕਿਹਾ ਤੁਹਾਡਾ ਕਿਵੇਂ ਟੁੱਟਿਆ ਬਾਈ ਤੁਸੀਂ ਤਾਂ ਪ੍ਰਡਿਕਟ ਕਰ ਲੈਨੇ ਹੋ ਕਿ ਇਹਦੇ ਅੰਦਰ ਕੀ ਚੱਲ ਰਿਹਾ ਭਜੀ ਐਦਾਂ ਹੈਗਾ ਵੀ ਕਿਸੇ ਟਾਈਮ ਤੇ ਬੱਚੇ ਬੁੱਚੇ ਸੀਗੇ ਉਹ ਵੀ ਮਾੜਾ ਮੋਟਾ ਐ ਨਹੀਂ ਮੈਂ ਦੇਵਦਾਸ ਵਾਲਾ ਫੇਸ ਨਹੀਂ ਰਿਹਾ ਮੇਰਾ ਵੈਸੀ ਵੈਸੀ ਕੋਈ ਤੁਸੀਂ ਇਹਦਾ ਪ੍ਰਡਿਕਟ ਕਰ ਲੈਨੇ ਹੋ ਜਦੋਂ ਕੋਈ ਨਵਾਂ ਦੋਸਤ ਬਣਨ ਦੀ ਕੋਸ਼ਿਸ਼ ਕਰਦਾ ਕਿ ਕੀ ਚਾਹੁੰਦਾ ਤੁਹਾੜ ਤੋਂ ਉਹ ਉਹ ਵੀ ਇੱਕ ਮੈਜੀਕ ਹੈ ਮੇਰੇ ਨਾ ਜਿੰਨਾ ਤੋਂ ਮੈਂ ਸਿੱਖਿਆ ਸੀਗਾ ਮੈਂਟਲਿਜ਼ਮ ਉਹਨਾਂ ਨੇ ਮੈਨੇ ਕੋਟ ਕੀਤਾ ਸੀਗਾ ਇੱਕ ਕੋਟ ਬੜਾ ਸੋਹਣਾ ਦਿੱਤਾ ਸੀਗਾ ਕਹਿੰਦੇ ਵੀ ਇੱਕ ਚੀਜ਼ ਹੈਗੀ ਆ ਜਿਹੜੀ ਤੁਸੀਂ ਕਦੇ ਵਾਪਸ ਨਹੀਂ ਲੈ ਪਾ ਕਿ ਜਦੋਂ ਕੋਈ ਬੰਦਾ ਸੱਚਮੁੱਚ ਹੀ ਏਦਾਂ ਰੀਡਿੰਗ ਹੈ ਬਿਹੇਵੀਅਰ ਰੀਡਿੰਗ ਕਰਨਾ ਸਟਾਰਟ ਕਰਦਾ ਉਹਦੇ ਦੋਸਤ ਬਹੁਤ ਘਟ ਜਾਂਦੇ ਕਿਉਂ ਬਸ ਉਹਨਾਂ ਨੂੰ ਥੋੜਾ ਮੋਟਾ ਤਾਂ ਆਈਡੀਆ ਰਹਿੰਦਾ ਵੀ ਕਿਹੜਾ ਬੰਦਾ ਥੋੜਾ ਕਿਵੇਂ ਸੋਚ ਰਿਹਾ ਕਿਹੜਾ ਬੰਦਾ ਦਿਲੋਂ ਸੋਚ ਰਿਹਾ ਨਹੀਂ ਸੋਚ ਰਿਹਾ ਤੇ ਮਿੱਠੇ ਮੱਠੇ ਝੂਠ ਤਾਂ ਭਾਜੀ ਚੱਲਦੇ ਆ ਹੁਣ ਮੈਂ ਰਾਈਟ ਨਾਓ ਸਿੰਗਲ ਆ ਭਾਜੀ ਠੀਕ ਹੈ ਮੈਂ ਕਿਉਂ ਸਿੰਗਲ ਆ ਰਾਈਟ ਨਾਓ ਬਿਕਾਜ਼ ਕੋਈ ਗਰਲਫ੍ਰੈਂਡ ਜ਼ਿਆਦਾ ਟਾਈਮ ਭਾਜੀ ਇਸਪਾ ਕੋ ਟਿਕ ਨਹੀਂ ਸਕਦੀ ਤੁਸੀਂ ਖੁਦ ਸੋਚੋ ਕਿਉਂ ਉਹਨੂੰ ਸਭ ਕੋਈ ਪਤਾ ਲੱਗ ਜੇ ਪਰ ਕੋਈ ਲਾਇਲ ਹੋਏਗੀ ਫਿਰ ਤਾਂ ਥੋੜਾ ਥੋੜਾ ਔਖਾ ਥੋੜਾ ਔਖਾ ਮਤਲਬ ਥਾਟਸ ਨੂੰ ਕੰਟਰੋਲ ਕਰਨਾ ਔਖਾ ਹੁਣ ਜੇ ਮੰਨ ਕੇ ਚੱਲੋ ਜੇ ਕੋਈ ਇੱਕ ਬੰਦਾ ਸੋਚੂਗਾ ਵੀ ਮੈਂ ਕਿਸੇ ਦੇ ਸਾਹਮਣੇ ਆ ਥਾਟਸ ਨਹੀਂ ਰੱਖਣੇ ਮੱਲੂਮ ਹੀ ਆ ਜਾਂਦੇ ਆ ਮੈਂ ਤੁਹਾਨੂੰ ਬੇਸਿਕਲੀ ਤੁਸੀਂ ਥਾਟ ਵੀ ਪੜ ਲੈਣੇ ਨਾਮ ਤੋਂ ਇਲਾਵਾ ਹਾਂਜੀ ਭਾਜੀ ਪੂਰੇ ਥਾਟਸ ਪਾੜ ਸਕਦਾ ਬਟ ਥਾਟਸ ਨੂੰ ਕਿਵਰੀ ਕੁਝ ਸੈਕਿੰਡ ਜ਼ਿਆਦਾ ਲੱਗ ਜਾਂਦੇ ਆ ਪਰ ਹਾਂ ਨੇਮ ਜਿਹੜਾ ਹੈਗਾ ਉਹ ਕੁਇਕਲੀ ਹੋ ਜਾਂਦਾ ਥੋੜਾ ਜਿਵੇਂ ਕਿ ਮੈਂ ਤੁਹਾਨੂੰ ਕਹਿਣਾ ਡੋਨਟ ਥਿੰਕ ਆਫ ਅ ਬਲੈਕ ਕੈਟ ਭਾਜੀ ਪਹਿਲੀ ਚੀਜ਼ ਕੀ ਦਿਮਾਗ ਚ ਆਂਦੀ ਬਲੈਕ ਕੈਟ ਡੋਨ ਜੇ ਕੋਈ ਵੀ ਸੋਚੂਗਾ ਵੀ ਠੀਕ ਹੈ ਆ ਚੀਜ਼ਾਂ ਮੈਨੂੰ ਚਾਹੁੰਦਾਨ ਮੋਰ ਪੜੇ ਆ ਚੀਜ਼ਾਂ ਮੈਨੂੰ ਚਾਹੁੰਦਾ ਐਕਚੁਅਲੀ ਉਹ ਫੋਕਸ ਹੀ ਉਹਦੇ ਉੱਤੇ ਕਰ ਰਿਹਾ ਸੋ ਦੈਟ ਇਜ਼ ਵਾਈ ਇਹਦੇ ਵਿੱਚ ਭਾਜੀ ਬਹੁਤ ਚੀਜ਼ਾਂ ਹੋਈਆਂ ਮੇਰੇ ਬਟ ਦੈਟਸ ਫਾਈਨ ਭਾਜੀ ਸਿੱਖਦੇ ਹਾਂ ਬਹੁਤ ਕੁਝ ਸਿੱਖਦੇ ਹਾਂ ਭਾਜੀ 25 ਇਸ ਟੀਜ ਨੂੰ ਲੈ ਕੇ ਆਪਾਂ ਸਮਾਜ ਦਾ ਭਲਾ ਕਿਵੇਂ ਕਰ ਸਕਦੇ ਆ ਮੈਂ ਤਾਂ ਚਲੋ ਸੋਸ਼ਲ ਵਰਕਰ ਕਾਈਂਡ ਆਫ ਦਿਮਾਗ ਚੱਲਦਾ ਮੇਰਾ ਮੈਂ ਸਮਝ ਗਿਆ ਜੀ ਤੁਹਾਡੀ ਗੱਲ ਕਿ ਜਿਹੜੀ ਸ਼ਕਤੀਆਂ ਤੁਹਾਡੇ ਕੋਲ ਆਈਆਂ ਹਾਂ ਜੀ ਇਹ ਸ਼ਕਤੀਆਂ ਨਾਲ ਆਪਾਂ ਸੋਸਾਇਟੀ ਦੀ ਹੈਲਪ ਕਿਵੇਂ ਕਰ ਸਕਦੇ ਆ ਮੈਂ ਭਾਜੀ ਬਹੁਤ ਹੀ ਪ੍ਰਾਈਵੇਟਲੀ ਕੁਝ ਲੋਕਾਂ ਦੀ ਹੈਲਪ ਫਿਰ ਵੀ ਕਿਸੇ ਹਿਸਾਬ ਨਾਲ ਕੀਤੀ ਆ ਬਟ ਆਪਣੇ ਆਪਣੇ ਸਕਿੱਲ ਦੇ ਥਰੂ ਸਕਿੱਲ ਦੇ ਥਰੂ ਪਰ ਬਹੁਤ ਮੈਂ ਧਿਆਨ ਰੱਖਦਾ ਵੀ ਉਹ ਚੀਜ਼ ਕਿਤੇ ਵੀ ਮਾਰਕੀਟ ਨਾ ਹੋਵੇ ਬਿਕੋਜ਼ ਜੇ ਕਿਤੇ ਵੀ ਮਾਰਕੀਟ ਹੋ ਜਾਂਦੀ ਹੈ ਭਾਜੀ ਲੋਕਾਂ ਨੇ ਮੈਨੂੰ ਸਿੱਧਾ ਬਾਬਾ ਬਣਾ ਦੇਣਾ ਅੱਜ ਸਵੇਰ ਦੇ ਮੈਸੇਜ ਆ ਭਾਜੀ ਕਿਸੇ ਇੱਕ ਕੁੜੀ ਨੇ ਇੱਕ ਅਕਾਊਂਟ ਬਣਾਇਆ ਸੈਪਰੇਟ ਤੇ ਉਹ ਅਕਾਊਂਟ ਸੈਪਰੇਟ ਤੂੰ ਨੇ ਬਣਾ ਕੇ ਮੇਰੇ ਸਾਰੇ ਫਾਲੋਅਰਸ ਨੂੰ ਫਾਲੋ ਕਰ ਲਿਆ ਉਸ ਤੋਂ ਬਾਅਦ ਉਹਦੇ ਉੱਤੇ ਉਹਨੇ ਪੋਸਟ ਕਰਨਾ ਸਟਾਰਟ ਕੀਤਾ ਤੇ ਮੈਂ ਅਨਮੋਲ ਮੈਜਿਕ ਨੂੰ ਆਹਾਹਾ ਮੈਸੇਜ ਕੀਤੇ ਸੀਗੇ ਮੈਨੂੰ ਇਦਾਂ ਦਾ ਰਿਪਲਾਈ ਨਹੀਂ ਆਇਆ ਉਹ ਮੈਸੇजेस ਕੀ ਸੀਗੇ ਭਾਜੀ ਵੀ ਮੈਨੂੰ ਕੀ ਇਦਾਂ ਦਾ ਮੈਂ ਇੱਕ ਮੇਰਾ ਬாய்ਫਰੈਂਡ ਆ ਉਹ ਮੈਨੂੰ ਛੱਡ ਕੇ ਚਲਾ ਗਿਆ ਕਿਸੇ ਸਮਾਂ ਉਹਨਾਂ ਨੂੰ ਵਾਪਸ ਲਿਆ ਮੈਸੇਜ ਇਦਾਂ ਹੁੰਦਾ ਨਹੀਂ ਪਰ ਇਦਾਂ ਨਹੀਂ ਹੋ ਸਕਦਾ ਮੈਜਿਕ ਦੀ ਬਾਉਂਡਰੀਜ਼ ਕੀ ਨੇ ਬਾਈ ਪਾਜੀ ਮੈਜਿਕ ਦੀ ਬਾਉਂਡਰੀਜ਼ ਇਹ ਹੈ ਵੀ ਤੁਸੀਂ ਬਾਉਂਡਰੀ ਲੈਸ ਤਾਂ ਨਹੀਂ ਕਿਤੇ ਨਹੀਂ ਬਾਉਂਡ ਇੱਕ ਚੀਜ਼ ਹੈ ਕਿ ਮੈਜਿਕ ਵਿੱਚ ਕਦੇ ਤੁਸੀਂ ਬਾਉਂਡਰੀਜ਼ ਦਾ ਇਨਕਲੂਡ ਨਹੀਂ ਕਰਦੇ ਬਟ ਐਦਾਂ ਹੁੰਦਾ ਵੀ ਜਿਵੇਂ ਹੁਣ ਕੋਈ ਇੱਕ ਬੰਦਾ ਹੈ ਤੇ ਉਹਨੇ ਕੋਈ ਚੀਜ਼ ਆਪਦੀ ਵਿਲ ਦੇ ਥਰੂ ਕਰ ਰਿਹਾ ਮੈਂ ਕਿਸੇ ਦੀ ਵਿਲ ਨੂੰ ਚੇਂਜ ਨਹੀਂ ਕਰ ਸਕਦਾ ਈਵਨ ਹਿਪਨੋਸਿਸ ਵਿੱਚ ਵੀ ਐਦਾਂ ਹੁੰਦਾ ਵੀ ਹਾਂ ਮਾਸ ਹਿਪਨੋਸਿਸ ਹੁਣ ਮੈਂ ਇੱਕ ਨਵੀਂ ਚੀਜ਼ ਤੇ ਕੰਮ ਕਰ ਰਿਹਾ ਹਾਂ ਭਾਜੀ ਇਹ ਸਟੇਜ ਵਿੱਚ ਅਜੇ ਇੰਡੀਆ ਵਿੱਚ ਕੋਈ ਨਹੀਂ ਕਰਦਾ ਮੈਂ ਲੈ ਕੇ ਆ ਰਿਹਾ ਇੰਡੀਆ ਦੇ ਵਿੱਚ ਮਾਸ ਹਿਪਨੋਸਿਸ ਕੀ ਹੁੰਦਾ ਤੁਸੀਂ ਜਿਵੇਂ ਇੱਕ ਕਿਸੇ ਬੰਦੇ ਨੂੰ ਹਿਪਨੋਟਾਈਜ਼ ਕਰਦੇ ਹੋ ਤੁਸੀਂ 30 ਬੰਦਿਆਂ ਨੂੰ ਲੈ ਜਾਨੇ ਸਟ੍ਰੇਟਲੀ ਸਟੇਜ ਦੇ ਉੱਤੇ ਸਾਰਿਆਂ ਨੂੰ ਹਿਪਨੋਟਾਈਜ਼ ਕਰਦੇ ਹੋ ਤੁਸੀਂ ਉਹਨਾਂ ਨੂੰ ਕੁਝ ਨਾ ਕੁਝ ਕਹਿ ਦਿੰਦੇ ਹੋ ਵੀ ਓਕੇ ਮੈਂ ਚਾਹਣਾ ਤੁਸੀਂ ਸਾਰੇ ਫੁੱਟਬਾਲ ਪਲੇਅਰ ਹੋ ਇੱਕ ਇਨਵੀਜ਼ੀਬਲ ਫੁੱਟਬਾਲ ਆ ਤੁਹਾਡੇ ਵਿੱਚ ਤੇ ਤੁਸੀਂ ਇੱਕ ਦੂਜੇ ਨਾਲ ਲੜ ਰਹੇ ਹੋ ਫੁੱਟਬਾਲ ਨੂੰ ਲੈਣ ਵਾਸਤੇ ਤੇ ਜਦੋਂ ਹੀ ਤੁਸੀਂ ਤਿੰਨ ਤੱਕ ਗਿਣਦੇ ਹੋ ਸਾਰੇ ਉੱਠ ਕੇ ਇੱਕ ਦੂਜੇ ਦੇ ਕੱਪੜੇ ਪਾੜਨਾ ਸ਼ੁਰੂ ਕਰ ਦਿੰਦੇ ਆ ਬਹੁਤ ਗੁੱਡ ਮੈਂ ਹਿਪਨੋਟਿਸਟ ਨੇ ਜਿਹੜੇ ਕਿ ਵੈਗਸ 'ਚ ਹੈਗੇ ਆ ਜਿਹੜੇ ਕਿ ਯੂਐਸ 'ਚ ਹੈਗੇ ਆ ਉਹ ਆਕਸਫੋਰਡ ਯੂਨੀਵਰਸਿਟੀ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਸ਼ੋਅ ਕਰ ਰਹੇ ਨੇ ਭਾਜੀ ਉਹਨਾਂ ਦੇ ਬੱਚਿਆਂ ਦੇ ਲਈ ਵੀ 30-30 ਲੋਕਾਂ ਨੂੰ ਸਟੇਜ ਤੇ ਬੁਲਾ ਕੇ ਆ ਸਾਰਾ ਕੁਝ ਕਰ ਰਹੇ ਆ ਉਵੀ ਮੇਰੇ ਸ਼ੋਅ ਦਾ ਐਕਟ ਦਾ 파ਰਟ ਹੋਊਗਾ ਪਰ ਬਾਉਂਡਰੀਜ਼ ਇਹੇ ਨੇ ਤੁਸੀਂ ਕਿਸੇ ਨੂੰ ਪਰਮਨੈਂਟਲੀ ਚੇਂਜ ਨਹੀਂ ਕਰ ਸਕਦੇ ਫੇਟ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ ਜੇ ਇੱਕ ਬੰਦਾ ਹੈਗਾ ਉਹ ਰੱਬ ਨੇ ਉਹਨੂੰ ਬੁਲਾ ਲਿਆ ਯਾਦ ਕਰ ਲਿਆ ਉਹਦੀ ਮੇਰੀ ਕੋਈ ਰਜ਼ਾ ਨਹੀਂ ਭਾਜੀ ਹਾਂ ਇਦਾਂ ਹੈਗਾ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਇੱਕ ਨਾਰਮਲ ਪੀਪਲ ਨਹੀਂ ਕਰ ਸਕਦੇ ਉਹ ਅਸੀਂ ਕਰ ਸਕਦੇ ਹਾਂ ਤੇ ਮੈਂ ਕਿਉਂ ਨਹੀਂ ਬਹੁਤ ਸਾਰੀ ਮੈਨੂੰ ਮੈਸੇਜਸ ਆਉਂਦੇ ਰਹਿੰਦੇ ਹਨ ਮੁੱਲੇ ਸਿੱਖਣਾ ਮੈਂ ਕਿਉਂ ਨਹੀਂ ਲੋਕਾਂ ਨੂੰ ਸਿਖਾ ਰਿਹਾ ਇਹ ਤਾਂ ਗਲਤ ਇਸਤੇਮਾਲ ਬਹੁਤ ਹੋ ਸਕਦਾ ਭਾਜੀ ਤੇ ਭਾਈ ਪਤਾ ਕਿਵੇਂ ਲੱਗੂਗਾ ਕਿ ਜਿਹੜੇ ਸਿੱਖ ਰਹੇ ਨੇ ਉਹ ਸਹੀ ਇਸਤੇਮਾਲ ਯੂਜ਼ ਕਰਨ ਲਈ ਕਰ ਰਹੇ ਸਮਝ ਆਮੀ ਤੁਹਾਡੀ ਗੱਲ ਹੋ ਸਕਦਾ ਤੇ ਕੁਝ ਲੋਗ ਇਦਾਂ ਦੇ ਹੋਏ ਵੀ ਆ ਹੁਣ ਫੋਰ ਐਗਜ਼ਾਮਪਲ ਮੈਂ ਇੱਕ ਪਤਾ ਬੰਦੇ ਦਾ ਨਾਮ ਲਾਵਾਂ ਕਿ ਨਾ ਚਲੋ ਉਹਨੂੰ ਕਿਹੜਾ ਨਹੀਂ ਪਤਾ ਲੱਗਣਾ ਭਾਜੀ ਗੋਰ ਉਹਦਾ ਨਾਮ ਹੈ ਡੈਨੀਅਲ ਮੈਡੀਸਨ ਬਹੁਤ ਕਮਾਲ ਦਾ ਬੰਦਾ ਈ ਬਹੁਤ ਕਮਾਲ ਦਾ ਬੰਦਾ ਉਹਨੇ ਕੁਝ ਮੂਵਸ ਸਿੱਖੇ ਜਿਹੜੇ ਕਿ ਅੰਡਰਗਰਾਊਂਡ ਗੈਂਬਲਿੰਗ ਚ ਯੂਜ਼ ਕੀਤੇ ਭਾਜੀ ਇੱਕ ਮੂਵ ਹੁੰਦਾ ਜਿਹਨੂੰ ਕਹਿੰਦੇ ਆ ਬਾਟਮ ਡੀਲ ਸੋ ਬਾਟਮ ਡੀਲ ਕੀ ਹੁੰਦਾ ਓਕੇ ਜੇ ਕੋਈ ਵੀ ਕਰੇ ਬੈਠਾ ਹੁਣ ਤੁਸੀਂ ਸਾਰੇ ਦੇਖ ਰਹੇ ਹੋ ਜੇ ਤੁਸੀਂ ਵੀਡੀਓ ਦੇ ਨਾਲ ਨਹੀਂ ਸੁਣ ਰਹੇ ਮੈਂ ਚਾਹੁੰਦਾ ਤੁਸੀਂ ਇੱਕ ਵਾਰੀ ਥੋੜੀ ਜੀ ਵੀਡੀਓ ਨਾਲ ਦੇਖਿਓ ਬਿਕੋਜ਼ ਮੈਂ ਇੱਕ ਮੂਵ ਦਿਖਾਉਣ ਲੱਗਾ ਭਾਜੀ ਇਹ ਹੈਗਾ ਸਟ੍ਰੇਟ ਆਊਟ ਜਵਾਰੀਆਂ ਦਾ ਮੂਵ ਵੀ ਕਿਉਂ ਕਿਵੇਂ ਜਵਾਰੀ ਤੁਹਾਡੇ ਨਾਲ ਟੱਕਾ ਕਰ ਲੈਂਦੇ ਆ ਕਿਵੇਂ ਜਵਾਰੀ ਤੁਹਾਨੂੰ ਆ ਕੋਈ ਇਦਾਂ ਦੀ ਚੀਜ਼ ਦਿਖਾ ਦਿੰਦੇ ਆ ਵੀ ਤੁਹਾਡੇ ਤੋਂ ਪੈਸਾ ਲੁੱਟ ਲੈਣ ਆਪਾਂ ਮਾਈਕ ਨੂੰ ਥੋੜਾ ਅੱਗੇ ਕਰ ਲੈਣਾ ਹਾਂਜੀ 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 ਮਾਈਕ ਨੂੰ ਥੋੜਾ ਅੱਗੇ ਕਰ ਲੈਣਾ ਤੇ ਭਾਜੀ ਆਪਾਂ ਉਹ ਵਾਲੇ ਕੈਮਰਾ ਦੇ ਵਿੱਚ ਉਹਨਾਂ ਨੂੰ ਸ਼ੋਅ ਕਰਦੇ ਆਂ ਪਲੀਜ਼ ਜੀ ਥੋੜਾ ਨੇੜੇ ਤੁਸੀਂ ਨੇੜੇ ਆ ਸਕਦੇ ਹੋ ਤਾਂ ਥੈਂਕ ਯੂ ਭਾਜੀ ਸੋ ਇਟਸ ਵੈਰੀ ਸਿੰਪਲ ਭਾਜੀ ਮੰਨ ਕੇ ਚੱਲੋ ਵੀ ਮੇਰੇ ਕੋਲ ਕੁਝ ਕਾਰਡਸ ਨੇ ਤੇ ਸਾਰੇ ਸਾਰੇ ਕਾਰਡ ਛੋਟਲੀ ਅਡਰ ਨੇ ਹਨਾ ਤੇ ਮੈਂ ਚਾਹਣਾ ਹੈ ਵੀ ਕੋਈ ਵੀ ਇੱਕ ਕਾਰਡ ਮੈਂ ਕਿਸੇ ਨੂੰ ਵੀ ਡੀਲ ਕਰਾਂ ਹੁਣ ਮੈਂ ਇਹ ਟਿਊਟੋਰੀਅਲ ਨਹੀਂ ਦੇ ਰਿਹਾ ਤੁਹਾਨੂੰ ਮੈਂ ਤੁਹਾਨੂੰ ਸਿਖਾਉਣ ਵਾਸਤੇ ਨਹੀਂ ਕਰ ਰਿਹਾ ਬਟ ਇਦਾਂ ਹੈਗਾ ਇੱਕ ਇੰਟਰਸਟਿੰਗ ਟਾਪਿਕ ਹੈ ਭਾਜੀ ਹੁਣ ਕੋਈ ਵੀ ਕਾਰਡ ਫਾਰ ਐਗਜ਼ਾਮਪਲ ਮੈਂ ਚੱਕ ਲੈਣਾ ਹੈ 9 ਆਫ ਹਾਰਟਸ ਠੀਕ ਹੈ ਮੈਂ ਚਾਹਣਾ ਵੀ 9 ਆਫ ਹਾਰਟਸ ਮੈਂ ਇੱਥੇ ਰੱਖ ਦੇਣਾ ਭਾਜੀ ਤੇ ਜਦੋਂ ਹੀ ਮੈਂ ਚੁਟਕੀ ਮਾਰਦਾ ਪਾਜੀ ਚੇਂਜ ਹੋ ਜਾਂਦਾ ਕਿਸੇ ਮਰਜ਼ੀ 9 ਆਫ ਡਾਇਮੰਡਸ ਦੇ ਵਿੱਚ ਕਿਸੇ ਹੋਰ ਕਾਰਡ ਦੇ ਵਿੱਚ ਠੀਕ ਹੈ ਉਦਾਂ ਹੀ ਜੇ ਹੁਣ ਮੈਂ ਚਾਹਣਾ ਵੀ 9 ਆਫ ਡਾਇਮੰਡਸ ਪਾਜੀ ਮੇਰੇ ਕੋਲ ਇੱਥੇ ਆ ਤੇ ਆਪਾਂ 9 ਆਫ ਡਾਇਮੰਡਸ ਨੂੰ ਪੱਤੇ ਕੁਝ ਲੋਕਾਂ ਨੂੰ ਡੀਲ ਕਰਨਾ ਤਾਂ ਇੱਥੇ ਚਾਰ ਬੰਦੇ ਨੇ 1 2 3 4 ਤੁਸੀਂ ਸਿਲੇਕਟ ਕਰੋ ਕਿਹਦੇ ਬੰਦੇ ਕੋਲ 9 ਆਫ ਡਾਇਮੰਡਸ ਆਉਣਾ ਚਾਹੀਦਾ ਤੁਹਾਡੇ ਕੋਲ ਮੇਰੇ ਕੋਲ ਆਉਣਾ ਚਾਹੀਦਾ ਮੈਂ ਕੀ ਕਰਦਾ ਪਾਜੀ ਕੁਝ ਪੱਤੇ ਨੂੰ ਇਦਾਂ ਡੀਲ ਕਰਨਾ ਸਟਾਰਟ ਕਰਦਾ ਪਹਿਲੇ ਦੂਜੇ ਤੀਜੇ ਤੇ ਚੌਥੇ 9 ਆਫ ਡਾਇਮੰਡਸ ਮੇਰੇ ਕੋ ਆ ਗਿਆ 9 ਆਫ ਡਾਇਮੰਡ ਕਿਰਨ ਤੁਸੀਂ ਪਤਾ ਵਿੱਚੋਂ ਕੱਢ ਕੇ ਪਹਿਲਾਂ ਉਧਰ ਰੱਖਤਾ ਸੀ ਬਿਲਕੁਲ ਸੈਕੰਡੀਲ ਸੈਕੰਡੀਲ ਇਹਨੂੰ ਸੈਕੰਡੀਲ ਕਹਿੰਦੇ ਆ ਹੁਣ ਆਪਾਂ ਫੇਸ ਅਪ ਕਰਕੇ ਕਰਦੇ ਆ ਤਾਂ ਕਿ ਲੋਕਾਂ ਨੂੰ ਪਤਾ ਲੱਗੇ 7 ਆਫ ਸਪੇਡ ਵੋਏ ਹੋਏ ਠੀਕ ਹੈ ਉਦਾਂ ਹੀ ਜੇ ਨੂੰ ਆਪਾਂ ਫੇਸ ਡਾਊਨ ਕਰਕੇ ਕਰਾਂਗੇ ਭਾਜੀ ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਕੀ ਹੋ ਰਿਹਾ ਠੀਕ ਹੈ ਹੁਣ ਇਹੀ ਕੁਝ ਮੂਵਸ ਨੂੰ ਯੂਜ਼ ਕਰਕੇ ਆਪਾਂ ਤੁਹਾਡੇ ਨਾਲ ਖੇਡਦੇ ਆ ਛੋਟਾ ਜਿਹਾ ਜੂਆ ਮੇਰੇ ਕੋਲ ਕੁਝ ਪੱਤੇ ਨਹੀਂ ਪੈ ਰਹੇ ਇੱਕ ਪ੍ਰੋਪਰ ਵੈਗਸ ਲੈਵਲ ਦਾ ਜੂਆ ਜਿਹੜਾ ਮੈਂ ਤੁਹਾਡੇ ਨਾਲ ਖੇਡਣ ਲੱਗਿਆ ਭਾਈ ਮੇਰੇ ਕੋਲ ਕੁਝ ਪੱਤੇ ਨਹੀਂ ਜਿਹੜੇ ਸਾਰੇ ਪੱਤੇ ਨੇ ਨਾ ਇਹਦੇ ਵਿੱਚ ਆਪਣੇ ਕੋਲ ਹੈਗੇ ਕੁਝ ਡੁਪਲੀਕੇਟ ਕਾਰਡਸ ਹੂੰ ਜਿਵੇਂ ਕਿ ਮੇਰੇ ਕੋਲ ਭਾਜੀ ਹੈਗਾ ਇੱਕ ਇੱਕਨਾਂ ਮੈਂ ਕਿਹੜੀ ਕਿਹੜੇ ਪੱਤੇ ਯੂਜ਼ ਕਰਨੇ ਆ ਇਹਦੇ ਵਿੱਚ ਆਪਾਂ ਭਾਜੀ ਯੂਜ਼ ਕਰਦੇ ਆ ਇੱਕ ਦੁੱਕੀ ਹੂੰ ਕੁਝ ਦੋ ਦੋ ਕੁ ਦੁੱਕੀਆਂ ਤੇ ਇੱਕ ਅਦੀ ਕੋਈ ਬੇਗੀ ਵਗੈਰਾ ਇੱਕ ਸਿਕੰਡ ਮੈਂ ਜੇਬ ਆਪਣੀ ਚੈੱਕ ਕਰਾਂ ਮੇਰੀ ਜੇਬ ਖਾਲੀ ਹੋਵੇ ਬਸ ਦੈਟਸ ਇਟ ਓਕੇ ਗੁੱਡ ਸੋ ਇਹ ਪਿਆ ਮੱਬੀ ਸਪੈਸ਼ਲ ਬਣਵਾਇਆ ਭਾਈ ਤੁਸੀਂ ਕਿ ਨਹੀਂ ਪੜੀ ਨਹੀਂ ਪੜੀ ਇਹ ਰੈਗੂਲਰ ਜੀ ਇਹ ਰੈਗੂਲਰ ਹੈ ਭਾਜੀ ਇਹ ਰੈਗੂਲਰ ਹੈ ਜੀ ਗੁੱਡ ਕੁਐਸਚਨ ਭਾਜੀ ਸੋ ਇਟਸ ਵੈਰੀ ਸਿੰਪਲ ਭਾਜੀ ਮੇਰੇ ਕੋਲ ਕੁਝ ਪੱਤੇ ਨਹੀਂ ਇੱਥੇ ਜਿਹਦੇ ਵਿੱਚ ਆਪਣਾ ਕੋਈ ਨਹੀਂ ਦੋ ਦੁੱਖੀਆਂ ਤੇ ਇੱਕ ਬੇਗੀ ਭਾਜੀ ਹੁਣ ਵੇਗਸ ਦੇ ਵਿੱਚ ਉਹ ਨਾਰਮਲੀ ਕੀ ਕਰਦੇ ਹੁੰਦੇ ਆ ਉਹ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਬਿਗਿਨਰ ਲੱਭਣਾ ਠੀਕ ਹੈ ਬਿਗਿਨਰ ਜੇ ਤੁਸੀਂ ਲੱਭ ਲਿਆ ਤੁਸੀਂ ਜਿੱਤ ਗਏ ਮੈਂ ਬਿਗਿਨਰ ਫੜ ਕੇ ਇੱਥੇ ਰੱਖ ਦਿੰਦਾ ਭਾਜੀ ਬੇਗੀ ਕਿੱਥੇ ਹੈ ਏਰੀ ਬਿਲਕੁਲ ਸਹੀ ਹੋ ਤੁਸੀਂ ਤੇ ਪਹਿਲੀ ਵਾਰੀ ਤੁਹਾਨੂੰ ਇੰਨੀ ਈਜ਼ੀਲੀ ਜਿੱਤਣ ਦੇ ਆਪਾਂ ਇੱਕ ਹੋਰ ਕਾਰਡ ਨੂੰ ਫੜਦੇ ਹਾਂ ਕਾਰਡ ਜਿਹੜੇ ਹੈਗੇ ਭਾਜੀ ਟੋਟਲੀ ਨਾਰਮਲ ਹੈ ਥੋੜਾ ਬੈਂਡ ਪਿਆ ਹੋਇਆ ਪਤਾ ਨਹੀਂ ਕਿਉਂ ਪਰ ਦੈਟਸ ਫਾਈਨ ਕਾਰਡ ਜਿਹੜੇ ਹੈਗੇ ਟੋਟਲੀ ਨਾਰਮਲ ਆ ਭਾਜੀ ਮੈਂ ਕੀ ਕਰਦਾ ਮੈਨੂੰ ਇਦਾਂ ਰੱਖਦਾ ਬੇਗੀ ਕਿਥੇ ਭਾਜੀ ਹੱਥ 'ਚ ਤੁਹਾਡੇ ਇੱਥੇ ਬੰਦਾ ਕਨਫਿਊਜ਼ ਹੁੰਦਾ ਭਾਜੀ ਇੱਥੇ ਲੋਕਾਂ ਨੂੰ ਇਦਾਂ ਲੱਗਦਾ ਵੀ ਉਹ ਜਿੱਤ ਗਏ ਪਰ ਹੁਣ ਦੇਖੋ ਹੁਣ ਤੁਸੀਂ ਨਿਲ ਹੋ ਗਏ ਵੀ ਹਾਂ ਵੀ ਮੈਂ ਜਿੱਤ ਵੀ ਗਿਆ ਇੱਕ ਵਾਰੀ ਤੇ ਮੈਂ ਇੱਕ ਵਾਰੀ ਹਾਰ ਵੀ ਗਿਆ ਹੁਣ ਤੁਸੀਂ ਕਹੋਗੇ ਮੈਂ ਦੁਬਾਰਤੋਂ ਜਿੱਤਣਾ ਕਿਉਂਕਿ ਪਹਿਲੀ ਵਾਰੀ ਈਜ਼ੀ ਸੀਗਾ ਜਿਹੜਾ ਭਾਜੀ ਆਹ ਕਾਰਡ ਹੈਗਾ ਨਾ ਆਹ ਇਹ ਤੁਹਾਨੂੰ ਕਨਫਿਊਜ਼ ਕਰਨ ਦੇ ਵਾਸਤੇ ਆ ਸੋ ਜੇ ਮੰਨ ਕੇ ਚੱਲੋ ਮੈਂ ਇਹ ਕੁਈਨ ਤੇ ਇਹ ਟੂ ਨੂੰ ਇੱਥੇ ਰੱਖ ਦਿੰਨਾ ਮੈਂ ਕੁਈਨ ਨੂੰ ਆਰਾਮ ਨਾਲ ਇੱਥੇ ਰੱਖ ਦਿੰਨਾ ਬੈਗੀ ਕਿੱਥੇ ਭਾਜੀ ਨੀਚੇ ਦੇਖੋ ਉਹ ਤੇਰੀ ਇਹ ਕੀ ਸੀ ਫਿਰ ਦੇਖੋ ਫਿਰ ਦੇਖੋ ਫਿਰ ਦੇਖੋ ਆਪਾਂ ਕੀ ਕਰਨੇ ਭਾਜੀ ਆਪਾਂ ਸਿਰਫ ਦੋ ਕਾਰਡਸ ਨਾ ਕਰ ਲੈਨੇ ਸੋ ਆਹ ਜਿਹੜੀ ਬੈਗੀ ਹੈਗੀ ਭਾਜੀ ਇਹਨੂੰ ਮੈਂ ਪਾ ਲੈਣਾ ਆਪਣੀ ਜੇਬ ਦੇ ਵਿੱਚ ਇੱਥੇ ਹਾਂ ਠੀਕ ਹੈ ਭਾਜੀ ਤੇ ਮੇਕ ਸ਼ੋਰ ਮੈਂ ਜੇ ਤੁਹ ਕੁਝ ਕੱਢ ਨਹੀਂ ਰਿਹਾ ਨਾਥਿੰਗ ਇਜ਼ ਕਮਿੰਗ ਆਊਟ ਭਾਜੀ ਹੂੰ ਠੀਕ ਹੈ ਤੇ ਆਪਣਾ ਕੋ ਰਹਿ ਜਾਂਦੇ ਦੋ ਦੁੱਖੀਆਂ ਭਾਜੀ ਜਸ ਲਾਈਕ ਦਸ ਮੈਂ ਤੁਹਾਡੇ ਤੋਂ ਪੁੱਛਦਾ ਸਿੰਪਲ ਕੁਐਸਚਨ ਬੈਗੀ ਕਿਥੇ ਤੁਸੀਂ ਫਿਰ ਤੁਸੀਂ ਫਿਰ ਤੋਂ ਜਿੱਤੋਗੇ ਰਾਈਟ ਪੁਆਇੰਟ ਕਰੋ ਤੁਹਾਡੀ ਜੇਬ ਚ ਤੇ ਮੈਂ ਕੀ ਕਰਦਾ ਭਾਜੀ ਮੈਂ ਆਪਣੀ ਜੇਬ ਦੇ ਵਿੱਚ ਜਾਣਾ ਭਾਜੀ ਰਾਈਟ देयर ਤੇ ਮੈਂ ਆਪਣੀ ਜੇਬ ਦੇ ਵਿੱਚ ਦੁੱਕੀ ਨੂੰ ਕੱਢ ਲੈਣਾ ਭਾਜੀ ਹੁਣ ਮੈਂ ਕੀ ਕਰਦਾ ਜਿਹੜੀ ਆ ਬੈਗੀ ਹੈਗੀ ਹੈ ਜੀ ਮੈਂ ਇਹਨੂੰ ਫੜਦਾ ਤੇ ਮੈਂ ਬੈਗ ਨੂੰ ਫੜ ਕੇ ਇੱਥੇ ਰੱਖ ਦੇਣਾ ਹੁਣ ਮੈਂ ਕੋਈ ਆਦੀ ਸਫਾਈ ਨਹੀਂ ਕਰਦਾ ਨਾਥਿੰਗ ਬੈਗੀ ਕਿਥੇ ਉਹ ਟੇਬਲ ਤੇ ਭਾਈ ਲਾਸਟ ਟਾਈਮ ਤੁਸੀਂ ਬਿਲਕੁਲ ਸਹੀ ਸੀਗੇ ਭਾਜੀ ਜਿੱਦੋਂ ਤੁਸੀਂ ਕਹਿ ਰਹੇ ਸੀਗੇ ਨਾ ਵੀ ਬੈਗੀ ਜਿਹੜੀ ਹੈਗੀ ਹੈ ਮੇਰੀ ਜੇਬ ਦੇ ਨਾਈਸ অর ਈਵਨ ਬੈਟਰ ਆਪਾਂ ਇਹਨੂੰ ਇੱਥੇ ਰੱਖ ਦਿੰਨੇ ਆ ਹੁਣ ਭਾਜੀ ਬੇਗੀ ਕਿਥੇ ਆਹ ਭਾਈ ਬਿਲਕੁਲ ਸਹੀ ਹੋ ਤੁਸੀਂ ਤੇ ਮੈਂ ਚਾਹਣਾ ਵੀ ਤੁਸੀਂ ਜਿੱਤੋ ਅਸਲ ਵਿੱਚ ਜੇ ਤੁਸੀਂ ਮੈਜਿਸਿਨ ਦੇ ਨਾਲ ਫਰੈਂਡਸ ਹੈਗੇ ਹੋ ਨਾ ਤਾਂ ਨੋ ਮੈਟਰ ਵਾਟ ਹੈਪਨਸ ਭਾਜੀ ਤੁਸੀਂ ਜਿੱਤੋਗੇ ਹੀ ਜਿੱਤੋਗੇ ਲੱਕ ਓ ਮਾਈ ਗੋਡ ਤੁਸੀਂ ਚੱਲੋ ਭਾਈ ਮੇਰੇ ਨਾਲ ਫਿਰ ਤੁਸੀਂ ਕਹੇ ਆਏ ਜੀ ਟਰਾਈ ਕੀਤੀ ਜਾ ਕੇ ਭਾਈ ਅਸੀਂ ਨਾ ਇੱਕ ਵਾਰੀ ਕੈਸੀਨੋ ਦੇ ਭਾਜੀ ਬ੍ਰੇਕ ਕਰਨ ਦਾ ਕੋਸ਼ਿਸ਼ ਕੀਤਾ ਸੀਗਾ ਮੈਂ ਬਹੁਤ ਜ਼ਿਆਦਾ ਡਿਟੇਲ ਚ ਨਹੀਂ ਜਾਊਂਗਾ ਮੈਂ ਇੱਕ ਕੈਸੀਨੋ ਤੋਂ ਬੈਨ ਆ ਸੋ ਕੀ ਹੋਇਆ ਸੀਗਾ ਇੱਕ ਮਤਲਬ ਵੀ ਗਰੁੱਪ ਆਫ ਕੈਸੀਨੋਸ ਤੋਂ ਇੱਕ ਕੰਪਨੀ ਹੁੰਦੀ ਆ ਤਾਂ ਉਹਦੇ ਵਿੱਚ ਇੱਕ ਸਟੇਟ ਵਿੱਚ ਤੁਹਾਨੂੰ ਬੈਨ ਕਰਦੇ ਨੇ ਤੁਸੀਂ ਕੋਈ ਵੀ ਪੰਗੇ ਲੈਣ ਦੀ ਕੋਸ਼ਿਸ਼ ਕਰਦੇ ਹੁੰਦਾ ਪਰ ਉਹ ਅਸੀਂ ਕੁਝ ਗਲਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਅਸੀਂ ਉਹਨੂੰ ਕਾਰਡ ਕਾਊਂਟਿੰਗ ਕਹਿੰਦੇ ਭਾਜੀ ਦੋ ਚੀਜ਼ਾਂ ਹੁੰਦੀਆਂ ਜਿਵੇਂ ਤੁਸੀਂ ਕੈਸੀਨੋ ਦਾ ਜੋ ਬਹੁਤ ਜ਼ਿਆਦਾ ਪੈਸਾ ਜਿੱਤਣਾ ਤਾਂ ਗਾਇਸ ਮੈਂ ਤੁਹਾਨੂੰ ਕੈਸੀਨੋ ਵਿੱਚ ਪੈਸੇ ਜਿੱਤਣ ਦਾ ਸਖਾਰਾ ਰਿਹਾ ਵੀ ਤੁਸੀਂ ਕਿੱਦਾਂ ਜਿੱਤਣਾ ਠੀਕ ਹੈ ਉਹ ਬਾਈ ਜੂਏ ਤੇ ਜਾਣ ਨਾ ਲਾ ਦਿਓ ਇਹਨਾਂ ਨੂੰ ਹਾਂ ਉਹਨੀ ਸਹੀ ਗੱਲ ਹੈ ਯਾਰ ਆ ਬੰਦੇ ਹੱਥ ਤੁਸੀਂ ਨਾ ਜਾਓ ਪੰਛੀ ਤਾਂ ਆਪਣੇ ਕੈਸੀਨੋਸ ਉਹਨਾਂ ਨੂੰ ਇੰਡੀਆ ਨੂੰ ਪਹਿਲਾਂ ਤੋਂ ਹੀ ਹਰ ਜਾਣਾ ਮਤਲਬ ਵੀ ਲੋਕ ਇਥੋਂ ਗੋਆ ਜਾਂਦੇ ਨੇ ਬਾਈ ਗੋਆ ਜਾਂਦੇ ਪਾਜੀ ਕਿਉਂਕਿ ਆਨਲਾਈਨ ਤਾਂ ਕਿਸੇ ਨੂੰ ਅਲਾਉਡ ਨਹੀਂ ਹੈਗਾ ਤਾਂ ਉਹਨਾਂ ਨੇ ਬਣਾ ਰੱਖਿਆ ਕਰੂਜ਼ ਦੇ ਉੱਤੇ ਕਿਸੇ ਨੂੰ ਜਿਹੜੇ ਆਨਲਾਈਨ ਵੀ ਚੱਲ ਰਹੇ ਨੇ ਬਾਈ ਉਹ ਤਾਂ ਫਿਰ ਉਹ ਤਾਂ ਕਰ ਹੀ ਸਕਦੇ ਪਾਜੀ ਉਹ ਤਾਂ ਜਮਾਂ ਝੂਠੇ ਨੇ ਅ빠 ਜੀ ਆਨਲਾਈਨ ਦੇ ਵਿੱਚ ਮੈਂ ਉਹਦੇ ਉੱਤੇ ਤਾਂ ਬਿਲਕੁਲ ٹرسٹ ਨਹੀਂ ਕਰਦਾ ਇਵਨ ਥੈਟ ਵੀ ਜਿਹੜੇ ਨਾ ਮੇਰੇ ਕੋਲ ਬੜੇ ਮੰਚ ਸਵਾਲ ਨੇ ਬਾਈ ਮੈਂ ਬੜਾ ਕੁਝ ਪੁੱਛਣਾ ਤੁਹਾਡੇ ਤੋਂ ਹਾਂਜੀ ਜਿਵੇਂ ਇੱਕ ਸ਼ੂ ਕਹਿੰਦੇ ਭਾਈ ਸ਼ੂ ਕਿਹਨੂੰ ਕਹਿੰਦੇ ਆ ਵੀ ਇੱਕ ਜਿਹੜੀ ਆਪਣੇ ਕੋਲ ਤਾਸ਼ ਆ ਜਾਂਦੇ ਆ ਪੂਰੀ ਤਾਂ ਤਾਸ਼ ਨੂੰ ਤੁਸੀਂ ਜਿਹੜਾ ਆਰਡਰ ਹੈਗਾ ਉਹਨੂੰ ਇੱਕ ਸ਼ੂ ਕਹਿ ਦਿੰਦੇ ਆ ਸੋ ਉਹ ਕੀ ਕਰਦੇ ਆ ਜੇ ਉਹਨਾਂ ਕੋਲ 6 ਤਾਸ਼ਾਂ ਨੇ ਸਾਰਿਆਂ ਨੂੰ ਮਿਕਸ ਮਿਕਸ ਕਰਕੇ ਇੱਕ ਇੱਥੇ ਇੱਕ ਮਿਕਸਿੰਗ ਵਾਲੀ ਮਸ਼ੀਨ 'ਚ ਪਾ ਦਿੰਦੇ ਆ ਸ਼ਫਲਰ ਕਹਿੰਦੇ ਉਹਨੂੰ ਸ਼ਫਲਰ ਦੇ ਵਿੱਚੋਂ ਇੱਕ ਇੱਕ ਪੱਤਾ ਬਾਹਰ ਆਉਂਦਾ ਜੀ ਆਉਂਦਾ ਮੈਂ ਹੁਣ ਡਿਟੇਲ 'ਚ ਨਹੀਂ ਜਾਊਂਗਾ ਕਿਉਂਕਿ ਲੀਗਲ ਰੀਜ਼ਨਸ ਕਰਕੇ ਬਟ ਅਸੀਂ ਕੁਝ ਅਨਿਊਜਲ ਨੋਟਿਸ ਕੀਤਾ ਸੀਗਾ ਉਹਦੇ ਬਾਰੇ ਤੇ ਜ ਬਾਚ 24 ਬਾਚੇ ਹੋਗੇ 24 ਅਕੇ ਹੋਗੇ ਤੁਸੀਂ ਆਉਟਸ ਨੂੰ ਕੈਲਕੂਲੇਟ ਕਰ ਸਕਦੇ ਹੋ ਸਮ ਹਾਉ ਵੀ ਕਿਹੜੀ ਬਾਜੀ ਆਉਗੀ ਜਿਹਦੇ ਵਿੱਚ ਤੁਸੀਂ ਥੋੜੇ ਜਿਤਨੇ ਚਾਂਸੇ ਜ਼ਿਆਦਾ ਨੇ ਹੁਣ ਇਹ ਹੋ ਗਈ 6 ਡੈਕ ਬਲੈਕਜੈਕ ਜਿਹਦੇ ਵਿੱਚ 6 ਤਾਸ਼ਾ ਨਾ ਹੁੰਦੀ ਹੈ ਭਾਜੀ ਇੱਕ ਤਾਂ ਇੱਕ ਹੁੰਦੀ ਹੈ ਗੇਮ ਜੀ ਨੂੰ ਕਹਿੰਦੇ ਨੇ ਟੂ ਡੈਕ ਬਲੈਕਜੈਕ ਹੂੰ ਬਾਸ਼ੇ ਕਿੰਨੇ ਹੋਣਗੇ 8 ਯਕੇ ਕਿੰਨੇ ਹੋਣਗੇ 8 ਜਿਹੜੇ ਉਹ ਤਾਸ਼ ਹੋਈ ਜਾਊਗੀ ਭਾਜੀ ਤੇ ਉਹਦਾ ਜੇ ਮੈਨੂਅਲ ਸ਼ੂ ਹੋਗਾ ਮੈਨੂਅਲ ਸ਼ੂ ਕੀ ਹੁੰਦਾ ਵੀ ਸ਼ਫਲਰ ਨਹੀਂ ਹੁੰਦਾ ਆਪਣਾ ਕੋ ਮਿਕਸ ਕਰਨ ਵਾਲਾ ਉਹ ਇੱਕ ਨਾਰਮਲ ਇੱਕ ਪਲਾਸਟਿਕ ਦੀ ਕੇਸ ਹੁੰਦੀ ਹੈ ਤੇ ਉਹਦੇ ਚ ਪਈ ਜਾਊਗਾ ਜਿਹੜੇ ਪੱਤੇ ਮੂਰੇ ਮੰਨ ਕੇ ਚੱਲੋ ਵੀ ਆਗੇ 16 ਪੱਤੇ ਤੁਸੀਂ ਉਹ ਚੱਕ ਕੇ ਪਿੱਛੇ ਰੱਖਤੇ दैट मींस ਉਹ ਪੱਤੇ ਅਗਲੇ ਐਟਲੀਸਟ ਕਈ ਬਾਜ਼ੀਆਂ ਤੱਕ ਨਹੀਂ ਆਉਣਗੇ ਤਾਂ ਦਿਮਾਗ ਦੇ ਵਿੱਚ ਬੰਦਾ ਕੈਲਕੂਲੇਸ਼ਨ ਕਰਦਾ ਰਹਿੰਦਾ ਵੀ ਓਕੇ ਹੁਣ ਆਹ ਪੱਤੇ ਆਉਣ ਦੇ ਚਾਂਸਸ ਜ਼ਿਆਦਾ 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 ਹੈ ਤਾਂ ਮਤਲਬ ਵੀ ਹੁਣ ਮੈਂ ਬਾਜ਼ੀ ਘਟ ਲਾਉਂਗਾ ਹੁਣ ਮੈਂ ਘਟ ਲਾਉਂਗਾ ਚਾਰ ਪੰਜ ਤੋਂ ਬਾਅਦ ਉਹ ਇੱਕਦਮ ਇੱਕ ਮੋਟੀ ਬੈਟ ਲਾਉਂਦਾ ਤੇ ਜਿੰਨੇ ਉਹਨੇ ਪਿੱਛੇ ਮਾੜੇ-ਮੋٹے ਵੀ ਹਾਰੇ ਹੋਣਗੇ ਉਸ ਤੋਂ ਡਬਲ ਟ੍ਰਿਪਲ ਜਿੱਤ ਲੈਂਦਾ ਇਹਨੂੰ ਕਹਿੰਦੇ ਭਾਜੀ ਕਾਰਡ ਕਾਊਂਟਿੰਗ ਬਹੁਤ ਲੋਕ ਕਾਰਡ ਕਾਊਂਟਿੰਗ ਵਿੱਚ ਆਊਟ ਹੋਏ ਅਸੀਂ ਕਾਰਡ ਕਾਊਂਟਿੰਗ ਵਿੱਚ ਬਾਹਰ ਹੋਏ ਸੀ ਸੋ ਕਾਰਡ ਕਾਊਂਟਿੰਗ ਅਸੀਂ ਕਰ ਰਹੇ ਸੀਗੇ ਅਸੀਂ ਬਹੁਤ ਈਜ਼ੀਲੀ ਕਰ ਰਹੇ ਸੀ ਕਿਉਂਕਿ ਮੇਰੇ ਤਾਂ ਜ਼ਿੰਦਗੀ ਤਾਂ ਅਸਦੇ ਮੂਰੇ ਟੱਪੀ ਆ ਤੇ ਜਿਤਨੇ ਜਿਤਰੇ ਸੀਗੇ ਚਲੋ ਭਾਜੀ ਕਿੰਨੇ ਪੈਸੇ ਜਿੱਤੇ ਸੀ ਭਾਈ ਗੁੱਡ ਭਾਜੀ ਗੁੱਡ ਅਮਾਉਂਟ ਗੁੱਡ ਅਮਾਉਂਟ ਅਸੀਂ ਜਿੱਤ ਰਹੇ ਸੀਗੇ ਅਸੀਂ ਗਏ ਤਿੰਨ ਚਾਰ ਵਾਰੀ ਅਸੀਂ ਕਾਫੀ ਗੁੱਡ ਅਮਾਉਂਟ ਉਹਦੇ ਵਿੱਚ ਜਿੱਤੇ ਪਰ ਅਸੀਂ ਫਿਰ ਕਾਰਡ ਕਾਊਂਟਿੰਗ ਵਿੱਚ ਥੋੜਾ ਕਿਉਂਕਿ ਭਾਜੀ ਲੀਗਲ ਰੀਜ਼ਨਸ ਕਰਕੇ ਮੈਂ ਸਾਰੇ ਡਿਟੇਲਸ ਨਹੀਂ ਦੱਸ ਰਿਹਾ ਡਿਟੇਲਸ ਬਹੁਤ ਇੰਟਰਸਟਿੰਗ ਹੈ ਬਸ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਹ ਤਾਂ ਹੋਗਾ ਲੋਕੀ ਸਵਾਦ ਹੋਊਗਾ ਪਰ ਮੈਂ ਨਹੀਂ ਸਕਦਾ ਉਹੀ ਗੱਲ ਹੈ ਜੀ ਤੇ ਮਤਲਬ ਵੀ ਚਲੋ ਇੱਕ ਕਾਰਡ ਕਾਊਂਟਿੰਗ ਦਾ ਭਾਜੀ ਯੂਜ਼ ਸੀਗਾ ਫਿਰ ਦੂਜਾ ਜਿਹੜਾ ਸੀਗਾ ਉਹ ਸੀਗਾ ਭਾਜੀ ਹੱਥ ਦੀ ਸਫਾਈ ਦੇ ਨਾਲ ਆਪਾਂ ਅਸੀਂ ਸੋਚਿਆ ਉੱਥੇ ਇੱਕ ਹੁੰਦਾ ਚੇਸ ਕਰਨ ਦੇ ਵਾਸਤੇ ਵੀ ਜੇ ਚਲੋ ਮੈਂ ਤੁਹਾਨੂੰ ਡਿਟੇਲ ਨਹੀਂ ਦੱਸੂਗਾ ਬਿਕੋਜ਼ ਬਹੁਤ ਲੋਕਾਂ ਨੂੰ ਬਲੈਕਜੈਕ ਦੇ ਰੂਲਸ ਹੀ ਨਹੀਂ ਪਤਾ ਹੋਣਗੇ ਮੈਨੂੰ ਸੱਚੀ ਤੋatsch ਦਾ ਕੁਝ ਨਹੀਂ ਪਤਾ ਤੁਸੀਂ ਬੋਲ ਰਹੇ ਹੋ ਮੈਂ ਸੁਣ ਰਿਹਾ ਹਾਂ ਹਾਂਜੀ ਉਹਦੇ ਵਿੱਚ ਕੀ ਹੁੰਦਾ ਭਾਜੀ ਬਲੈਕਜੈਕ ਦੇ ਵਿੱਚ ਨਾ ਇੱਕ ਬਹੁਤ ਰੇਅਰ ਆਊਟ ਹੁੰਦਾ ਮਤਲਬ ਆਊਟ ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਬਹੁਤ ਸਾਰੇ ਆਊਟਸ ਹੁੰਦੇ ਇੱਕ ਚੀਜ਼ ਦੇ ਵੀ ਬਹੁਤ ਸਾਰੇ ਤਰੀਕੇ ਨਾਲ ਉਹ ਚੀਜ਼ ਆ ਸਕਦੀ ਹੈ ਤੁਹਾਡੇ ਕੋਲ ਪੱਤੇ ਮੇਬੀ ਦੋ ਦੁੱਖੀ ਆ ਸਕਦੀਆਂ ਤੋ ਤਿੱਖੀਆਂ ਆ ਸਕਦੀਆਂ ਇੱਕ ਆਊਟ ਹੁੰਦਾ ਜਿਹੜਾ ਕਿ ਬਹੁਤ ਰੇਅਰ ਹੈ ਉਹ ਹੁੰਦਾ ਵੀ ਡ ਜੇ ਉਹ ਆਊਟ ਹੋ ਜੇ ਤਾਂ ਜਿਵੇਂ ਤੁਸੀਂ ਉੱਤੇ ਉੱਤੇ 10 ਡਾਲਰ ਲਾਇਆ 10 ਦਾ 10000 ਮਿਲਦਾ ਸਾਨੂੰ ਸੋ ਦੈਟ ਮੀਨਸ ਤੁਸੀਂ ਮੰਨ ਕੇ ਚੱਲੋ 600 ਰੁਪਿਆ ਲਾਇਆ 60000 ਬਣ ਜਾਏਗਾ 60000 ਬਣ ਜਾਏਗਾ ਭਾਜੀ ਤਾਂ ਬਹੁਤ ਜਤਨੀ 10 ਦਾ 10000 6 ਲੱਖ ਭਾਜੀ 6 ਲੱਖ 6 ਲੱਖ ਸੋ 600 ਰੁਪਿਆ ਲਾਇਆ ਤੇ 6 ਲੱਖ ਰੁਪਏ ਬਣੇ ਭਾਜੀ ਉਹਦਾ ਸੋ ਉਹ ਆਊਟ ਨੂੰ ਅਸੀਂ ਸੋਚਿਆ ਵੀ ਚੀਜ਼ ਕਿਦਾਂ ਕਰ ਸਕਦੇ ਹਾਂ ਭਾਜੀ ਮੈਂ ਬਹੁਤ ਜ਼ਿਆਦਾ ਫਿਰ ਤੋਂ ਮੈਂ ਡਿਟੇਲਸ 'ਤੇ ਨਾ ਚੱਲਦਾ ਬਟ ਐਂਡ ਆਫ ਦਿ ਡੇ ਅਸੀਂ ਸੋਚਿਆ ਇੱਕ ਆਊਟ ਬਣਾਇਆ ਜਿਹਦੇ ਨਾਲ ਉਹ ਚੀਜ਼ ਹੋ ਸਕਦੀ ਸੀ ਉਸ ਚੀਜ਼ ਬਸ ਹੋਣ ਦੇ ਵਿੱਚ ਇੱਕ ਦੀ ਚੀਜ਼ ਦਾ ਫਾਸਲਾ ਸੀਗਾ ਤੇ ਅਸੀਂ ਉਹ ਚੀਜ਼ ਨਹੀਂ ਕੀਤੀ ਕਿਉਂ ਦਿਮਾਗ 'ਚ ਇੱਕ ਚੀਜ਼ ਆ ਗਈ ਭਾਜੀ ਵੀ ਹਾਂ ਅਸੀਂ ਪਹਿਲਾਂ ਇੱਕ ਦੋ ਵਾਰ ਹੀ ਗਏ ਜਿੰਨਾ ਵੀ ਅਸੀਂ ਮਾੜਾ-ਮੋਟਾ ਜਿੱਤਿਆ ਭਾਜੀ ਅਸੀਂ ਉਹ ਸਾਰਾ ਉਹ ਕਰਤਾ ਸੀਗਾ ਡੋਨੇਟ ਕਰਤਾ ਸੀਗਾ ਜਿੰਨਾ ਵੀ ਅਸੀਂ ਜਿੱਤਿਆ ਮੈਂ ਆਪਦੇ ਕੋਲ ਕੁਝ ਵੀ ਨਹੀਂ ਰੱਖਿਆ ਬਿਕਾਜ਼ ਮੰਮੀ ਨੇ ਇੱਕ ਚੀਜ਼ ਕਹੀ ਸੀ ਕਿ ਪੁੱਤ ਜੇ ਵਾਇਗੁਰੂ ਕੋਈ ਕਲਾ ਦਿੰਦਾ ਹੈ ਨਾ ਉਹ ਵਾਇਗੁਰੂ ਕਲਾ ਦੇਣ ਲੱਗੇ ਕਈ ਸਾਲ ਲਾਉਂਦਾ ਪਰ ਖੋਣ ਲੱਗੇ ਇੱਕ ਮਿੰਟ ਲਾਉਂਦਾ ਵਾਹ ਜੀ ਵਾਹ ਠੀਕ ਹੈ ਜੀ ਸੋ ਅਸੀਂ ਉਹਦਾ ਗਲਤ ਇਸਤੇਮਾਲ ਜਿਹੜਾ ਮੈਂ ਪਹਿਲਾਂ ਮੈਂ ਜਿੱਤਿਆ ਮੈਂ ਕਾਫੀ ਜਿੱਤੇ ਉਹ ਜਿਹੜਾ ਮੈਂ ਜਿੱਤੇ ਮੈਂ ਸਾਰਾ ਡੋਨੇਟ ਕਰਤਾ ਵੀ ਜੈਨੂਲੀ ਮੈਂ ਸਾਰਾ ਡੋਨੇਟ ਕਰਤਾ ਜਿਹੜਾ ਕੁਝ ਉਸ ਤੋਂ ਬਾਅਦ ਸੈਕਿੰਡ ਸਾਡੇ ਕੋਲ ਆਊਟ ਮਿਲ ਗਿਆ ਉਹ ਆਊਟ ਨਾਲ ਅਸੀਂ ਬਹੁਤ ਕੁਝ ਕਰ ਸਕਦੇ ਸੀਗੇ ਪੰਜਾਹ ਬੈਠਾਰੋ ਇੱਕ ਵਾਰ ਜਿੱਤ ਜਿਓ ਮਤਲਬ ਵੀ ਫਿਰ ਵੀ ਤੁਹਾਡੇ ਕੋਲ ਬਹੁਤ ਪੈਸਾ ਬਣ ਸਕਦਾ ਸੀ ਬਟ ਐਂਡ ਆਫ ਦਿ ਡੇ ਅਸੀਂ ਆਊਟ ਖੇਡੇ ਹੀ ਨਹੀਂ ਕਦੇ ਵੀ ਵੀ ਅਸੀਂ ਉਹ ਗਲਤ ਸਿਮਾਲ ਨਹੀਂ ਕਰਨਾ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਜਿਹੜੇ ਐਥਿਕਸ ਨੇ ਮੈਂ ਜੋ ਫੀਲ ਕਰ ਰਹਾ ਇੱਕ ਕਦੋਂ ਤੱਕ ਸਟਰੋਂਗ ਰਹਿਣਗੇ ਪਰ ਜੀ ਮੈਨੂੰ ਨਾ ਬਹੁਤ ਲੋਕਾਂ ਨੇ ਕਿਹਾ ਸੀਗਾ ਵੀ ਜਿੱਥੋਂ ਤੱਕ ਹੁਣ ਮੈਂ ਪਹੁੰਚ ਗਿਆ ਇਸ ਤੋਂ ਆਲਮੋਸਟ 4-5 ਸਾਲ ਪਹਿਲਾਂ ਤੱਕ ਮੇਰੇ ਐਥਿਕ ਚੱਲ ਜਾਣਗੇ ਤੇ ਪਲੱਸ ਮੇਰਾ ਪੈਸ਼ਨ ਮੈਜਿਕ ਦੇ ਥਰੂ ਚੱਲ ਜਾਊਗਾ ਉਹ ਕਹਣਗੇ ਵੀ ਤਰਾ ਹੁਣ ਪੈਸ਼ਨ ਆ ਤੋ ਜੇ ਟੀਨੇਜਰ ਆ ਤਰਾ ਪੈਸ਼ਨ ਹਟ ਜਾਊਗਾ ਉਸ ਤੋਂ ਬਾਅਦ ਕਿੰਨੇ ਟਾਈਮ ਤੱਕ ਬਚਾ ਕੇ ਰੱਖੇ ਜਿਵੇਂ ਆਪਾਂ ਕਹਿੰਨੇ ਕਿ ਇੱਕ ਟਾਈਮ ਹੈ ਤੁਹਾਡਾ ਅੱਜ ਤੁਸੀਂ ਮਿਲੀਨੀਅਰ ਬਿਲੀਨੀਅਰ ਬਣ ਸਕਦੇ ਹੋ ਬਣ ਸਕਦੇ ਪਾ ਜੀ ਬਹੁਤ ਖੁਸ਼ ਹਾਂ ਪਾ ਜੀ ਇੰਨਾ ਬਹੁਤ ਅਈ ਜਿਹੜੇ ਕਿ ਮੈਨਾਂ ਮਿੰਤਾ ਜੀ ਕਦੇ ਵੀ ਐਕਸਟਰਾ ਵੀ ਉਹ ਹੋ ਜੇ ਨਾ ਮੈਂ ਇੱਕ ਵਾਰੀ ਵੋਲਮਾਰਟ ਗਿਆ ਉੱਥੇ ਤੇ ਮੈਂ ਆਟੇ ਦੀ ਬੋਰੀ ਇੱਕ ਐਕਸਟਰਾ ਚੱਕ ਲੈਂਦੀ ਜਿਹੜੀ ਕਿ ਸਕੈਨ ਨਹੀਂ ਹੋਈ ਸੀ ਕਿਉਂਕਿ ਨਾ ਆਟੇ ਦੀ ਬੋਰੀ ਉੱਥੇ ਟਰਾਲੀ ਦੇ ਥੱਲੇ ਰੱਖਦੇ ਹੁੰਦੇ ਆ ਮੈਂ ਪਾਰਕਿੰਗ ਤੱਕ ਗਿਆ ਤੇ ਪਾਰਕਿੰਗ ਦੇ ਵਿੱਚ ਬਹੁਤ ਦੂਰ ਤੱਕ ਫਿਰ ਮੈਂ ਆਟੇ ਦੀ ਬੋਰੀ ਵਾਪਸ ਚੱਕ ਕੇ ਲਿਆਇਆ ਤੇ ਮੈਂ ਉਹਨੂੰ ਕਿਹਾ ਮੈਂ ਕਿ ਮੈਮਾ ਮੇਰਾ ਆਟੇ ਦੀ ਵੱਡੀ ਬੋਰੀ ਸੀਗੀ ਨਾ ਇਹ ਤਾਂ ਸਕੈਨ ਨਹੀਂ ਆਇਆ ਤੇ 10 ਡਾਲਰ ਐਕਸਟਰਾ ਸੀ ਉਹ ਮੇਰੇ ਵੱਲ ਆਏ ਹੈਰਾਨ ਹੋਏਗੀ ਵੀ ਇਦਾਂ ਤਾਂ ਕੋਈ ਲੋਕ ਤਾਂ ਤੱਕ ਇਹ ਨਾ ਲੈ ਜਾਂਦੇ ਉੱਥੇ ਬਹੁਤ ਉੱਥੇ ਲੋਕ ਭਾਜੀ ਸੈਲਫ ਚੈੱਕਆਊਟ ਹੁੰਦਾ ਨਾ ਸੈਲਫ ਚੈੱਕਆਊਟ ਦੇ ਵਿੱਚ ਕਈ ਉਹ ਐਕਸਕੈਨ ਕਰਦੇ ਆ ਤੇ ਬਾਕੀ ਤਿੰਨੇ ਨਾਲ ਲੱਜ ਜਾਂਦੇ ਬਹੁਤ ਲੋਕਾਂ ਨੂੰ ਉੱਥੇ ਮਤਲਬ ਵੀ ਇਹ ਚੀਜ਼ ਬਹੁਤ ਲੋਕ ਕਰਦੇ ਆ ਉੱਥੇ ਤੇ ਮੇਰਾ ਉਹ ਕਹਿੰਦੇ ਵੀ ਤੁਹਾਡਾ ਕਾਟਾ ਗਲਤੀ ਨਾਲ ਸਕੈਨ ਹੋਣਾ ਰਿਹਾ ਕਿ ਤੁਸੀਂ ਉਹ ਵੀ ਇੰਨੀ ਦੂਰ ਤੱਕ ਲੈ ਕੇ ਆਏ ਹੋ ਸੋ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਇੱਕ ਜੀ ਹੈਗੀ ਵੀ ਨਹੀਂ ਮੋ ਕਰਨੀ ਇਹ ਚੀਜ਼ਾਂ ਬਈ ਇਹ ਚੀਜ਼ਾਂ ਐਥਿਕਸ ਜਿਹਨੂੰ ਇਹਨੂੰ ਐਥਿਕਸ ਕਹਿੰਦੇ ਆ ਆਪਣਾ ਐਥਿਕਸ ਨਾਲ ਕੰਫਰਮਾਈਜ਼ ਨਹੀਂ ਕਰਨਾ ਨਹੀਂ ਕਰਨਾ ਭਜੀ ਮੈਂ ਜ਼ਿੰਦਗੀ ਜਿਵੇਂ ਹਾਂ ਅੱਜ ਕੱਲ ਮੈਂ ਨਾ ਇੱਕ ਮੁੱਦਾ ਬੜਾ ਚੱਕਦਾ ਕਿ ਜਿਹੜੇ ਸੈਲੀਬ੍ਰਿਟੀਜ਼ ਹੁੰਦੇ ਨੇ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਕਿ ਲੋਕ ਇਨਫਲੂਐਂਸ ਹੁੰਦੇ ਨੇ ਮੈਨੂੰ ਇਦਾਂ ਲੱਗਦਾ ਵੀ ਇੱਕ ਬੰਦੇ ਦਾ ਆਪ ਦੇ ਉੱਤੇ ਭਾਜੀ ਕੰਟਰੋਲ ਹੋਣਾ ਚਾਹੀਦਾ ਉਹਨਾਂ ਨੂੰ ਐਜੂਕੇਸ਼ਨ ਉਹਦੀ ਦੇਣੀ ਚਾਹੀਦੀ ਹੈ ਪਰ ਉਹ ਕਹਿੰਦੇ ਨੇ ਕਿ ਜੀ ਸਾਨੂੰ ਕੰਪਨੀਆਂ ਰੀਚ ਕਰ ਰਹੀਆਂ ਨੇ ਮੈਨੂੰ ਵੀ ਪਿੱਛੇ ਐਡ ਆਈ ਸੀ 24 ਲੱਖ ਰੁਪਏ ਦੀ ਪਰ ਮੈਂ ਕਿਹਾ ਮੈਂ ਨਹੀਂ ਕਰਨੀ ਲੇਕਿਨ ਲੱਗਦਾ ਕਿ ਮੇਰੀ ਕੋ ਜ਼ਿੰਮੇਵਾਰੀ ਹੈ ਜੇ ਮੈਨੂੰ ਅੱਜ 4 ਫਾਲੋਅਰਸ ਹੋਣਨ ਲੱਗੇ ਨੇ ਮੈਨੂੰ ਗਲਤ ਚੀਜ਼ ਡਿਲੀਵਰ ਨਾ ਕਰਾਂ ਡਿਲੀਵਰ ਨਾ ਕਰਾਂ ਤੁਹਾਡੀ ਗੱਲ ਵੀ ਬਿਲਕੁਲ ਸਹੀ ਹੈ ਪਰ ਹਾਂ ਲੌਂਗ ਟਰਮ ਸੋਲੂਸ਼ਨ ਭਾਜੀ ਨਹੀਂ ਹੈਗਾ ਬਿਕੋਜ਼ ਕੰਪਨੀਆਂ ਨੇ ਥੋਡੇ ਥਰੂ ਨਹੀਂ ਤਾਂ ਕਿਸੇ ਨਾ ਕਿਸੇ ਥਰੂ ਪਹੁੰ ਕੁਝ ਲੱਖ ਘੱਟ ਲੋਕਾਂ ਤੱਕ ਪਹੁੰਚੀ ਫਿਰ ਵੀ ਭਾਜੀ ਉਹ ਜਿਹੜੀ ਚੀਜ਼ ਸਪਰੈਡ ਹੋ ਰਹੀ ਹੈ ਉਹ ਇੱਕ ਰੇਟ ਤੇ ਸਪਰੈਡ ਹੋ ਰਹੀ ਹੈ ਉਹ ਜ਼ਿਆਦਾ ਨਹੀਂ ਹੋਊਗੀ ਐਂਡ ਆਫ ਦਿ ਡੇ ਉਹ ਕਿਸੇ ਨਾ ਲੋਕਾਂ ਤੱਕ ਪਹੁੰਚ ਹੀ ਜਾਊਗੀ ਮਾਊਥ ਮਾਰਕੀਟਿੰਗ ਬਹੁਤ ਗੰਦੀ ਚੀਜ਼ ਹੈ ਭਾਈ ਮਾਊਥ ਮਾਰਕੀਟਿੰਗ ਕੀ ਹੈ ਕੋਈ ਇੱਕ ਬੰਦਾ ਜਾ ਕੇ ਕਹਿ ਦੂਗਾ ਵੀ ਵੀਰੇ ਤੈਨੂੰ ਪਤਾ ਮੈਂ 6 ਹਜ਼ਾਰ ਡਾਲਰ ਦਿੱਤੇ ਕੱਲ ਉਹਨਾਂ ਨੇ ਇਹ ਤਾਂ ਹੁਣ ਕੀ ਹੋਇਆ ਜੈਨੂਅਲੀ ਮੇਰੇ ਸਾਹਮਣੇ ਹੋਇਆ ਮੇਰੇ ਇੱਕ ਫਰੈਂਡ ਦੀ ਜੌਬ ਸੀਗੀ ਕਿਸੇ ਨਾ ਦੇ ਵਿੱਚ ਮੈਂ ਉਹਨੂੰ ਮਿਲਣ ਗਿਆ ਇੱਕ ਉੱਥੇ ਇੱਕ 65 ইয়ার 올ਡ ਇੱਕ ਆਂਟੀ ਸੀ ਉਹਨੇ ਕੁਝ ਕੁ ਡਾਲਰ ਪਾਏ ਆਈ ਗੈਸ 30000 ਡਾਲਰਸ ਹੂੰ ਠੀਕ ਹੈ ਜੀ ਬਿਲਕੁਲ ਖੁਸ਼ ਨਹੀਂ ਸੀ ਪਾਜੀਓ ਕਿਉਂ ਉਹਨੇ ਕਿਹਾ ਵੀ ਮੈਂ ਜਿਹੜੇ ਇੰਨੇ ਪੈਸੇ ਵਿੱਚ ਪਾ ਚੁੱਕੀ ਹਾਂ ਜਿੰਨਾ ਮੈਂ ਗਵਾ ਚੁੱਕੀ ਹਾਂ 30000 ਡਾਲਰ ਤਾਂ ਕੁਝ ਵੀ ਨਹੀਂ ਪਾਜੀ ਸੋ ਮਾਰਕੀਟ ਗੇਜਿਸ ਹੋ ਗਈ ਬਾਹਰਲੇ ਲੋਕਾਂ ਦਾ ਕੀ ਪਤਾ ਤੁਹਾਨੂੰ ਪਤਾ ਇੱਕ ਆਂਟੀ ਸੀਗੀ ਉੱਥੇ ਉਹਨਾਂ ਦਾ 3 ਡਾਲਰ ਪਾਇ ਤੇ 30000 ਡਾਲਰ ਜਿੱਤ ਗਈ ਉਹ ਉਹਨਾਂ ਨੇ ਐ ਤਾਂ ਦਿਖਾਉਣਾ ਹੀ ਨਹੀਂ ਵੀ ਇੰਨੀ ਇੰਨੀ ਆ ਚੀਜ਼ ਹੋਈ ਵੀ ਹੈ ਤੁਹਾਨੂੰ ਜੇ ਕਦੀ 10 ਕਰੋੜ ਦੀ ਐਡ ਆਫਰ ਹੋਵੇ ਤੁਸੀਂ ਕਰੋਗੇ ਅਜੇ ਪਾਜੀ 10 ਕਰੋੜ ਦੀ ਤਾਂ ਜਿੱਤ ਤਾਂ ਚਲੋ ਹੋਣੀ ਨਹੀਂ ਪਰ ਅੱਗੇ ਜਾ ਕੇ ਵੀ ਜੇ ਹੋਊਗੀ ਪਾਜੀ ਮੈਂ ਨਹੀਂ ਪਾਜੀ ਐਦਾਂ ਦਾ ਨਹੀਂ ਕਰੂੰਗਾ ਨਹੀਂ ਚਾਹੀਦਾ ਪਰ ਇਹ ਮੇਰਾ ਇਹ ਸਵਾਲ ਪੁੱਛਣ ਦਾ ਮਕਸਦ ਤਾਂ ਹੁੰਦਾ ਬਾਈ ਕਿ ਜਿਵੇਂ ਅਸੀਂ ਗਰਾਊਂਡ ਲੈਵਲ ਤੇ ਇੱਕ ਐਨਜੀਓ ਚਲਾਉਂਦੇ ਆ ਨਾ ਤਾਂ ਮੈਂ ਬਹੁਤ ਬੱਚਿਆਂ ਨੂੰ ਬਹੁਤ ਲੋਕਾਂ ਨੂੰ ਇਹ ਚੀਜ਼ ਚ ਨੁਕਸਾਨ ਹੁੰਦੇ ਦੇਖਿਆ ਤਾਂ ਮੈਨੂੰ ਲੱਗਦਾ ਹੈ ਕਿ ਠੀਕ ਹੈ ਜਿਹੜੀ ਮਾਊਥ ਐਡਵਰਟਾਈਜ਼ਮੈਂਟ ਹੋਣੀ ਹੋਣੀ ਹੈ ਪਰ ਐਟਲੀਸਟ ਜਿਹੜੇ ਲੋਕਾਂ ਦੇ ਅਸੀਂ ਫੈਨ ਆ ਲੋਕ ਟੈਟੂ ਬਣਵਾਈ ਫਿਰਦੇ ਨੇ ਸਿੰਗਰਾਂ ਦੇ ਹਨਾ ਮੈਨੂੰ ਕੋਈ ਦਿੱਕਤ ਨਹੀਂ ਆਉਣਾ ਤੋਂ ਬਟ ਐਟਲੀਸਟ ਉਹਨਾਂ ਦੀ ਵੀ ਤਾਂ ਇੱਕ ਰਿਸਪੌਂਸਿਬਿਲਟੀ ਬਣਦੀ ਆ ਸੁਸਾਇਟੀ ਨੂੰ ਪੇ ਕਰਨ ਦੀ ਜਿਸ ਹੁਣ ਮੇਰੇ ਕੋਲ ਇੱਕ ਬੱਚਾ ਆਇਆ ਕੱਲ ਉਹਦੇ ਫਾਦਰ ਦੀ ਲਾਤ ਐਡੀ ਹੋਈ ਪਈ ਸੀ ਕੱਲ ਦੀ ਹਜੇ ਵੀਡੀਓ ਪਾਈ ਮੈਂ ਹਾਂਜੀ ਬੀ ਜੀ ਉਹਦੇ ਬੱਚੇ ਨੇ ਸਿੱਧੂ ਮੂਸੇ ਵਾਲੇ ਦੀ ਫੋਟੋ ਪਾਈ ਸੀ ਸ਼ਰਟ ਪਾਈ ਸੀ ਟੀ-ਸ਼ਰਟ ਹਾਂਜੀ ਬੀ ਜੀ ਮੈਨੂੰ ਚਾ ਵੀ ਚੜਿਆ ਦੂਜੇ ਪਾਸੇ ਦੁੱਖ ਇਹ ਲੱਗਿਆ ਕਿ ਅੱਜ ਜੇ ਸਿੱਧੂ ਦਾ ਸ਼ੋਅ ਹੁੰਦਾ ਲੋਕ 20-20 ਹਜ਼ਾਰ ਰੁਪਏ ਟਿਕਟ ਖਰਚ ਕੇ ਜਾਂਦੇ ਉਹਨੂੰ ਦੇਖਣ ਪਰ ਕੀ ਉਸ ਬੱਚੇ ਲਈ 200-500 ਹਜ਼ਾਰ ਰੁਪਏ ਡੋਨੇਟ ਕਰਨ ਨਹੀਂ ਆ ਸਕਦੇ ਨਹੀਂ ਪਾਜੀ ਬਿਲਕੁਲ ਕੀ ਹਰ ਸਿੰਗਰ ਦੀ ਹਰ ਸੈਲੀਬ੍ਰਿਟੀ ਦੀ ਇੱਕ ਸੋਸ਼ਲ ਰਿਸਪੌਂਸਿਬਿਲਟੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਸਟਾਰਟਿੰ ਤੁਹਾਡੇ ਵੱਲ ਮੈਂ ਕਿਉਂ ਡਾਇਰੈਕਟ ਹੋਇਆ ਮੈਂ ਤੁਹਾਨੂੰ ਕਿਉਂ ਮਿਲਣਾ ਜਾਂਦਾ ਸੀ ਹਾਂਜੀ ਜੀ ਕਿਉਂਕਿ ਤੁਸੀਂ ਹਜੇ ਸਟਰਗਲਿੰਗ ਫੇਸ 'ਚ ਹੋ ਤੁਸੀਂ ਹਜੇ ਸਟੈਬਲਿਸ਼ ਨਹੀਂ ਹੋਏਗੇ ਮੈਨੂੰ ਕੋ ਬਹੁਤ ਪੈਸਾ ਆ ਗਿਆ ਸਟਰਗਲਿੰਗ 'ਚ ਤੁਸੀਂ ਫੇਰ ਵੀ ਅੱਜ ਤੋਂ 6 ਮਹੀਨੇ ਪਹਿਲਾਂ ਇੱਕ ਟੈਕਸਟ ਕੀਤਾ ਕਿ ਵੀਰੇ ਆ ਮੇਰੇ ਵੱਲੋਂ ਤਿਲ ਫੁੱਲ ਇਹ ਚੀਜ਼ਾਂ ਮੈਨੂੰ ਕਿਉਂਕਿ ਹਰ ਬੰਦਾ ਕਹਿੰਦਾ ਜਦੋਂ ਮੇਰਾ ਟਾਈਮ ਆਊਗਾ ਨਾ ਉਦੋਂ ਕਰਾਂਗੇ ਉਹ ਟਾਈਮ ਪਤਾ ਨਹੀਂ ਆਣਾ ਕਿ ਨਹੀਂ ਆਣਾ ਭਾਜੀ ਮਜ਼ਾ ਹੀ ਬੜਾ ਰਹਿੰਦਾ ਸੀ ਮੈਂ ਨਾ ਕਿਸੇ ਆਉਦੇ ਬਹੁਤ ਹੀ ਇੱਕ ਖਾਸ ਬੰਦੇ ਨੂੰ ਇੱਕ ਲੈਪਟਾਪ ਗਿਫਟ ਕੀਤਾ ਸੀਗਾ ਅੱਜ ਤੋਂ 3 ਸਾਲ ਪਹਿਲਾਂ ਮੇਰੇ ਕੋਲ ਉਦੋਂ ਖਾਤੇ ਦੇ ਵਿੱਚ 1500 ਡਾਲਰ ਸੀਗਾ ਭਾਜੀ ਤੇ ਮੈਂ ਉਹਨੂੰ ਲੈਪਟਾਪ 1700 ਡਾਲਰ ਦਾ 200 ਡਾਲਰ ਕਿਸੇ ਤੋਂ ਫੜ ਕੇ ਗਿਫਟ ਕੀਤਾ ਸੀਗਾ ਭਾਜੀ ਜਿਹੜੀ ਚੀਜ਼ ਉਹਦਾ ਸਵਾਦ ਆਇਆ ਸੀਗਾ ਨਾ ਉਹ ਹੁਣ ਆਈ ਨਹੀਂ ਸਕਦਾ ਮੈਂ ਕਹਿੰਦਾ ਜੇ ਤੁਹਾਡੇ ਖਾਤੇ ਦੇ ਵਿੱਚ ਬਿਲੀਅਨ ਡਾਲਰਸ ਪਏ ਹੈ ਤੇ ਤੁਸੀਂ 10000 20 ਡੋਨੇਟ ਵੀ ਕਰ ਸਟੈਪ ਆਊਟ ਕਰਕੇ ਤੇ ਉਹ ਚੀਜ਼ ਦਾ ਫਾਇਦਾ ਹੀ ਮੈਂ ਹੁਣ ਕੀ ਆ ਵੀ ਮੈਂ ਜੈਨੂਨਲੀ ਦੱਸਦਾ ਮੈਨੂੰ ਕੋਈ ਉਹਦੇ ਚ ਸੰਗ ਉਹ ਨਹੀਂ ਹੈਗੀ ਮੈਂ 20 ਲੱਖ ਸੀਗਾ ਲੋਨ ਸੀਗਾ ਉਸ ਤੋਂ ਬਾਅਦ ਫਿਰ ਘਰ ਜਿਹੜਾ ਸੀਗਾ ਭਾਜੀ ਤੁਸੀਂ ਕਿਸੇ ਟਾਈਮ ਤੇ ਜੇ ਸਾਡੇ ਘਰੇ ਚਲੋ ਵਾਇਗਰ ਦਾ ਇੱਕ ਉਹ ਸੀਗਾ ਜੀ ਮੈਂ ਜ਼ਿਆਦਾ ਤਾਂ ਨਹੀਂ ਸ਼ੇਅਰ ਕਰ ਰਿਹਾ ਪਰ ਇਦਾਂ ਹੈਗਾ ਵੀ ਆਪਣੇ ਨਾਲ ਭਾਜੀ ਘਰੇ ਜੇ ਤੁਸੀਂ ਜਾਓਗੇ ਫਰਸ਼ ਬਹੁਤ ਥਾਂ ਦੇ ਪੱਟੀ ਵੀ ਸੀਗੀ ਭਾਜੀ ਜੀ ਤੇ ਉਸ ਤੋਂ ਬਾਅਦ ਇਹਦਾ ਗੇਟ ਸੀ ਕਿ ਉਹਨੂੰ ਸਿਉਂਖ ਲੱਗੀ ਹੋਈ ਸੀ ਗੇਟ ਪਾਜੀ ਖੁੱਲਦਾ ਨਹੀਂ ਸੀਗਾ ਇਹ ਬਹੁਤ ਕੋਈ ਅਜਾ ਟਾਈਮ ਵੀ ਦੇਖਿਆ ਛੋਟਿਆਂ ਦੇ ਪਾਜੀ ਜਦੋਂ ਆਟਾ ਵੀ ਘਰੇ ਮੁੱਕਿਆ ਹੋਇਆ ਹੈ ਨਾ ਤਾਂ ਬਹੁਤ ਜ਼ਿਆਦਾ ਇੱਕ ਮੈਨੂੰ ਲੱਗਦਾ ਉਹੀ ਸਾਰੀਆਂ ਚੀਜ਼ਾਂ ਨੇ ਜਿਹਦੇ ਥਰੂ ਇੱਕ ਬਹੁਤ ਹੋ ਸੀਗਾ ਜੀ ਛੋਟੇ ਛੋਟੇ ਸੁਪਨੇ ਵੀ ਬੜੇ ਪਾਜੀ ਉਹ ਨਹੀਂ ਹੈਗੇ ਅਜੇ ਤੱਕ ਵੀ ਇੱਕ ਚੀਜ਼ ਆ ਸੋਚੀ ਵੀ ਸੀ ਕਿ ਵੀ ਠੀਕ ਹੁੰਜੇ ਸਾਰਾ ਕੁਝ ਹੋ ਗਿਆ ਨਾ ਸਾਰਾ ਕੁਝ ਸੈੱਟ ਤੇ ਮੇਰੇ ਫਾਦਰ ਸਾਹਿਬ ਨੇ ਨਾ ਮੇਰੀ ਸਕੂਲ ਦੀ ਫੀਸ ਭਰਨ ਵਾਸਤੇ ਕੜਾ ਵੇਚਿਆ ਸੀਗਾ ਉਹਦਾ ਤੇ ਫਾਦਰ ਸਾਹਿਬ ਨੂੰ ਇੱਕ ਸੋਨੇ ਦਾ ਉਹ ਕੜਾ ਲੈ ਕੇ ਦੇਣਾ ਸਾਰਾ ਕੁਝ ਐਦਾਂ ਦੇ ਭਾਜੀ ਮੇਰੇ ਸੁਪਨੇ ਨੇ ਹਨਾ ਜੀ ਸਾਰੇ ਤੇ ਉਹ ਮੁੱਕਿਆ ਜੀ ਅਜੇ ਮੈਂ ਕੜਾ ਲੈ ਕੇ ਨਹੀਂ ਦਿੱਤਾ ਮੁੱਕਿਆ ਜੀ ਭਾਜੀ ਮੇਰਾ ਸਾਰਾ ਉਹ ਦੌਰ ਵੀ ਮੈਂ ਫਾਦਰ ਸਾਹਿਬ ਨੂੰ ਕਿਹਾ ਸੀਗਾ ਫਾਦਰ ਸਾਹਿਬ ਇੰਡੀਆ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਲੋਨ ਖਾਲੀ ਕਰ ਦੂੰਗਾ ਇੰਡੀਆ ਆਉਣ ਦੀ ਕੁਦਰਤੀ ਮੈਂ ਟਿਕਟ ਕਰਾ ਲਈ ਉਹ ਕਹਿਣ ਤੋਂ 4 ਮਹੀਨੇ ਬਾਅਦ ਦੀ ਭਾਜੀ ਮੈਨੂੰ ਹੀ ਪਤਾ ਮੈਂ ਕਿਵੇਂ ਕਰਕੇ ਸ਼ ਆ ਕਰਦੇ ਨੇ ਕੋਠੀ ਬਣਾਉਣੀ ਸੀਗੀ ਪਹਿਲਾਂ ਉਹਨਾਂ ਨੂੰ ਮੈਂ ਪੈਸੇ ਉਸ ਪੱਖੋਂ ਵੀ ਸੈਂਡ ਕੀਤੇ ਵੀ ਚਲੋ ਤੁਸੀਂ ਕੋਠੀ ਪਾਓ ਤੁਸੀਂ ਮਤਲਬ ਵੀ ਨਾ ਉਹ ਕਰੋ ਰੀਜ ਨਾ ਪੂਰਾ ਉਹ ਸਾਰਾ ਕੁਝ ਕਰਨ ਦੇ ਚੱਕਰ ਚ ਮੇਰੇ ਕੋਲ ਹੁਣ ਖਾਤੇ ਦੇ ਵਿੱਚ ਕਰੀ ਪੈਸੇ ਉਨੇ ਨਹੀਂ ਬਚੇ ਵੀ ਮੈਂ ਵੀ ਪ੍ਰੋਪਰ ਕੁਰੀ ਡੋਨੇਟ ਕਰ ਸਕਾ ਠੀਕ ਹੈ ਮੈਂ ਕੀ ਕੀਤਾ ਵੀ ਮੈਂ ਜਦੋਂ ਵਾਪਸ ਇੱਥੇ ਆਇਆ ਮੈਂ ਤਾਂ ਹੀ ਤੁਹਾਨੂੰ ਕਾਲ ਕੀਤਾ ਮੈਂ ਕਿਹਾ ਭਾਜੀ ਚਲੋ ਉਹ ਨਹੀਂ ਕਰ ਸਕਦੇ ਆਪਾਂ ਮੈਂ ਐਟ ਲੀਸਟ ਤੁਹਾਨੂੰ ਇੱਕ ਸ਼ੋਅ ਜਿਹੜਾ ਹੈਗਾ ਮੈਂ ਸੋਚ ਲੁnga ਵੀ ਚਲੋ ਠੀਕ ਹੈ ਜਿਹੜਾ ਸ਼ੋਅ ਹੈਗਾ ਉਹਦੀ ਪੇਮੈਂਟ ਮੈਂ ਭੁੱਲੀ ਜਾਊਂਗਾ ਇੱਕ ਤਾਂ ਮੈਂ ਹੁਣ ਲੁਧਿਆਣੇ ਜਿਹੜਾ ਵੀ ਸ਼ੋ ਉਹ ਲੁਧਿਆਣਾ ਆਪਣਾ ਹੈਗਾ 28 ਅਕਤੂਬਰ ਨੂੰ ਵਿੱਚ ਪ੍ਰੋਮੋਸ਼ਨ ਵੀ ਕਰਦੇ ਨੇ। ਨਹੀਂ ਨਹੀਂ ਮੈਂ ਤਾਂ ਇਹ ਸਵਾਲ ਪੁੱਛਣਾ ਹੀ ਸੀਗਾ ਕਿ ਜਿਹੜਾ ਤੁਸੀਂ ਮੈਨੂੰ ਦਿਖਾਇਆ ਲੋਕਾਂ ਨੇ ਤਾਂ ਗਾਹ ਪਾ ਦੇਣਾ ਦੇਖਣ ਵਾਸਤੇ ਤੁਸੀਂ ਦੱਸੋ ਲੋਕ ਕਿਵੇਂ ਦੇਖ ਸਕਦੇ ਨੇ ਕਦੋਂ ਸ਼ੋਅ ਤੁਹਾਡਾ ਕਿੱਥੇ ਕਿੱਥੇ ਸ਼ੋਅ ਨੇ ਵੀ ਦੱਸੋ ਪਲੀਜ਼। ਹਾਂਜੀ ਭਾਜੀ ਤੁਸੀਂ ਹੁਣ ਪੰਜਾਬ ਆਏ ਹੋ ਕਿੰਨੀ ਦਿਨ ਤੱਕੋਂ? ਮੇਰੇ ਭਾਜੀ 8 ਨਵੰਬਰ ਤੱਕ ਹੈਗਾ ਪਰ ਉਸ ਤੋਂ ਪਹਿਲਾਂ ਮੈਂ ਸਿਰਫ 2 ਸ਼ੋਅਜ਼ ਕਰ ਰਹੇ ਹਾਂ। ਮੈਂ ਜ਼ਿਆਦਾ ਕਰਨਾ ਚਾਹੁੰਦਾ ਸੀਗਾ ਦਿੱਲੀ, ਮੁੰਬਈ ਸਾਰੇ ਕਿਤੇ ਬਟ ਰਾਈਟ ਨਾਉ ਟਾਈਮ ਬਹੁਤ ਲਿਮਟਿਡ ਹੈ ਬਿਕਾਜ਼ ਅਸੀਂ ਗਲਤ ਉੱਥੇ ਆਲਰੇਡੀ ਬੁਕਿੰਗਸ ਲੈ ਚੁ ਇਹ ਤੁਸੀਂ ਮੰਨੋਗੇ ਸ਼ੋਅ ਦਾ ਅੱਧਾ ਪਰਸੈਂਟ ਵੀ ਨਹੀਂ ਹੈਗਾ ਭਾਜੀ ਅੱਛਾ ਜੀ ਜਿਹੜਾ ਸ਼ੋਅ ਤੇ ਹੋ ਰਿਹਾ ਹੈ ਭਾਜੀ ਕਿੰਨੀ ਦਿਨ ਦਾ ਸ਼ੋਅ ਹੁੰਦਾ ਭਾਈ ਡੇਢ ਘੰਟਾ ਭਾਜੀ ਪਰ ਇੱਥੋਂ ਤੱਕ ਵੀ ਇਦਾਂ ਵੀ ਹੋਇਆ ਅਸੀਂ ਵਿਨੀ ਪੈਕ ਚ ਗਏ ਮੈਂ ਡੇਢ ਘੰਟੇ ਦਾ ਬਸ ਸਟੇਟੇ ਉਤਰ ਲੱਗਿਆ ਸਟੇਟੇ ਉਤਰਨ ਲੱਗਿਆ ਲੋਕਾਂ ਨੇ ਚੀਕਣ ਸ਼ੁਰੂ ਕਰਤੀਆਂ ਵੀ ਨਾ ਜਾਓ ਨਾ ਜਾਓ ਨਾ ਜਾਓ ਅਸੀਂ ਢਾਈ ਘੰਟੇ ਦਾ ਸ਼ੋਹ ਲਾਇਆ ਸਾਡੇ ਵਾਲੇ ਕਬੇ ਜ਼ਿਆਦਾ ਨਹੀਂ ਇਹ ਗੱਲ ਨਾ ਦੱਸੋ ਇਹਨਾਂ ਨੇ ਲਟ ਜਾਣਾ ਅੱਛਾ ਜੀ ਭਾਜੀ ਢਾਈ ਘੰਟੇ ਮਾਤੇ ਪਰਫਾਰਮ ਕਰ ਗਿਆ ਭਾਜੀ ਉੱਥੇ ਬਹੁਤ ਹੀ ਇੱਕ ਵਧੀਆ ਰਿਹਾ ਇੱਥੋਂ ਦਾ ਜਿਹੜਾ ਸ਼ੋ ਹੈਗਾ ਭਾਜੀ ਮੈਨੂੰ ਇਹਦੇ ਚੋ ਜਨੂਅਲੀ ਆ ਸ਼ੋਸ ਚ ਮੈਂ ਕੁਝ ਨਹੀਂ ਕਮਾਉਣਾ ਮੈਂ ਤਾਂ ਜਨੂਅਲੀ ਲੋਕਾਂ ਨਾਲ ਮਿਲਣਾ ਚਾਹਣਾ ਈ ਤੁਸੀਂ ਇਹ ਦੇਖੋ ਕਿਸੇ ਵੀ ਤੁਸੀਂ ਵਧੀਆ ਸ਼ੋ ਤੇ ਜਾਓਗੇ ਉਹ ਪਤਾ ਕੀ ਕਰਦੇ ਆ ਵੀ ਠੀਕ ਹੈ ਜੀ ਇੰਨੇ ਦੀ ਆ ਟਿਕਟ ਹੈ ਆਪਣੀ ਮੀਟ ਐਂਡ ਗਰੀਟ ਦੀ ਟਿਕਟ ਨਹੀਂ ਹੈਗੀ ਭਾਜੀ ਮੈਂ ਮੈਂ ਰੱਖ ਸਕਦਾ ਸੀਗਾ ਮੀਟ ਐਂਡ ਗਰੀਟ ਮੈਂ ਇਦਾਂ ਰੱਖ ਸਕਦਾ ਸੀ ਵੀ ਜਿਹੜੇ ਵੀ ਆ ਬੰਦੇ ਹੋਣਗੇ ਨਾ ਇਹਨਾਂ ਦੀ ਮੈਂ ਪਰਸਨਲੀ ਮਾਈਂਡਿੰਗ ਕਰੂੰਗਾ ਤੁਸੀਂ ਆਪਣੇ ਐਥਿਕਸ ਨਾਲ ਜ਼ਿਆਦਾ ਕੰਪਰੋਮਾਈਜ਼ ਨਹੀਂ ਕਰ ਰਹੇ ਮਤਲਬ ਹੈ ਜੀ ਨਹੀਂ ਭਾਜੀ ਕੁਝ ਮਤਲਬ ਮੀਟ ਐਂਡ ਗਰੀਟ ਦੀ ਫੀਸ ਤਾਂ ਰੱਖ ਸਕਦੇ ਹਾਂ ਨਹੀਂ ਭਾਜੀ ਤੁਹਾਡੀ ਕਲਾ ਹੈ ਤੁਹਾਡਾ ਕੰਮ ਹੈ ਤੁਹਾਡਾ ਕਾਰੋਬਾਰ ਹੈ ਕਿਉਂਕਿ ਗੱਲ ਕੀ ਹੈ ਮੀਟ ਐਂਡ ਗਰੀਟ ਅਸੀਂ ਕੀ ਜਿਵੇਂ ਹੁਣ ਮੇਰਾ ਜਿਹੜਾ ਵੀ ਸ਼ੋਅ ਹੈ ਭਾਜੀ ਜੇ ਉਹਦੇ ਵਿੱਚ ਮੰਨ ਕੇ ਚੱਲੋ ਵੀ 500 ਬੰਦੇ ਦਾ ਥੀਏਟਰ ਹੈ ਮੈਂ ਸ਼ੋਅ ਤੋਂ ਬਾਅਦ ਥੀਏਟਰ ਨੂੰ ਮੁਕ ਅ ਜਦੋਂ ਸਾਰੇ ਲੋਕ ਐਂਡ ਤੇ ਅਪਲਾਸ ਕਰਕੇ ਹਟ ਜਾਂਦੇ ਮੈਂ ਉੱਥੇ ਜਾਣਾ ਸੈਂਟਰ ਦੇ ਵਿੱਚ ਮੈਂ ਲੋਕਾਂ ਨੂੰ ਕਹਿੰਦਾ ਜੀਨੇ ਵੀ ਮਿਲਣਾ ਤੁਸੀਂ ਆਜੋ ਮਿਲੋ ਤੇ ਸਾਨੂੰ ਅਸੀਂ ਡੈਫੀਨਿਟਲੀ ਡੇਢ ਘੰਟਾ ਬਾਅਦ ਅਸੀਂ ਸਿਰਫ ਡੇਢ ਘੰਟਾ ਇਸ ਚੀਜ਼ ਵਾਸਤੇ ਰੱਖਦੇ ਹਾਂ ਕਿ ਲੋਕ ਆਉਣਗੇ ਲੋਕ ਗੱਲਾਂ ਬਾਤਾਂ ਕਰਨਗੇ ਤੇ ਜਾਣਗੇ ਸੋ ਸੋ ਭਾਜੀ ਮੈਂ ਸਭ ਨੂੰ ਕਹਿਣਾ ਚਾਹੁੰਦਾ ਕਿ ਬਾਈ ਦਾ ਸ਼ੋ ਹੈ 28 ਤਰੀਕ ਨੂੰ ਆਪਾਂ ਕੱਲ ਹੀ ਪੋਡਕਾਸਟ ਪਾ ਦੇਣਾ ਤੇ 28 ਅਕਤੂਬਰ ਹਾਂਜੀ 28 ਅਕਤੂਬਰ ਨੂੰ ਭਾਜੀ ਲੁਧਿਆਣਾ ਲੁਧਿਆਣਾ ਨਵੰਬਰ 3 ਨੂੰ ਟਿਕਟ ਕਿੱਥੇ ਲੈਣੇ ਭਾਜੀ ਪੀਟੀਐਮ ਇਨਸਾਈਡਰ ਤੇ ਟਿਕਟ ਤੇ ਟੈਕਟਨ ਲੈਂਡ ਐਂਡ ਮੋਲਡ .ਮੈਜਿਕ ਦੇ ਨਾਮ ਤੋਂ ਬਾਈ ਦਾ ਇੰਸਟਾਗ੍ਰਾਮ ਹਾਂਜੀ ਭਾਜੀ ਤੇ ਯਾਰ ਮਤਲਬ ਮੈਂ ਚਲੋ ਮੈਜਿਕ ਤਾਂ ਬਾਈ ਦੀ ਕਲਾ ਹੈ ਬੰਦਾ ਮੈਨੂੰ ਬਹੁਤ ਕੈਂਟ ਲੱਗਿਆ ਯਾਰ ਮੈਂ ਤਾਂ ਬੰਦੇ ਦੇ ਕਿਰਦਾਰਾਂ ਦਾ ਫੈਨ ਆ ਮੈਂ ਤੁਹਾਨੂੰ ਅੰਦਰ ਵੀ ਦੱਸਿਆ ਕਿ ਕੋਈ ਕਿੰਨਾ ਵੱਡਾ ਹੈ ਉਹਦੀ ਜ਼ੁਬਾਨ ਖੁੱਲ੍ਹੇ ਤੇ ਪਤਾ ਲੱਗਦਾ ਹੈ ਕਿ ਕਿੱਡਾ ਕੁ ਵੱਡਾ ਹੈ ਜਿਹੜਾ ਬੰਦਾ ਬਹੁਤ ਵੱਡਾ ਘੁਆ ਕੇ ਆਪਣੇ ਆਪ ਨੂੰ ਕਿ ਮੈਂ ਮੇਰੇ 20 ਮਿਲੀਅਨ ਇੰਸਟਾਗ੍ਰਾਮ ਤੇ ਫੋਲੋਅਰਸ ਨੇ ਤੇ ਉਹ ਫਿਜ਼ਿਕਲੀ ਇੱਕ ਬੰਦੇ ਨੂੰ ਨਾਲ ਦੇ ਬੈਠੇ ਨੇ ਨਾ ਨੀਵਾ ਫੀਲ ਕਰਾ ਰਿਹਾ ਆਪਣੀ ਦੱਸੀ ਜਾਂਦਾ ਕਿ ਮੈਂ ਦੇਖੋ ਜੀ ਜ਼ੀਰੋ ਤੋਂ ਹੀਰੋ ਬਣ ਗਿਆ ਮੈਂ ਕੈਂਟ ਹੋ ਗਿਆ ਪਰ ਜੇ ਨਾਲ ਦਾ ਬੰਦਾ ਅਨਕੰਫਰਟੇਬਲ ਹੋ ਰਿਹਾ ਤਾਂ ਉਹਦਾ ਕੋਈ ਫਾਇਦਾ ਹੀ ਨਹੀਂ ਕੋਈ ਫਾਇਦਾ ਨਹੀਂ ਭਾਜੀ ਨਹੀਂ ਭਾਜੀ ਹੁਣ ਆਬਵੀਅਸ ਗੱਲ ਹੈ ਇਹ ਚੀਜ਼ ਨਾ ਮੈਨੂੰ ਮੀਨਲੀ ਮੈਂ ਕੁਝ ਹੋਰ ਬੰਦ ਕਾਮਿਕ ਸਿੰਘ ਭਾਜੀ ਨੂੰ ਮਿਲਿਆ ਤੋਂ ਕਾਮਿਕ ਸਿੰਘ ਭਾਜੀ ਨੇ ਮੈਨੂੰ ਸਪੈਸ਼ਲੀ ਇਹ ਗੱਲ ਕਹੀ ਅਨਮੋਲ ਆਨੰਦ ਉਹਨਾਂ ਤੋਂ ਅਨਮੋਲ ਭਾਜੀ ਕੋਲ ਜਾ ਕੇ ਤੇ ਡੈਫੀਨਿਟਲੀ ਭਾਜੀ ਮੈਂ ਉਹਨਾਂ ਦੀ ਗੱਲ ਫੀਲ ਕਰ ਰਿਹਾ ਭਾਜੀ ਤੁਸੀਂ ਨਾ ਇੱਕ ਦੇਖੋ ਇੱਕ ਤਾਂ ਹੋ ਗਿਆ ਤੁਸੀਂ ਚਲੋ ਤੁਹਾਡਾ ਵੀ ਇੱਕ ਉਹ ਚ ਇੱਕ ਹੈ ਕਿ ਭਾਜੀ ਤੁਸੀਂ ਪੌਡਕਾਸਟ ਕਰ ਰਹੇ ਹੋ ਦੋਵੇਂ ਸੈਪਰੇਟ ਕੈਰੀਅਰਸ ਨੇਪਰ ਜੀ ਜਿਹੜਾ ਤੁਸੀਂ ਪੌਡਕਾਸਟ ਕਰ ਰਹੇ ਹੋ ਉਹਦੇ ਵਾਸਤੇ ਇੱਕ ਪੌਡਕਾਸਟਰ ਦੇ ਕੋਲ ਸਭ ਤੋਂ ਵੱਡੀ ਇੱਕ ਇੰਟਰਵਿਊ ਕੋਲ ਇੱਕ ਚੀਜ਼ ਹੋਣੀ ਚਾਹੀਦੀ ਹੈ ਵੀ ਜਿਹੜਾ ਵੀ ਬੰਦਾ ਆਇਆ ਉਹਨੂੰ ਕੰਫਰਟ ਕਰਨ ਦੇ ਵਿੱਚ ਭਾਜੀ ਤੁਸੀਂ ਜੋ ਤਾਂ ਕੈਮਰਾਸ ਲੱਗ ਰਹੇ ਸੀਗੇ ਸਾਰਾ ਕੁਝ ਸੈਟਅਪ ਹੋ ਰਿਹਾ ਸੀਗਾ ਤੁਸੀਂ 1.5 ਮਿੰਟ ਚ ਭਾਜੀ ਇਦਾਂ ਦੀਆਂ ਗੱਲਾਂ ਕੀਤੀਆਂ ਹੋਰ ਕਿਵੇਂ ਅੱਛਾ ਕਿੱਥੇ ਫੈਮਿਲੀ ਚ ਕੌਣ ਕੌਣ ਕਿੱਦਾਂ ਇਸ ਤਰੀਕੇ ਨਾਲ ਗੱਲਾਂ ਕੀਤੀਆਂ ਭਾਜੀ ਵੀ ਜਿਹੜਾ ਮੈਂ ਥੋੜਾ ਜਿਹਾ ਇੱਕ ਹੈਜ਼ਿਟੇਟ ਹੋ ਰਿਹਾ ਸੀ ਭਾਜੀ ਤੁਸੀਂ ਜਮ ਰਿਲੈਕਸ ਕਰਤਾ ਜੀ ਨਹੀਂ ਮੈਨੂੰ ਲੱਗਦਾ ਬਾਈ ਕਿ ਸਭ ਕੁਝ ਪਰਮਾਤਮਾ ਦੀ ਕਿਰਪਾ ਨਾਲ ਹੁੰਦਾ ਮੈਂ ਪੋਡਕਾਸਟ ਸਟਾਰਟ ਕਰਨ ਤੋਂ ਪਹਿਲਾਂ ਵੀ ਨਹੀਂ ਕੋਈ ਬਹੁਤ ਡੀਪਲੀ ਕਨਵਰਸੇਸ਼ਨ ਚ ਕੀਤਾ ਕਿਸੇ ਨਾਲ ਹਾਂਜੀ ਬਿਲਕੁਲ ਮੈਂ ਇਸ ਐਂਜੋ ਦੀ ਸ਼ੁਰੂਆਤ ਤੋਂ ਪਹਿਲਾਂ ਹਰ ਨਾ ਮੈਂ ਕੱਲਬਾਰੇ ਸੋਚਦਾ ਉਹ ਕਹਿੰਦੇ ਨੇ ਕਿ ਪਲੈਨਿੰਗ ਕਰਿਆ ਕਰ ਪਰ ਮੈਨੂੰ ਲੱਗਦਾ ਕਿ ਮੇਰਾ ਸਭ ਤੋਂ ਵੱਡਾ ਪਲੈਨਰ ਵਾਇਗਰੂ ਹੈ ਜੋ ਉਹ ਪਲਾਨ ਕਰਦਾ ਨਾ ਫਿਰ ਜਦੋਂ ਮੈਂ ਆਪਣੇ ਹੱਥ ਹੁਣ ਜਿੱਦਾਂ ਏਕ ਜ਼ਰੀਆ ਫਾਊਂਡੇਸ਼ਨ ਹੈ ਬਾਈ ਇਹ ਵੀ ਇੱਕ ਤਰ੍ਹਾਂ ਦਾ ਜੂਬਾ ਹੈ ਅਪਾ ਜਾਵਾਂਗੇ ਨਾ ਤੁਸੀਂ ਦੇਖਿਓ ਇਹ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗੇ ਐਨਜੀਓ ਚੱਲਨੇ ਜਦੋਂ ਤੁਸੀਂ ਦੇਖੋਗੇ ਕਿ ਕਿਵੇਂ ਡੋਨਰ ਆ ਰਹੇ ਨੇ ਕਿਵੇਂ ਪੇਸ਼ੈਂਟਸ ਆ ਰਹੇ ਨੇ ਹੋ ਕਿਵੇਂ ਰਿਹਾ ਔਰ ਰੋਜ਼ ਹੋ ਰਿਹਾ ਹੈ ਪਿਛਲੇ 8 ਸਾਲਾਂ ਤੋਂ ਤਾਂ ਜੇ ਉਹ ਜੂਬਾ ਹੋ ਸਕਦਾ ਤਾਂ ਮੇਰੀ ਜ਼ਿੰਦਗੀ ਪਲਾਨ ਕਰਨਾ ਉਹਦੇ ਲਈ ਤਾਂ ਇੱਕ ਸੈਕਿੰਡ ਦਾ ਕੰਮ ਹੈ ਨਾ ਪਾਜੀ ਮੈਂ ਨਾ ਇਹ ਹੀ ਗੱਲ ਮੰਮੀ ਨੇ ਵੀ ਇਹ ਗੱਲ ਕਹੀ ਸੀ ਕਿਹਦੇ ਬੁੱਤ ਦੇਖ ਨਜ਼ਰਾਂ ਵਗੈਰਾ ਨਾ ਸਾਰਾ ਕੁਝ ਲੱਗਦੀਆਂ ਰਹਿੰਦੀਆਂ ਮੈਂ ਕਿਹਾ ਮਾਤਾ ਜੀ ਤੁਸੀਂ ਐਂ ਦੱਸੋ ਤੁਸੀਂ ਕਹਿੰਦੇ ਵੀ ਆ ਚੀਜ਼ ਪੋਸਟ ਨਾ ਕਰ Instagram ਤੇ ਉੱਤੇ ਹਣਾ ਨજર ਲੱਗ ਜੂਗੀ ਮੈਂ ਕਿਹਾ ਡਵੇਨ ਰੌਕ ਡਵੇਨ ਜੌਨਸਨ ਦੇਖ ਲਓ ਜਿਹੜਾ ਦਾ ਰੌਕ ਹੈ ਨਾ ਇਹ ਉਹਨੇ Instagram ਤੇ ਕਿੰਨੇ 200 ਮਿਲੀਅਨ ਫਾਲੋਅਰ ਨਹੀਂ ਉਹ ਡਿਲੀ ਪੋਸਟ ਕਰਦਾ ਰਹਿੰਦਾ ਮੈਂ ਵਰਕਆਊਟ ਲਾ ਕੇ ਦੇਖਿਆ ਆ ਮੇਰੇ ਟੋਲੇ ਦੇਖੋ ਹੁਣ ਪਾਜੀ ਉਹਨੂੰ ਨજર ਨਹੀਂ ਲੱਗਦੀ ਫਿਰ ਬਾਈ ਇਹ ਚੀਜ਼ਾਂ ਨਾ ਦੇਖੋ ਇਹ ਆਪਣੀ ਆਪਣੀ ਮੰਨਣ ਦੀ ਗੱਲ ਹੈ ਮੇਰਾ ਰੱਬ 'ਚ ਬਹੁਤ ਵਿਸ਼ਵਾਸ ਹੈ ਔਰ ਹੁਣ ਅੱਜ ਅੱਜ ਦਾ ਫੇਸ ਜਿਹੜਾ ਮੇਰੇ ਲਾਈਫ ਦਾ ਚੱਲ ਰਿਹਾ ਕਿ ਜਦੋਂ ਮੇਰੇ ਨਾਲ ਕੋਈ ਗਲਤ ਕਰਦਾ ਨਾ ਮੈਨੂੰ ਇਹ ਦੁੱਖ ਨਹੀਂ ਹੁੰਦਾ ਕਿ ਮੇਰੇ ਨਾਲ ਗਲਤ ਕੀਤਾ ਮਹਾਟਾ ਮੈਨੂੰ ਇਹ ਟੈਨਸ਼ਨ ਪੈਂਦੀ ਕਿ ਇਹਨੇ ਆਪਣਾ ਕਰਮ ਕਿਉਂ ਖਰਾਬ ਕੀਤਾ ਖਰਾਬ ਕੀਤਾ ਭਜੀ ਕਿ ਮੇਰੇ ਨਾਲ ਦਾ ਜੋ ਕੀਤਾ ਹੀ ਕੀਤਾ ਚਲੋ ਮੇਰੇ ਕਰਮਾਂ ਦਾ ਫਲ ਪਰ ਇਹਨੇ ਗਲਤ ਕਰਕੇ ਆਪਣੇ ਕਰਮ ਕਿਉਂ ਮਾੜੇ ਲਿਖ ਲਏ ਜਦੋਂ ਤੁਸੀਂ ਇਸ ਫੇਸ ਤੇ ਆ ਜਾਂਦੇ ਹੋ ਨਾ ਹਾਂਜੀ ਭਜੀ ਫਿਰ ਤੁਸੀਂ ਓਵਰ ਮੈਚਿਓਰੈਂਸ ਲੈਵਲ ਤੇ ਚੱਲ ਜਾਂਦੇ ਹੋ ਕਿ ਯਾਰ ਅੱਛਾ ਜੋ ਜਿੱਦਾਂ ਕਰ ਦੇਵੇ ਬਸ ਠੀਕ ਹੈ ਜੋ ਕਰਿਆ ਪਰ ਮਾਤਾ ਮਾਤਾ ਬਿਲਕੁਲ ਭਾਈ ਮੇਰੇ ਮੰਮੀ ਨੇ ਇਹੀ ਗੱਲ ਕਹੀ ਮੰਮੀ ਕਹਿੰਦੇ ਪੁੱਤ ਪਹਿਲੀ ਗੱਲ ਤਾਂ ਜਿਹੜਾ ਤੂੰ ਹੁਣ ਮੈਂ ਨਾ ਗਲੀ ਵਿੱਚੋਂ ਨਿਕਲਦਾ ਹੀ ਸਾਡੇ ਨਾਲ ਇੱਕ ਆਂਟੀਆਂ ਦੀ ਇੱਕ ਸਾਥ ਲੱਗੀ ਵੀ ਹੁੰਦੀ ਪੂਰੀ ਤਾਂ ਉਹ 10 ਆਂਟੀਆਂ ਇੱਥੇ ਬੈਠੀਆਂ ਹੁੰਦੀਆਂ ਤੇ ਮੈਂ ਹਮੇਸ਼ਾ ਬਾਈਕ ਰੋਕ ਕੇ ਉਹ ਮੈਨੂੰ ਐਂ ਕਹਿੰਦੇ ਪੁੱਤ ਤੂੰ ਐਂ ਬੁਲਾ ਕੇ ਤੁਰ ਜਾ ਕਰ ਕੋਈ ਚੱਕਰ ਨਹੀਂ ਸਾਰਿਆਂ ਨੇ ਮੈਂ ਪੈਰੀ ਹੱਥ ਲਾ ਕੇ ਪ੍ਰੋਪਰ ਉਥੋਂ ਦੀ ਫੇਰ ਨਿਕਲਦਾ ਮੈਂ ਕਹਿੰਦਾ ਆਂਟੀ ਇਹ ਨਹੀਂ ਅੱਗੇ ਲੈ ਕੇ ਜਾਣਾ ਤੁਸੀਂ ਸਾਰੀ ਜ਼ਿੰਦਗੀ ਬਈ ਐਂ ਰਿਓ ਇੱਕ ਸਟੇਟ ਤੇ ਨਾ ਜਦੋਂ ਵੀ ਮੈਂ ਬਹੁਤ ਸੁਣਦਾ ਪੋਡਕਾਸਟਿੰਗ ਸੁਣਦਾ ਮੈਨ 40 ਤੇ 45 ਤੇ ਜੇ ਰੱਬ ਨੇ ਚਾਇਆ ਜਾਊਗਾ ਤੇ ਮੈਂ ਉਹ ਫੀਲ ਕਰਦਾ ਕਿ ਐਟ ਦਾ 45 ਜੋ ਗਿਆਨ ਚੱਕੀ ਬੈਠੇ ਨੇ ਜੋ ਨਚੋੜ ਕੱਢੀ ਬੈਠੇ ਨੇ ਜ਼ਰੂਰੀ ਨਹੀਂ ਕਿ ਮੈਂ ਵੀ 45 ਤੱਕ ਹੀ ਸਮਝਾਂ ਮੈਂ ਅੱਜ ਹੀ ਸਮਝਾਂ ਅੱਜ ਮੇਰੇ ਲਈ ਸਕੂਨ ਸ਼ਾਂਤੀ ਸਭ ਤੋਂ ਵੱਡੀ ਚੀਜ਼ ਹੈ ਮੇਰੇ ਲਈ ਕੋਈ ਨੰਬਰਸ ਨਹੀਂ ਕੋਈ ਫਾਲੋਅਰਸ ਨਹੀਂ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਸਿਰਫ ਇੱਕ ਪਰਮਾਤਮਾ ਦਾ ਨਾਮ ਤੇ ਇੱਕ ਸੇਵਾ ਤੀਜੀ ਜ਼ਿੰਦਗੀ ਚ ਚੀਜ਼ ਮੇਰੇ ਕੋ ਮੈਟਰ ਹੀ ਨਹੀਂ ਕਰਦੀ ਬਾਈ ਗਰੂਪ ਪਰ ਤੁਹਾਡੀ ਵਾਈਬ ਬਹੁਤ ਜ਼ਬਰਦਸਤ ਹੈ थैंक यू ਬਈ ਮੈਂ ਸਵੇਰੇ ਇਹ ਵੀ ਸੋਚੀ ਜਾਂਦਾ ਸੀ ਕਿ ਮੈਨੂੰ ਬਾਈ ਨੂੰ ਮਿਲਣਾ ਹੈ ਨਾ ਤੇ ਆਪਾਂ ਦੇਖੋ ਜਿਆਦਾ ਕੁਲੇ ਮੇਲੇ ਵੀ ਨਹੀਂ ਨਾ ਆਪਾਂ ਜਾਣਦੇ ਹਾਂ ਨਾ ਪਰ ਮੈਨੂੰ ਨਾ ਜਦੋਂ ਕੋਈ ਇਨਸਾਨ ਬਾਈ ਸੋਸਾਇਟੀ ਲਈ ਸੋਚਦਾ ਨਾ ਆਪਣੇ ਆਪਣੀ ਇੱਕ ਡਿਊਟੀ ਸਮਝਦਾ ਜਿਵੇਂ ਮੇਰੇ ਕੋਲ ਇੱਕ ਆਂਟੀ ਜੀ ਆਏ ਥੋੜੇ ਦਿਨ ਪਹਿਲਾਂ ਕਹਿੰਦੇ ਮੇਰੇ ਬੇਟੇ ਨੇ ਅੰਮਦਾਬਾਦ ਤੋਂ ਸੇਵਾ ਭੇਜੀ ਆ ਹਾਂ ਹਾਂ ਵਾਹਿਗੁਰੂ ਕਹਿੰਦੇ ਉਹ ਮੁੰਡਾ ਮੈਨੂੰ ਕਹਿੰਦਾ ਕਿ ਜਾਓ ਬਾਈ ਕੋਲ ਸੇਵਾ ਕਰਕੇ ਆਓ ਹਾਂਜੀ ਉਹ ਸਿਸਟਮ ਨੂੰ ਗਲਤ ਬੋਲਦੇ ਨੇ ਚਲੋ ਸਿਸਟਮ ਦੀ ਵੀ ਕੋਈ ਮਜਬੂਰੀ ਹੋਣੀ ਆ ਉਹ ਸੇਵਾ ਨਹੀਂ ਕਰ ਪਾਰੇ ਇਹ ਸੇਵਾ ਕਰਨੀ ਸਾਡੀ ਜ਼ਿੰਮੇਵਾਰੀ ਹੈ ਹਾਂਜੀ ਬੜੀ ਕਿ ਅਸੀਂ ਉਹ ਮਰੀਜ਼ਾਂ ਦੀ ਹੈਲਪ ਕਰਨੀ ਹੈ ਕਿ ਉਹ ਕਿੰਨਾ ਪੋਜ਼ਿਟਿਵ ਮਤਲਬ ਥਾਟਸ ਹੀਗਾ ਯਾਰ ਮਾਈਂਡ ਦਾ ਨੈਗੈਟਿਵਿਟੀ ਹੈ ਨਹੀਂ ਬਹੁਤ ਵਧੀਆ ਕਹਿੰਦਾ ਨਹੀਂ ਨਹੀਂ ਕਹਿੰਦਾ ਕਿਸੇ ਨੂੰ ਕੁਝ ਨਹੀਂ ਗਲਤ ਬੋਲਣਾ ਕਹਿੰਦਾ ਸਾਡੀ ਡਿਊਟੀ ਹੈ ਅਸੀਂ ਜ ਨੇ ਵੀ ਬਹੁਤ ਇੱਕ ਉਹ ਅਜੀਬ ਹੈ ਜੀ ਪਰ ਹਾਂ ਕਈ ਥੋੜਾ ਨੇਚਰਲੀ ਜੀ ਮੇਰੇ 'ਚ ਵੀ ਥੋੜਾ ਇੱਕ ਨੇਚਰਲੀ ਪਤਾ ਨਹੀਂ ਕਿੱਥੋਂ ਸੀਗਾ ਮੇਰੇ ਨਾਲ ਦੀਦੀ ਮੈਂ ਤੁਹਾਨੂੰ ਦੱਸਿਆ ਸੀ ਕਿ ਨਾ ਆਪਾਂ ਲੋਕਾਂ ਨੂੰ ਵੀ ਕੋਈ ਦੱਸਿਆ ਮੇਰੇ ਦੀਦੀ ਨਹੀਂ ਕੈਨੇਡਾ ਦੇ ਵਿੱਚ ਤੇ ਉਹਨਾਂ ਨੇ ਆ ਦਾ ਦਸਵੰਤ ਜਿਹਨੂੰ ਆਪਾਂ ਕਹਿੰਦੇ ਆ ਦਸਵੰਤ ਕੱਢ ਗਾ ਦਸਵੇਂ ਹਿਸਾਬ ਦੀ ਤਨਖਾਹ ਦਾ ਸਾਈਡ ਤੇ ਕੱਢ ਕੇ ਰੱਖੋ ਤੇ ਉਹ ਕਿਤੇ ਨਾ ਕਿਤੇ ਸੇਵਾ ਚ ਪਾਓ ਉਹਨਾਂ ਨੇ ਦਸਵੰਤ ਐ ਪ੍ਰੋਪਰ ਲਿਖ ਕੇ ਰੱਖਣਾ ਭਾਜੀ ਡਾਇਰੀ ਤੇ ਵੀ ਹਾਂ ਵੀ ਭਈ ਮੈਨੂੰ ਇਸ ਵਾਰੀ 200 ਡਾਲਰ ਬਣਿਆ ਇਹਦਾ ਦਸਵੰਤ ਕਿੰਨਾ ਹੋ ਗਿਆ 200 ਡਾਲਰ ਤਾਂ ਉਹਨਾਂ ਨੇ ਕੱਢ ਕੱਢ ਕੇ ਸਾਈਡ ਤੇ ਰੱਖੀਗੇ ਤੇ ਉਹ ਸੀਗੇ ਉਹਨਾਂ ਦੇ ਹਸਬੰਡ ਸੀਗੇ ਦੋਨਾਂ ਨੇ ਜਿੰਨਾ ਵੀ ਕਮਾਇਆ ਦਸਵੇਂ ਹਿਸਾਬ ਦੇ ਸਾਈਡ ਤੇ ਭਾਜੀ 6 ਲੱਖ ਰੁਪਏ ਬਣ ਗਏ 1.5 ਸਾਲ ਚ 6 ਲੱਖ ਰੁਪਏ ਜਿਹੜਾ ਬਣਿਆ ਉਹਨਾਂ ਦੇ ਇੱਕ ਕਿਸੇ ਦੀ ਛੱਤ ਜਿਹੜੀ ਸੀਗੀ ਉਹ ਚੋ ਉਹਦਾ ਕੋਈ ਕੰਮ ਨਹੀਂ ਚੱਲ ਰਿਹਾ ਸੀ ਕਿਉਂਕਿ ਫੈਮਿਲੀ ਚ ਇਕੱਲਾ ਸੀਗਾ ਉਹਨਾਂ ਨੇ ਉਹਦੀ ਛੱਤ ਰਿਪੇਅਰ ਕਰਕੇ ਦਿੱਤੀ ਉਸ ਤੋਂ ਬਾਅਦ ਜਿਹੜਾ ਉਹਦੇ ਪੈਰ ਦੀ ਇਨਫੈਕਸ਼ਨ ਸੀ ਉਹ ਸਹੀ ਕਰਾਤੀ ਪੈਰ ਦੀ ਜਿਹੜੀ ਇਨਫੈਕਸ਼ਨ ਸੀ ਉਸੇ ਕਰਾਉਣ ਤੋਂ ਬਾਅਦ ਉਹਨਾਂ ਨੇ ਇੱਕ ਮੱਝ ਲੈ ਕੇ ਦਿੱਤੀ ਉਹਨੂੰ ਚਾਰ ਪੰਜ ਉਹਨੂੰ ਘਰ ਦੇ ਤੇ ਵੀ ਲੈ ਪਈ ਤੁਰਨਾ ਦਾ ਕੰਮ ਕਰਵਾਉਂਦੀ ਰੋਟੀ ਕਮਾ ਕੇ ਆਪ ਖਾ ਰਹੇ ਭਾਜੀ ਪਰ ਐ ਹੈਗਾ ਵੀ ਹੁਣ ਉਹ ਜਿਹੜੇ ਬੰਦੇ ਹੈਗੇ ਆਪਦੀ ਪ੍ਰੋਮੋਸ਼ਨ ਤਾਂ ਨਹੀਂ ਕਰ ਸਕਦੇ ਵੀ ਕੈਨੇਡਾ ਤੱਕ ਉਹਨਾਂ ਗੱਲ ਪਹੁੰਚੇ 100 ਚੀਜ਼ਾਂ ਨੇ ਇੱਕ ਜ਼ਰੀਆ ਹੈ ਭਾਜੀ ਹੂੰ ਠੀਕ ਹੈ ਭਾਜੀ ਇੱਕ ਜ਼ਰੀਆ ਬਿਲਕੁਲ ਸਹੀ ਨਾਮ ਰੱਖਿਆ ਤੁਸੀਂ ਬਿਨਾ ਕਿਸੇ ਇੱਕ ਉਹਦੇ ਤੋਂ ਮੈਨੂੰ ਕੁਝ ਚਾਹੀਦਾ ਬਿਨਾ ਕਿਸੇ ਚੀਜ਼ ਤੋਂ ਤੁਸੀਂ ਉਹਨਾਂ ਲੋਕਾਂ ਦੀ ਹੈਲਪ ਕਰ ਰਹੇ ਹੋ ਬਹੁਤ ਵੱਡੀ ਗੱਲ ਹੈ ਬਿਲਕੁਲ ਸੋ ਹਾਂ ਇਦਾਂ ਹੀ ਹੈ ਭਾਜੀ ਲੋਕ ਆਪ ਦਾ ਮੈਂ ਤਾਂ ਸਾਰਿਆਂ ਨੂੰ ਇਹ ਚੀਜ਼ ਜ਼ਰੂਰ ਕਰਦਾ ਵੀ ਆ ਆਪਦੀ ਤਨਖਾਹ ਜੋ ਵੀ ਕੁਝ ਬਣ ਰਿਹਾ ਇੱਕ ਵਾਰੀ ਲਿਖ ਕੇ ਰੱਖੋ 10% ਉਹਦੇ ਜੋ ਕੱਢੋ ਜਿਹੜਾ ਕਿ ਬੰਦ ਹੈ ਕਿਸੇ ਨੂੰ ਥੋੜਾ ਡੋਨੇਟ ਕਰਨਾ ਤੇ ਉਹ ਸਾਰੀ ਚੀਜ਼ ਸਾਈਡ ਤੇ ਰੱਖੋ 5-6 ਮਹੀਨੇ ਤੁਸੀਂ ਖੁਦ ਯਕੀਨ ਨਹੀਂ ਮੰਨੋਗੇ ਇੰਨਾ ਪੈਸਾ ਇਕੱਠਾ ਹੋ ਜਾਊਗਾ ਤੁਹਾਡੇ ਕੋਲ ਮਤਲਬ ਵੀ ਆਪਦੀ ਤਨਖਾਹ ਦੇ ਹਿਸਾਬ ਨਾਲ ਤੁਸੀਂ ਸੋਚੋਗੇ ਵੀ ਜੇ ਤੁਹਾਡੀ 10000 ਰੁਪਏ ਤਨਖਾਹ ਹੈ ਹਨਾ ਕਿ ਤੇ ਮੜ ਮਟਰ ਤੁਹਾਨੂੰ ਬੋਨਸ ਮਿਲ ਜਾਏ ਕੁਝ ਵੀ ਸਾਰਾ ਕੁਝ ਕਰ ਕਰਕੇ ਤੇ 6 ਮਹੀਨੇ ਬਾਅਦ ਤੁਹਾਡੇ ਕੋਲ 10000 ਦਾ ਜੇ ਆਪਾਂ 10 ਮਹੀਨਿਆਂ ਸੱਕੜੀ 6-7000 ਰੁਪਏ ਬਣ ਗਿਆ ਤਾਂ 6-7000 ਰੁਪਏ ਤੋਂ 6 ਮਹੀਨੇ ਬਾਅਦ ਆ ਕੇ ਡੋਨੇਟ ਕਰ ਦੋ ਪਾਜੀ ਤੁਸੀਂ ਯਕੀਨ ਨਹੀਂ ਮੰਨ ਰਹੇ 15-1500 ਦੇ ਇੱਕ ਟੀਕੇ ਵਿੱਚ ਤੁਹਾਨੂੰ ਤਾਂ ਜ਼ਿਆਦਾ ਪਤਾ ਲੋਕ ਮਰ ਰਹੇ ਬਿਲਕੁਲ ਮਰ ਰਹੇ ਨੇ ਠੀਕ ਹੈ ਲੋਕ ਮਰ ਰਹੇ ਨੇ ਮੈਂ ਹੁਣੀ ਆਫਰੀਕਾ ਚ ਸੀਗਾ ਪਰ ਵੀ ਗੋਦੀ ਮੇਰੇ ਅਭੀ ਉੱਥੇ ਮੈਂ ਇੱਕ ਸ਼ੋਅ ਕਰ ਰਿਹਾ ਸੀਗਾ ਮੈਂ ਉੱਥੇ ਗਿਆ ਭਾਜੀ ਮੈਂ ਲੋਕ ਕਹਿੰਦੇ ਸੀਗੇ ਨਾ ਵੀ ਆਫਰੀਕਾ ਚ ਲੋਕ ਭੁੱਖੇ ਮਰ ਰਹੇ ਭਾਜੀ ਮੈਂ ਦੇਖਿਆ ਉੱਥੇ ਲੋਕਾਂ ਕੋਲ ਨਾ ਉੱਥੇ ਇੰਨਾ ਵੀ ਪੈਸਾ ਨਹੀਂ ਹੈਗਾ ਵੀ ਲੋਕ ਨਾ ਇੱਕ ਦੁਕਾਨ ਪਾਉਣ ਤੋਂ ਬਾਅਦ ਉੱਤੇ ਬੋਰਡ ਲਾ ਲੈਣ ਵੀ ਭਈ ਕਿਸ ਚੀਜ਼ ਦੀ ਦੁਕਾਨ ਲੋਕ ਪੇਂਟ ਨਾਲ ਲਿਖ ਰਹੇ ਆ ਅਟ ਲੀਸ ਜਿੰਨਾ ਆਪਣੇ ਵਾਸਤੇ ਹੈਗਾ ਪੌਨਕਤ ਤਕਰੀਬ ਬਿਲਕੁਲ ਬਿਲਕੁਲ ਵੀ ਅੱਗੇ ਕੀ ਗੋਲਸ ਨੇ ਬਈ ਤੁਹਾਡੇ ਹੁਣ ਇਸ ਚੀਜ਼ ਨੂੰ ਲੈ ਕੇ ਪ੍ਰੋਫੈਸ਼ਨ ਨੂੰ ਲੈ ਕੇ ਪਹਿਲੀ ਗੱਲ ਮਾ ਦੀ ਸੀਰੀਜ਼ ਲੈ ਕੇ ਆਉਣੀ ਆ ਹਮ ਅੱਠ ਐਪੀਸੋਡ ਨੇ ਉਹ ਅੱਠ ਐਪੀਸੋਡ ਚ ਭਾਜੀ ਟ੍ਰਿਕਸ ਜਿਵੇਂ ਇੱਕ ਸਿੱਧੂ ਵੀਰ ਵਾਲੇ ਮੈਂ ਤੁਹਾਨੂੰ ਆ ਦੱਸੀ ਸੀਗੀ ਚਲੋ ਮੇਬੀ ਇਹ ਟ੍ਰਿਕਾ ਵੀ ਕਿਸੇ ਹੋਰ ਨਾਲ ਕਰੀ ਥੋੜੀ ਚੇਂਜ ਕਰਕੇ ਬਿਕੋਜ਼ ਮੈਂ ਤੁਹਾਨੂੰ ਦੱਸਤੀ ਪਰ ਐਦਾਂ ਦੀਆਂ ਨੇ ਭਾਜੀ ਉਹਦੀ ਟ੍ਰਿਕਸ ਨੇ ਨਾ ਮੈਂ ਅਸੀਂ ਮੈਂ ਤੇ ਮੇਰਾ ਸੌਰੀ ਬੜਾ ਸਟੇਟ ਸਵਾਲ ਹੈ ਤੁਸੀਂ ਇੰਡੀਆ ਸ਼ਿਫਟ ਹੋਵੋਗੇ ਕਦੀ ਕਿ ਨਹੀਂ ਪਰੀ ਹਾਂ ਮੈਂ ਇੱਕ ਵਾਰੀ ਉੱਥੇ ਆਪਦਾ ਪੂਰਾ ਇੱਕ ਵਾਰੀ ਉਹ ਕਰਕੇ ਨਾ ਮੈਨੂੰ ਲੋਕ ਬਹੁਤ ਕਹਿੰਦੇ ਸੀ ਵੀ ਅਨਮੋਲ ਤੁਸੀਂ ਵੈਗਸ ਸ਼ਿਫਟ ਹੋਣਾ ਮੈਂ ਕਿਉਂਕਿ ਵੈਗਸ ਐਂਡ ਆਫ ਦਾ ਡੇ ਇਹਦਾ ਬਹੁਤ ਵੱਡੀ ਮਾਰਕੀਟ ਹੈ ਮੈਚਕ ਦੀ ਮੈਂ ਕਿਹਾ ਨਹੀਂ ਆਪਾਂ ਇੰਡੀਆ ਨੂੰ ਵੈਗਸ ਬਣਾ ਦਾਂਗੇ ਤੁਸੀਂ ਇੰਡੀਆ ਆਉਂਗੇ ਭਾਈ ਹਾਂਜੀ ਪਰੀ ਬਾਈ ਕਦੋਂ ਅ ਥੋੜਾ ਜਿਹਾ ਜੇ ਹੋਰ ਸੈਟਲ ਅਪ ਹੋ ਕੇ ਫੇਰ ਕੈਨੇਡਾ ਦਾ ਕੀ ਹਾਲ ਹੈ ਬਾਈ ਉੱਥੇ ਮੁੰਡਿਆਂ ਦਾ ਕੁੜੀਆਂ ਦਾ ਇੱਕ ਟਰੂ ਫੀਡਬੈਕ ਸੋਸ਼ਲ ਮੀਡੀਆ ਤੇ ਕੀ ਚੱਲ ਰਿਆ ਨਿਊਜ਼ ਤੇ ਕੀ ਚੱਲ ਰਿਹਾ ਉਹ ਕੱਢ ਦਿਓ ਦਿਮਾਗ ਚੋਂ ਇੱਕ ਟਰੂ ਫੀਡਬੈਕ ਕੀ ਕੈਨੇਡਾ ਚ ਤੁਹਾਨੂੰ 5 ਸਾਲ ਹੋ ਗਏ ਹਾਂਜੀ ਭਾਜੀ ਕੀ ਕੀ ਚੇਂਜਸ ਦੇਖ ਰਹੇ ਹੋ ਯੂਥ ਜਿਹੜੀ ਹੁਣ ਅੱਜ ਵੀ 2.5 3-3 ਲੱਖ ਬੱਚਾ ਇੱਕ ਇਨਟੇਕ ਤੇ ਜਾ ਰਿਹਾ ਹੈ ਯਾਰ ਚੋਂ ਕੀ ਹਾਲਾਤ ਨੇ ਉੱਥੇ ਤੇ ਭਾਜੀ ਬਿਨਾਂ ਸ਼ਰਮ ਕੀਤੇ ਦੱਸ ਦਿਓ ਇਟ ਡਿਪੈਂਡਸ ਮੈਂ ਕਹਿੰਦਾ ਵੀ ਡਿਪੈਂਡ ਕਰਦਾ ਵੀ ਤੁਸੀਂ ਉੱਥੇ ਪਹਿਲੀ ਗੱਲ ਤਾਂ ਜਾਣੇ ਕਿਹਦੇ ਕੋਲੋਂ ਮੈਂ ਤੁਹਾਨੂੰ ਆਪਦੀ ਖੁਦ ਹੀ ਸਟੋਰੀ ਸੁਣਾਉਣਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਅਸੀਂ ਉੱਥੇ ਚਿਕਨ ਜਾਂ ਸਾਨੂੰ ਬੀਫ ਵੀ ਇੱਕ ਵਾਰ ਇੱਕ ਮੋਮੈਂਟ ਥੋੜਾ ਜਿਹਾ ਬਣਾਉਣਾ ਪਿਆ ਕੁਝ ਮੋਮੈਂਟ ਵਾਸਤੇ ਤੇ ਸਾਡਾ ਸਰਾਹਤ ਮੇਰੇ ਤੇ ਖੂਨ ਨਾਲ ਲੱਭ ਜਾਂਦਾ ਸੀ ਭਾਜੀ ਤੇ ਮੈਂ ਘਰੇ ਆ ਕੇ ਬਹੁਤ ਵਾਰੀ ਰੋਇਆ ਵੀ ਹੈ ਕੁਝ ਕੁ ਮਹੀਨੇ ਮੈਂ ਗੁਰਦੁਆਰਾ ਸਾਹਿਬ ਨਹੀਂ ਗਿਆ ਤਿੰਨ ਚਾਰ ਮਹੀਨੇ ਕਿ ਮੈਂ ਕਿਹੜੇ ਮੂਹ ਨਾ ਜਾਵਾਂ ਤੇ ਮੇਰੇ ਇੱਥੇ ਜਦੋਂ ਹੱਥੋਂ ਤੇ ਝਗਦੇ ਸੀਗੇ ਮੇਰੇ ਮੱਥੇ ਤੇ ਖੂਨ ਲੱਗ ਜਾਂਦਾ ਸੀਗਾ ਉਸ ਤੋਂ ਬਾਅਦ ਜਿਹੜਾ ਖੂਨ ਸੀਗਾ ਭਾਜੀ ਮੇਰੇ ਇੱਥੇ ਸਾਰੇ ਮੇਰੇ ਚੈਸਟ ਵਗੈਰਾ ਤੇ ਟੀ-ਸ਼ਰਟ ਦੇ ਥਰੂ ਅੰਦਰ ਚੱਲ ਜਾਂਦਾ ਸੀ ਘਰੇ ਆ ਕੇ ਨਹਾਉਂਦੇ ਸੀ ਭਾਜੀ ਨਹਾਉਂਦੇ ਨਾਉਂਦੇ ਰੋਣਾ ਨਿਕਲ ਜਾਂਦਾ ਸੀਗਾ ਮੈਂ ਪਹਿਲੀ ਵਾਰ ਹੀ ਆਇਆ ਡਿਪੈਂਡ ਬਹੁਤ ਜ਼ਿਆਦਾ ਕਰਦਾ ਵੀ ਤੁਸੀਂ ਕਿਹਦੇ ਕੋਲ ਜਾਣਦੇ ਹੋ ਪਲੀਜ਼ ਜਿਹੜੇ ਕੋਈ ਜਾਣ ਪਛਾਣ ਵਾਲਾ ਤੁਹਾਡਾ ਹੈਗਾ ਪਲੀਜ਼ ਉਹਦੇ ਕੋਲ ਜਾਓ ਭਾਵੇਂ ਵੀਜ਼ਾ ਲੇਟ ਕਰਾ ਲਓ ਵੀਜ਼ਾ ਕਿਸੇ ਹੋਰ ਕੋਲ ਲਵਾ ਲਓ ਕਿਸੇ ਜਾਣ ਪਛਾਣ ਵਾਲੇ ਬੰਦੇ ਕੋਲ ਜਾਓ ਕੋਈ ਜਾਣ ਪਛਾਣ ਵਾਲੇ ਰੱਖਦੇ ਨੇ ਭਾਈ ਭਾਜੀ ਮੇਰੇ ਨਾਲ ਬੜੀ ਮਾੜੀ ਹੋਈ ਮੈਂ ਨਾ ਪਹਿਲੀ ਵਾਰ ਹੀ ਗਿਆ ਮੈਂ ਵੈਜੀਟੇਰੀਅਨ ਹਣਾ ਮੈਂ ਬੰਦੇ ਕੋਲ ਗਿਆ ਮੈਂ ਬੰਦੇ ਦਾ ਨਾਮ ਨਹੀਂ ਲਵਾਂਗਾ ਚਲ ਆਬਵੀਅਸਲੀ ਉਹ ਬੰਦੇ ਨੇ ਭਾਜੀ ਉਹ ਕੰਮ ਤੋਂ ਆਇਆ ਸੀਗਾ ਮੈਨੂੰ ਲੈ ਕੇ ਤੇ ਮੈਨੂੰ ਵਾਪਸ ਆਉਣ ਲੱਗੇ ਉਹ ਕਹਿੰਦਾ ਵੀ ਠੀਕ ਆ ਬਈ ਮੈਂ ਤੇਰੇ ਵਾਸਤੇ ਕੁਝ ਖਾਣ ਨੂੰ ਲੈ ਕੇ ਆਇਆ ਮੈਂ ਕਿਹਾ ਥੈਂਕ ਯੂ ਵੀਰੇ ਤੇ ਅ ਚਲੋ ਉਹ ਚਿਕਨ 버ਗਰ ਲੈ ਆਇਆ ਵੀਰਾ ਤੇ ਰਾਹ ਦੇ ਵਿੱਚ ਰੁਕੇ ਮੈਂ ਉਹਨੂੰ ਗੱਲ ਗੱਲ ਚ ਕਰਤਾ ਮੈਂ ਕਿਹਾ ਅ ਜੀ ਬਈ ਮੈਂ ਵੈਜੀਟੇਰੀਅਨ ਆ ਤੇ ਉਹ ਕਹਿੰਦਾ ਅੱਛਾ ਯਾਰ 버ਗਰ ਤਾਂ ਚਿਕਨ ਵਾਲਾ ਮੈਂ ਕਿਹਾ ਵੀਰੇ ਕੋਈ ਚੱਕਰ ਨਹੀਂ ਉਹਨਾਂ ਨੇ ਮੈਨੂੰ ਘਰੇ ਉਤਾਰਿਆ ਮੈਨੂੰ ਚਿਕਨ 버ਗਰ ਜਿਹੜਾ ਸੀਗਾ ਮੀਰੀ ਵਾਲ ਉਹ ਖਾ ਗਏ ਤੇ ਡਰਿੰਕ ਸੀਕੋ ਨਾਲ ਪੀ ਗਏ ਤੇ ਵੀਰੇ ਉਹ ਸੌ ਗਿਆ ਮੇਰੇ ਨਾਲ ਮੈਨੂੰ ਹਰੇਕ ਵਾਰੀ ਇਹ ਢਿਮਾੜੀ ਨਹੀਂ ਹੁੰਦੀ ਮੇਰੇ ਨਾਲ ਪਾਜੀ ਪਹਿਲਾ ਦਿਨ ਮੈਂ ਆਪਦੇ ਉੱਥੇ ਪਹੁੰਚਿਆ ਜਿੱਥੇ ਮੈਂ ਪਹੁੰਚਿਆ ਉਹ ਬਈ ਸੌਂ ਗਿਆ ਤੇ ਮੈਨੂੰ ਸੰਗ ਜਿਆ ਰਹੀ ਸੀ ਕਿ ਹੁਣ ਨਵੇਂ ਕਰੇ ਮੈਂ ਉਹਨੂੰ ਵੀਰੇ ਨੂੰ ਵੀ ਨਹੀਂ ਕੁਛ ਕਿਹਾ ਤੇ ਉਹਨੂੰ ਬਈ ਨੂੰ ਖੁਦ ਤਾਂ ਪਤਾ ਹੀ ਸੀਗਾ ਵੀ 버ਗਰ ਤਾਂ ਮੈਂ ਖਾ ਗਿਆ ਬਈ ਕੋਲ ਕੁਛ ਖਾਣ ਨੂੰ ਹੈ ਹੀ ਨਹੀਂ ਮੈਂ ਪਾਜੀ ਕਿਚਨ 'ਚ ਗਿਆ ਉਹਨਾਂ ਦੀ ਕਿਚਨ ਦਾ ਕਾਫੀ ਭਰਾ ਹਾਲ ਸੀਗਾ ਬਹੁਤ ਲੋਗ ਰਿਲੇਟ ਕਰ ਸਕਦੇ ਜਿਹੜੇ ਕੈਨੇਡਾ 'ਚ ਰਹਿੰਦੇ ਆ ਵੀ ਕਿਚਨ ਦਾ ਉੱਥੇ ਕਦੀ ਹੋਰੀ ਕਿੰਨੇ ਨੇ ਭਾਂਡੇ ਪਏ ਹੁੰਦੇ ਪਾਜੀ ਤੁਹਾਨੂੰ ਬਹੁਤ ਖੁਸ਼ ਅਸੀਂ ਉਹਨਾਂ ਦਾ ਉਹ ਖੋਲਿਆ ਫ੍ਰਿਜ ਜਦੋਂ ਮੈਂ ਫ੍ਰਿਜ ਖੋਲਿਆ ਪਾਜੀ ਉਹਦੇ ਵਿੱਚ ਨਾ ਇੱਕ ਦਾਲ ਪਈ ਸੀਗੀ ਤੇ ਮੈਨੂੰ ਪਤਾ ਤੇ ਇੱਕ ਪੈਸੀ ਭਿੱਜ ਦਈ ਠੀਕ ਹੈ ਉੱਥੇ ਫੋਰੈਸਟ ਨਾਮ ਦੀ ਕੰਪਨੀ ਉੱਤੇ ਦਹੀਂ ਆਉਂਦੀ ਹੈ ਫੋਰਮੋਸਟ ਨਾਮ ਦੀ ਕੰਪਨੀ ਸ਼ੈਲ ਭਾਜੀ ਮੈਂ ਉਹ ਦਹੀਂ ਨੂੰ ਚੱਕਿਆ ਤੇ ਮੈਂ ਦਾਲ ਨੂੰ ਪਾਇਆ ਵਿੱਚ ਦੋਵਾਂ ਨੂੰ ਮੈਂ ਮਿਕਸ ਕੀਤਾ ਤੇ ਭਾਜੀ ਮੈਂ ਖਾ ਗਿਆ ਮੈਨੂੰ ਮੰਮੀ ਦਾ ਫੋਨ ਆਇਆ ਤੇ ਮੈਂ ਉਦੋਂ ਇਮੋਸ਼ਨਲ ਸੀਗਾ ਕਾਫੀ ਮੰਮੀ ਕਹਿੰਦੀ ਪੁੱਤ ਕੀ ਖਾਦਾ ਮੈਂ ਕਿਹਾ ਮਾਤਾ ਜੀ ਮੈਂ ਵਧੀਆ ਸ਼ਾਇਪ ਪਨੀਰ ਬਣਾਇਆ ਸੀ ਇਹਨਾਂ ਨੇ ਨਾਨ ਬਣਾਇਆ ਸੀ ਬਹੁਤ ਵਧੀਆ ਸਾਰਾ ਕੁਝ ਰੱਜ ਕੇ ਕਿਉਂਕਿ ਮਾਂ ਨੂੰ ਮੈਂ ਦੱਸ ਦਿੰਦਾ ਘਰ ਵੀ ਕੁਛ ਨਹੀਂ ਸਰਦੀ ਸੀ ਇੱਥੇ ਬੇਟੇ ਉਹਨਾਂ ਨੇ ਬਹੁਤ ਔਖਾ ਹੋਣਾ ਸੀਗਾ ਤਾਂ ਇਹ ਚੀਜ਼ ਦਾ ਭਾਜੀ ਜਿਹੜੇ ਲੋ ਬਹੁਤ ਲੋਕਾਂ ਨੂੰ ਜਾਣਾ ਚਾਹੀਦਾ ਕਿ ਨਹੀਂ ਫਿਲਹਾਲ ਦੀ ਜੋ ਸਿਚੁਏਸ਼ਨ ਆ ਉੱਥੇ ਇਹਦੇ ਵਿੱਚ ਵੀ ਇੱਕ ਚੀਜ਼ ਹੈਗੀ ਵੀ ਜੇ ਤੁਸੀਂ ਆਪਦੇ ਸਕਿੱਲ ਮੇਰੇ ਕੋਲ ਰੀਜ਼ਨ ਸੀਗਾ ਜਾਣ ਦਾ ਬਿਨਾਂ ਰੀਜ਼ਨ ਤੋਂ ਨਾ ਜਾਓ ਨਹੀਂ ਜਿਵੇਂ ਇੱਥੇ ਕਿਸੇ ਦਾ ਦਿਲ ਟੁੱਟ ਗਿਆ ਕਿ ਇੱਥੇ ਦਿਲ ਨਹੀਂ ਲੱਗ ਰਿਹਾ ਇੰਡੀਆ ਨਹੀਂ ਭਜੀ ਇਹ ਇੱਕ ਜਗ੍ਹਾ ਇੱਥੇ ਕਹਿੰਦਾ ਜੌਬ ਹੈ ਨਹੀਂ ਕੰਮ ਹੈ ਨਹੀਂ ਜੌਬ ਪਰ ਜੀ ਮੇਨ ਉਹਦਾ ਹੈਗਾ ਵੀ ਜੇ ਬਿਲਕੁਲ ਹੀ ਤੁਸੀਂ ਆਪਦੇ ਸਾਰੇ ਪੱਖੋਂ ਟਰਾਈ ਕੀਤਾ ਸਾਰਾ ਕੁਝ ਟਰਾਈ ਕਰਕੇ ਕਈ ਲੋਕਾਂ ਦਾ ਸਵਾਦ ਨੂੰ ਜਾ ਰਹੇ ਮੈਂ ਉਹਨਾਂ ਨੂੰ ਰੋਕ ਰਿਹਾ ਉਹਨਾਂ ਕੋਲ ਕੋਈ ਸਕਿੱਲ ਨਹੀਂ ਹੈਗਾ ਕੁਝ ਵੀ ਨਹੀਂ ਹੈਗਾ ਉਹ ਕੈਨੇਡਾ ਜਾਣ ਬਸ ਸਿੱਧਾ ਬਸ ਜਾਣਾ ਚਾਹੁੰਦੇ ਕਿੰਨਾਂ ਜਿਵੇਂ ਇੱਥੇ ਪਲੱਸ 2 ਕੀਤੀ ਮੁੰਡੇ ਨੇ ਬਿਲਕੁਲ ਅਨਜਾਨ ਹਜੇ ਕੱਚੀ ਉਮਰ ਆਪਣਾ ਕੁੜੀ ਦੀ ਪਲੱਸ 2 ਕੀ ਕਰਨ ਤੋਂ ਬਾਅਦ ਹੀ ਤੋਰ ਤੇ ਔਰ ਕੋਈ ਸਕਿੱਲ ਨਹੀਂ ਕੋਈ ਐਟਲੀਸਟ ਜੇ ਤੁਸੀਂ ਉੱਥੇ ਜਾ ਰਹੇ ਹੋ ਪਹਿਲੀ ਗੱਲ ਤਾਂ ਮੈਂ ਇਦਾਂ ਕਹਿੰਦਾ ਵੀ ਤੁਸੀਂ ਇੱਥੇ ਆਪਦਾ ਕੁਝ ਕਰਨ ਦੀ ਇੱਕ ਵਾਰੀ ਕੋਸ਼ਿਸ਼ ਕਰੋ ਵੀ ਗੁੱਡ ਹੋ ਸਕਦਾ ਅੰਟਲ ਅਨਲੈਸ ਜਿਵੇਂ ਮੇਰੇ ਕੋਲ ਇੱਕ ਰੀਜ਼ਨ ਸੀਗਾ ਉੱਥੇ ਜਾਣ ਦਾ ਸੈਕੰਡ ਆਫ ਆਲ ਜੇ ਤੁਸੀਂ ਜਾ ਰਹੇ ਹੋ ਉੱਥੇ ਕੁਝ ਸਕਿੱਲ ਇਕੱਠਾ ਕਰਕੇ ਜਾਓ ਲੋਕ ਜਿਨ੍ਹਾਂ ਕੋਲ ਬਿਲਕੁਲ ਸਕਿੱਲ ਨਹੀਂ ਹੁੰਦਾ ਭਾਜੀ ਉੱਥੇ ਮਿਨਿਮਮ ਵੇਜ ਹੁੰਦੀ 16.75 ਡਾਲਰ ਤੇ ਉੱਥੇ ਲੋਕ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਉਹਨਾਂ ਦੇ ਸਕਿੱਲ ਇਦਾਂ ਦਾ ਜਿਵੇਂ ਕਿ ਕੋਈ 버ਗਰ ਬਣਾ ਰਿਹਾ ਹੈ ਉਹ 버ਗਰ ਕੀ ਹੈ ਵੀ ਥੱਲੇ ਇੱਕ ਬਨ ਉੱਤੇ ਵਾਲਾ ਟੋਸਟ ਕੀਤਾ ਤੁਸੀਂ ਜਿਹੜੀ ਮੈਨੂ ਉੱਤੇ ਰੈਸਿਪੀ ਲਿਖੀ ਹੈ ਤੁਸੀਂ ਉਹੀ ਲਾਤੀ that means ਤੁਸੀਂ ਚੁਟਕੀ ਵਿੱਚ ਰਿਪਲੇਸ ਹੋ ਸਕਦੇ ਹੋ ਜੇ ਕੋਈ ਬੰਦਾ ਇੱਥੇ ਇਲੈਕਟ੍ਰਿਸਿਟੀ ਇਲੈਕਟ੍ਰੀਸ਼ੀਅਨ ਦਾ ਕੋਈ ਕੰਮ ਸਿੱਖੇ ਜਾਂਦਾ ਜੇ ਕੋਈ ਬੰਦਾ ਇੱਥੇ ਮੈਕੈਨਿਕ ਦਾ ਕੰਮ ਸਿੱਖੇ ਜਾਂਦਾ ਕੁਛ ਵੀ ਨਹੀਂ ਤਾਂ हेयर कट ਦਾ ਕੰਮ ਸਕੇ ਜਾਂਦਾ ਭਾਜੀ ਇਹ ਸਾਰੇ ਬਿਜ਼ਨਸ ਇੰਨੇ ਜ਼ਿਆਦਾ ਨਹੀਂ ਵੀ ਤੁਸੀਂ ਉੱਥੇ ਜਾਓਗੇ ਕਿਤੇ ਤੁਹਾਨੂੰ 16 ਡਾਲਰ 75 ਸੈਂਟ ਇੰਨੇ ਟਾਈਮ ਦੇ ਮਿਲ ਰਿਹਾ ਕਿਤੇ ਤੁਸੀਂ ਦੋ ਜਣਿਆਂ ਦੇ हेयर कट ਕਰੋ 1 ਘੰਟੇ ਦੇ ਵਿੱਚ 8 ਡਾਲਰ ਤੁਹਾਡੇ ਕੋਲ ਤੇ ਉਹ ਐਡਾ ਵਧੀਆ ਇੱਕ ਉਹ ਕੰਮ ਆ ਤੁਸੀਂ ਜਿਹੜੀ ਮੇਰੀ ਬਿਗਨਿੰਗ ਤੇ ਗਲਤੀ ਹੋਈ ਕਿਉਂਕਿ ਮੈਂ ਉੱਥੇ ਪਹੁੰਚਿਆ ਮੈਂ ਸ਼ੋਅ ਸੈਟਅਪ ਕਰਨੇ ਸੀ ਆਪਦੇ ਮੈਂ ਪਹੁੰਚਿਆ ਕੋਵਿਡ ਸਟਾਰਟ ਹੋ ਗਿਆ ਹੂੰ ਹੂੰ ਮਤਲਬ ਸਕਿੱਲ ਦੇ ਨਾਲ ਜਾਓ ਜੋ ਵੀ ਸਕਿੱਲ ਦੇ ਨਾਲ ਐਡਾ ਨਾ ਜਾਓ ਐਡਾ ਨਾ ਜਾਓ ਬਹੁਤ ਸੋਚ ਸਮਝ ਕੇ ਜਾਓ ਮਤਲਬ ਟਰਾਈ ਟੂ ਹੈਵ ਅ ਪਲਾਨ ਬਿਨਾ ਪਲਾਨ ਤੋਂ ਨਾ ਉੱਥੇ ਅੱਜ ਕੀ ਹਾਲਾਤ ਨੇ ਬਈ ਉੱਥੇ ਸਟੂਡੈਂਟਸ ਦੇ ਆ ਜਿਹੜੇ ਬਿਨਾ ਸਕਿੱਲ ਤੋਂ ਜਾ ਰਹੇ ਨੇ ਸੋ ਬਹੁਤ ਜਿਹੜੇ ਜਿਵੇਂ ਮੈਂ ਸਰੀ ਵਿੱਚ ਰਹਿਣਾ ਪਰ ਹਾਂ ਉੱਥੇ ਬਹੁਤ ਜ਼ਿਆਦਾ ਇੱਕ ਉਹ ਵਧਿਆ ਕ੍ਰਾਈਮ ਜਿਹੜਾ ਮੈਂ ਦੇਖ ਰਿਹਾ ਤੇ ਉਹ ਵਗੈਰਾ ਬਹੁਤ ਵਧਿਆ ਅਸੀਂ ਜਾ ਰਹੇ ਸੀਗੇ ਬਿਨਾ ਗੱਲ ਤੋਂ ਸਾਡੇ ਦੇ ਉੱਤੇ ਕੁਝ ਬੰਦੇ ਸੀਗੇ ਜਿਨ੍ਹਾਂ ਨੇ ਕਾਰ ਰੋਕੀ ਤੇ ਉਹ ਬੜੀ ਪੁਰਾਣੀ ਜੀ ਕਾਰ ਸੀਗੀ ਉਹਦੇ ਵਿੱਚ ਚਾਰ ਲੋਕ ਬੈਠੇ ਸੀਗੇ ਬਹੁਤ ਹੀ ਯੰਗ ਮਤਲਬ ਵੀ ਮੈਨੂੰ ਇਦਾਂ ਲੱਗਦਾ ਵੀ ਸ਼ਾਇਦ ਉਹ 18 ਸਾਲ ਦੇ ਵੀ ਪੂਰੇ ਨਹੀਂ ਸੀਗੇ ਭਾਜੀ ਇੰਡੀਅਨ ਸੀਗੇ ethnicities ਤੋਂ ਪਰ ਬੌਰਨ ਉੱਥੋਂ ਦੇ ਸੀਗੇ ਰੇਸਡ ਉੱਥੇ ਦੇ ਸੀਗੇ ਤੇ ਇਹ ਬਹੁਤ ਹੀ ਘੱਟ ਸੀਗੀ ਭਾਜੀ ਉਹਨਾਂ ਨੇ ਕੀ ਕੀਤਾ ਵੀ ਦਟ ਸਾਡੇ ਸਾਹਮਣੇ ਉਹਨਾਂ ਨੇ ਗੱਡੀ ਰੋਕੀ ਤੇ ਉਹ ਨਾਲ ਦੇ ਮੁੰਡੇ ਨੂੰ ਕਿਸੇ ਨੂੰ ਇੱਕ ਨੂੰ ਗਾਲਾਂ ਕੱਢਣ ਲੱਗੇ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਵੀਰੇ ਤੂੰ ਇਹਨੂੰ ਜਾਣਦਾ ਕਹਿੰਦਾ ਮੈਂ ਨਹੀਂ ਜਾਣਦਾ ਤੇ ਮੈਂ ਉਹਨਾਂ ਨੂੰ ਬਹੁਤ ਹੀ ਪਿਆਰ ਨਾਲ ਇਦਾਂ ਕਰ ਰਿਹਾ ਸੀ ਵੀਰੇ ਸੋ ਕਿ ਵੀ ਆਰ ਕੂਲ ਵੀ ਆਰ ਕੂਲ ਯੂ ਕੈਨ ਗੋ ਠੀਕ ਹੈ ਇੰਗਲਿਸ਼ ਚ ਗੱਲ ਕਰ ਰਹੇ ਸੀਗੇ ਤੇ ਉਹ ਮੁੰਡਾ ਜਿਹੜਾ ਸਾਡੇ ਵਾਲਾ ਸੀਗਾ ਜੀ ਉਹਨਾਂ ਦੇ ਉੱਥੋਂ ਪਤਾ ਕਈ ਹੁਣ ਥੋੜੇ ਏਦਾਂ ਤੱਤੇ ਹੁੰਦੇ ਭਾਜੀ ਤੇ ਉਹਨਾਂ ਕੋਲ ਏਦਾਂ ਗਿਆ ਵੀ ਤੂੰ ਗਾਲਾਂ ਕਿਉਂ ਕੱਢ ਰਿਹਾ ਵੀ ਤੈਨੂੰ ਅਸੀਂ ਕਿਤੇ ਕੁਝ ਕਿਹਾ ਤਾਂ ਹੈ ਨੀਗਾ ਤੇ ਉਹ ਦੇ ਭਾਜੀ ਜਦੋਂ ਨੇੜੇ ਗਿਆ ਉਹ ਆਉਂਦੇ ਲੜਨ ਦੇ ਮੂਡ ਚਾ ਭਾਜੀ ਨਸ਼ਾ ਵਗੈਰਾ ਉਹਨ ਤੇ ਮੈਂ ਮੈਂ ਜਦੋਂ ਨੇੜੇ ਜਾ ਕੇ ਮੁੰਡੇ ਨੂੰ ਪਰੇ ਕਰ ਲੱਗਿਆ ਵੀ ਕਿਤੇ ਕੁਝ ਮਾਰ ਨਾ ਦੇਣ ਪਰ ਜੀ ਉਹ ਮੇਰੇ ਹੱਥ ਦੇ ਉੱਤੇ ਇਥੇ ਬਾਹਰ ਤੇ ਪੈਪਰ ਸਪਰੇ ਪੈ ਗਈ ਤੁਸੀਂ ਇਹ ਸਮਝੋ ਵੀ ਜਿਹੜੀ ਇਥੋਂ ਦੀ ਬਹੁਤ ਹੀ ਕਿਲੋ ਜੌਲ ਵਿੱਚ ਮਿਰਚ ਜਿਹੜੀ ਹੁੰਦੀ ਹੈ ਭਾਜੀ ਉਹ ਮੈਜਰ ਹੁੰਦੀ ਹੈ ਆ ਬਹੁਤ ਇਥੋਂ ਦੀ ਜ਼ਿਆਦਾ ਜਿਹੜੀ ਮਿਰਚ ਤਿੱਖੀ ਹੁੰਦੀ ਹੈ ਉਹਦੇ ਤੇ 2500 ਕਿਲੋ ਜੌਲ ਹੁੰਦਾ ਤੇ ਜੇ ਆਪਾਂ ਦੇਖ ਲਈਏ ਇੱਕ ਪੈਪਰ ਸਪਰੇ ਚ ਆਈ ਕੁੱਡ ਬੀ ਰੌਂਗ ਪਰ ਕਈ ਲੱਖ ਕਿਲੋ ਜੌਲ ਹੁੰਦਾ ਭਾਜੀ ਇੱਕ ਪੈਪਰ ਸਪਰੇ ਦੇ ਵਿੱਚ ਤੇ ਉਹ ਬੰਦੇ ਨੇ ਉਹਦੀ ਅੱਖਾਂ ਦੇ ਬੇਅਰ ਆਈਸ ਦੇ ਉੱਤੇ ਇਥੇ ਸਪਰੇ ਕੀਤੀ ਭਾਜੀ 4 ਘੰਟੇ ਮਾ ਮ ਲਿਟਰਲ ਐਦਾਂ ਦੇ ਵੀ ਹਾਲਾਤ ਉੱਥੇ ਕਾਫੀ ਥਮਦੇ ਚੱਲ ਰਹੇ ਆ ਸੰਗਤ ਤੇ ਬਹੁਤ ਡਿਪੈਂਡ ਕਰਦਾ ਪਾਜੀ ਹੁਣ ਕਈ ਲੋਕ ਮੈਂ ਐਦਾਂ ਵੀ ਦੇਖਿਆ ਜਿਹੜੇ ਉੱਥੇ ਦਿਨ ਦੁਗਣੀ ਰਾਤ ਚੌਕਣੀ ਉੱਥੇ ਤਰੱਕੀ ਵੀ ਕਰ ਰਹੇ ਆ ਬਟ ਹਾਂ ਇਹ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਵੀ ਵੀਰੇ ਜੇ ਤੁਸੀਂ ਜਾਣਾ ਪ੍ਰੋਪਰਲੀ ਬਿਲਕੁਲ ਜਾਓ ਜੀ ਸਦਕੇ ਜਾਓ ਬਟ ਹੈਵ ਅ ਪਲਾਨ ਕਿਸੇ ਇੱਕ ਵਧੀਆ ਇੱਕ ਜਾਣ ਪਛਾਣ ਵਾਲੇ ਕੋਲ ਕੱਢਣ ਦੀ ਕੋਸ਼ਿਸ਼ ਕਰੋ ਜਿੱਥੇ ਉੱਥੇ ਦੇ ਜਾਣ ਪਛਾਣ ਵਾਲੇ ਕਿਵੇਂ ਦੇਣੇ ਬਾਈ ਆ ਜਨਪਸ਼ਾਨ ਵਾਲੇ ਭਾਜੀ ਜਿੱਦਾਂ ਉੱਥੇ ਦੇ ਜਿਹੜੇ ਹੁਣ ਸੈਟਲਡ ਹੋ ਚੁੱਕੇ ਨੇ ਪੀਆਰ ਹੋ ਚੁੱਕੀ ਆ ਉਹ ਕਿਵੇਂ ਦੇਖਦੇ ਨੇ ਸਟੂਡੈਂਟਸ ਨੂੰ ਜਿਹੜੇ ਨਵੇਂ ਆਂਦੇ ਨੇ ਹਾਲਾਂਕਿ ਉਹ ਵੀ ਕਿਸੇ ਟਾਈਮ ਸਟੂਡੈਂਟ ਸੀਗੇ ਪਰ ਮੈਂ ਬੜੀਆਂ ਵੀਡੀਓਜ਼ ਦੇਖੇ ਕਿ ਬੇਸਮੈਂਟ ਦਾ ਕਿਰਾਇਆ ਓਵਰ ਲੈ ਰਹੇ ਨੇ ਹਾਂਜੀ ਮਤਲਬ ਪੰਜਾਬੀਆਂ ਨੂੰ ਆਪਣੇ ਵਾਲਿਆਂ ਨੂੰ ਗਲਤ ਬੋਲ ਰਹੇ ਨੇ ਹਾਂਜੀ ਉੱਥੇ ਦੇ ਇੰਡੀਅਨਸ ਜਿਹੜੇ ਇੱਥੋਂ ਕਿਸੇ ਟਾਈਮ ਸਟੂਡੈਂਟ ਬਣ ਕੇ ਗਏ ਸੀ ਭਾਜੀ ਮੈਨੂੰ ਇਹਦਾ ਲੱਗਦਾ ਕਿ ਇਹ ਵੀ ਰਿਹਾ ਨਾ ਕੁਝ ਗੱਲਾਂ ਨੂੰ ਆਪਾਂ ਕੈਟੇਗਰੀਜ਼ ਨਹੀਂ ਕਰ ਸਕਦੇ ਜਨਰਲਾਈਜ਼ ਨਹੀਂ ਕਰ ਸਕਦੇ ਵੀ ਬਾਰਲੇ ਜਿਹੜੇ ਬੰਦੇ ਹੈਗੇ ਪੁਰਾਣੇ ਉਹ ਤਾਂ ਇਦਾਂ ਹੀ ਕਰਦੇ ਆ ਬਹੁਤ ਵਧੀਆ ਬੰਦੇ ਕੁਛ ਇਦਾਂ ਦੇ ਵੀ ਨਹੀਂ ਜਿਹੜੇ ਕਿ ਇੰਨੀ ਜ਼ਿਆਦਾ ਹੈਲਪ ਕਰਦੇ ਤੁਸੀਂ ਪੁੱਛੀ ਨਹੀਂ ਸਕਦੇ ਤੇ ਬਹੁਤ ਬੰਦੇ ਇਦਾਂ ਦੇ ਵੀ ਨਹੀਂ ਜਿਨ੍ਹਾਂ ਨੂੰ ਮੈਨੂੰ ਇੰਨੀ ਹੈਰਾਨੀ ਹੁੰਦੀ ਵੀ ਇਦਾਂ ਕਿਉਂ ਟ੍ਰੀਟ ਕਰ ਰਿਹਾ ਕਿਸੇ ਨੂੰ ਮਤਲਬ ਮਿਕਸਚਰ ਆਫ एवरीथिंग ਹਰ ਤਰ੍ਹਾਂ ਦੀ ਦੁਨੀਆ ਚੰਗੇ ਤੋਂ ਚੰਗੇ ਵੀ ਦੇਖਿਆ ਕਈ ਇਦਾਂ ਦੇ ਲੋਕ ਨੇ ਜਿਹੜੇ ਆਪਦੇ ਸਟੂਡੈਂਟ ਨੂੰ ਕਹਿੰਦੇ ਅੱਛਾ ਵੀ ਤੈਨੂੰ ਫੀਸ ਫੁੱਲ ਚੈਲਦੀ ਲੋੜ ਆ ਆਲਾ ਤੂੰ ਇੰਨੀ ਤਨਖਾਹ ਪਹਿਲਾਂ ਤੋਂ ਲੈ ਲੈ ਤੇ ਵੀਰੇ ਕੋਈ ਚੱਕਨੇ ਇਸਤਰੀ ਹੈਲਪ ਕਰਦੇ ਆ ਮੈਂ ਇਦਾਂ ਦੇ ਬੰਦੇ ਵੀ ਵੇਖੇ ਆ ਉੱਥੇ ਮੈਂ ਗੱਲ ਤੇ ਮੁੰਡੇ ਦੀ ਅਗਲੇ ਦਿਨ ਫੀਸ ਸੀਗੀ ਤੇ ਉਹਨੇ ਏਦਾਂ ਹਿਸਾਬ ਲਾਇਆ ਵੈ ਸੀ ਠੀਕ ਆ ਮੇਰਾ ਰੈਂਟ ਹੋ ਗਿਆ ਮੈਂ ਰੈਂਟ ਫੜਾਤਾ ਆ ਮੇਰਾ ਸਾਰਾ ਕੁਝ ਹੋ ਗਿਆ ਫੀਸ ਦੇ ਵਾਸਤੇ ਮੈਨੂੰ ਚਾਹੀਦਾ 700 ਡਾਲਰ ਆ ਮੇਰਾ 1000 ਡਾਲਰ ਦਾ ਚੈੱਕ ਹੋਣਾ ਸਿਕਿਉਰਿਟੀ ਦਾ ਤੇ ਮੈਂ ਭਰ ਦੇਣਾ ਭਾਜੀ ਉਸ ਦਿਨ ਬੰਦੇ ਨੇ ਬੰਦਾ ਮੁੱਕਰ ਗਿਆ ਉਹਨੇ ਚੈੱਕ ਦੇਣ ਤੋਂ ਕੈਸ਼ ਤੇ ਕਮ ਸੀਗਾ दैट ਕੈਸ਼ ਦਾ ਨਾ ਕੋਈ ਰਿਕਾਰਡ ਨਹੀਂ ਹੁੰਦਾ ਸੋ ਕੈਸ਼ ਤੇ ਕਮ ਸੀਗਾ ਉਹ ਬੰਦਾ ਮੁੱਕਰ ਗਿਆ ਵੀ ਠੀਕ ਹੈ ਭਾਈ ਮੈਂ ਤਾਂ ਤੈਨੂੰ ਪੈਸੇ ਦੇ ਨਹੀਂ ਰਿਹਾ ਭਾਜੀ ਉਹ ਡੋਮੀਨੋਸ ਇਕੱਠਾ ਉਹ ਰੋ ਰਿਹਾ ਬਰੀ ਤਰ੍ਹਾਂ ਉਹ ਕਹਿੰਦਾ ਵੀਰੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿੱਦਾਂ ਭਰੂੰਗਾ ਫਿਰ ਅਸੀਂ ਚਲੋ ਜਿਹੜੇ ਡੋਮੀਨਸ ਚ ਸੀਗੇ ਅਸੀਂ ਸਾਰਿਆਂ ਨੇ ਉਹਦੀ ਹੈਲਪ ਕੀਤੀ ਉਹਨੇ ਫੀਸ ਵੀ ਕਰੀ ਭਰਤੀ ਪਰ ਗੱਲ ਇਦਾਂ ਵੀ ਉਹ ਬੰਦੇ ਨਾਲ ਵੀ ਉਹ ਫੋਨ ਤੇ ਫੋਨ ਗੱਲ ਕਰਕੇ ਰੋ ਰਿਆ ਸੀਗਾ ਵੀ ਵੀਰੇ ਮੈਨੂੰ ਪਲੀਜ਼ ਹਨਾ ਵੀ ਮੈਨੂੰ ਪਤਾ ਨਹੀਂ ਮੈਂ ਕਿਵੇਂ ਫੀਸ ਭਰੂੰਗਾ ਸਾਰਾ ਕੁਝ ਬੰਦਿਆਂ ਦਾ ਦਿਲ ਭਾਜੀ ਇੱਡਾ ਕਠੋਰ ਕਿੱਦਾਂ ਹੋ ਸਕਦਾ ਇਹ ਮੈਨੂੰ ਲੱਗਦਾ ਹੈ ਕਿ ਰੱਬ ਨੂੰ ਇਹਨਾਂ ਦੀ ਡਿਊਟੀ ਲੱਗਦੀ ਹੈ ਭਾਈ ਕਹਿੰਦੇ ਜਮਾੜੇ ਨਾ ਆਉਣ ਤਾਂ ਚੰਗਿਆਂ ਦੀ ਕਦਰ ਨਾ ਹੋਵੇ ਕਦਰ ਨਾ ਹੋਵੇ ਤਾਂ ਚੰਗਿਆਂ ਦਾ ਤਾਂ ਅਹਿਸਾਸ ਉਹਦਾ ਹੀ ਹੁੰਦਾ ਨਾ ਜਦੋਂ ਮਾੜੇ ਟੱਕਰਦੇ ਨੇ ਚੰਗਾ ਚੱਲੇ ਜਾਂਦਾ ਹੈ ਹਾਂਜੀ ਬਈ ਤੇ ਫਿਰ ਆਉਂਦਾ ਚਲੋ ਇਹ ਛੱਡੋ ਗੱਲਾਂ ਮੈਨੂੰ ਇਹ ਦੱਸੋ ਕਿ ਮੈਂ ਤਿੰਨ ਚਾਰ ਜਣਾਂ ਨੇ ਪੁੱਛਿਆ ਤੁਹਾਡਾ ਨਾ ਪੋਡਕਾਸਟ ਹੈ ਹਾਂਜੀ ਬਈ ਤਿੰਨੋਂ ਚਾਰੋਂ ਤੁਹਾਨੂੰ ਜਾਣਦੇ ਸੀ ਮੈਂ ਕਿਹਾ ਤੁਸੀਂ ਅਨਮੋਲ ਡਾਟ ਮੈਜਿਕ ਨੂੰ ਜਾਣਦੇ ਹੋ ਉਹ ਹਾਂ ਅਸੀਂ ਵੀਡੀਓਜ਼ ਦੇਖਦੇ ਹਾਂ ਪਰ ਫਿਰ ਵੀ ਕਿਤਨਾ ਕਿਤੇ ਅੰਧਵਿਸ਼ਵਾਸ ਜਿਹੜਾ ਕਹਿ ਲਓ ਕਿ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਇੰਡੀਆ ਲੈਵਲ ਤੇ ਬਹੁਤ ਜ਼ਿਆਦਾ ਕਿ ਜਿਹੜੀਆਂ ਨੇ ਤੁਸੀਂ ਮੇਰੇ ਨਾਲ ਚੀਜ਼ਾਂ ਕੀਤੀਆਂ ਅਗਰ ਇਹ ਤੁਸੀਂ ਇੱਕ ਫੇਕ ਬਾਬੇ ਦਾ ਭੇਸ ਤਾਰਿਆ ਹੁੰਦਾ ਬਾਬੇ ਦੀ ਅਸਲ ਡੈਫੀਨੀਸ਼ਨ ਕੀ ਹੈ ਬਈ ਤੇ ਬਣਾ ਕੇ ਦਿੱਤੀਗੀ ਬਾਬੇ ਦੀ ਬਾਬਾ ਸ਼ਬਦ ਤਾਂ ਬਹੁਤ ਵੱਡਾ ਹੈ ਹਾਂਜੀ ਵਰਜ ਹੋਊ ਕੀ ਰੇ ਸੋਸ਼ਲ ਮੀਡੀਆ ਤੇ ਹਰ ਬੱਚਾ ਉੱਠਦਾ ਹੈ ਧਿਆਨ ਲਾਣ ਬੈਠਦਾ ਹੈ ਥੋੜੇ ਜਿਹਾ ਵਾਲ ਜੇ ਵੱਡੇ ਕਰ ਲੈਂਦਾ ਤੇ ਲੋਕੀ ਉਹਦੇ ਪੈਰੀ ਹੱਥ ਲਾਣਾ ਸ਼ੁਰੂ ਕਰ ਦਿੰਦੇ ਨੇ ਸੋ ਇਹਦਾ ਭਾਜੀ ਇੱਕ ਆਨਸਰ ਮੇਰੇ ਕੋਲ ਨਾ ਇੱਕ ਮੈਨੂੰ ਬੜੀ ਇੱਕ ਚੀਜ਼ ਯਾਦ ਆ ਰਹੀ ਹੈ ਮੈਂ ਗੁਰਦੁਆਰਾ ਸਾਹਿਬ ਗਿਆਈ ਤੇ ਨਾ ਉੱਥੇ ਸੀ ਪੂਰਾ ਰਹਿਰਾ ਸਾਹਿਬ ਸਾਰੀ ਸੁਣੀ ਸੁਖਾਸਣ ਤੋਂ ਬਾਅਦ ਜਦੋਂ ਮੈਂ ਜਾਣ ਲੱਗਿਆ ਤੇ ਮੈਂ ਬਾਬਾ ਜੀ ਜਿਹੜੇ ਉੱਥੇ ਜਿਹੜੇ ਪਹਿਲਾਂ ਪਾਠ ਕਰ ਰਹੇ ਸੀਗੇ ਮੈਂ ਉਹਨਾਂ ਦੇ ਪੈਰੀ ਹੱਥ ਲਾਏ ਉਹਨਾਂ ਨੇ ਮੈਨੂੰ ਹੁਣ ਉਹਨਾਂ ਨੂੰ ਵੀ ਆਪਾ ਬਾਬਾ ਕਹਿ ਦਿੰਦੇ ਨੇ ਉਹਨਾਂ ਨੇ ਮੈਨੂੰ ਇੱਕ ਗੱਲ ਉਹਨਾਂ ਦੇ ਉਹ ਉਹਨਾਂ ਦੇ ਅੱਗੇ ਮੱਥਾ ਟੇਕੋ ਮੇਰੇਗੇ ਨਹੀਂ ਟੇਕਣਾ ਠੀਕ ਹੈ ਇੱਕੋਗੇ ਜੀ ਆ ਬਾਬਾ ਜੀ ਜਿਹੜੇ ਤੁਹਾਨੂੰ ਸਿਖਾਉਂਦੇ ਵੀ ਲਾਈਫ ਪ੍ਰੋਪਰਲੀ ਕਿੱਦਾਂ ਜਿਹੜੀਆਂ ਦੂਜੇ ਬਾਬਾ ਜੀ ਜਿਹੜੇ ਹੈਗੇ ਜੀ ਇੱਕ ਡਰ ਵੇਚ ਰਹੇ ਆ ਜਿਹੜੇ ਤੁਹਾਨੂੰ ਬਸ ਇਦਾਂ ਕਰ ਰਹੇ ਆ ਵੀ ਓਕੇ ਅੱਛਾ ਹੁਣ ਜੇ ਮੰਨ ਕੇ ਚੱਲੋ ਮੈਨੂੰ ਇਨੇ ਆਫਰਸ ਆ ਰਹੇ ਆ ਵੀ ਇੱਕ ਬੰਦੇ ਨੇ ਮੈਨੂੰ ਜੈਨੂਨਲੀ ਕਿਹਾ ਮੈਂ ਤੁਹਾਨੂੰ 50 ਲੱਖ ਰੁਪਏ ਦੇਣਾ ਮੇਰਾ ਮੁੰਡਾ ਪਿਛਲੇ 5 ਸਾਲਾਂ ਤੋਂ ਇੰਡੀਆ ਨਹੀਂ ਆਇਆ ਸਮ ਹਾਉ ਉਹਨੂੰ ਇਪਨੋਟਾਈਜ਼ ਵਗੈਰਾ ਕਰਕੇ ਮੇਰੇ ਕੋਲ ਇੰਡੀਆ ਭੇਜ ਦੇ ਮੈਂ ਭਾਜੀ ਇਹ ਨਹੀਂ ਕਰ ਸਕਦਾ ਹੁਣ ਤੁਸੀਂ ਉਹਦੇ ਉੱਤੇ ਕੁਛ ਨਾ ਕੁਛ ਲਿਖਿਆ ਸੀਗਾ ਠੀਕ ਹੈ ਜੇ ਮੰਨ ਕੇ ਚੱਲੋ ਵੀ ਮੈਂ ਤੁਹਾਨੂੰ ਕਹਿ ਦਿੰਦਾ ਵੀ ਉਹ ਕੇ ਥਿੰਕ ਆਫ ਅ ਪਰਸਨ ਤੁਹਾਡੇ ਦਿਮਾਗ 'ਚ ਤਿੰਨ ਨਾਮ ਆ ਰਹੇ ਆ ਤੁਸੀਂ ਮੈਨੂੰ ਕਨਫਿਊਜ਼ ਕਰਨਾ ਚਾਹੁੰਦੇ ਭਾਜੀ ਤੁਸੀਂ ਕਰ ਸਕਦੇ ਸੀਗੇ ਬਿਲਕੁਲ ਸਹੀ ਗੱਲ ਹੈ ਇਹ ਕਰ ਸਕਦੇ ਸੀਗੇ ਲੋਕ ਠੀਕ ਹੈ ਸੋ ਮੈਂ ਹੋ ਵੀ ਰਿਹਾ ਸੀ ਜਦੋਂ ਮੈਂ ਨਾਮ ਲਿਖਿਆ ਸੀਗਾ ਮੈਂ ਕਨਫਿਊਜ਼ ਹੋ ਰਿਹਾ ਸੀ ਹਾਂ ਬਿਲਕੁਲ ਤਾਂ ਉਹ ਜਿਹੜੇ ਕੁਝ ਬਾਬੇ ਇਦਾਂ ਦੇ ਨਹੀਂ ਜਿਹੜੇ ਕਿ ਨਾ ਡਰ ਦਾ ਫਾਇਦਾ ਚੱਕ ਰਹੇ ਆ ਉਹ ਝੂਠੇ ਆ ਭਾਜੀ ਉਹ ਤੁਹਾਨੂੰ ਜਦੋਂ ਕਹਿ ਰਹੇ ਆ ਨਾ ਜੇ ਮੰਨ ਕੇ ਚੱਲੋ ਮੈਂ ਉਹਨਾਂ ਨੂੰ ਕਹਿ ਦਾਂ ਵੀ ਹਾਂਜੀ ਹਾਂਜੀ ਤੁਹਾਡਾ ਫਿਰ ਮੈਂ ਬਾਬਾ ਬਣ ਚੁੱਕਾ ਹਾਂ ਮੇਰੇ ਤੇ ਬਾਬੇ ਵਿੱਚ ਨਾ ਇੱਕ ਬੜੀ ਥਿਨ ਲਾਈਨ ਹੈ ਉਹ ਉਹ ਕੀ ਚੀਜ਼ ਹੈ ਬਈ ਉਹ ਵੀ ਇੱਕ ਸਟੱਡੀ ਹੈ ਜਿਹਦੇ ਵਿੱਚ ਬੰਦਾ ਦੱਸਣ ਦਾ ਬੈਠਾ ਕਿ ਮੇਰੇ ਘਰ ਦੇ ਕੀ ਹਾਲਾਤ ਨੇ ਮੇਰੀ ਪਾਸਟ ਲਾਈਫ ਬਾਰੇ ਉਹ ਵੀ ਇੱਕ ਥਿਉਰੀ ਹੈ ਉਹ ਕੀ ਹੈ ਜਿਹੜੇ ਆਪਣੇ ਬਾਬੇ ਕਰ ਰਹੇ ਆ ਉਹ ਤਾਂ ਹੈਗਾ ਜੀ ਓਨੈਸਟਲੀ ਬਕਵਾਸ ਓਕੇ ਵਰਡ ਮਾਈ ਯੂਜ਼ ਕਰ ਉਹ ਸੱਚੇ ਵਿੱਚ ਹੁੰਦਾ ਹੈ ਉਹ ਭਾਜੀ ਸੱਚ ਮੇਰੀ ਮੈਂ ਜ਼ਿਆਦਾ ਡਿਟੇਲ ਚ ਜਾਊਂਗਾ ਲੋਕਾਂ ਨੂੰ ਪਤਾ ਲੱਗ ਜਾਊਗਾ ਮੈਂ ਕਿਹੜੇ ਬਾਬੇ ਬਾਰੇ ਗੱਲ ਕਰ ਰਿਹਾ ਹਾਂ ਆਪਾਂ ਆਪਾਂ ਗੱਲ ਥੋੜੀ ਡਿਟੇਲ ਇਹਦੇ ਜੋ ਮੈਂ ਦੱਸਦਾ ਇੱਕ ਇੱਕ ਮਾਬਾਬਾ ਜੀ ਦੇਖੇ ਸੀਗੇ ਤੇ ਨਾ ਲੋਕ ਉਹਨਾਂ ਕੋਲ ਆ ਰਹੇ ਸੀਗੇ ਕਿ ਮੇਰੀ ਯਾਰ ਟੈਸਟ ਰਿਪੋਰਟ ਹੈ ਤੇ ਕੈਂਸਰ ਪੋਜ਼ਿਟਿਵ ਆ ਗਿਆ ਤੇ ਉਹ ਸਾਈਨ ਕਰਦੇ ਸੀਗੇ ਕਿ ਜਾ ਮਤਲਬ ਸਾਈਨ ਨਹੀਂ ਹੱਥ ਨਾਲ ਹੀ ਕਿ ਜਾਓ ਅ ਰਿਪੋਰਟ ਨੈਗੇਟਿਵ ਆਜੂਗੀ ਹੁਣ ਇਦਾਂ ਰ ਪੁਟਾ ਜਨਗੇ ਨੈਗੇਟਿਵ ਯਾਰ ਫਿਰ ਵੱਡੇ ਵੱਡੇ ਹਸਪੀਟਲ ਬੰਦ ਕਰ ਦੋ ਬਜੀ ਨੀਮਪਾ ਜੀ ਬਸ ਇਦਾਂ ਹੁੰਦਾ ਨਾ ਵੀਪਾ ਜੀ ਮਾਰਕੀਟਿੰਗ ਦਾ ਕਿ ਹਿੱਸਾ ਹੈ ਔਰ ਬੰਦਾ ਕੋਈ ਉਹਨਾਂ ਨੂੰ ਸਵਾਲ ਵੀ ਨਹੀਂ ਪੁੱਛ ਸਕਦਾ ਕਹਿੰਦੇ ਨਹੀਂ ਨਹੀਂ ਉਹਨਾਂ ਨੂੰ ਜੇ ਗੁੱਸਾ ਆ ਗਿਆ ਤਾਂ ਤੁਹਾਡੀ ਪੁਸ਼ਤਾਨ ਰੋਲ ਦੇਣਗੇ ਬਿਲਕੁਲ ਵਧੀਆ ਹੁਣ ਮੈਂ ਜੇ ਜੈਨੂਅਲੀ ਮੈਂ ਆ ਸਾਰਾ ਸਕਿੱਲ ਲੈ ਕੇ ਭਾਜੀ ਮੈਂ ਬਾਬਾ ਬਨਣਾ ਚਾਹਾਂ ਮੈਂ ਮਿੰਟ ਚ ਬਣ ਸਕਦਾ ਪਰ ਆਪਾਂ ਨਹੀਂ ਕਰਨਾ ਭਾਜੀ ਉਹ ਕੰਮ ਤੇ ਉਹ ਬੰਦੇ ਆਪਦਾ ਜ਼ਮੀਰ ਮਾਰ ਕੇ ਉਹ ਕੰਮ ਕਰ ਰਹੇ ਆ ਭਾਈ ਲੋਕ ਕਿਵੇਂ ਸੁਧਰਨ ਆਪਾਂ ਲੋਕਾਂ ਨੂੰ ਸੁਧਾਰਨਾ ਕਿਉਂਕਿ ਚੋਰ ਨੇ ਚੋਰੀ ਕਰਨੋਂ ਕਿਉਂਕਿ ਜਿਹੜੇ ਉਹ ਬਾਬੇ ਨੇ ਉਹ ਇਨਵੈਂਸ਼ਨ ਬਹੁਤ ਪੁਰਾਣੀ ਹੈ ਤਾਂ ਚੱਲੀ ਜਾਣੀ ਹੈ ਪਰ ਪੁਰਾਣੇ ਟਾਈਮ 'ਚ ਵੀ ਪਖੰਡ ਹੁੰਦਾ ਹੀ ਸੀ ਅੱਜ ਵੀ ਹੋ ਰਿਹਾ ਪਰ ਨਾ ਅੱਜ ਪੰਜਾਬ 'ਚ ਵਧ ਰਿਹਾ ਤੁਸੀਂ ਇੰਸਟਾਗ੍ਰਾਮ ਤੇ ਵੀਡੀਓਜ਼ ਦੇਖੂਗੇ ਫੋਟੋਜ਼ ਦੇਖੂਗੇ ਮੈਂ ਹਰ ਚੌਥੀ ਵੀਡੀਓਜ਼ ਦੇਖ ਰਿਹਾ ਔਰ ਮੈਂ ਜਦੋਂ ਕੋਈ ਵੀਡੀਓਜ਼ ਦੇਖਦਾ ਮੈਨੂੰ ਬੜਾ ਗੁੱਸਾ ਚੜਦਾ ਛੋਟੀ ਛੋਟੀ ਉਮਰਾਂ ਦੇ ਬਾਈ ਦਾੜੀਆਂ ਵੀ ਨਹੀਂ ਆਈਆਂ ਹੋਈਆਂ 17 18 19 ਸਾਲ ਦੇ ਮੁੰਡੇ ਜਾਂ ਕਹਿ ਲਊਗੀ ਕੁੜੀਆਂ ਉਹ ਵਾਲ ਵੱਡੇ ਕਰਕੇ ਬੈਠੇ ਨੇ ਔਰ ਉਹਨਾਂ ਮੂਰੇ ਲੇਡੀਜ਼ ਬੈਠੀਆਂ ਮੈਂ ਕਹਿੰਨਾ ਬਾਈ ਯਾਰ ਉਸ ਉਹ ਸ਼ਰਿਆਮ ਪਤਾ ਨਹੀਂ ਮੁੰਡਾ ਨਾ ਇਦਾਂ ਦੀ ਚੀਜ਼ਾਂ ਉਹ ਨਹੀਂ ਕੀ ਕਰ ਸਕਦਾ ਬਟ ਇੱਕੋ ਹੀ ਇਦਾਂ ਦੇ ਆਸ਼ਰ ਮਤਲਬ ਵੀ ਚਲੋ ਮੈਂ ਕੋਈ ਉਹ ਨਹੀਂ ਯੂਜ਼ ਕਰਨਾ ਚਾਹਤਾ ਪਰ ਇਦਾਂ ਦੀ ਵੀ ਕੁਝ ਜਗਾਵਾਂ ਸੀਗੀਆਂ ਜਿੱਥੇ ਕੁਝ ਬਹੁਤ ਹੀ ਪਿਛੜੇ ਹੋਏ ਇਲਾਕੇ ਨੇ ਮੈਂ ਨਾ ਇੱਕ ਇੱਕ ਉਹ ਕਰ ਰਿਹਾ ਸੀ ਕਿ ਮੈਂ ਤੁਹਾਨੂੰ ਸ਼ੋਧ ਦੀ ਇੱਕ ਟ੍ਰਿਕ ਬਾਰੇ ਦੱਸੂਗਾ ਉਹਦੇ ਵਿੱਚੋਂ ਦੀ ਗੱਲ ਨਿਕਲ ਕੇ ਆਈ ਪਾਜੀ ਮੈਂ ਨਾ ਸ਼ੋਹ ਦੀ ਇੱਕ ਟ੍ਰਿਕ ਵਾਸਤੇ ਨਾ ਥੋੜਾ ਵੂਡੂ ਸਟੱਡੀ ਕਰ ਰਿਆ ਸੀਗਾ ਮੈਂ ਬਿਲੀਵ ਨਹੀਂ ਕਰਦਾ ਕਿਸੇ ਵੀ ਵੂਡੂ ਟਾਈਪ ਆਫ ਸਟੱਫ ਚ ਵੂਡੂ ਜਿਹੜੇ ਲੋਕਾਂ ਨੂੰ ਨਹੀਂ ਪਤਾ ਆਪਾਂ ਕਹਿੰਦੇ ਨੇ ਜਿਵੇਂ ਕੋਈ ਟੂਣਾ ਵਗੈਰਾ ਕਰ ਦਿੰਦਾ ਮੈਂ ਉਹਨਾਂ ਚੀਜ਼ਾਂ ਵਿੱਚ ਇੰਨਾ ਬਿਲੀਵ ਨਹੀਂ ਵੈਸੇ ਹੁੰਦੇ ਨੇ ਹਾਂਜੀ ਠੀਕ ਹੈ ਮੈਂ ਉਹਨਾਂ ਚੀਜ਼ਾਂ ਵਿੱਚ ਉਹ ਨਹੀਂ ਕਰਦਾ ਨਹੀਂ ਵੈਸੇ ਹੁੰਦੇ ਨੇ ਕਿ ਨਹੀਂ ਹੁੰਦੇ ਨੇ ਪਾਜੀ ਮੈਂ ਬਿਲੀਵ ਨਹੀਂ ਕਰਦਾ ਮਤਲਬ ਵੀ ਮੈਨੂੰ ਇਦਾਂ ਲੱਗਦਾ ਵੀ ਉਹ ਨਹੀਂ ਨਹੀਂ ਹੁੰਦੇ ਠੀਕ ਹੈ ਜੀ ਹਾਲਾਂਕਿ ਉਹ ਬਹੁਤ ਜ਼ਿਆਦਾ ਐਵੀਡੈਂਟ ਚੀਜ਼ਾਂ ਤੁਹਾਨੂੰ ਲੋਕ ਦਿਖਾਉਣਗੇ ਬਤ ਵੀ ਆ ਦੇਖ ਇੱਥੇ ਤਾਂ ਰਿਜ਼ਲਟ ਨ ਖੁਲੀਆਂ ਨੇ ਮੈਨੂੰ ਪਤਾ ਪੰਜਾਬ ਤੋਂ ਬਾਹਰ ਵੀ ਖੁਲੀਆਂ ਨੇ ਕਿ ਨਹੀਂ ਸ਼ਰੀਆਮ ਉੱਥੇ ਲਿਖਿਆ ਹੈ ਕਿ ਕਿਸੇ ਕੋ ਵੀ ਬਸਮੇ ਕਰ ਲੈ ਫਿਰ ਮੈਨੂੰ ਕਟਰੀਨਾ ਕੈਫ ਕਰਾਉ ਬਸ ਚ ਚਲ ਭਾਜੀ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਦਾ ਹੁਣ ਦੋ ਚੀਜ਼ਾਂ ਦੋਵੇਂ ਨਾ ਥੋੜੀਆਂ ਜਿਹੀਆਂ ਹੈਗੀਆਂ ਕੰਟਰੋਵਰਸ਼ੀਅਲ ਨਹੀਂ ਪਰ ਜੇ ਇਹ ਹੁੰਦੀਆਂ ਲੋਕਾਂ ਨੂੰ ਦੱਸਣੀ ਜ਼ਰੂਰੀ ਹੈ ਹੁੰਦੀਆਂ ਤਾਂ ਹੋ ਜਾਣ ਕੋਈ ਚੱਕਰ ਨਹੀਂ ਠੀਕ ਹੈ ਨਹੀਂ ਆਪਾਂ ਬਈ ਲੋਕਾਂ ਦੇਖੋ ਮੇਰਾ ਪੋਡਕਾਸਟ ਬਈ ਕਿਸੇ ਦੇ ਘਰੇ ਚਿੱਠੀ ਨਹੀਂ ਪੰਦਾ ਪਾਣ ਦੇਖੋ ਜਿਹੜਾ ਖੁਦ ਉੱਠ ਕੇ ਆਇਆ ਡਿਸਕਲੇਮਰ ਲੱਗਿਆ ਹੁੰਦਾ ਹਾਂ ਕਿ ਬਈ ਆਪਣੀ ਰਿਸਕ ਤੇ ਦੇਖੋ ਸਾਡੇ ਥਾਟਸ ਨੇ ਮੈਂ ਮੰਨ ਰਿਹਾ ਤੁਸੀਂ ਮੰਨ ਰਹੇ ਹੋ ਭਾਵੇਂ ਸਾਡੇ ਕੈਮਰਾ ਜਿਹੜਾ ਸ਼ੂਟ ਕਰ ਰਿਹਾ ਬਈ ਉਹ ਨਾ ਮੰਨਦਾ ਹੋਵੇ ਕਹਿ ਰਿਹਾ ਮੈਂ ਆਮ ਡਿਸਐਗਰੀ ਹਣਾ ਹੁਣ ਮੈਂ ਭਾਜੀ ਮੈਂ ਜਦੋਂ ਵੂਡੂ ਨੂੰ ਸਟੱਡੀ ਕਰ ਰਿਹਾ ਸੀਗਾ ਨਾ ਮੈਨੂੰ ਕੁਛ ਇੱਕ ਬੈਕਗ੍ਰਾਉਂਡ ਦੇਖਿਆ ਕੁਛ ਇਦਾਂ ਦੇ ਜਗਾਵਾਂ ਦੇ ਜਿਹਦੇ ਵਿੱਚ ਕਈ ਇਦਾਂ ਦੇ ਬਾਬੇ ਸੀਗੇ ਜਿਨ੍ਹਾਂ ਨੂੰ ਪੁਲਿਸ ਵਗੈਰਾ ਫੜ ਕੇ ਲੈ ਕੇ ਗਈ ਤੇ ਉਹ ਬਹੁਤ ਹੀ ਜਿਹੜੇ ਇਦਾਂ ਦੇ ਇਲਿਟਰੇਟ ਜਗਾਵਾਂ ਹੁੰਦੀਆਂ ਨੇ ਜਿੱਥੇ ਲੋਕਾਂ ਨੂੰ ਬਿਲਕੁਲ ਵੀ ਨੌਲੇਜ ਨਹੀਂ ਹੁੰਦੀ ਬਸ ਉਹ ਇਹਨਾਂ ਨੂੰ ਡਰ ਨੂੰ ਹੀ ਖਿੱਚ ਲੈਂਦੇ ਆ ਪਰ ਜੀ ਉਹ ਬਾਬਾ ਇਦਾਂ ਕਹਿ ਰਿਹਾ ਸੀਗਾ ਕੁਝ ਉਧਰ ਜਗਾਵਾਂ ਤੇ ਵੀ ਤੁਸੀਂ ਇਹ ਕੰਮ ਕਰੋ ਤੁਹਾਡੀ ਅੱਛਾ ਕੁੜੀ ਨੂੰ ਕੁਝ ਹੈਗਾ ਤੁਹਾਡੀ ਕੁੜੀ ਜਿਹੜੀ ਹੈਗੀ ਆ ਜਦੋਂ ਉਹ ਉਹਦੇ ਵਿੱਚ ਕੁਝ ਇੰਪਿਉਰਿਟੀਆਂ ਨੇ ਤੇ ਮੈਂ ਬਹੁਤ ਪਿਆਰ ਆ ਤਾਂ ਤੁਹਾਡੀ ਕੁੜੀ ਇੱਕ ਰਾਤ ਮੇਰੇ ਨਾਲ ਸਪੈਂਡ ਕਰ ਲੂਗੀ ਉਹ ਸਿੱਖ ਹੋ ਜਾਊਗੀ ਉਹ ਤੁਹਾਡਾ ਪਲੋ ਜੇ ਇਹ ਕਿਹੜੇ ਬਾਬੇ ਨੇ ਹੋਇਆ ਪਾਜੀ ਹੋਇਆ ਪਾਜੀ ਇਹ ਮਤਲਬ ਵੀ ਇਹ ਵੀ ਇੰਡੀਆ ਦੀ ਗੱਲ ਹੈ ਬੜਾ ਕੁਝ ਹੋ ਸਕਦਾ ਹੈ ਇੰਡੀਆ ਦੀ ਗੱਲ ਹੈ ਇੱਕ ਮੈਂ ਬਾਬਾ ਦੇਖਿਆ ਬਈ ਸ਼ਰਾਬ ਦੀ ਬੋਤ ਤੇ ਉਹਨੂੰ ਲੋਕ ਬਾਬਾ ਯਾਰ ਮਤਲਬ ਸ਼ਰਾਬ ਪੀਣਾ ਲੀਵਰ ਖਰਾਬ ਹੁੰਦਾ ਹੈ ਇਹ ਤਾਂ ਯੂਨੀਵਰਸਲ ਟਰੁਥ ਹੈ ਹਾਂਜੀ ਭਾਜੀ ਤੇ ਉਸ ਤੋਂ ਬਾਅਦ ਇੱਕ ਸੀਗਾ ਸੈਕੰਡ ਇਨਸੀਡੈਂਟ ਜਿਹੜਾ ਕਿ ਮੈਨੂੰ ਮਿਲਿਆ ਉਹ ਤਾਂ ਚਲੋ ਮੈਂ ਆਪਦੇ ਵਿੱਚ ਇਨਕਲੂਡ ਕੀਤਾ ਇੱਕ ਕੀ ਸੀਗਾ ਇੱਕ ਭਾਜੀ ਮਿਊਜ਼ੀਅਮ ਸੀਗਾ ਮੈਂ ਤੁਹਾਨੂੰ ਆਈ ਗੈਸ ਫੋਨ ਤੇ ਥੋੜੀ ਜਿਹੀ ਗੱਲ ਦੱਸ ਦਿੱਤੀ ਹੈ ਦੇ ਬਾਰੇ ਸੋ ਹਾਂ ਦੱਸੋ ਸੱਚ ਰਹਿ ਗਿਆ ਸੀ ਟੌਪਿਕ ਹਨਾਈ ਤਾਂ ਮੇਰੇ ਨਾ ਸ਼ੋਅ ਦੇ ਵਿੱਚ ਭਾਜੀ ਕਈ ਟ੍ਰਿਕਸ ਇਦਾਂ ਮੈਂ ਨਾ ਆਪਦੇ ਸ਼ੋਅ ਨੂੰ ਨਾਰਮਲ ਵੀ ਬਣਾ ਸਕਦਾ ਮੈਨੂੰ ਪਤਾ ਲੋਕ ਉਹਦੇ ਨਾਲ ਵੀ ਇੰਪ੍ਰੈਸ ਹੋ ਜਾਣਗੇ ਜਿਵੇਂ ਇਦਾਂ ਦੇ ਵੀ ਚੀਜ਼ਾਂ ਕਰ ਦੂੰਗਾ ਪਰ ਭਾਜੀ ਮੈਂ ਨਾ ਆਪ ਦਾ ਬੈਸਟ ਵਰਜਨ ਸ਼ੋਅ ਦੇ ਵਿੱਚ ਲੈ ਕੇ ਆਇਆ ਮੈਂ ਵਾਹ ਲਾ ਰੱਖੀ ਆ ਵੀ ਮੈਂ ਨਾ ਕੁਝ ਇਦਾਂ ਦੀ ਟ੍ਰਿਕਸ ਲੈ ਕੇ ਆਇਆ ਵੀ ਇੰਡੀਆ ਵਾਲੇ ਬੰਦੇ ਵੀ ਮਿਜਿਸ਼ੀਅਨਸ ਵੀ ਦੇਖ ਕੇ ਕਹਿਣ ਵੀ ਆਰ ਕੁਝ ਬੰਦਾ ਕਰਕੇ ਗਿਆ ਸਟੇਜ ਦੇ ਉੱਤੇ ਕੋਈ ਪਾਜੀ ਇਦਾਂ ਦੀ ਡਾਇਰੈਕਟਰ ਜਿਹੜੀ ਕਿ ਫਰਾਂਸ ਦੇ ਵਿੱਚ ਆ ਜਿਹਦੇ ਵਿੱਚ ਪਤਾ ਨਹੀਂ ਕਿੰਨਾ ਇੰਪੋਰਟ ਲੱਗੂਗਾ ਕਿੰਨਾ ਕੁਛ ਆ ਜੇ ਇਹ ਸ਼ੋਅ ਮੇਰਾ ਸਾਰਾ ਸੋਲਡ ਆਊਟ ਚੱਲ ਜਾਂਦਾ ਪਾਜੀ ਮੈਨੂੰ ਕਿੰਨਾ ਸ਼ੋਅ ਦੇ ਵਿੱਚ ਬਣੂਗਾ 2 ਲੱਖ ਰੁਪਈਆ ਠੀਕ ਹੈ ਜੀ 2 ਲੱਖ 2.5 ਲੱਖ ਰੁਪਈਆ ਤੁਸੀਂ ਜੋ ਓਵਰਆਲ ਕਰੋਗੇ ਤਾਂ ਪਾਜੀ ਮੈਂ ਸ਼ੋਅ ਜਿਹੜਾ ਸਟੇਜ ਤੇ ਪਰਫਾਰਮ ਕਰ ਰਿਹਾ ਆ ਉਹ ਸ਼ੋਅ ਬਣਾਉਣ ਦੇ ਵਿੱਚ ਮੇਰਾ 2 ਲੱਖ ਰੁਪਈਆ ਲੱਗਿਆ ਪਾਜੀ ਅਛਾ ਜੀ ਹਾਂ ਜੀ ਜੇ ਮੈਨੂੰ ਸ਼ੋਅ ਦੇ ਵਿੱਚ 2 ਲੱਖ ਰੁਪਏ ਲੱਗੂਗਾ ਮੈਂ ਉਹਦੇ 20 ਲੱਖ ਰੁਪਏ ਇਨ தி ਸੈਂਸ ਵੀ ਉਹ ਇੱਕ ਸ਼ੋਅ ਮੈਂ ਬਹੁਤ ਥਾਵਾਂ ਤੇ ਪਰਫਾਰਮ ਕਰ ਰਿਹਾ ਬਟ ਮੈਂ ਆਪਦੀ ਇੰਨੀ ਵਾਹ ਲਾ ਰੱਖੀ ਵੀ ਇੱਕ ਇੱਕ ਟਰਿਕ ਕਈ ਕਈ ਜਗਾਵਾਂ ਤੋਂ ਇੰਪੋਰਟ ਕਰਾਉਣ ਵਾਸਤੇ ਮੈਂ 2-2 ਲੱਖ ਰੁਪਏ ਲਾਇਆ ਹੋਇਆ ਵੀ 2 ਲੱਖ ਅੱবি 1.5 ਲੱਖ ਰੁਪਏ ਮੈਂ ਇਸ ਟਰਿਕ ਦੇ ਉੱਤੇ ਲਾ ਰਿਹਾ ਤੇ ਉਹ ਟਰਿਕ ਮੈਂ ਸਮ ਹਾਉ ਕਰਨਾ ਚਾਹੁੰਨਾ ਬਸ ਵੀ ਆਪਦੇ ਸਿਰ ਆਡੀ ਟਰਿਕ ਹੈ ਬਾਈ ਭਾਜੀ ਬਹੁਤ ਕਮਾਲ ਹੈ ਸ਼ੋਅ ਬਾਰੇ ਥੋੜਾ ਐਕਸਪਲੋਜ਼ਰ ਦੇ ਦਿਓ ਕੋਈ ਇੱਕ ਇਜ਼ਰਾਈਲ ਤੋਂ ਆ ਰਹੀ ਹੈ ਭਾਜੀ ਕੋਈ ਟਰ ਆ ਕੋਈ ਆ ਰਹੀ ਹੈ ਫਰਾਂਸ ਤੋਂ ਟ੍ਰਿਕ ਕੋਈ ਆ ਰਹੀ ਹੈ ਕਿਸੇ ਬੁਲਡ ਦੇ ਕੋਨੇ ਕੋਨੇ ਤੋਂ ਇੱਕ ਟ੍ਰਿਕ ਸੀਗੀ ਜਿਹਦੇ ਵਿੱਚ ਨਾ ਮੈਂ ਇੱਕ ਇੰਟਰਸਟਿੰਗ ਆਬਜੈਕਟ ਚਾਹੁੰਦਾ ਸੀ ਉਹ ਵੂਡੂ ਰਿਲੇਟਡ ਮਤਲਬ ਵੀ ਉਹ ਐਕਟ ਐਕ ਜਿਹਦੇ ਵਿੱਚ ਆਪਾਂ ਸਮ ਹਾਉ ਵੂਡੂ ਨੂੰ ਨਾ ਦਿਖਾਉਣਾ ਵੀ ਐਦਾਂ ਚੀਜ਼ਾਂ ਹੁੰਦੀਆਂ ਸੀ ਪਰ ਉਹ ਹੈਗੀ ਇੱਕ ਟਰੱਕ ਆ ਤੇ ਮੈਂ ਲੋਕਾਂ ਨੂੰ ਦੱਸਦਾ ਵੀ ਆ ਪਰ ਉਹਦੇ ਵਿੱਚ ਨਾ ਇੱਕ ਆਬਜੈਕਟ ਸੀਗਾ ਮੈਨੂੰ ਜਿਹੜਾ ਸਪੂਕੀ ਚਾਹੀਦਾ ਸੀਗਾ ਜਿਵੇਂ ਐਨੇਬਲ ਹੁੰਦੀ ਨਾ ਭਾਜੀ ਐਨੇਬਲ ਕੀ ਇੱਕ ਮੂਵੀ ਸੀਗੀ ਜਿਹਦੇ ਵਿੱਚ ਇੱਕ ਡਾਲ ਸੀ ਜਿਹੜੀ ਕਿ ਭੂਤਿਆ ਸੀਗੀ ਹਨਾ ਤੇ ਉਹਦੀ ਬੜੀ ਸੋਹਣੀ ਜਿਹੀ ਪਿੱਛੇ ਜੇ ਤੁਸੀਂ ਐਡਿਟ ਕਰਦੇ ਹੋ ਇੱਥੇ ਲਾ ਦੋ ਤੇ ਆਪਾਂ ਲੋਕਾਂ ਨੂੰ ਦਿਖਾਈਏ ਠੀਕ ਹੈ ਜੀ ਤਾਂ ਆਹ ਡਾਲ ਸੀਗੀ ਬੜੀ ਕਿਊਟ ਜੀ ਤੁਸੀਂ ਦੇਖ ਸਕਦੇ ਹੋ ਸੋ ਕੀ ਸੀਗਾ ਵੀ ਉਦੋਂ ਦੀ ਇੱਕ ਰੀਅਲ ਇੱਕ ਡਾਲ ਸੀਗੀ ਹਨਾ ਜਿਹੜੀ ਕਿ ਕਿਸੇ ਮਿਊਜ਼ੀਅਮ ਚ ਪਈ ਸੀਗੀ ਤੇ ਮਿਊਜ਼ੀਅਮ ਵਾਲਿਆਂ ਨੇ ਬਿਡ ਕੀਤੀ ਉਹ ਡਾਲ 2500 ਡਾਲਰ ਦੇ ਵਿੱਚ ਤੇ ਉਹ ਕਿਉਂਕਿ ਕ ਉਹ ਅਸੀਂ ਡਾਲ ਖਰੀਦੀ 2500 ਡਾਲਰ ਦੀ ਕੈਨੇਡੀਅਨ ਦੀ ਪਰ ਜੀ ਉਹ ਡਾਲ ਅਸੀਂ ਸ਼ੋਅ ਦੇ ਵਿੱਚ ਨਾ ਹਰ ਸ਼ੋਅ 'ਚ ਮੇਰੇ ਨਾਲ ਰਹਿੰਦੀ ਹੈ ਜਿੱਥੇ ਵੀ ਕਹਿੰਦੇ ਵੀ ਉਹ ਡਾਲਰਸ ਤਾਂ ਗਈ ਅੱਜ ਨਹੀਂ ਲੈ ਕੇ ਨਹੀਂ ਆ ਪਰ ਲੁਧਿਆਣੇ ਵਾਲੇ ਆ ਉੱਥੇ ਸ਼ੋਅ ਦੇ ਵਿੱਚ ਪਰ ਜੀ ਮੈਂ ਉਹ ਡਾਲ ਲੈ ਕੇ ਆਉਣਾ ਮੈਂ ਉਹਨੂੰ ਕੱਢਦਾ ਹਾਂ ਉਹਦੇ ਵਿੱਚੋਂ ਤੇ ਮੈਨੂੰ ਮੈਂ ਸਿਰਫ ਇਨਾ ਪੇ ਇਸ ਲਈ ਕੀਤਾ ਉਹ ਡਾਲ ਵਾਸਤੇ ਬਿਕੋਜ਼ ਮੈਂ ਲੋਕਾਂ ਦੇ ਰਿਐਕਸ਼ਨ ਦੇਖਣਾ ਚਾਹੁੰਦਾ ਬਿਕੋਜ਼ ਉਹ ਰੀਅਲ ਲਾਈਫ ਉਹ ਡਾਲ ਮੇਰੇ ਕੋਲ ਵਿਟਨੈਸ ਕਰ ਰਹੀ ਹੈ ਪਹਿਲੀ ਚੀਜ਼ ਮੈਂ ਖੋਦੋ ਸੀਸ ਬਿਲੀਵ ਨਹੀਂ ਕਰਦਾ ਸੋ ਤੁਸੀਂ ਇਦਾਂ ਨਾ ਕਹੋ ਵੀ ਮੈਂ ਕੋਈ ਸੀ ਨੂੰ ਬੜਾਵਾ ਦੇ ਰਿਹਾ ਪਰ ਹਾਂ ਜਿਹੜੀ ਡਾਲ ਹੈਗੀ ਉਹ ਇੱਕ ਇੰਟਰਸਟਿੰਗ ਆਬਜੈਕਟ ਦੇ ਮਾਇਨੇ ਨਾਲ ਮੈਂ ਸਟੇਜ ਤੇ ਲੈ ਕੇ ਆਣਾ ਭਾਜੀ ਫਿਰ ਉਹਦੇ ਨਾਲ ਕੁਝ ਟ੍ਰਿਕਸ ਹੁੰਦੀਆਂ ਭਾਜੀ ਡਾਲ ਨਾਲ ਡਾਲ ਨਾਲ ਓ ਮਾਈ ਗਾਡ ਜਿਹੜੀ ਉਹ ਐਕਟ ਹੈ ਨਾ ਭਾਜੀ ਉਹ ਲਾਸਟ ਐਕਟ ਹੈ ਮੇਰੇ ਸ਼ੋ ਦਾ ਜਦੋਂ ਐਕਟ ਸ਼ੋ ਖਤਮ ਹੋ ਜਾਂਦਾ ਕੁਝ ਲੋਕ ਇਦਾਂ ਬੈਠੇ ਹੁੰਦੇ ਬਸ ਉਹ ਡਰਾਵਣਾ ਬਹੁਤ ਡਰਾਵਣਾ ਐਕਟ ਹੈ ਭਾਜੀ ਪਿਛੋ ਦੇ ਸਪੂਕੀ ਮਿਊਜ਼ਿਕ ਚੱਲ ਰਿਹਾ ਹੁੰਦਾ ਪਿਛੋ ਦੀ ਉਹ ਡਾਲ ਦੇ ਨਾਲ ਦੋ ਤਿੰਨ ਟ੍ਰਿਕਸ ਹੁੰਦੀਆਂ ਜਿਵੇਂ ਕਿ ਫਾਰ ਐਗਜ਼ਾਮਪਲ ਇੱਕ ਆਡੀਅנס 'ਚ ਕੋਈ ਮੈਂਬਰ ਬੈਠਾ ਕੋਨੇ ਦੇ ਉੱਤੇ ਮੈਂ ਉਹਨੂੰ ਕਹਿੰਦਾ ਵੀ ਅੱਖਾਂ ਬੰਦ ਕਰੋ ਤੇ ਜੇ ਕੋਈ ਟੱਚ ਫੀਲ ਹੁੰਦਾ ਤਾਂ ਤੁਸੀਂ ਖੜੇ ਹੋ ਜਾਣਾ ਮੈਂ ਕੀ ਕਰਦਾ ਮੈਂ țeਜ਼ ਗੱਨ ਨਹੀਂ ਹੁੰਦੀ ਪਰ ਜਿਹੜੀ ਕਰੰਟ ਲਾਉਂਦੀ ਹੈ ਲੋਕਾਂ ਨੂੰ ਮੈਂ ਉਹਨੂੰ ਚੱਕਦਾ ਤੇ ਮੈਂ ਡਾਲ ਨੂੰ ਇਦਾਂ ਥੋੜਾ ਟੱਚ ਕਰਦਾ ਤੇ ਉਹ ਜਿਹੜਾ ਵੀ ਆਡੀਅנס ਮੈਂਬਰ ਪਰ ਰੈਂਡਮਲੀ ਚੂਜ਼ ਕਰਦਾ ਉਹ ਇੱਕਦਮ ਖੜਾ ਹੋ ਜਾਂਦਾ ਵੀ ਉਹਨੂੰ ਕਿਉਂਕਿ ਕੋਈ ਕਰੰਟ ਫੀਲ ਹੋ ਰਿਹਾ ਹੁੰਦਾ ਸੋ ਉਸ ਤੋਂ ਬਾਅਦ ਫਿਰ ਅਸੀਂ ਕਿਸੇ ਰੈਂ ਠੀਕ ਹੈ ਮੈਂ ਕਿਦਾਂ ਕਰਦਾ ਵੀ ਇੱਕ ਸਟਾਫ ਟੌਏ ਹੁੰਦਾ ਮੈਨੂੰ ਆਡੀਅੰਸ ਚ ਸਿੱਟ ਦੇਣਾ ਮੈਂ ਉਹਨੂੰ ਕਹਿਣਾ ਵੀ ਤੁਸੀਂ ਕਿਸੇ ਹੋਰ ਨੂੰ ਸਿੱਟੋ ਤੁਸੀਂ ਕਿਸੇ ਹੋਰ ਨੂੰ ਸਿੱਟੋ ਤੀਜੇ ਬੰਦੇ ਤੱਕ ਮੇਰਾ ਕੰਟਰੋਲ ਨਹੀਂ ਰਹਿੰਦਾ ਉਹ ਬੰਦਾ ਸਟੇਜ ਤੇ ਆਉਗਾ ਤਾਂ ਕਿ ਰੈਂਡਮ ਹੋਵੇ ਬੰਦਾ ਫਿਰ ਅਸੀਂ ਉਹਦੇ ਨਾਲ ਕੁਝ ਹੋਰ ਟ੍ਰਿਕਸ ਕਰਦੇ ਹਾਂ ਭਾਜੀ ਇਹਨੂੰ ਲੈ ਕੇ ਪਰ ਜਿਹੜੀਆਂ ਆਹ ਟ੍ਰਿਕਸ ਹੁੰਦੀਆਂ ਨਾ ਭਾਜੀ ਡਾਲ ਵਗੈਰਾ ਕਿਸੇ ਵੀ ਉਹਦੇ ਰਿਲੇਟਿਡ ਇਹ ਇੱਕ ਪੋਰਸ਼ਨ ਆ ਉਹਦਾ 25% ਆਫ ਦਾ ਸ਼ੋ ਫਨੀ ਆ 25% ਸੀਰੀਅਸ ਆ ਥੋੜਾ ਜਿਹਾ ਸ਼ੋ ਇਦਾਂ ਦਾ ਜਿਹੜਾ ਕਿ ਆ ਸਿਰਫ ਮੈਂਟਲਿਜ਼ਮ ਦੇ ਰਿਲੇਟਿਡ ਆਈ ਵਿਲ ਸੇ ਤੇ 10% ਸਕੇਰੀ ਹੈ ਭਾਜੀ ਉਹ ਡੇਢ ਘੰਟੇ ਦੇ ਵਿੱਚ ਅਸੀਂ ਹਰ ਇੱਕ ਮੋਸ਼ਨ ਬੰਦੇ ਚੋਂ ਬਾਹਰ ਲਿਆਵਾਂਗੇ ਭਾਜੀ ਤੇ ਉਹ ਸਾਰਾ ਕੁਝ ਗਾ ਪੈ ਜਾਣਾ ਬਹੁਤ ਗਾ ਪੈ ਜਾਣਾ ਭਾਜੀ ਬਈ ਭੂਤ ਹੁੰਦੇ ਨੇ ਭਾਜੀ ਮੈਨੂੰ ਮੈਂ ਦੇਖੋ ਇਹਦੇ ਚੀਜ਼ ਵਿੱਚ ਬਿਲੀਵ ਨਹੀਂ ਕਰਦਾ ਬਟ ਹਾਂ ਕੁਝ ਕੁ ਚੀਜ਼ਾਂ ਜਿਵੇਂ ਉਹ ਡਾਲ ਮੈਂ ਇੱਕ ਬਹੁਤ ਹੀ ਕਿਸੇ ਫੇਮਸ ਸਿੰਗਰ ਦੇ ਘਰੇ ਲੈ ਕੇ ਗਿਆ ਮੈਨੂੰ ਐਦਾ ਲੱਗਦਾ ਮੈਂ ਉਹ ਜਿ ਬਿਲੀਵ ਨਹੀਂ ਕਰਦਾ ਪਰ ਕੁਝ ਬੜੀਆਂ ਅਜੀਬ ਜਿਹੀਆਂ ਚੀਜ਼ਾਂ ਭਾਜੀ ਜਿਹਦੇ ਵਿੱਚ ਮੈਨੂੰ ਇਹਦਾ ਹੁੰਦਾ ਵੀ ਯਾਰ ਇਹ ਇਹ ਕਿਦਾਂ ਹੋ ਗਿਆ ਕਿਦਾਂ ਹੋ ਗਿਆ ਦੱਸੋ ਪਲੀਜ਼ ਮੈਂ ਜਿਵੇਂ ਉਹ ਡਾਲ ਨੂੰ ਮੈਂ ਲੈ ਕੇ ਗਿਆ ਕਿਸੇ ਇੱਕ ਸਿੰਗਰ ਦੇ ਕੋਲ ਬਹੁਤ ਫੇਮਸ ਸਿੰਗਰ ਮੈਂ ਨਾਮ ਨਹੀਂ ਲਊਂਗਾ ਬਹੁਤ ਹੀ ਫੇਮਸ ਸਿੰਗਰ ਨੇ ਜਿਵੇਂ ਆਪਾਂ ਕਹਿਦੀ ਨਾ ਆਪਣੇ ਟੌਪ ਜਿਹੜੇ ਪੰਜ ਇੰਡਸਟਰੀ ਦੇ ਵਿੱਚ ਮੇਨ ਮੇਨ ਸਿੰਗਰ ਨੇ ਉਹਨਾਂ ਵਿੱਚੋਂ ਇੱਕ ਜੀਪੀ ਭਾਜੀ ਨਹੀਂ ਭਰੇ ਮੈਂ 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 ਤਾਂ ਨਹੀਂ ਮਾਈਂਡ ਬਰਦਨਦਾ ਨਹੀਂ ਨਹੀਂ ਆਪਾਂ ਆਪਾਂ ਦੱਸਣਾ ਨਹੀਂ ਪਈ ਜੀ ਜੋ ਵੀ ਹੈਗੇ ਚਲੋ ਓਕੇ ਤੇ ਆਪਾਂ ਉਹ ਮੈਂ ਡਾਲ ਲੈ ਕੇ ਗਿਆ ਤਾਂ ਉਹਨਾਂ ਦੇ ਕੀ ਹੋਇਆ ਵੀ ਨਾ ਉਹਨਾਂ ਦੇ ਇੱਕ ਘਰ ਦੇ ਬਾਹਰ ਬਾਲਕਨੀ ਦੇ ਵਿੱਚ ਆਰਟੀਫੀਸ਼ੀਅਲ ਗ੍ਰਾਸ ਲੱਗੀ ਹੋਈ ਸੀਗੀ ਬਾਲਕਨੀ ਦੇ ਵਿੱਚ ਤੇ ਭਾਜੀ ਮੈਂ ਡੌਲ ਲੈ ਕੇ ਐਂਟਰ ਕੀਤਾ ਤੇ ਨਾਲ ਦੀ ਨਾਲ ਉਹਦੇ ਬਾਲਕਨੀ ਦੇ ਵਿੱਚ ਅੱਗ ਲੱਗ ਗਈ ਭਾਜੀ ਸੋ ਫਾਇਰ ਇਨਸਟ੍ਰੂਮੈਂਟ ਸ਼ੋਰ ਕਰਾ ਲੈ ਕੇ ਆ ਰਿਹਾ ਤੇ ਉੱਥੇ ਅੱਗ ਲੱਗ ਗਈ ਚਲੋ ਇਟ ਕੁਡ ਬੀ ਕੋਇਨਸੀਡੈਂਸ ਉਹ ਡੌਲ ਉਹ ਮੈਂ ਬਾਏ ਕੀਤੀ ਕੀਤੀ ਸੀ ਉਹ ਮੈਂ ਪਹਿਲੀ ਵਾਰੀ ਉਹਨਾਂ ਦੇ ਘਰੇ ਲੈ ਕੇ ਗਿਆ ਸੀ ਮੈਂ ਕਿਹਾ ਯਾਰ ਇਹ ਤਾਂ ਨਹੀਂ ਮੈਂ ਕਿਹਾ ਨਹੀਂ ਮਨਾ ਕੋਈ ਗੱਲ ਨਹੀਂ ਬਾਹਲਾ ਨਾ ਸੋਚ ਉਦਾਂ ਹੀ ਹੋਊਗਾ ਫਿਰ ਮੈਂ ਪਾਪਾ ਜੀ ਉਹਨੂੰ ਲੈ ਕੇ ਗਿਆ ਆਪਣੇ ਸ਼ੋਅ ਤੇ ਪਹਿਲਾ ਕੈਲਗਰੀ ਦਾ ਸ਼ੋ ਕੈਲਗਰੀ ਵਾਲੇ ਸ਼ੋ ਤੇ ਭਾਜੀ ਮੈਂ ਲੈ ਕੇ ਗਿਆ ਪਤਾ ਨਹੀਂ ਕੀ ਹੋ ਗਿਆ ਮੈਂ ਸਟੇਜ ਤੇ ਗਿਆ ਮੇਰੀ ਟੀਮ ਨੇ ਇੱਕਦਮ ਸੋਚ ਲਿਆ স্মੋਕ ਡਿਟੈਕਟਰ ਲਾਉਣੇ ਆ ਲਾਸਟ ਮੂਮ ਪਾਜੀ ਸਰ ਕਿਤੇ ਫਾਇਰ ਲਾਂ ਬੱਜ ਗਈ 500 ਜਾਨੇ ਦਾ ਥੀਏਟਰ ਸਾਨੂੰ ਖਾਲੀ ਕਰਨਾ ਪਿਆ 500 ਜਾਨੇ ਦਾ ਥੀਏਟਰ ਅਸੀਂ ਖਾਲੀ ਕੀਤਾ ਉਸ ਤੋਂ ਬਾਅਦ ਫਾਇਰ ਉਹ ਮਤਲਬ ਫਾਇਰ ਬ੍ਰਿਗੇਡ ਵਾਲੇ ਆਏ ਇਹ ਸਾਰਾ ਮੇਰੇ ਕੋਲ ਮਤਲਬ ਵੀਡੀਓ ਟੇਪ ਤੇ ਪਿਆ ਸਾਰਾ ਕੁਝ ਅਸੀਂ ਖਾਲੀ ਕੀਤਾ ਤੇ ਖਾਲੀ ਕਰਨ ਤੋਂ ਬਾਅਦ ਫਿਰ ਮੈਨੂੰ ਉਦੋਂ ਉਦੋਂ ਹੋਇਆ ਵੀ ਯਾਰ ਇਹ ਤਾਂ ਮਤਲਬ ਮੇਰੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਡੈਵਸਟੇਸ਼ਨ ਕ੍ਰੀਏਟ ਕਰ ਰਹੀ ਹੈ ਦੂਜੀ ਵਾਰ ਇਹ ਇਤਫਾਕ ਹੋ ਗਿਆ ਇਹ ਦੂਜੀ ਵਾਰ ਹੀ ਹੋ ਗਿਆ ਉਸ ਤੋਂ ਬਾਅਦ ਤੀਜੀ ਵਾਰੀ ਮੈਨੂੰ ਲੈ ਕੇ ਅਨ ਲੁਧਿਆਰੇ ਜਿਹੜਾ ਸ਼ੋਅ ਤੇ ਵਿੱਚ ਉਦੋਂ ਇਹਨਾਂ ਨੂੰ ਲੈ ਕੇ ਆ ਰਹੇ ਹਾਂ ਪਹਿਲਾਂ ਇੱਥੇ ਪਾਣੀ ਪੂੜੀ ਨਹੀਂ ਹੈ ਟੈਂਕੀਂ ਡੰਗਿਆ ਰੱਖਾ ਲਓ ਪਰ ਅੱਧਾ ਘੰਟਾ ਤੁਹਾਡਾ ਹਜੇ ਵੀ ਮਤਲਬ ਕਿਤਨੇ ਕਿਤੇ ਗਰਾਰੀ ਫਸੀ ਹੋਈ ਹੈ ਇਸ ਚੀਜ਼ ਦੇ ਮੈਨੂੰ 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 ਥੋੜਾ ਜਿਹਾ ਇਦਾਂ ਹੈਗਾ ਵੀ ਯਾਰ ਇਹ ਇਹ ਤੋੜਨਾ ਬਲੀਫ ਇਹ ਕਿਉਂ ਇਹ ਹੋ ਕਿਉਂ ਇਹ ਬਲੀਫ ਹੈ ਕੀ ਹੈ ਭਜੀ ਮੈਨੂੰ ਲੱਗਦਾ ਵੀ ਕੈਨਦਰਨ ਫੇਥ ਲਿਬਰੇਟਸ ਮਤਲਬ ਵੀ ਮੈਂ ਉਹ ਚੀਜ਼ ਨੂੰ ਆਪਦੇ ਉੱਤੇ ਹਾਵੀ ਨਹੀਂ ਹੋਣ ਦੇਣਾ ਚਾਹੁੰਦਾ ਤੇ ਮੈਨੂੰ ਇਦਾਂ ਕਿੱਥੇ ਨੋ ਕਿੱਥੇ ਸਿਸਟਮ ਉਹ ਬਟਨ ਦੇ ਪੱਜੀ ਮੇਰੇ ਕਰੇ ਉਹ ਲੌਕ ਕੀਤੀ ਹੋਈ ਕਿ ਬੈਟਰੀ ਲੌਕ ਕੀਤੀ ਹੋਈ ਉਹਦੇ ਵਿੱਚ ਇੱਕ ਨਾ ਇੱਕ ਸੂਟਕੇਸ ਜਿਹਾ ਹੈਗਾ ਪ੍ਰੋਪਰ ਉਹ ਨੰਬਰਸ ਵਗੈਰਾ ਵਾਲਾ ਜਿਹਦੇ ਵਿੱਚ ਲੌਕ ਲੱਗੇ ਹੁੰਦੇ ਆ ਤੇ ਪ੍ਰੋਪਰ ਉਹਦੇ ਵਿੱਚ ਤੁਸੀਂ ਗਏ ਕੋਦਾਂ ਉੱਚ ਨਾ ਹੋਈ ਫੇਰ ਨਾ ਭਾਜੀ ਤੁਸੀਂ ਐਂ ਦੇਖੋ ਅੱਜ ਤਾਂ ਮੈਂ ਜਦੋਂ ਵੈਨਕੂਵਰ ਚ ਸੌਂਨਾ ਨਾ ਮੇਰੇ ਬੈੱਡ ਦੇ ਉੱਤੇ ਸਾਈਡ ਦੇ ਉੱਤੇ ਇੱਕ ਟੇਬਲ ਦੇ ਉੱਤੇ ਉਹ ਪਈ ਹੁੰਦੀ ਆ ਤੇ ਜਦੋਂ ਮੈਂ ਕਹਿੰਦੀ ਰਾਤ ਨੂੰ ਅੱਖ ਖੋਲਦਾਂ ਤੇ ਉਹ ਸਾਈਡ ਤੇ ਐਦਾਂ ਮਤਲਬ ਵੀ ਉੱਥੇ ਐਦਾਂ ਪਈ ਹੁੰਦੀ ਭਾਜੀ ਉਹ ਡਾਲ ਅੱਧੀ ਭਾਜੀ ਉਹ ਡਾਲ ਮੱਚੀ ਵੀ ਇੱਥੋਂ ਦੀ ਸਾਰੀ ਹੂੰ ਬਰਨ ਹੋਈ ਵੀ ਹੈ ਤੇ ਕੀ ਕੁਛ ਹੈ ਪਰ ਚਲੋ ਆਪਾਂ ਉਹਦੇ ਬਾਰੇ ਹੋਰ ਡਿਸਕਸ ਨਹੀਂ ਕਰਦੇ ਏਦਾਂ ਜ਼ਰੂਰ ਹੈਗਾ ਸ਼ੋਅ ਤੇ ਆਇਓ ਮੈਂ ਤੁਹਾਨੂੰ ਉਹਦਾ ਪੂਰਾ ਐਕਟ ਦਿਖਾਉਣਾ ਚਾਹੁੰਦਾ ਤੇ ਤੁਸੀਂ ਉਹਦਾ ਐਕਟ ਦੇਖੋਗੇ ਨਾ ਇੱਕ ਵਾਰੀ ਜਿੰਨੇ ਵੀ ਲੋਕ ਨੇ ਉਹ ਮੈਨੂੰ ਸ਼ੋਅ ਤੋਂ ਬਾਅਦ ਇਹੀ ਟੈਕਸਟ ਕਰ ਰਹੇ ਹੁੰਦੇ ਆ ਵੀ ਇਹ ਉਹ ਚੀਜ਼ ਕੀ ਸੀ ਆ ਵੀ ਉਹ ਗੂਸਬਮਸ ਉਹਨਾਂ ਦੇ ਖੜੇ ਹੋ ਜਨੈ ਭਾਜੀ ਐਕਟ ਮੇਰੇ ਤਾਂ ਆਹੀ ਦੇਖ ਕੇ ਗੂਸਬਮਖੜੇ ਨੇ ਯਾਰ ਮੈਂ ਤਾਂ ਕੀ ਦੇਖੂਗਾ ਹੋਰ ਪਰ ਬੜਾ ਸੁਆਬ ਆਇਆ ਤੁਹਾਡਾ ਨਾਲ ਗੱਲ ਕਰਕੇ ਪਤਾ ਨਹੀਂ ਲੱਗਿਆ ਵਕਤ ਦਾ ਭਾਜੀ ਜਮੇ ਹੀ ਨਹੀਂ ਪਤਾ ਲੱਗਿਆ ਮੈਨੂੰ ਤਾਂ ਜਦੋਂ ਭਾਜੀ ਨੇ ਉਦੋਂ ਇੱਕ ਥੋੜਾ ਜਿਹਾ ਉਹ ਦਿੱਤਾ ਪਰ ਬਹੁਤ ਬਾਖਮਾਲ ਤੁਹਾਡਾ ਜਿਹੜਾ ਉਹ ਕੰਮ ਹੈ ਤੁਹਾਡੀ ਕਲਾ ਹੈ ਤੁਹਾਡੀ ਸਕਿੱਲ ਹੈ ਪਰ ਮੈਂ ਇਹੀ ਪ੍ਰੇ ਕਰੂੰਗਾ ਇਹੀ ਕੋਸ਼ਿਸ਼ ਕਰੂੰਗਾ ਤੁਹਾਨੂੰ ਦੁਆਵਾਂ ਦੇਵਾਂਗੀ ਪਰਮਾਤਮਾ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰੱਖੇ ਉਹਦਾ ਇੱਕ ਕਾਰਨ ਹੈ ਕਿਉਂਕਿ ਤੁਸੀਂ ਸੁਸਾਇਟੀ ਨੂੰ ਜਿਹੜਾ ਨਾਲ ਲੈ ਕੇ ਚੱਲ ਰਹੇ ਹੋ ਨਾ ਮੇਰੇ ਲਈ ਇਹ ਬਹੁਤ ਵੱਡੀ ਗੱਲ ਜਿਵੇਂ ਮੈਂ ਇੱਕ ਫਿਲਮ ਦੇਖ ਰਿਹਾ ਤਾਲੀ ਕਾ ਨਾ ਟ੍ਰਾਂਸਜੈਂਡਰਜ਼ ਦੇ ਉੱਤੇ ਫਿਲਮ ਹੈ ਤੇ ਅੱਜ ਕੱਲ ਉਹ ਵੀ ਬੜਾ ਚੱਲ ਰਿਹਾ ਤੇ ਉਹਦੇ ਚ ਨਾ ਜਦੋਂ ਇੱਕ ਟ੍ਰਾਂਸਜੈਂਡਰ ਅੱਗੇ ਲੱਗਦਾ ਨਾ ਪੂਰੇ ਟ੍ਰਾਂਸਜੈਂਡਰ ਕਮਿਊਨਿਟੀ ਨੂੰ ਸਮਝਣ ਲਈ ਹਾਂਜੀ ਭਾਈ ਤਾਂ ਉਵੇਂ ਹੀ ਮੈਨੂੰ ਖੁਸ਼ੀ ਹੁੰਦੀ ਹੈ ਕਿ ਜਦੋਂ ਕੋਈ ਯੰਗਸਟਰ ਵੱਡੇ ਲੈਵਲ ਤੇ ਜਾ ਰਿਹਾ ਹੁੰਦਾ ਜਾਂ ਫੇਮਸ ਹੋ ਰਿਹਾ ਹੁੰਦਾ ਤੁਸੀਂ ਆਪਣੇ ਫੀਲਡ ਚ ਫੇਮਸ ਹੋ ਰਹੇ ਹੋ ਪਰ ਉਹਦੇ ਵਿੱਚ ਜਿਹੜੀ ਇਨਸਾਨੀਅਤ ਦੀ ਚਲਕ ਹੁੰਦੀ ਹੈ ਨਾ ਕਿ ਜਿਵੇਂ ਤੁਸੀਂ ਆਪਣੇ ਸ਼ੋਅ ਦੀ ਡੋਨੇਟ ਕਰ ਰਹੇ ਹੋ ਜਾਂ ਤੁਸੀਂ ਜਿਹੜੇ ਆ ਹਿਊਮੈਨਿਟੀ ਨਾਲ ਨਾਲ ਕੈਰੀ ਕਰਦੇ ਹੋ ਫਿਰ ਮੇਰੇ ਦਿਲ ਚੋਂ ਦੁਆ ਨਿਕਲਦੀ ਕਿ ਇਹਨੂੰ ਤਾਂ ਅੱਗੇ ਕਰ ਬਹੁਤ ਬ ਲੋਕ ਆਪਣੀ ਵੱਡੀ ਗੱਡੀ ਫਰਾਰੀ ਲਈ ਦੀ ਫੋਟੋ ਪਾ ਦਿੰਦੇ ਨੇ ਕਿ ਮੈਂ ਦੇਖੋ ਸਾਈਕਲ ਤੇ ਸੀ ਅੱਜ ਮੈਂ ਫਰਾਰੀ ਲੈ ਲਈ ਪਰ ਉਹ ਜਿਹੜੀ ਨਾਲ ਸਾਡੀ ਸੁਸਾਇਟੀ ਨੂੰ ਪੇਬੈਕ ਕਰਨ ਦੀ ਜ਼ਿੰਮੇਵਾਰੀ ਉਹ ਭੁੱਲ ਜਾਂਦੇ ਨੇ ਜੇ ਉਹ ਨਿਭਾਉਂਦੇ ਨਹੀਂ ਤਾਂ ਕਹਿੰਦੇ ਅਸੀਂ ਗੁਪਤ ਕਰਦੇ ਹਾਂ ਹਾਂਜੀ ਬਈ ਉਹ ਗੁਪਤ ਦਾ ਜਿਹੜਾ ਚੱਕਰ ਆ ਉਹਦੇ ਚੱਕਰ ਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਕਿਉਂਕਿ ਜਦੋਂ ਆਪਾਂ ਗੁਪਤ ਸੇਵਾ ਕਰਦੇ ਹਾਂ ਨਾ ਬਾਈ ਠੀਕ ਹੈ ਪੁਰਾਣੇ ਟਾਈਮ ਚ ਗੁਪਤ ਸੇਵਾ ਲਿਖੀ ਸੀ ਗੁਰੂ ਸਾਹਿਬ ਨੇ ਉਹ ਅੱਜ ਕੱਲੂਗਾ ਔਰ ਅੱਜ ਕੱਲੂ ਦੇ ਟਾਈਮ ਦੇ ਵਿੱਚ ਜੇ ਮੈਂ ਅੰਧਵਿਸ਼ਵਾਸ ਤੁਹਾਨੂੰ ਕਹਾਂਗੀ ਬਾਈ ਪਾ ਦੋ ਖਾਤੇ 'ਚ ਲੱਖ ਤੁਸੀਂ ਪਾਤਾ ਹੁਣ ਇੰਨੇ ਮਿਲੀਅਨ ਫਾਲੋਅਰਸ ਨੇ ਤਾਂ ਸਾਰਿਆਂ ਨੇ ਜਾਂ ਲੱਖ ਲੱਖ ਪਾਤਾ ਕਿੰਨੇ ਕਰੋੜਾ ਰਬਰ ਮੇਰੇ ਕੋਲ ਆ ਗਏ ਮੈਂ ਅੱਗੇ ਦਿੱਤੇ ਕਿ ਨਹੀਂ ਦਿੱਤੇ ਇਹ ਨਹੀਂ ਪਤਾ ਨਹੀਂ ਪਤਾ ਤਾਂ ਡੋਨੇਸ਼ਨ ਸਹੀ ਹੱਥਾਂ 'ਚ ਪਹੁੰਚਾਣੀ ਆਪਣੇ ਅੱਖੀਂ ਦੇਖਣਾ ਕੀ ਹੋ ਰਿਹਾ ਕੀ ਨਹੀਂ ਆਪਣੀ ਜ਼ਿੰਮੇਵਾਰੀ ਸਮਝਣੀ ਭਾਵੇਂ 5 ਸਾਲ ਡੋਨੇਸ਼ਨ ਇਕੱਠੀ ਕਰੋ ਤੁਸੀਂ ਤੁਹਾਡੇ ਕੋਲ ਨਹੀਂ ਟਾਈਮ ਹੈਗਾ ਹਰ ਮਹੀਨੇ ਜਾਣ ਦਾ ਸਬੂਤ ਤੁਸੀਂ ਕੈਨੇਡਾੋਂ ਪਰ ਤੁਸੀਂ ਘਰੇ ਇੱਕ ਗੁੱਲਕ ਲਾ ਕੇ ਉੱਚ ਪਾਓ ਕਿ ਭਾਈ ਇਹ ਮੇਰੀ ਦਸਵੰਦ ਹੈ ਜਦੋਂ ਕਦੀ ਇੰਡੀਆ ਆਓ ਜਾਂ ਜਿੱਥੇ ਵੀ ਤੁਸੀਂ ਰਹਿੰਦੇ ਹੋ ਮੈਂ ਨਹੀਂ ਕਹਿੰਦਾ ਕਿ ਤੁਸੀਂ ਪੰਜਾਬ 'ਚ ਹੀ ਦਿਓ ਜਿਹੜੀ ਜਿਹੜੀ ਤੁਹਾਡੀ ਮਾਂ ਧਰਤੀ ਨੇ ਤੁਹਾਨੂੰ ਜਨਮ ਦਿੱਤਾ ਲਾਈਕ ਮੈਂ ਲੁਧਿਆਣੇ ਜਨਮ ਲੈਂਦਾ ਨਾ ਤਾਂ ਮੇਰੀ ਲੁਧਿਆਣੇ ਮਾਂ ਭੂਮੀ ਹੈ ਤਾਂ ਲੁਧਿਆਣੇ ਨੂੰ ਮੇਰੀ ਇੱਕ ਦੇਣ ਹੋਣੀ ਚਾਹੀਦੀ ਆ ਚਲੋ ਮੇਰੀ ਔਕਾਤ ਕੀ ਦੇਣ ਦੀ ਤਾਂ ਉਵੇਂ ਜਿੰਨੀ ਵੀ ਲੋਕ ਆਪਣੀ ਜ਼ਿੰਦਗੀ ਚ ਮਿਹਨਤ ਕਰਦੇ ਨੇ ਜ਼ੀਰੋ ਤੋਂ ਉੱਠਦੇ ਨੇ ਉਹ ਇੱਕ ਪੀਗੀ ਬੈਂਕ ਲਾਣ ਜਦੋਂ ਜਿੱਦਾਂ ਹੁਣ ਬਈ ਆਪਣਾ ਜਨਮ ਦਿਨ ਹੁੰਦਾ ਅਸੀਂ ਸਾਰਾ ਦਿਨ ਫ੍ਰੀ ਰਹਨੇ ਆਗਾ ਜਦ ਮੇਰਾ ਬਰਥਡੇ ਆ ਮੈਂ ਕੇਕ ਕੱਟੂਗਾ ਮੈਂ ਪਾਰਟੀ ਕਰੂਗਾ ਉਵੇਂ ਸਾਲ ਚ ਇੱਕ ਦਿਨ ਰੱਖ ਲੈਣ ਕਿ ਅੱਜ ਮੇਰਾ ਹਿਊਮੈਨਿਟੀ ਦਿਨ ਆ ਅੱਜ ਮੈਂ ਸਾਰਾ ਦਿਨ ਸੇਵਾ ਕਰਨੀ ਆ ਜੇਬ ਚ ਪਾਓ ਪੈਸੇ ਮੇਰੇ ਵਰਗਾ ਕੋਈ ਫੜ ਲਓ ਉਹਨਾਂ ਕੋ ਹਾਂ ਬਈ ਦੱਸ ਇਹ ਪੈਸੇ ਕਿੱਥੇ ਦੇਣੇ ਆ ਮੇਰੇ ਨਾਲ ਚੱਲ ਹਾਂਜੀ ਮੈਨੂੰ ਨਹੀਂ ਦੇਣੇ ਸਾਡੇ ਵਰਗੇ ਹਰ ਸ਼ਹਿਰ ਦੇ ਵਿੱਚ ਅੱਜ ਕੱਲ੍ਹ ਹੈਗੇ ਨੇ ਪਰ ਉਹਨਾਂ ਕੱਲ ਲੱਗ ਗਿਆ ਕਿ ਬਿਨਾਂ ਕਾਊਂਟ ਨੰਬਰ ਵਾਲੇ ਦੁਨੀਆ 'ਚ ਸਿਰਫ ਅਸੀਂ ਆਂ ਹਾਂਜੀ ਬਾਕੀ ਸਾਰੇ ਪੇਟੀਐਮ ਨੰਬਰ ਅਕਾਊਂਟ ਨੰਬਰ ਵਾਲੇ ਹੈਗੇ ਨੇ ਬਿਲਕੁਲ ਫੜੋ ਪੁੱਛੋ ਕਹਾਂ ਬਈ 10 ਕਿਨੂੰ ਲੋੜ ਹੈ ਮੈਂ ਤੁਹਾਨੂੰ ਕਿਹਾ ਕਿ ਆ ਬੱਚੇ ਨੂੰ ਲੋੜ ਹੈ ਉਹਦੇ ਘਰ ਜਾਓ ਹੂੰ ਵੈਰੀਫਾਈ ਕਰੋ ਉਹਦੇ ਹਸਪੀਟਲ ਜਮਾ ਕਰਾਓ ਫਿਰ ਮੈਂ ਤੁਹਾਨੂੰ ਕਿਹਾ ਬਈ ਯਾਰ ਬੱਚੇ ਨੂੰ ਪੜ੍ਹਾਈ ਦੀ ਜ਼ਰੂਰਤ ਹੈ ਤੁਸੀਂ ਕਹੋ ਚਲੋ ਮੇਰੇ ਨਾਲ ਗਏ ਉੱਥੇ ਕਰ ਰਿਹਾ ਫਿਰ ਮੈਂ ਤਾਂ ਕਹਿੰਦਾ ਯਾਰ ਆ ਰਾਸ਼ਨ ਚਾਹੀਦਾ ਮਾਤਾ ਨੇ ਦੇ ਬੱਚੇ ਹੈ ਨਹੀਂ ਫਿਰ ਤੁਸੀਂ ਉਹਨੂੰ ਦਿਓ ਇਹਦੀ ਬਜਾਏ ਤੁਸੀਂ ਮੈਨੂੰ ਫੜਾ ਜੋ ਤੇ ਮੈਂ ਕਹਾਂ ਯਾਰ ਅਨਮੋਲ ਬੋਲਦਾ ਬਹੁਤ ਸੋਹਣਾ ਇਹ ਤਾਂ ਰੱਬ ਤੋਂ ਬਹੁਤ ਡਰਦਾ ਗੱਲਾਂ ਬੜੀਆਂ ਸੋਹਣੀਆਂ ਸੋਹਣੀਆਂ ਕਰਦਾ ਇਹ ਤਾਂ ਪੈਸੇ ਨਹੀਂ ਖਾਊਗਾ ਉਹ ਰੋਹੀ ਖਾਂਦਾ ਆਪਣੇ ਹੱਥੀਂ ਦਾਨ ਕਰੋ ਅਕਾਊਂਟ ਨੰਬਰ ਸਿਸਟਮ ਪਾਵੇਂ ਬਾਈ ਤੁਸੀਂ ਮੇਰੇ ਤੇ ਲੱਖ ਟਰਸਟ ਕਰਦੇ ਹੋ ਪੈਸੇ ਨਹੀਂ ਦੇਣਾ ਨਹੀਂ ਦੇਣ ਭਾਈ ਹਰ ਬੰਦੇ ਤੱਕ ਮੇਰਾ ਇਹ ਮੈਸੇਜ ਮੈਂ ਕੋਸ਼ਿਸ਼ ਕਰਦਾ ਪਹੁੰਚਾਣ ਦੀ ਕਿ ਆਪਣੇ ਹੱਥੀਂ ਦਾਨ ਕਰੋ ਤੁਸੀਂ 100 ਰੁਪਏ ਵੀ ਦੇਣਾ ਨਾ ਆਪਣੇ ਹੱਥੀਂ ਕਿਸੇ ਨੂੰ ਦਵਾਈਆਂ ਦਾ ਪਤਾ ਲੈ ਕਿਸੇ ਨੂੰ ਹਸਪੀਟਲ ਚ ਜਮਾ ਕਰਾ ਦਿਓ ਕਿਸੇ ਨੂੰ ਰਾਸ਼ਨ ਲੈ ਦਿਓ ਕਿਸੇ ਨੂੰ ਬੁੱਕ ਲੈ ਦਿਓ 100 ਰੁਪਏ ਦੀ ਕਿਤਾਬ ਲੈ ਦਿਓ ਪਰ ਜਿਹੜਾ ਖਾਤਿਆਂ ਚ ਮਿਲੀਅਨ ਡਾਲਰ ਚੱਲ ਜਾਂਦੇ ਆ ਤੇ ਉਹ ਅੱਗੇ ਨਹੀਂ ਜਾਂਦੇ ਉਹ ਬਹੁਤ ਗਲਤ ਹੈ ਬਹੁਤ ਵੱਡੀ ਗੱਲ ਹੈ ਭਾਜੀ ਬਹੁਤ ਦੋ ਗੱਲਾਂ ਇਹਦੇ ਵਿੱਚ ਬਹੁਤ ਵੱਡੀਆਂ ਚੈੱਕ ਕਰਨ ਵਾਲੀਆਂ ਸੀਗੀਆਂ ਇੱਕ ਤਾਂ ਮੇਨ ਵੀ ਜਿਹੜਾ ਦਸਵੰਤ ਹੈਗਾ ਤੁਸੀਂ ਸਾਈਡ ਤੇ ਰੱਖਣਾ ਤੇ ਉਸ ਤੋਂ ਬਾਅਦ ਦੂਜਾ ਜਿਹੜਾ ਹੈਗਾ ਤੁਸੀਂ ਮੇਕ ਸ਼ੋਰ ਕਰਨਾ ਵੀ ਜਿਹੜੀ ਤੁਹਾਡੀ ਸਾਰੀ ਡੋਨੇਸ਼ਨ ਤੁਸੀਂ ਦੇ ਰਹੇ ਹੋ ਐਕਚੁਅਲੀ ਪਹੁੰਚ ਰਹੀ ਹੈ ਕਿ ਨਹੀਂ ਤੇ ਉਹਦੇ ਵਾਸਤੇ ਆਪਣੇ ਕੋਲ ਇੱਕ ਸਰੀਆ ਐਨ ਜੀਓ ਦੇ ਇੱਥੇ ਅਨਮੁਲਕਾ ਬਾਤਰਾ ਜੀ ਬੈਠੇ ਨੇ ਤੇ ਫੋਰ ਸ਼ੋਰ ਤੁਹਾਡਾ ਸਹੀ ਹੱਥਾਂ 'ਚ ਪਹੁੰਚੂਗਾ ਪਹੁੰਚੂਗਾ ਤੇ ਨਹੀਂ ਭਾਜੀ ਇਟ ਵਾਸ ਅਮੇজিং ਹਾਂ ਇੱਕ ਚੀਜ਼ ਮੈਂ ਲਾਸਟ ਲੁੱਕ ਨਾਲ ਜ਼ਰੂਰ ਦੱਸਣਾ ਚਾਹਣਾ ਵੀ ਪਲੀਜ਼ ਤੁਸੀਂ ਮੇਕ ਸ਼ੋਰ ਕਰਿਓ ਜਿਹੜੀ ਵੀ ਅੱਥੇ ਸਾਡੀਆਂ ਗੱਲਾਂ ਜੋ ਦੇ ਵਿੱਚ ਕਿਤੇ ਸਾਡੀ ਵੂਡੂ ਬਾਰੇ ਗੱਲ ਹੋਈ ਅਸੀਂ ਕਿਤੇ ਵੀ ਵੂਡੂ ਨੂੰ ਪ੍ਰੋਮੋਟ ਨਹੀਂ ਕਰ ਰਹੇ ਉਹ ਵੂਡੂ ਬਾਰੇ ਇੱਕ ਜਸਟ ਮੇਰੇ ਇੱਕ ਕੁਝ ਨੋਲੇਜ ਸੀ ਜਿਹੜੀ ਕਿ ਮੈਂ ਸਟੱਡੀ ਕੀਤੀ ਤਾਂ ਮੈਨੂੰ ਉਹਦੇ ਬਾਰੇ ਕੁਝ ਪਤਾ ਲੱਗਾ ਪਰ ਮੈਂ ਉਹਦੇ ਵਿੱਚ ਖੁਦ ਵੀ ਬਿਲੀਵ ਨਹੀਂ ਕਰਦਾ ਤੇ ਮੈਂ ਨਹੀਂ ਚਾਹੁੰਦਾ ਤੁਸੀਂ ਵੀ ਬਿਲੀਵ ਕਰੋ ਦੂਜੀ ਗੱਲ ਜਿਹੜੇ ਵੀ ਬਾਬਿਆਂ ਬਾਰੇ ਅਸੀਂ ਗੱਲ ਕਰ ਰਹੇ ਹਾਂ ਬਹੁਤ ਸਾਰੇ ਵਧੀਆ ਇਦਾਂ ਦੇ ਸੰਤ ਵੀ ਨੇ ਜਿਹੜੇ ਕਈ ਵਾਰੀ ਪ੍ਰਵਚਨ ਦੇੰਦੇ ਨੇ ਮਨ ਨੂੰ ਖੁਦ ਵੀ ਸੋਹੰਦਾ ਤੇ ਬਹੁਤ ਹੀ ਵਧੀਆ ਲੋਕ ਨੇ ਅਸੀਂ ਤੁਹਾਨੂੰ ਨੈਗੇਟਿਵ ਬਾਬਿਆਂ ਤੋਂ ਬਚਾ ਰਹੇ ਹਾਂ ਇੱਕ ਹੈਗੇ ਨੇ ਮੈਂ ਨਾਮ ਲੈਣਾ ਚਾਹੁੰਦਾ ਵਿੱਚ ਸਨਾਤਨ ਧਰਮ ਤੋਂ ਨਾ ਉਹ ਸੁਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਮੈਂ ਉਹਨਾਂ ਅੱਗੇ ਝੁਕਿਆ ਦਿਲੋਂ ਅੱਛਾ ਜੀ ਇੱਕ ਮੈਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਦਾ ਦਿਲੋਂ ਇੱਕ ਉਹਨਾਂ ਅੱਗੇ ਕਿਉਂਕਿ ਜੋ ਉਹਨਾਂ ਦੀ ਬਾਣੀ ਹੈ ਨਾ ਉਹਨਾਂ ਕੋਲੇ ਉਹਨਾਂ ਦਾ ਵੀ ਬਹੁਤ ਤਪੱਸਿਆ ਬਈ ਜ਼ਿੰਦਗੀ 'ਚ ਹਾਂਜੀ ਭਾਜੀ ਮੈਨੂੰ ਲੱਗਦਾ ਕਿ ਬਾਬੇ ਦੀ ਪਛਾਣ ਕਰਨ ਦੇ ਨਾਲ ਇੱਕ ਸਭ ਤੋਂ ਵੱਡੀ ਖੂਬੀ ਹੈ ਕਿ ਕਿਸੇ ਵੀ ਬਾਬੇ ਨੂੰ ਨਾ ਜੇਬੋਂ ਮੰਨਣਾ ਬੰਦ ਕਰ ਦੋ ਅੱਛਾ ਸਮਝ ਗਏ ਤੁਸੀਂ ਮੈਨੂੰ ਨਾ ਯਾਰੀ ਪਾ ਲਓ ਜੇਬਾਂ ਲੌਕ ਕਰ ਲਓ ਦੇਖੋ ਯਾਰੀ ਕਿਸ ਦਿਨ ਕਿੰਨੇ ਦਿਨ ਨਿਭਦੀ ਕਿੰਨੇ ਦਿਨ ਨਿਭਦੀ ਭਾਜੀ ਮੰਨੋ ਬਾਬਿਆਂ ਨੂੰ ਜਾਓ ਉੱਥੇ ਮੱਥੇ ਟੇਕਣ ਪਰ ਪ ਉਹ ਬਾਬੇ ਨੇ ਜਿਹੜੇ ਤੁਹਾਡੇ ਕੋਲ ਪੈਸੇ ਲਾ ਕੇ ਬਲੱਡ ਕੈਂਪ ਲਾਣਾ ਹੈ ਦਵਾਈਆਂ ਦਾ ਲੰਗਰ ਲਾਣਾ ਤੁਸੀਂ ਸਿੱਧਾ ਲਾ ਲਓ ਉਹਨੂੰ ਵਿੱਚ ਵਿਚੋਲਾ ਕੇ ਬਣਾਣਾ ਸਹੀ ਗੱਲ ਹੈ ਤੁਸੀਂ ਬਾਬੇ ਕੋਲ ਜਾਂਦੇ ਹੋ ਉੱਥੇ ਮੱਥਾ ਟੇਕਦੇ ਹੋ ਹਾਂਜੀ ਉਹਦਾ ਹੋਰ ਸਿਸਟਮ ਵੱਧਾ ਹੈ ਫਿਰ ਉਹ ਬਾਬਾ ਮੇਲਾ ਕਰਾਂਦਾ ਤੁਹਾਡੇ ਕੋਲ ਪੈਸੇ ਮੰਗਦਾ ਹੋਰ ਸਿਸਟਮ ਵੱਧਾ ਹੈ ਉਹ ਬਾਬੇ ਨੂੰ ਘਰੋਂ ਲੈ ਕੇ ਆਵੇ ਆਪਣੇ ਬਿਲਕੁਲ ਹੀ ਆਪ ਕਮਾ ਲਾ ਤੇ ਫਿਰ ਸਾਨੂੰ ਮੇਲਾ ਦਿਖਾ ਕੋਈ ਸਿੰਗਰ ਬੁਲਾਉਂਦੇ ਨੇ ਆਪਣੇ ਮੇਲੇ ਤੇ ਹੋਰ ਉਹ ਸਥਾਨ ਫੇਮਸ ਹੋ ਜਾਂਦਾ ਇੰਨੇ ਸਥਾਨ ਬਣ ਕੇ ਰਹੇ ਨੇ ਇਹੀ ਸਥਾਨ ਦੀ ਜਗ੍ਹਾ ਜਿਹੜਾ ਹਸਪੀਟਲ ਖੁੱਲ ਜੰਦਾ ਸਕੂਲ ਖੁੱਲ ਜਾਣ ਯਾਰਾ ਮੇਰਾ ਸਥਾਨ ਹੈ ਇੱਥੇ ਸਕੂਲ ਖੁੱਲਿਆ ਬੱਚੇ ਆ ਕੇ ਪੜੋ ਹੁਣ ਇੱਕ ਤੁਸੀਂ ਬਈ ਮੇਰੇ ਸਰਹਾਣੇ ਬੈਠੇ ਰਹੋ ਸਾਰਾ ਦਿਨ ਮੈਂ ਤੁਹਾਨੂੰ ਸਿਖਾ ਕੀ ਰਿਹਾ ਐ ਐਗਜ਼ੈਕਟਲੀ ਤੁਹਾਡੇ ਮੋਰੇ ਸਿਕਟਾ ਫੁੱਕੀ ਜੰਨਾ ਸ਼ਰਾਬ ਪੀ ਜੰਨਾ ਤੁਸੀਂ ਕੀ ਸਿੱਖੋਗੇ ਮੇਰੇ ਕੋਲ ਬਿਲਕੁਲ ਇਹੀ ਤੁਸੀਂ ਕਿਸੇ ਮੰਦਰ ਚ ਜਾ ਕੇ ਪੰਡਿਤ ਨੂੰ ਬਿਠਾਓ ਕੋਲ ਤੇ ਕਹਿ ਮੈਨੂੰ ਭਗਵਦ ਗੀਤਾ ਬਾਰੇ ਕੁਝ ਸਿਖਾ ਕੁਝ ਸਿਖਾ ਮੈਨੂੰ ਗੁਰਦੁਆਰੇ ਜਾਓ ਉੱਥੇ ਬਾਬਾ ਜੀ ਨੂੰ ਕੋ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਗੱਲ ਸੁਣਾ ਤੁਸੀਂ ਸਿੱਖੋਗੇ ਤੁਸੀਂ ਕੱਲ ਮੈਨੂੰ ਪੜ੍ਹ ਕੇ ਨਾ ਦੱਸ ਮੈਨੂੰ ਦਾ ਅਰਥ ਦੱਸੋ ਅਰ ਜਦੋਂ ਤੁਸੀਂ ਪਾਜੀ ਕੋਈ ਆਰਟਿਸਟ ਬਣਾਦੇ ਹੋ ਨਾ ਤਾਂ ਉਹਦੇ ਵਿੱਚ ਇੱਕ ਚੀਜ਼ ਹੈਗੀ ਹੈ ਕਈ ਸਿੰਗਰ ਨੇ ਜਿਹੜੇ ਕਿ ਕਾਫੀ ਗੁੱਡ ਨੇ ਪਰ ਉਹ ਬਹੁਤ ਜ਼ਿਆਦਾ ਗੁੱਡ ਨਹੀਂ ਹੈਗੇ ਮਤਲਬ ਵੀ ਉਹ ਸਟੇਜ ਤੇ ਜਾ ਕੇ ਰੌਣਕਾਂ ਹੀ ਲਾਦੇ ਨੇ ਜਿਹੜੇ ਬੰਦੇ ਆਪਦੇ ਆਰਟ ਦੇ ਵਿੱਚ ਬਹੁਤ ਜ਼ਿਆਦਾ ਗੁੱਡ ਹੁੰਦੇ ਨੇ ਨਾ ਪੈਸਾ ਉਹਨਾਂ ਨੂੰ ਹੀ ਕਮਾਉਣ ਨੂੰ ਮਿਲਦਾ ਪਾਜੀ ਉਹਦੇ ਵਿੱਚ ਤੁਹਾਡੀ ਕਿਹੜੀ ਸਟੇਜ ਆਜੇ ਮੇਰੀ ਪਾਜੀ ਉਹ ਸਟੇਜ ਰਾਈਟ ਨਾਓ ਪਿਛਲੇ 4 ਸਾਲ ਤੋਂ ਹੈਗੀ ਆ ਵੀ ਚਲੋ ਵਾਈਗਰ ਦੀ ਮਿਹਰ ਨਾਲ ਮੈਨੂੰ ਮੋਨਿਟਰੀ ਵੈਲਿਊ ਇਹਦੇ ਨਾਲ ਗੁੱਡ ਬਣ ਰਹੀ ਹੈ ਆ ਕਾਸ ਕਰਕੇ ਲਾਸਟ 2-3 ਸਾਲਾਂ ਦੇ ਵਿੱਚ ਪਰ ਉਹ ਤਾਂ ਕਿ ਬਿਕੋਜ਼ ਮੈਂ ਤੁਹਾਨੂੰ ਦੱਸਿਆ ਨਾ ਵੀ ਉਹ ਜਿਹੜਾ 20 ਲੱਖ ਰੁਪਏ ਮੈਂ ਸਾਰਾ ਸਟੇਜ ਸ਼ੋਅ ਦੇ ਉੱਤੇ ਲਾਇਆ ਸਿੰਪਲ ਤਾਂ ਉਹ ਸਟੇਜ ਸ਼ੋਅ ਮੈਂ ਐਡਾ ਪਾ ਜੀ ਆਪਦਾ ਇੱਕ ਤਗੜਾ ਬਣਾਇਆ ਤੇ ਉਦੋਂ ਆ ਫਿਰ ਲੋਕੀ ਕਰਦੇ ਉਹਨਾਂ ਕੋਈ ਡੈਫੀਨਿਟਿਵ ਇੱਕ ਟ੍ਰਿਕਸ ਹੁੰਦੀਆਂ ਪਾ ਜੀ ਮੇਰੇ ਕੋਲ 12 ਰੂਟੀਨਸ ਨੇ ਇਹ 12 ਰੂਟੀਨਸ ਮੈਨੂੰ ਜਿਹੜਾ ਬਲੌਗ ਉੱਤੇ ਜਾ ਕੇ ਕਰ ਦੂੰਗਾ ਪਾ ਜੀ ਮੇਰਾ ਇਹ ਸਿਸਟਮ ਨਹੀਂ ਹੈਗਾ ਤੁਸੀਂ ਮੈਨੂੰ ਬੁੱਕ ਕਰੋਗੇ ਮੈਂ ਇੱਕ ਹਫ਼ਤੇ ਪਹਿਲਾਂ ਜੇ ਮੈਨੂੰ ਕਿਤੇ ਬਰਾਇਡ ਤੇ ਗਰੂਮ ਹੈਗੇ ਜਿਨ੍ਹਾਂ ਦਾ ਮੈਨੂੰ ਕਾਲ ਆਉਂਦਾ ਮੈਂ ਉਹਨਾਂ ਵਾਹ ਜੀ ਵਾਹ ਮੈਂ ਕੀ ਕਰਦਾ ਮੈਂ ਉਹਨਾਂ ਦੀ ਲਾਈਫ ਨੂੰ ਸਟੱਡੀ ਕਰਦਾ ਮੈਨੂੰ ਦੱਸੋ ਅੱਛਾ ਤੁਹਾਡੇ ਪੇਰੈਂਟਸ ਕਿੱਦਾਂ ਤੁਹਾਡੀ ਅਪਬ੍ਰਿੰਗਿੰਗ ਕਿੱਦਾਂ ਸੀਗੀ ਉਸ ਤੋਂ ਬਾਅਦ ਭਾਜੀ ਮੈਂ ਸਾਰਿਆਂ ਦੇ ਨੋਟਸ ਬਣਾਉਣਾ ਮੈਂ ਇੱਕ ਦਿਨ ਪੂਰਾ ਲਾਉਣਾ ਵੀ ਮੈਂ ਉਹਨਾਂ ਦੀ ਲਾਈਫ ਦੇ ਰਿਲੇਟਡ ਕੋਈ ਟ੍ਰਿਕਸ ਬਣਾ ਸਕਾ ਐਨੀ ਮਿਹਨਤ ਕਰਕੇ ਭਾਜੀ ਜਿਹੜਾ ਉਹਦੂਆ ਫਿਰ ਉਹਨਾਂ ਦੇ ਸ਼ੋਅ ਲਾਏਦਾ ਨਾ ਉਹ ਜਿਹੜਾ 45 ਮਿੰਟ ਜਾਂ 1 ਘੰਟਾ ਭਾਜੀ ਉਹਨਾਂ ਲਾਉਨੇ ਆ ਉਹ ਦੇਖਦੇ ਆ ਉਹਨਾਂ ਦੀ ਲਾਈਫ ਨੂੰ ਉਹਨਾਂ ਦੀ ਅੱਖਾਂ ਦੇ ਮੂਰੇ ਲੰਘਦੇ ਹੋਏ ਫਿਰ ਭਾਜੀ ਉਹ ਕਹਿੰਦੇ ਵੀ ਹਾਂ ਯਾਰ ਵੀ ਮਜ਼ਾ ਆ ਗਿਆ ਤੇ ਐਂਡ ਤੇ ਜਾ ਕੇ ਐਂਡ ਤੋਂ ਪਹਿਲਾਂ ਹੀ ਜੇ ਤੁਸੀਂ ਇੰਨੇ ਗੂੜੀਆਂ ਬਹੁਤ ਇੰਪ੍ਰੈਸ ਹੁੰਦੀਆਂ ਨੇ ਤੁਹਾਡੇ ਕੋਲ ਤਾਂ ਤੇ ਤੁਸੀਂ ਸਿੰਗਲ ਹੋ ਬਸ ਭਾਜੀ ਸਿੰਗਲ ਇਸ ਲਈ ਤਾਂ ਨਹੀਂ ਕਹਿੰਦਾ ਕਿ ਜੀ ਮੈਂ ਰੈਡੀ ਟੂ ਮਿੰਗਲ ਨਹੀਂ ਬਸ ਨਹੀਂ ਇਹ ਵੀ ਸਿੰਗਲ ਹੈ ਕਿ ਅਨਮੋਲ ਮੈਜਿਕ ਇਸ ਸਿੰਗਲ ਬਟ ਰੈਡੀ ਟੂ ਮਿੰਗਲ ਅਨਮੋਲ ਦੀ ਇਸ ਸਿੰਗਲ ਪਰ ਨਾਟ ਰੈਡੀ ਟੂ ਮਿੰਗਲ ਭਾਜੀ ਕਿਉਂ ਭਾਜੀ ਮੈਂ ਅਜੇ ਕੈਰੀਅਰ ਤੇ ਬਹੁਤ ਜ਼ਿਆਦਾ ਫੋਕਸ ਕਰ ਰਿਹਾ ਭਾਜੀ ਉਹ ਕੈਰੀਅਰ ਨੂੰ ਆ ਕੇ ਦੰਦੀਆਂ ਮਾਰਦੀ ਹੈ ਨਹੀਂ ਭਾਜੀ ਭਾਜੀ ਪ੍ਰੈਕਟਿਸ ਹੁਣ ਤੁਸੀਂ ਦੇਖੋ ਹਰ ਕੁੜੀ ਜੇ ਤੁਸੀਂ ਕਿਸੇ ਦੇ ਨਾਲ ਵੀ ਰਿਲੇਸ਼ਨਸ਼ਿਪ ਚਾਹੁੰਦੇ ਹੋ ਉਹ ਤੁਹਾਡਾ ਫਰਜ਼ ਬੰਦਾ ਵੀ ਤੁਸੀਂ ਉਹਨੂੰ ਕਿਤੇ ਟਾਈਮ ਦਿਓ ਟਾਈਮ ਤਾਂ ਬਹੁਤ ਕਲੇਸ਼ ਲੱਗਾ ਬਹੁਤ ਭਾਜੀ ਉਹ ਦਿੱਤਾ ਨਹੀਂ ਜਾਂਦਾ ਮੈਂ ਦਿੱਤਾ ਨਹੀਂ ਜਾਂਦਾ ਦੋਨੋਂ ਨੂੰ ਮੋਲੀ ਸਿੰਗਲ ਨੇ ਹਾਂ ਤਾਂ ਕਿ ਤਾਂ ਕਿ ਚਾਹੁੰਨ ਪਰਖ ਚਾਹੁੰਨ ਬੋਜੀ ਪ੍ਰੈਕਟਿਸ ਕਰਨ ਲੱਗ ਜਾਈ ਉਹ ਪ੍ਰੈਕਟਿਸ ਜਿਹੜੇ ਹੈਗਾ ਉਹਦੇ ਵਿੱਚ ਮੇਰੇ ਜਿੰਨੇ ਵੀ ਕੁਝ ਕੁ ਰਿਲੇਸ਼ਨਸ਼ਿਪ ਰਹੇ ਨੇ ਮੈਨੂੰ ਕਿਤੇ ਕਾਲ ਆ ਜਾਂਦੀ ਵੀ ਹਾਂਜੀ ਅਨਮੋਲ ਮੈਂ ਚਾਹੁੰਦਾ ਤੂੰ ਸਾਡੇ ਨਾਲ ਗੱਲ ਕਰ ਮੈਂ ਕੀ ਹੁਣ ਮੈਂ ਗੱਲ ਕੀ ਕਰ ਮੈਂ ਇਧਰ ਪ੍ਰੈਕਟਿਸ ਕਰ ਰਿਹਾ ਹਾਂ ਸੋ ਹਰ ਆਪਣਾ ਕਰੀਅਰ ਬਣਾਉਣ ਚ ਲੱਗੇ ਹੈ ਇਤਿਹਾਸ ਰਚਨ ਚ ਲੱਗੇ ਹੈ ਹਾਂਜੀ ਹਾਂਜੀ ਬਿਲਕੁਲ ਉਹ ਵੀ ਆਪਣੀ ਜਗ੍ਹਾ ਸਹੀ ਨੇ ਹਾਂਜੀ ਤਾਂ ਮੇਰੇ ਨਾਲ ਵੀ ਇਦਾਂ ਹੀ ਹੁੰਦਾ ਉਹ ਵੀ ਆਪਣੀ ਜਗ੍ਹਾ ਸਹੀ ਨੇ ਅਸੀਂ ਵੀ ਆਪਣੀ ਜਗ੍ਹਾ ਸਹੀ ਆ ਫਿਰ ਅਸੀਂ ਅਲੱਗ-ਅਲੱਗ ਹੀ ਸਹੀ ਆ ਸਮਝੋ ਕੋਈ ਚੱਕਰ ਨਹੀਂ ਕਿ ਤਰ੍ਹਾਂ ਕਿਤੇ ਕੋਈ ਆਊਗੀ ਜ ਫੜ ਲੇਗੀ ਨਾ ਫਿਰ ਤੁਹਾਨੂੰ ਜਾਦੂ ਫੜ ਲੇਗੀ ਤੁਹਾਡੇ ਜਾਦੂਗਰ ਨਹੀਂ ਚਾਹੀਦੀ ਤੁਹਾਨੂੰ ਆਮ ਕੁੜੀ ਨੂੰ ਤਾਂ ਵਿਚਾਰੀ ਸਮਝ ਨਹੀਂ ਆਣੀ ਤੁਹਾਡੀ ਮੈਂ ਕੁਝ ਕਿ ਰਿਲੇਸ਼ਨਸ਼ਿਪਸ ਦੇਖੇ ਨੇ ਆਪਣੀ ਮੈਜਿਕ ਦੇ ਕਰੀਅਰ ਦੇ ਵਿੱਚ ਜਿਹੜੀ ਕਿ ਬਹੁਤ ਹੀ ਗੁੱਡ ਮਿਜਿਸ਼ੀਅਨਸ ਤੇ ਜਿਨ੍ਹਾਂ ਨੇ ਇੱਕ ਮਿਜਿਸ਼ੀਅਨ ਕੁੜੀ ਨਾਲ ਹੀ ਵਿਆਹ ਕੀਤਾ ਉਹ ਅਜੇ ਤੱਕ ਮੈਂ ਕੋਈ ਵੀ ਨਿਵਦਾ ਹੋਇਆ ਨਹੀਂ ਦੇਖਿਆ ਬਹੁਤ ਰੇਅਰ ਹੈ ਕੋਈ ਨਿਵਦਾ ਦੇਖਿਆ ਪਤਾ ਨਹੀਂ ਕਿਉਂ ਸ਼ਾਇਦ ਆਪਸ ਵਿੱਚ ਸ਼ਾਇਦ ਇੱਕ ਕਰੀਅਰ ਦੀ ਇੱਕ ਈਗੋ ਆ ਜਾਂਦੀ ਉਹਨਾਂ ਦੇ ਵਿੱਚ ਜਾਂ ਫਿਰ ਭਾਜੀ ਮੇਬੀ ਉਹਨਾਂ ਦੇ ਵਿੱਚ ਕੁਝ ਕਿਉਂਕਿ ਕਈ ਵਾਰੀ ਮੇਬੀ ਮੁੰਡਾ ਇੱਡਾ ਸাকਸੈਸਫੁਲ ਨਹੀਂ ਹੁੰਦਾ ਕੁੜੀ ਬਹੁਤ ਸাকਸੈਸਫੁਲ ਹੋ ਜਾਂਦੀ ਹੈ ਕੁਝ ਈਗੋ ਆ ਜਾਂਦੀ ਹੈ ਉਹਨਾਂ ਦੇ ਵਿੱਚ ਜਾਂ ਫਿਰ ਮੁੰਡਾ ਕੁੜੀ ਸাকਸੈਸਫੁਲ ਨਹੀਂ ਹੁੰਦੀ ਮੁੰਡਾ ਸাকਸੈਸਫੁਲ ਹੋ ਜਾਂਦਾ ਜਾਂ ਫਿਰ ਭਾਜੀ ਦੋਵਾਂ ਦਾ ਨਾ ਮਾਈਂਡ ਅਟੈਡ ਹੁੰਦਾ ਮੈਂ ਜਦੋਂ ਤੱਕ ਮੇਰੀ ਇੱਕ ਟ੍ਰਿਕ ਰੈਡੀ ਨਹੀਂ ਹੋ ਜਾਂਦੀ ਮੈਂ ਕਿਸੇ ਤੋਂ ਸਲਾਹ ਨਹੀਂ ਲੈਂਦਾ ਬਿਕਾਜ਼ ਮੇਰੀ ਵਿਜ਼ਨ ਕੋਈ ਨਾਰਮਲੀ ਸਮਝਦਾ ਨਹੀਂ ਮੈਂ ਉਹਨੂੰ ਐਂ ਕਹਿੰਦਾ ਵੀ ਠੀਕ ਹੈ ਆ ਮੈਂ ਹਮੇਸ਼ਾ ਪਹਿਲਾਂ ਇਫੈਕਟ ਸੋਚਦਾ ਠੀਕ ਆ ਮਾਈਕ ਮੇਰੇ ਸਾਹਮਣੇ ਆ ਮਾਈਕ ਮਾਈਕ ਨੂੰ ਗਾਇਬ ਕਰਨਾ ਮੈਂ ਫਿਰ ਪ੍ਰੈਕਟਿਸ ਕਰੂੰਗਾ ਮੈਂ ਮੋਜਾਇਬ ਕਿੱਦਾਂ ਕਰ ਸਕਦੇ ਹੋ ਨਹੀਂ ਅਜੇ ਨਹੀਂ ਕਰ ਸਕਦੇ ਜੀ ਵੈਸੇ ਕਰਦੇ ਐਡੀਟਿੰਗ ਦੇ ਥਰੂ ਕਰ ਸਕਦੇ ਮੈਂ ਇਹਦਾ ਚੁਟਕੀ ਮਾਰੂੰਗਾ ਫਿਰ ਆਪਾਂ ਕੈਮਰਾ ਨੂੰ ਲੌਕ ਕਰਾਂਗੇ ਫਿਰ ਉਹ ਦੂਹਰ ਭਾਜੀ ਚੱਕ ਕੇ ਲੈ ਕੇ ਜਾਣਗੇ ਫਿਰ ਮੈਂ ਇਧਰ ਕਰਕੇ ਦੇਖੋ ਆਪੋ ਜੀ ਕਰ ਸਕਦਾ ਇਹ ਤੋਂ ਤੁਹਾਨੂੰ ਵੀ ਪਾ ਸਕਦੇ ਆ ਇਹ ਬੰਦੇ ਦਾ ਪਰ ਹਾਂ ਉਹ ਚੀਜ਼ ਭਾਜੀ ਅਜੇ ਨਹੀਂ ਪਰ ਹਾਂ ਮੈਨੂੰ ਜੇ ਤੁਸੀਂ ਟਾਈਮ ਦੋਗੇ ਤੇ ਤੁਸੀਂ ਮੈਨੂੰ ਕਹੋਗੇ ਅਨਮੋਲ ਮੇਰਾ ਉਹ ਇਵੈਂਟ ਆ ਉਹਦੇ ਉੱਤੇ ਮੈਂ ਚਾਹਣਾ ਤੁਸੀਂ ਮਾਈਕ ਨਾਲ ਕੁਝ ਕਰੋ ਜੋ ਸਾਡੀ ਐਨ ਜੀਓ ਦੇ ਕੁਝ ਕਰੋ ਕਿ ਜਿਹੜੇ ਸਾਡੇ ਕੋਲ ਰੋਜ਼ ਪੇਸ਼ੈਂਟ ਆਉਂਦੇ ਨੇ ਉਹਨਾਂ ਵਾਸਤੇ ਪੈਸੇ ਆ ਜਾ ਕਰਨ ਨਹੀਂ ਭਾਜੀ ਬਾਈ ਕਰਦੀ ਆਲਰੇਡੀ ਬਹੁਤ ਵੱਡੀ ਮੇਰ ਆ ਤੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਬਸ ਇਹਨੂੰ ਪ੍ਰੋਮੋਟ ਕਰਾਂਗੇ ਤੇ ਖੂਗ ਆ ਭਾਜੀ ਹੋਰ ਬਹੁਤ ਦੱਸ ਦੇ ਜੀ ਕਿਸੇ ਨੇ ਐਜ਼ ਅ ਪ੍ਰੋਫੈਸ਼ਨ ਇਹਨੂੰ ਚੂਜ਼ ਕਰਨਾ ਹੋਵੇ ਸਟਾਰਟ ਕਿੱਥੋਂ ਕਰੇ ਮੈਜਿਕੀਨ ਬਣਨਾ ਹੋਵੇ ਮੈਜਿਕ ਜਿਹੜੀ ਵੀ ਲੋਕ ਪਹਿਲੀ ਸਟਾਰਟ ਕਰਦੇ ਹੁੰਦੇ ਆ ਮਨ ਨੂੰ ਇਹੋ ਜਿਹੀ ਗੱਲ ਕਹਿਣਾ ਵੀ ਨੌਲੇਜ ਤੁਸੀਂ YouTube ਤੋਂ ਸਟਾਰਟ ਕਰ ਸਕਦੇ ਹੋ ਉਹਦੇ ਉੱਤੇ ਕੁਝ ਬੇਸਿਕ ਟਿਊਟੋਰੀਅਲਸ ਨੇ ਉਹਨੂੰ ਸਿੱਖੋ ਤੁਸੀਂ ਟ੍ਰਿਕਸ ਨਾ ਸਿੱਖੋ ਕੈਲਕੂਲੇਸ਼ਨ ਵਾਲੀ ਟ੍ਰਿਕ ਹੁੰਦੀ ਹੈ ਨਾ 1 2 3 4 5 ਤੇ ਆ ਤੁਹਾਡਾ ਕਾਰਡ ਉਹਨੂੰ ਨਾ ਸਿੱਖੋ ਸਲਾਈਡਸ ਸਿੱਖੋ ਕੋਈ ਇੱਕ ਟ੍ਰਿਕ ਸਾਨੂੰ ਵੀ ਸਿਖਾਉਂਦੇ ਜਾਓ ਕੋਈ ਬੇਸਿਕ ਜੀ ਨਹੀਂ ਹੁਣ ਹੁਣ ਜਿਹੜੀ ਆਡੀਅנס ਨੂੰ ਮੈਂ ਨਾਲ ਸਿਖਾ ਦਈਏ ਓਕੇ ਓਕੇ ਸੋ ਆਪਾਂ ਆਡੀਅנס ਨੂੰ ਇੱਕ ਟ੍ਰਿਕ ਸਿਖਾਈ ਜੀ ਉਹਦੀ ਓਨਲੀ ਸਿਖਾਈ ਜੀ ਤਿੰਨ ਪੱਤੇ ਵਾਲੀ ਉਹ ਨਹੀਂ ਕੋਈ ਹੋਰ ਨਹੀਂ ਉਹ ਨਹੀਂ ਉਹ ਨਹੀਂ ਉਹ ਨਹੀਂ ਮੈਂ ਇਦਾਂ ਦੀ ਸਿਖਾਉਂਗਾ ਜਿਹੜੀ ਕਿ ਆਡੀਅנס ਹੋਣੀ ਦੇਖੇ ਤੇ ਆਡੀਅנס ਕਰ ਪਾਵੇ ਘਰੇ ਆਪਣੇ ਕਿਸੇ ਫਰੈਂਡ ਫੈਮਿਲੀ ਨੂੰ ਸਿਖਾ ਸਕੇ ਸੋ ਭਾਜੀ ਸੋ ਭਾਜੀ ਇਟਸ ਬਰੀ ਸਿੰਪਲ ਸਾਰੇ ਕਾਰਡਸ ਨੂੰ ਮਿਕਸ ਕਰ ਦੋ ਇਸ ਤੋਂ ਬਾਅਦ ਮੈਂ ਤੁਹਾਨੂੰ ਸਾਰੀ ਸਿਖਾਉਂਗਾ ਪਹਿਲਾਂ ਮੈਂ ਦਿਖਾਉਣ ਲੱਗੇ ਨੇ ਮੈਂ ਤਾਂ ਮੈਂ ਤਾਂ ਅੱਜ ਪਹਿਲੀ ਪਹਿਲੀ ਵਾਰ ਖੇੜੀ ਹੈ ਤੁਸੀਂ ਵੀ ਪਹਿਲੀ ਵਾਰ ਹੀ ਖੜੀ ਬਈ ਤਾਸ਼ ਮੈਨੂੰ ਲੱਗਿਆ ਭਾਜੀ ਚਲੋ ਮੈਂ ਕੀ ਕਰਦਾ ਭਾਜੀ ਮੈਂ ਇਹਦੇ ਵਿੱਚੋਂ ਕੋਈ ਮਰਜ਼ੀ ਕਾਰਡ ਨੂੰ ਖਿੱਚ ਲਵਾਂ ਮੈਂ ਉਹਦਾ ਆਰਡਰ ਨਹੀਂ ਦੇਖੂਗਾ ਵੀ ਕਿਹੜਾ ਪਤਾ ਕਿੱਥੇ ਆ ਕੋਈ ਮਰਜ਼ੀ ਕਾਰਡ ਨੂੰ ਖਿੱਚੋ ਸਟਾਪ ਇੱਥੇ ਮੈਂ ਤਾਂਸ਼ ਨੂੰ ਇਹਦਾ ਇਕੱਠਾ ਕਰ ਦਣਾ ਤੇ ਮੈਂ ਚਾਹਣਾ ਤੁਸੀਂ ਆਦੇ ਪੱਤੇ ਨੂੰ ਇਹਦੇ ਉੱਤੇ ਰੱਖ ਦੋ ਰੱਖਣ ਤੋਂ ਬਾਅਦ ਪਾਜੀ ਮੈਂ ਬਾਕੀ ਪੱਤੇ ਉੱਤੇ ਰੱਖ ਦਿੰਨਾ ਤੇ ਆਪਾਂ ਇਹਨੂੰ ਥੋੜੇ ਜਿਹਾ ਮਿਕਸਸ ਦੇ ਦਿੰਨੇ ਜਿੱਦਾਂ ਕਿ ਆਹ ਹੋ ਗਿਆ ਠੀਕ ਹੈ ਹਾਂਜੀ ਆਪਾਂ ਨੂੰ ਪਤਾ ਨਹੀਂ ਲੱਗਦਾ ਹੁਣ ਸਾਰੇ ਦੇ ਸਾਰੇ ਕਾਰਡ ਜਿਹੜੇ ਵੀ ਹੈਗੇ ਭਾਜੀ ਟੋਟਲੀ ਮਿਕਸਡ ਨੇ ਮੈਨੂੰ ਕੋਈ ਆਈਡੀਆ ਨਹੀਂ ਹੈਗਾ ਵੀ ਜਿਹੜਾ ਥੋੜਾ ਕਾਰਡ ਹੈਗਾ ਉਹ ਐਂਡ ਆਫ ਦਿ ਡੇ ਹੈਗਾ ਕਿੱਥੇ ਪੈ ਜਾ ਜੀ ਮੈਂ ਕੀ ਕਰਦਾ ਮੈਂ ਸਾਰੇ ਕਾਰਡਸ ਨੂੰ ਏਦਾਂ ਇੱਕ ਵਾਰੀ ਮਿਕਸ ਦੇ ਦਿੰਨਾ ਤੇ ਮੈਂ ਕੋਈ ਵੀ ਇੱਕ ਕਾਰਡ ਕੱਢਦਾ ਫਾਰ ਐਗਜ਼ਾਮਪਲ ਮੈਂ ਕੱਢ ਇਹ ਚੇਂਜ ਹੋ ਜਾਣਾ ਪਰ ਉਹੀ ਕਰ ਦੇ ਜਿਹੜਾ ਕਿ ਤੁਸੀਂ ਸਿਲੈਕਟ ਕੀਤਾ। ਸੋ ਇਹ ਮੈਂ ਤੁਹਾਨੂੰ ਸਿਖਾਉਣ ਲੱਗਾ ਮੈਂ ਲਾਸਟ ਵਾਲਾ ਚੇਂਜ ਉਹ ਬਹੁਤ ਮਹਿੰਗੀ ਟ੍ਰਿਪ ਲੱਗ ਰਹੀ ਹੈ। ਨਹੀਂ ਨਹੀਂ ਇਹਦੇ ਵਿੱਚ ਮੈਂ ਤੁਹਾਨੂੰ ਲਾਸਟ ਆਈ ਨਹੀਂ ਸਿਖਾਉਂਗਾ ਮੈਂ ਲਾਸਟ ਕਾਰਡ ਨੂੰ ਚੇਂਜ ਕਿੱਦਾਂ ਕੀਤਾ ਮੈਂ ਤੁਹਾਨੂੰ ਐਂ ਦੱਸੂਗਾ ਵੀ ਮੈਂ ਪਤਾ ਲੱਭਿਆ ਕਿੱਦਾਂ ਠੀਕ ਹੈ ਸੋ ਲੱਭਿਆ ਕਿੱਦਾਂ ਇਟਸ ਵੈਰੀ ਸਿੰਪਲ ਇਹ ਲੱਭਣ ਦਾ ਤਰੀਕਾ ਮੈਂ ਉਹਦਾ ਯੂਜ਼ ਕਰਦਾ ਹਾਂ ਜਦੋਂ ਮੈਂ ਮੈਜਿਕ ਸਟਾਰਟ ਕੀਤਾ ਸੀ ਤੁਸੀਂ ਕਿਤੇ YouTube ਵਗੈਰਾ ਤੇ ਜਾਓਗੇ ਤਾਂ ਤੁਹਾਨੂੰ ਐਦਾਂ ਦਾ ਕੋਈ ਤਰੀਕਾ ਮਿਲ ਸਕਦਾ ਸੋ ਭਾਜੀ ਜਿੱਦਾਂ ਤੁਸੀਂ ਜਦੋਂ ਕਾਰਡਸ ਮਿਕਸ ਕੀਤੇ ਮੈਂ ਜਦੋਂ ਤੁਹਾਨੂੰ ਕਹਿੰਦਾ ਮੈਨੂੰ ਕਾਰਡਸ ਦੇ ਦਿਓ ਬੰਦਾ ਕਦੇ ਵੀ ਤੁਹਾਨੂੰ ਐਦਾਂ ਨਹੀਂ ਫੜਾਉਂਦਾ ਵੀ ਆਹ ਕਾਰਡਸ ਫੜੋ ਉਹ ਤੁਹਾਨੂੰ ਨਾਰਮਲੀ ਬੰਦਾ ਐਦਾਂ ਫੜਾਉਂਗਾ ਤਾਂ ਜਦੋਂ ਐਦਾਂ ਫੜਾਉਂਦਾ ਤੁਸੀਂ ਇੱਕ ਚੀਜ਼ ਦੇਖ ਸਕਦੇ ਹੋ ਬਾਟਮ ਕਾਰਡ ਤੁਹਾਨੂੰ ਥੱਲੇੜਾ ਕਾਰਡ ਪਤਾ ਲੱਗ ਗਿਆ ਸੱਤੀ ਚੇੜ ਦੀ ਐਟ ਦਾ ਬਾਟਮ ਕਾਰਡ ਹੈ ਠੀਕ ਹੈ ਲੋਕਾਂ ਨੂੰ ਮੈਂ ਐਦਾਂ ਦਿਖਾ ਸਕਦਾ ਵੀ ਐਦਾਂ ਉਹ ਤੁਹਾਨੂੰ ਪਤਾ ਤਾਂ ਫੜਾਉਣਗੇ ਤੁਹਾਨੂੰ ਪਤਾ ਲੱਗ ਜੂਗਾ ਜੇ ਜਸਟਿੰਗ ਕੇਸ ਨਹੀਂ ਐਦਾਂ ਫੜਾਉਂਦੇ ਤੁਹਾਨੂੰ ਐਦਾਂ ਫੜਾਉਂਦੇ ਆ ਤਾਂ ਤੁਸੀਂ ਕੀ ਕਰਨਾ ਤਾਸ਼ ਨੂੰ ਐਦਾਂ ਫੜੋ ਤੇ ਐਦਾਂ ਰੋਟੇਟ ਕਰਕੇ ਉਹਦੇ ਹੱਥ ਚ ਰੱਖ ਲਓ ਜਦੋਂ ਭ ਉਹ ਬੋਟਲ ਬੀਸ ਬਣਾ ਦਿੰਦਾ ਉਹ ਤੋਂ ਫੜੋ ਰੋਟੇਟ ਕਰਦੇ ਹੋਏ ਇੱਕ ਵਾਰੀ ਦੇਖ ਲਓ ਤੁਸੀਂ ਉਹਨਾਂ ਨੂੰ ਕੋਈ ਕੋ ਮਰਜੀ ਕਾਰਡ ਖੜਕ ਚੋਂ ਮੋਹ ਦੋ ਜੇ ਬਸ ਇਹਨੂੰ ਕਰ ਲਓ ਜੋ ਬਰਜੀ ਖਿੱਚ ਸਕਦੇ ਹੋ ਤੁਸੀਂ ਕੋਈ ਮਰਜੀ ਕਾਰਡ ਖਿੱਚਿਆ ਹੁਣ ਮੈਨੂੰ ਨਹੀਂ ਪਤਾ ਕਿਹੜਾ ਕਾਰਡ ਕਿੱਥੇ ਮੈਨੂੰ ਬਸ ਇਹਨਾਂ ਪਤਾ ਵੀ 37 ਚਿੱਟ ਦੀ ਬਾਟਮ ਤੇ ਹੈ ਫਿਰ ਮੈਂ ਤੁਹਾਨੂੰ ਕਹਿਣਾ ਵੀ ਭਾਜੀ ਮੈਨੂੰ ਕਿਤੇ ਮਰਜੀ ਸਟਾਪ ਬੋਲੋ ਤੁਸੀਂ ਮੈਨੂੰ ਸਟਾਪ ਬੋਲ ਦਿਓ ਜਿੱਥੇ ਮਾਚੀ ਡਸਨਟ ਮੈਟਰ ਤੁਸੀਂ ਮਰਜੀ ਚਰ ਮੈਂ ਇਸ ਦਾ ਸਟਾਪ ਕਹਿਆ ਤਾਂ ਕੀ ਹੁੰਦਾ ਮੈਂ ਤੁਹਾਡੇ ਕਾਰਡ ਨੂੰ ਜਿਹੜਾ ਕਿ ਇਹਦਾ ਪੰਟ ਹੈਗਾ ਤਿੱਕੀ ਪਾਉਂਦੀ ਮੈਨੂੰ ਇਹਦੇ ਮਿਕਸ ਹੁਣ ਮੈਨੂੰ ਕੀ ਹੈ ਮੈਂ ਸਾਰੇ ਕਾਰਡਸ ਨੂੰ ਕਰ ਦੇਣਾ ਭਾਜੀ ਮਿਕਸ ਜਦੋਂ ਤੱਕ ਤੁਸੀਂ ਇਹਨੂੰ ਦੋ ਪੈਕੇਟ ਦਾ ਕੱਟ ਦਿੰਦੇ ਰਹੋਗੇ ਮਤਲਬ ਇੱਕ ਆ ਦੋ ਪੈਕੇਟ ਬਣ ਗਏ ਜੇ ਤੁਸੀਂ ਇਹਨੂੰ ਤਿੰਨ ਪੈਕੇਟਸ ਚ ਡਿਵਾਈਡ ਕਰ ਲੈਣੇ ਹੋ ਫਿਰ ਉਹ ਸਭ ਥੋੜਾ ਘੜ ਮਿਕਸ ਹੋ ਜੇ ਅਜੇ ਤੱਕ ਉਹ ਮਿਕਸ ਨਹੀਂ ਹੋਊਗਾ ਦੋ ਪੈਕੇਟ ਕੱਟਣਾ ਕਿਉਂਕਿ ਤੁਸੀਂ ਅਸਲ ਵਿੱਚ ਉਤਲੇ ਹੀ ਤਾਂਸ ਚਾ ਕੇ ਥੱਲੇ ਹੀ ਲਾ ਰਹੇ ਹੋ ਦੈਟਸ ਇਟ ਹੁਣ ਮੈਨੂੰ ਪਤਾ ਵੀ ਸੱਤੀ ਚਿੜਦੀ ਤੋਂ ਥੱਲੜਾ ਪਤਾ ਤੁਹਾਡਾ ਮੈਂ ਜਦੋਂ ਤੁਹਾਨੂੰ ਕਹਿੰਦਾ ਦੇਖੋ ਸਾਰੇ ਸਾਰੇ ਕਾਰਡ ਮਿਕਸ ਤਾਂ ਸੱਤੀ ਚਿੜਦੀ ਦੇ ਥੱਲੜਾ ਪਤਾ ਤਿੱਕੀ ਪਾਂਦੀ ਤੇ ਮੈਂ ਤਿੱਕੀ ਮੈਨੂੰ ਲੱਗਦਾ ਇਹਦੇ ਜਾਂ ਇਹਦੇ ਵਿੱਚੋਂ ਤੁਹਾਡਾ ਕੋਈ ਇੱਕ ਹੈ ਠੀਕ ਹੈ ਆ ਤਿੱਕੀ ਪਾਉਂਦੀ ਹੈ ਕਿ ਤੁਸੀਂ ਕਹੋਗੇ ਆ ਓਕੇ ਕਿਹੜਾ ਪਤਾ ਹੈ ਤੁਹਾਡਾ ਤਿੱਕੀ ਪਾਉਂਦੀ ਦੇਖੋ ਪ੍ਰੈਜੈਂਟੇਸ਼ਨ ਮੈਟਰ ਕਰਦੀ ਹੈ ਤੁਸੀਂ ਪਾਗਲ ਕਰ ਦੋਗੇ ਸਫਾਈ ਲੈਣੇ ਇੱਕ ਵਾਰੀ ਕਰਕੇ ਦੇਖੋ ਕੀ ਬਾਤ ਹੈ ਥੈਂਕ ਯੂ ਪ੍ਰੈਜੈਂਟੇਸ਼ਨ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਥੈਂਕ ਯੂ ਥੈਂਕ ਯੂ ਸੋ ਮਚ ਬਜੀ ਬਹੁਤ ਬਹੁਤ ਮਜ਼ਾ ਆਇਆ ਬਹੁਤ ਮਜ਼ਾ ਆਇਆ ਭਜੀ ਲਾਸਟ ਗੱਲ ਮੈਂ ਤੁਹਾਡੇ ਨਾਲ ਇਹਦਾ ਕਰਨਾ ਚਾਹਣਾ ਇੱਕ ਪਰਿਮਾਤ ਤੁਹਾਨੂੰ ਸ਼ੋ ਦੇ ਬਾਰੇ ਪ੍ਰੋਪਰਲੀ ਦੱਸਦਾ ਵੀ 1.5 ਘੰਟੇ ਦਾ ਸ਼ੋ ਹੈ 12 ਰੂਟੀਨਸ ਨੇ ਜੋ ਵੀ ਕੁਝ ਲੁਧਿਆਣੇ ਵਿੱਚ ਅਸੀਂ ਮੇਕ ਕਰਾਂਗੇ ਵੀ ਆਰ ਜਸਟ ਡੋਨੇਟਿੰਗ ਇਟ ਕਿਉਂਕਿ ਉਹ ਮੇਰਾ ਦਸਵਾਂਤਾ ਹੀ ਉਹ ਤਾਂ ਇਦਾਂ ਹੀ ਤੁਸੀਂ ਵੀ ਆਪ ਦਾ ਕੱਢ ਕੇ ਰੱਖਣਾ ਫਿਰ ਉਸ ਤੋਂ ਬਾਅਦ ਆ ਜਾਂਦਾ ਆਪਣੇ ਜਿਹੜੇ ਸਾਰੇ ਟ੍ਰਿਕਸ ਨੇ ਵਰਲਡ ਕਲਾਸ ਨੇ ਤੁਸੀਂ ਇਹ ਸ਼ੋਅ ਕਰੇ ਜਾ ਕੇ ਤੁਹਾਨੂੰ ਨੀਂ ਨੀ ਆਣੀ ਇਦਾਂ ਦਾ ਸ਼ੋਅ ਹੈ ਜਿਹੜੇ ਟਿਕਟਸ ਨੇ ਪੇਟੀਐਮ ਇਨਸਾਈਡਰ ਤੇ ਨੇ ਪੇਟੀਐਮ ਇਨਸਾਈਡਰ ਵੈਬਸਾਈਟ ਤੇ ਜਾਓ ਜਾਂ ਫਿਰ ਮੇਰਾ ਇੰਸਟਾਗ੍ਰam unmol.magic ਉਹਦੇ ਵਿੱਚ ਮੇਰੇ ਬਾਇਓ ਦੇ ਵਿੱਚ ਲਿੰਕ ਹੈ ਤੁਸੀਂ ਉੱਥੇ ਜਾ ਸਕਦੇ ਹੋ ਜਾਣ ਤੋਂ ਬਾਅਦ ਉੱਥੇ ਟਿਕਟਸ ਖਰੀਦੋ ਟਿਕਟਸ ਤੋਂ ਬਾਅਦ 28 28 ਅਕਤੂਬਰ ਨੂੰ ਆਪਣਾ ਸ਼ੋਅ ਹੈਗਾ ਜੀ ਲੁਧਿਆਣਾ 3 ਨਵੰਬਰ ਨੂੰ ਆਪਣਾ ਸ਼ੋਅ ਹੈਗਾ ਜੀ ਚੰਡੀਗੜ੍ਹ ਲੁਧਿਆਣਾ ਹੈਗਾ ਗੁਰੂ ਨਾਨਕ ਦੇਵ ਆਡੀਟਰੀਅਮ ਦੇ ਵਿੱਚ ਤੇ ਚੰਡੀਗੜ੍ਹ ਆਪਣਾ ਸ਼ੋਅ ਹੈਗਾ ਕਲਾ ਪਵਨ ਦੇ ਵਿੱਚ ਜ਼ਰੂਰ ਜ਼ਰੂਰ ਆਇਓ ਫੈਮਿਲੀ ਫ੍ਰੈਂਡਲੀ ਸ਼ੋਅ ਹੈ ਤੁਹਾਡੀ ਸਾਰੀ ਫੈਮਿਲੀ ਬਹੁਤ ਪਸੰਦ ਕਰੂਗੀ ਥੈਂਕ ਯੂ ਜ਼ਰੂਰ ਆਇਓ ਯਾਰ ਮਤਲਬ ਮੈਂ ਤਾਂ ਭਾਈ ਕਹਿੰਦਾ ਨੀਂਦ ਨਹੀਂ ਆਣੀ ਤੁਹਾਨੂੰ ਮੈਨੂੰ ਅੱਜ ਨਹੀਂ ਆਣੀ ਕਿਉਂਕਿ ਆ ਜਿਹੜੇ ਨਾਮ ਨੂੰ ਪੜਨ ਲਈ ਟਰਿਕਾਂ ਨੇ ਨਾ ਇਹਦਾ ਮਤਲਬ ਬੰਦਾ ਇਹ ਤਾਂ ਹੱਥ ਇਹਨਾਂ ਦੇ ਸ਼ਕਤੀਆਂ ਲੱਗੀਆਂ ਇਹ ਤਾਂ ਚਲੋ ਇਹਨਾਂ ਦਾ ਐਥਿਕਸ ਨੇ ਔਰ ਇਹਨਾਂ ਦਾ ਇਹ ਬੜੱਪਨ ਹੈ ਇਹਨਾਂ ਦੇ ਕਰਮ ਨੇ ਇਹਨਾਂ ਦੀ ਅਪਬ੍ਰਿੰਗ ਹੈ ਕਿ ਇਹਨੂੰ ਬੜੀ ਸਰਲਤਾ ਨਾਲ ਤੁਹਾਨੂੰ ਸਿਰਫ ਇੱਕ ਕੁਛ ਟਿਕਟ ਦੇ ਚੱਕਰ 'ਚ ਦਿਖਾਈ ਜਾਂਦੇ ਨੇ ਨਹੀਂ ਤਾਂ ਇਹ ਬੰਦਾ ਉਹ ਬਣ ਸਕਦਾ ਜੇ ਤੁਸੀਂ ਘਰੇ ਆ ਕੇ ਟਾਈਮ ਲਓਗੇ ਕਿ ਭਾਈ ਜੀ ਟਾਈਮ ਦੇ ਦਿਓ ਤਾਂ ਇਸ ਕਲਾ ਨੂੰ ਪਿਆਰ ਕਰੋ ਇੱਜ਼ਤ ਕਰੋ ਇਸ ਪ੍ਰੋਫੈਸ਼ਨ ਨੂੰ ਖਾਸ ਕਰ ਇਹਦਾ ਦੇ ਬੰਦੇ ਜਿਹੜੇ ਇੱਦਾਂ ਦੀ ਸੋਚ ਰੱਖਦੇ ਨੇ ਆਪਣੇ ਨਾਲ ਅਪਗ੍ਰੇਡ ਅਪ ਸੋਸਾਇਟੀ ਨੇ ਵੀ ਨਾਲ ਚੱਲ ਰਹੇ ਨੇ ਲੈ ਕੇ ਬਹੁਤ ਵੱਡੀਆਂ ਗੱਲਾਂ ਥੈਂਕ ਯੂ ਭਾਜੀ ਪਰਮਾਤਮਾ ਤੁਹਾਨੂੰ ਬਹੁਤ ਤਰੱਕੀ ਦੇਵੇ ਐਂ ਤੁਸੀਂ ਬਹੁਤ ਖੁਸ਼ ਰਹੋ ਦੁਨੀਆ ਦੇ ਬੈਸਟ ਮਿਜਿਸ਼ੀਨ ਬਣੋ ਬਹੁਤ ਬਹੁਤ ਪ੍ਰਾਹੜਾ ਪੰਜਾਬ ਚ ਹੋਵੇ ਤੇ ਅਸੀਂ ਕਹੀਏ ਕਿ ਦੇਖਿਆ ਉਹ ਸਾਡਾ ਭਰਾ ਹੈ ਜਦਕਰ ਉਹ ਮੁੰਡਾ ਦੇਖ ਰਿਹਾ ਜਿਹੜੇ ਸਿੱਕੇ 'ਚ ਗੈਪ ਕਰ ਰਿਹਾ ਹਾਂ ਸਾਡਾ ਭਰਾ ਹੈ ਐਡੀ ਕੀ ਖੁਸ਼ੀ ਹੈ ਬਹੁਤ ਬਹੁਤ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਜੀ ਥੈਂਕ ਯੂ